ਸੰਸਾਰ ਭਰ ਦੇ ਵਿੱਚ ਆਵਾਜ਼ੇ ਕੌਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਦੀ ਸਾਂਝ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਚੈਨਲ ਵੱਲੋਂ ਬਰਗਾੜੀ ਪਹੁੰਚੇ ਹੋਏ ਹਾਂ, ਜਿੱਥੇ 1 ਜੂਨ 2018 ਤੋਂ ਇੱਕ ਮੋਰਚਾ ਚੱਲ ਰਿਹਾ, ਜੋ ਬਰਗਾੜੀ ਦੀ ਦਾਣਾ ਮੰਡੀ ਦੇ ਵਿੱਚ ਇਹ ਮੋਰਚਾ ਲੱਗਾ ਹੋਇਆ, ਜਿਸ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਕਰ ਰਹੇ ਹਨ। ਮੋਰਚੇ ਦੀਆਂ 4 ਮੰਗਾਂ ਨੇ ਮੁੱਖ ਤੌਰ 'ਤੇ। 1, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਣੀ ਅਤੇ ਦੋਸ਼ੀਆਂ ਦਾ ਨਾਂ ਫੜਿਆ ਜਾਣਾ। ਉਸ ਤੋਂ ਉਪਰੰਤ 14 ਅਕਤੂਬਰ 2015 ਨੂੰ ਬਹਿਬਲ ਗੋਲੀਕਾਂਡ ਵਾਪਰਿਆ, ਉਹਦੇ ਵਿੱਚ 2 ਸਿੰਘਾਂ ਦੀ ਸ਼ਹਾਦਤ ਹੋਈ ਅਤੇ ਕਿਸੇ ਵੀ ਪੁਲਿਸ ਕਰਮੀ ਦੇ ਉੱਤੇ ਕੋਈ ਕਾਰਵਾਈ ਨਾ ਕੀਤੇ ਜਾਣਾ, ਅਤੇ ਇੱਥੋਂ ਤੱਕ ਕਿ ਤਤਕਾਲੀ ਸਰਕਾਰ ਜੋ ਬਾਦਲ ਦੀ ਸਰਕਾਰ ਸੀ ਉਸ ਵੱਲੋਂ ਕਿਹਾ ਗਿਆ ਕਿ ਅਣਪਛਾਤੀ ਪੁਲਿਸ। ਅਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ ਨੇ, ਜਿਹਦੇ ਵਿੱਚ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਦੀ ਗੱਲ ਆ, ਜਾਂ ਇਹ ਕੁੱਲ ਤਕਰੀਬਨ 4 ਕੁ ਮੰਗਾਂ ਨੂੰ ਲੈ ਕੇ ਇਹ ਮੋਰਚਾ ਲੱਗਾ ਹੋਇਆ। ਇਹਦੇ 'ਚੋਂ ਇੱਕ ਵੱਡੀ ਮੰਗ ਇਹ ਵੀ ਆ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਦਹਾਕਿਆਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹਾ। ਇਹ ਗੱਲ ਤੁਹਾਡੇ ਸਾਰਿਆਂ ਦੇ ਧਿਆਨ 'ਚ ਆ ਜਾਵੇਗੀ ਕਿ ਸਰਸਰੀ ਨਿਗਾਹ ਨਾਲ ਵੀ ਵੇਖੀਏ ਤਾਂ ਗੱਲ ਸਮਝ ਆ ਜਾਂਦੀ ਆ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬੇਅਦਬੀ ਦੇ ਖਿਲਾਫ ਸੰਘਰਸ਼ ਕੀਤਾ, ਸੜਕਾਂ 'ਤੇ ਬਹਿ ਕੇ ਸਾਥਣਾ ਵਾਹਿਗੁਰੂ ਜਪ ਰਹੇ ਸਨ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਜਿਹੜੇ ਦੋਸ਼ੀ ਸਨ ਉਹ ਨਹੀਂ ਫੜੇ ਗਏ, ਅਤੇ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਤੁਸੀਂ ਦੋਹਰੇ ਮਾਪਦੰਡ ਇੱਥੋਂ ਦੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਜਿਹੜੀਆਂ ਹੁਣ ਦੀਆਂ ਹੋਣ, ਪੁਰਾਣੀਆਂ ਹੋਣ, ਉਹਨਾਂ ਦੇ ਜਿਹੜੇ ਇਹ ਮਾਪਦੰਡ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਂਦੇ ਆ। ਸੋ ਇਹ ਆ ਜਿਹੜੀ ਭੂਮਿਕਾ ਕਿ ਮੋਰਚਾ ਕਿਉਂ ਲੱਗਾ। ਹੁਣ ਇਹ ਸਾਡਾ ਸਵਾਲ ਨਹੀਂ ਗਾ ਕਿ ਮੈਂ ਜਥੇਦਾਰ ਮੰਡ ਸਾਹਿਬ ਨਾਲ ਵੀ ਅਜੇ ਫਤਿਹ ਦੀ ਸਾਂਝ ਪਾਉਣੀ ਆ, ਪਰ ਆਪਣਾ ਇਹ ਸਵਾਲ ਨਹੀਂ ਗਾ ਕਿ ਮੋਰਚਾ ਕਿਉਂ ਲੱਗਾ, ਕਿਉਂਕਿ ਸਾਰਾ ਕੁਛ ਕਲੀਅਰ ਆ। ਜਿਵੇਂ ਸ਼ੀਸ਼ੇ ਦੇ ਵਾਂਗ ਸਾਫ਼ ਗੱਲ ਹੁੰਦੀ ਆ ਕਿ ਮੋਰਚੇ ਦੀ ਲੋੜ ਜਾਪੀ, ਤਾਂ ਜਥੇਦਾਰ ਇੱਥੇ ਤਿੱਖੀ ਧੁੱਪ ਦੇ ਵਿੱਚ ਇੱਕ ਤਰ੍ਹਾਂ ਦਾ ਤੰਬੂ ਤਾਣ ਕੇ ਡਟੇ ਹੋਏ ਆ, ਆਖਰਾਂ ਦੀ ਤਪਸਿਆ ਇੱਥੇ। ਕਿਉਂਕਿ ਜਿਹੜਾ ਜੂਨ ਦਾ ਮਹੀਨਾ ਜਦੋਂ ਆਪਾਂ ਇਸ ਸ਼ਹੀਦੀ ਹਫ਼ਤੇ 'ਚੋਂ ਲੰਘ ਰਹੇ ਹਾਂ, ਤੀਜੇ ਘੱਲੂਘਾਰੇ ਦੀ ਯਾਦ ਦੇ ਵਿੱਚੋਂ ਲੰਘ ਰਹੇ ਹਾਂ, ਜਿਹੜੀ ਗਰਮੀ ਦੇ ਵਿੱਚ ਸਿੰਘਾਂ ਨੇ ਉਦੋਂ ਸੰਘਰਸ਼ ਕੀਤਾ, ਭਾਰਤੀ ਫੌਜ ਜਿਹੜੀ ਚੜ੍ਹ ਕੇ ਆਈ ਸੀ ਉਸ 'ਤੇ ਦੰਦ ਖੱਟੇ ਕੀਤੇ, 72 ਘੰਟੇ ਦਾ ਜਿਹੜਾ ਜੰਗ ਹੋਇਆ। ਸੋ 34 ਸਾਲ ਲੰਘਣ ਤੋਂ ਬਾਅਦ ਵੀ
ਉਸ ਕੌਮ ਦੇ ਜਿਹੜੇ ਆਗੂ ਨੇ ਅੱਜ ਦੇ ਮੌਜੂਦਾ, ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ। ਜਿਹੜੀ ਗੁਲਾਮੀ ਹੁੰਦੀ ਆ ਉਹ ਇਹਨਾਂ ਗੱਲਾਂ ਤੋਂ ਸਾਫ਼ ਝਲਕਦੀ ਆ। ਸੋ ਜਿਹੜੇ ਕੁਝ ਸਵਾਲ ਇਸ ਤੋਂ ਇਲਾਵਾ ਮੋਰਚੇ ਨਾਲ ਸੰਬੰਧਿਤ ਨੇ, ਉਹ ਆਪਾਂ ਜਥੇਦਾਰ ਭਾਈ ਧਿਆਨ ਸਿੰਘ ਵੰਡ ਹੋਣਾ ਤੋਂ ਕਰਨੇ ਆ। ਜੋ ਪੰਥ ਦੀ ਰੀਤ ਆ, ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵੱਲੋਂ ਬੀਤੇ ਕੱਲ੍ਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਅਤੇ ਸੰਸਾਰ ਭਰ ਦੇ ਵਿੱਚ ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ ਲੈ ਕੇ ਅਰਦਾਸ ਦੇ ਲਈ ਵੀ ਅਪੀਲ ਕੀਤੀ ਗਈ। ਹੁਣ ਤੱਕ ਮੋਰਚਾ ਕਿਸ ਤਰੀਕੇ ਨਾਲ ਚੱਲ ਰਿਹਾ ਵਾ, ਤੁਸੀਂ ਕੀ ਮਹਿਸੂਸ ਕਰਦੇ ਹੋ? ਇੱਥੇ ਡਟੇ ਹੋਏ ਹੋ, ਤੁਹਾਨੂੰ ਕਈ ਦਿਨ ਹੋ ਗਏ ਆ ਇੱਥੇ, ਹਫ਼ਤੇ ਤੋਂ ਉੱਤੇ ਹੋ ਗਿਆ ਸਮਾਂ, ਮੋਰਚਾ ਕਿਹੋ ਜਿਹਾ ਚੱਲ ਰਿਹਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮੋਰਚਾ ਲੱਗਿਆ ਅਤੇ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਵਿੱਚ ਆ। ਸੰਗਤਾਂ ਦਾ ਬਹੁਤ ਭਰਮਾ ਸਹਿਯੋਗ ਮਿਲ ਰਿਹਾ। ਅਸੀਂ ਕਿਸੇ ਨੂੰ ਆਵਾਜ਼ ਨਹੀਂ ਮਾਰ ਰਹੇ ਭਾਈ ਤੁਸੀਂ ਆਓ, ਇਸ ਤਰ੍ਹਾਂ ਦੀ ਕੋਈ ਅਸੀਂ ਅਪੀਲ ਨਹੀਂ ਕਰ ਰਹੇ। ਸੰਗਤਾਂ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਹੀ ਭਾਰੀ ਉਤਸ਼ਾਹ ਹੈ। ਭਾਵੇਂ ਕੋਈ ਸ਼ਹਿਰ ਵਿੱਚ ਬੈਠਾ ਹੈ ਜਾਂ ਪਿੰਡ ਵਿੱਚ ਬੈਠਾ ਹੈ, ਉਹ ਪੰਜਾਬ ਦੇ ਵਿੱਚ ਬੈਠਾ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਬੈਠਾ, ਉਹਦੇ ਅੰਦਰੋਂ ਇੱਕ ਆਵਾਜ਼ ਉੱਠ ਰਹੀ ਆ ਕਿ ਅਸੀਂ ਕਿਹੜਾ ਵੇਲਾ ਹੋਵੇ ਅਸੀਂ ਮੋਰਚੇ ਦੇ ਵਿੱਚ ਚੱਲੀਏ ਅਤੇ ਅਸੀਂ ਆਪਣੀ ਹਾਜ਼ਰੀ ਲਵਾ ਕੇ ਆਈਏ। ਇਸ ਤਰ੍ਹਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਵੀ ਕਿਤੇ ਅਸੀਂ ਵਾਂਝੇ ਨਾ ਰਹਿ ਜਾਈਏ। ਕਾਫਲਿਆਂ ਦੇ ਰੂਪ ਦੇ ਵਿੱਚ ਸੰਗਤਾਂ ਆ ਰਹੀਆਂ ਨੇ, ਲੰਗਰ ਪਾਣੀ ਲਿਆ ਰਹੀਆਂ ਨੇ, ਰਸਤਾ ਵੀ ਲਿਆ ਰਹੀਆਂ ਨੇ, ਆਪੇ ਹੀ ਸੰਗਤਾਂ ਸੇਵਾ ਕਰ ਰਹੀਆਂ ਨੇ। ਇੱਥੇ ਕੀਰਤਨ ਦਰਬਾਰ ਚੱਲਦਾ ਪਿਆ, ਢਾਡੀ ਰਾਗੀ ਲੱਗਦੇ ਨੇ, ਸਾਰਾ ਕੁਛ ਬਹੁਤ ਚੜ੍ਹਦੀ ਕਲਾ ਵਿੱਚ ਆ। ਇਹ ਜਿਹੜਾ ਪੂਰਾ 12 ਘੰਟੇ ਦਾ ਦਿਨ ਆ ਸਾਡੇ ਵਾਸਤੇ ਐਂ ਲੰਘ ਜਾਂਦਾ ਜਿਵੇਂ 5 ਕੁ ਮਿੰਟ ਬੈਠੇ ਹੋਈਏ ਅਤੇ ਪਤਾ ਨਹੀਂ ਲੱਗਦਾ ਕਦੋਂ ਦਿਨ ਬਤੀਤ ਹੋ ਜਾਂਦਾ। ਬਹੁਤ ਚੜ੍ਹਦੀ ਕਲਾ ਵਿੱਚ ਮੋਰਚਾ ਜਾ ਰਿਹਾ। ਸਰਕਾਰ ਵਾਲੇ ਪਾਸਿਓਂ, ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਤਾਂ ਸਰਕਾਰ ਤੋਂ ਹੀ ਨੇ, ਕੈਪਟਨ ਸਰਕਾਰ ਤੋਂ ਜਾਂ ਕੁਝ ਕੁ ਕੇਂਦਰ ਦੇ ਅਖਤਿਆਰ ਵੀ ਨੇ, ਇਸ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਇਸ਼ਾਰਾ ਮਿਲ ਰਿਹਾ ਵਾ, ਉਹ ਕੀ ਇਸ ਨੂੰ ਗੰਭੀਰਤਾ ਵਜੋਂ ਸਰਕਾਰ ਲੈ ਰਹੀ ਆ ਕਿ ਨਹੀਂ? ਸਰਕਾਰ ਵੀ ਮੈਨੂੰ ਲੱਗਦਾ ਹੈ ਕਿ ਇਸ ਮੋਰਚੇ ਤੋਂ ਘਬਰਾਈ ਹੋਈ ਆ ਅਤੇ ਕਾਫੀ ਹਰਕਤ ਦੇ ਵਿੱਚ ਹੈ, ਵੇਖਣ ਦੇ ਵਿੱਚ ਆ ਰਿਹਾ ਹੈ। ਪਰ ਮੈਨੂੰ ਜ਼ਿਆਦਾ ਇਹ ਫਿਕਰ ਨਹੀਂ ਗਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ ਕਿ ਨਹੀਂ ਕਰ ਰਹੀ। ਸਰਕਾਰ ਨੂੰ ਕਾਰਵਾਈ ਕਰਨੀ ਹੀ ਪੈਣੀ ਆ। ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਸਰਕਾਰ ਰਹਿ ਨਹੀਂ ਸਕਦੀ। ਇਸ ਮੋਰਚੇ ਦੀ ਇਸ ਤਰ੍ਹਾਂ ਦੀ ਤਿਆਰੀ ਹੈ, ਫਿਰ ਸਰਕਾਰ ਨਹੀਂ ਰਹਿ ਸਕਦੀ। ਜਿਹੜੀ ਮੇਰੀ ਉਮੀਦ ਸੀ, ਜਿਹੜੇ ਮੇਰੇ ਮਨ ਦਾ ਬਲਬਲਾ ਸੀ, ਜਿਸ ਕਰਕੇ ਇਹ ਮੋਰਚਾ ਮੈਂ ਲਾਇਆ, ਮੈਂ ਸੰਗਤ ਦੀਆਂ ਭਾਵਨਾਵਾਂ ਨੂੰ ਸਮਝ ਕੇ ਲਾਇਆ। ਸੰਗਤ ਦੇ ਵਿੱਚ ਜਿਹੜਾ ਸੰਗਤ ਦਾ ਮੁਰਾਲ ਸੀ ਉਹ ਬਹੁਤ ਡਾਊਨ ਹੋ ਗਿਆ ਸੀ, ਬਹੁਤ ਡਿੱਗ ਗਿਆ ਸੀ, ਹੌਸਲੇ ਜਿਹੜੇ ਪਸਤ ਹੋ ਗਏ ਸੀ, ਬੇਵਿਸ਼ਵਾਸੀ ਬਹੁਤ ਜ਼ਿਆਦਾ ਪੈਦਾ ਹੋ ਗਈ ਸੀ ਅਤੇ ਕਿਸੇ ਨੂੰ ਵੀ ਕਿਸੇ ਦੇ ਉੱਤੇ ਇਤਬਾਰ ਨਹੀਂ ਸੀ ਰਹਿ ਗਿਆ। ਅਤੇ ਦੂਜੇ ਪਾਸੇ ਸਾਡੇ ਗੁਰੂ ਦੀ ਸ਼ਹਾਦਤ ਹੋ ਰਹੀ ਸੀ ਅਤੇ ਸਾਡੇ ਸਿੰਘ ਸ਼ਹੀਦ ਹੋ ਰਹੇ ਸੀ, ਜੇਲ੍ਹਾਂ ਵਿੱਚ ਤੜਫ ਰਹੇ ਸੀ, ਸਾਰਾ ਕੁਛ ਇਹ ਸਾਡੇ ਸਾਹਮਣੇ ਸੀ। ਪਰ ਇਸ ਸਭ ਕਾਸੇ ਨੂੰ ਜਦੋਂ ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਸੀ ਅਤੇ ਕੋਈ ਗੱਲਬਾਤ ਅਸੀਂ ਕਿਸੇ ਚੰਗੇ ਢੰਗ ਤਰੀਕੇ ਦੇ ਨਹੀਂ ਸੀ ਕਰਦੇ ਅਤੇ ਦੁਸ਼ਮਣ ਜਿਹੜਾ ਦਿਨੋ ਦਿਨ ਚੜ੍ਹਦਾ ਜਾਂਦਾ ਸੀ,
ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ 300 ਤੋਂ ਵੀ ਉੱਪਰ ਲੰਘ ਗਈਆਂ ਸੀ। ਅਤੇ ਇਹ ਸਾਡੀ ਕੌਮ ਦੇ ਮੱਥੇ ਦੇ ਉੱਤੇ ਜਿਹੜੀ ਸੂਰਬੀਰਾਂ ਦੀ ਯੋਧਿਆਂ ਦੀ ਕੌਮ ਸੀ ਉਹਦੇ ਮੱਥੇ ਦੇ ਉੱਤੇ ਬੜਾ ਵੱਡਾ ਇੱਕ ਕਲੰਕ ਸੀ। ਇਸ ਕਲੰਕ ਨੂੰ ਧੋਣ ਵਾਸਤੇ ਸਾਡੀ ਕੌਮ ਨੂੰ ਉਠਾਉਣਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਇਕੱਠਾ ਕਰਨਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਲਿਆਉਣਾ ਬੜਾ ਜ਼ਰੂਰੀ ਸੀ। ਅਤੇ ਉਸ ਨੂੰ ਲਿਆਉਣ ਵਾਸਤੇ ਮੈਂ ਇੱਕ ਛੋਟਾ ਜਿਹਾ ਯਤਨ ਕੀਤਾ, ਇਹ ਬਹੁਤਾ ਵੱਡਾ ਯਤਨ ਨਹੀਂ ਗਾ। ਹਾਲਾਂਕਿ ਮੈਨੂੰ ਸਾਰੀ ਕੌਮ ਕਹਿ ਰਹੀ ਸੀ ਵੀ ਜਥੇਦਾਰ ਜੀ ਕੋਈ ਠੋਸ ਪ੍ਰੋਗਰਾਮ ਦਿਓ, ਕੋਈ ਤਿੱਖਾ ਪ੍ਰੋਗਰਾਮ ਦਿਓ, ਕੋਈ ਇਸ ਤਰ੍ਹਾਂ ਗੱਲ ਬਣਨੀ ਨਹੀਂ। ਕਈ ਤਰ੍ਹਾਂ ਦੇ ਵਿਚਾਰ ਮੇਰੇ ਕੰਨਾਂ ਦੇ ਵਿੱਚ ਪੈ ਰਹੇ ਸੀ ਅਤੇ ਮੈਂ ਬਹੁਤ ਸੋਚ ਸਮਝ ਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਦਿੱਤਾ। ਮੇਰੇ ਹਿਸਾਬ ਨਾਲ ਇਹ ਬਹੁਤ ਛੋਟਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਦਾ ਸੰਗਤ ਚਾਹੁੰਦੀ ਸੀ ਮੈਂ ਉਸ ਤਰ੍ਹਾਂ ਦਾ ਨਹੀਂ ਦਿੱਤਾ। ਪਰ ਮੈਂ ਸੋਚਿਆ ਸੀ ਕਿ ਜੇ ਥੋੜ੍ਹਾ ਜਿਹਾ ਨੋਰਮਲ ਜਿਹਾ ਪ੍ਰੋਗਰਾਮ ਅਸੀਂ ਦੇਵਾਂਗੇ ਤਾਂ ਕੌਮ ਇੱਧਰ ਨੂੰ ਵਧੂਗੀ। ਜਦੋਂ ਕੌਮ ਨੇ ਇਹ ਗੱਲ ਸੁਣੀ ਵੀ ਕੋਈ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਅਤੇ ਉਹਨੇ ਸਾਡੀ ਕੌਮ ਨੂੰ ਆਵਾਜ਼ ਮਾਰੀ ਆ, ਉਹਨੇ ਸਾਡੀ ਕੌਮ ਨੂੰ ਇਕੱਠੇ ਹੋਣ ਦੀ ਗੱਲ ਕੀਤੀ ਆ, ਉਹਨੇ ਕੌਮ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਤਾ ਹੈ, ਅਤੇ ਫਿਰ ਕੌਮ ਜਿਹੜੀ ਸੁਭਾਵਿਕ ਹੀ ਉਹ ਘਰਾਂ 'ਚੋਂ ਬਾਹਰ ਆ ਗਈ। ਇਹ ਇੱਕ ਬੜੀ ਵੱਡੀ ਸਾਡੀ ਪ੍ਰਾਪਤੀ ਹੈ। ਮੈਂ ਕਹਿੰਦਾ ਇਹ ਤੋਂ ਵੱਡੀ ਪ੍ਰਾਪਤੀ ਹੋਰ ਨਹੀਂ ਕੋਈ ਹੋ ਸਕਦੀ ਕਿ ਅੱਜ ਲੋਕਾਂ ਨੇ ਪਾਰਟੀਬਾਜ਼ੀ, ਧੜੇਬੰਦੀ, ਮਤਭੇਦ ਜੋ ਵੀ ਸੀ ਆਪਸ ਵਿੱਚ ਸਾਡੇ, ਕਿਸੇ ਨੇ ਨਹੀਂ ਪਾਰਟੀ ਵੇਖੀ ਅਤੇ ਕਿਸੇ ਨੇ ਨਹੀਂ ਧੜਾ ਵੇਖਿਆ ਅਤੇ ਕਿਸੇ ਨੇ ਨਹੀਂ ਵੇਖਿਆ ਵੀ ਕੱਲ੍ਹ ਮੇਰੇ ਇਸ ਬੰਦੇ ਨਾਲ ਕੀ ਮਤਭੇਦ ਸੀ ਅਤੇ ਮੈਂ ਅੱਜ ਕੀ ਕਰਾਂ। ਸਾਰਿਆਂ ਨੂੰ ਥੱਲੇ ਰੱਖ ਕੇ ਲੋਕਾਂ ਨੇ ਇੱਕੋ ਹੀ ਗੱਲ ਆਪਣੇ ਮਨ ਦੇ ਵਿੱਚ ਵਸਾਈ ਵੀ ਸਾਡੇ ਗੁਰੂ ਦਾ ਮਸਲਾ ਹੈ ਅਤੇ ਸਾਡੇ ਕਿਸੇ ਸਿੰਘ ਨੇ ਆਵਾਜ਼ ਮਾਰੀ ਹੈ ਅਤੇ ਸਾਨੂੰ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਅਤੇ ਉਹ ਤੁਹਾਡੇ ਸਾਰਾ ਕੁਛ ਸਾਹਮਣੇ ਆ। ਅਤੇ ਇਹ ਮੈਂ ਸਮਝਦਾ ਕਿ ਜਿਹੜੇ ਮੋਰਚੇ ਹੁੰਦੇ ਆ ਨਾ ਉਹ ਫੈਸਲੇ ਕਰਦੇ, ਇਸ ਮੋਰਚੇ ਨੇ ਫੈਸਲਾ ਕਰ ਦਿੱਤਾ ਸੀ, ਮੋਰਚਾ ਜਿੱਤ ਗਿਆ ਸੀ। ਐਂ ਨਹੀਂ ਹੈਗਾ ਜੇ ਤੁਸੀਂ ਮੈਨੂੰ ਹੁਣ ਪੁੱਛੋਗੇ ਵੀ ਇਹ ਕਦੋਂ ਤੱਕ ਰਹੂਗਾ, ਕਿਵੇਂ ਰਹੂਗਾ, ਕੀ ਇਹਦਾ ਹਿਸਾਬ ਕਿਤਾਬ ਆ, ਮੈਂ ਕਹਿੰਦਾ ਵੀ ਇਹ ਸਮਾਂ ਨਹੀਂ ਹੈਗਾ ਇੱਥੇ ਕੋਈ ਇਹ ਸਮਾਂ ਬਾਉਂਡ ਨਹੀਂ ਕੀਤਾ ਸੀ। ਇਹ ਤਾਂ ਲੜਾਈ ਜਿੱਤਾਂਗੇ ਅਤੇ ਜਦੋਂ ਜਿੱਤ ਦਾ ਝੰਡਾ ਸਾਡਾ ਚੜ੍ਹ ਗਿਆ ਅਤੇ ਫਿਰ ਅਰਦਾਸ ਕਰਕੇ ਫਿਰ ਅਸੀਂ ਇਹ ਅਗਲੀ ਗੱਲ ਕਰਾਂਗੇ। ਸੋ ਇਹ ਗੱਲਬਾਤ ਸੰਖੇਪ ਰੂਪ 'ਚ ਹੀ ਅਸੀਂ ਰੱਖੀ ਹੈ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਨਾਲ, ਕਿਉਂਕਿ ਇੱਥੇ ਸਟੇਜ ਦੀ ਕਾਰਵਾਈ ਚੱਲ ਰਹੀ ਆ, ਜਿਹੜੇ ਪ੍ਰਚਾਰਕ ਨੇ ਉਹ ਕੁਝ ਸਿੰਘ ਜਿਹੜੇ ਧਾਰਨਾਵਾਂ ਨਾਲ ਗਾਉਂਦੇ ਆ, ਕੁਝ ਕੀਰਤਨ ਕਰਦੇ ਆ, ਸਟੇਜ ਦੀ ਕਾਰਵਾਈ ਜਾ ਰਹੀ ਆ, ਬੁਲਾਰੇ ਲੱਗੇ ਹੋਏ ਆ। ਦੂਰੋਂ ਦਰੇਡੇ ਤੋਂ ਸਿੱਖ ਸੰਗਤਾਂ ਇੱਥੇ, ਪੰਜਾਬ ਭਰ ਤੋਂ ਅਤੇ ਹੋਰਾਂ ਸੂਬਿਆਂ ਤੋਂ ਵੀ ਇੱਥੇ ਪਹੁੰਚ ਰਹੀਆਂ। ਸੰਗਤ ਦੇ ਵਿੱਚ ਬੱਚਿਆਂ ਦੀ ਗਿਣਤੀ ਵੀ ਆ, ਬੀਬੀਆਂ ਵੀ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਅੱਧ ਖੜ ਉਮਰ ਦੇ, ਸਾਰੀਆਂ ਹੀ ਉਮਰਾਂ ਦੇ ਪੜਾਅ ਜਿਹੜੇ ਹੁੰਦੇ ਆ ਉਹ ਸਿੱਖ ਸੰਗਤਾਂ ਦੇ ਵਿੱਚ ਸ਼ਾਮਿਲ ਨੇ। ਨੇੜਲਾ ਪਿੰਡ ਆ ਇੱਥੇ ਸਮਾਲਸਰ, ਸਮਾਲਸਰ ਦੇ ਸ਼ਹੀਦ ਹੋਏ ਆ ਭਾਈ ਜੁਗਰਾਜ ਸਿੰਘ ਸਮਾਲਸਰ, ਰੁਮਾਨੀਆ ਕਾਂਡ ਵਾਲੇ, ਉਹਨਾਂ ਦੇ ਨਗਰ ਤੋਂ ਅੱਜ ਇੱਥੇ ਲੰਗਰ ਲੈ ਕੇ ਸਿੱਖ ਸੰਗਤਾਂ ਪਹੁੰਚੀਆਂ ਸਨ। ਤਾਂ ਵੇਖ ਕੇ ਖਿਆਲ ਆਉਂਦਾ ਕਿ ਉਹ ਵਾਸੀ, ਉਸ ਪਿੰਡ ਦੇ ਵਾਸੀ ਜਿਨ੍ਹਾਂ ਨੇ ਆਪਣੇ ਜਿਹੜੇ ਸ਼ਹੀਦ ਕਰਾਏ ਆ ਸਿੰਘ, ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਦੇ ਪਰਿਵਾਰ 'ਚੋਂ ਖੁਦ 3 ਸ਼ਹਾਦਤਾਂ ਜਿਹੜਾ ਇਹਨਾਂ ਦੇ ਮੰਡ ਪਰਿਵਾਰ 'ਚੋਂ ਹੋਈਆਂ, ਰਿਸ਼ਤੇਦਾਰੀਆਂ 'ਚੋਂ ਵੀ ਹੋਰ ਵੀ ਹੋਈਆਂ, ਇਹ ਜਿਹੜੇ ਲੰਮੇ ਸਮੇਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮੇਂ ਤੋਂ ਆਰੰਭ ਹੋਏ ਸੰਘਰਸ਼ ਦੇ ਵਿਚਾਲੇ ਸ਼ਹਾਦਤਾਂ ਦੇਣ ਵਾਲੇ ਜਿਹੜੇ ਲੋਕ ਨੇ, ਇਹ ਉਹਨਾਂ ਦਾ ਸਮੂਹ ਆ, ਇਹ ਜਿਨ੍ਹਾਂ ਨੇ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ ਅਤੇ ਕਿਸੇ ਕੁਰਬਾਨੀ ਤੋਂ ਹਟੇ ਨਹੀਂ। ਇਸ ਮੋਰਚੇ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਖਾਸ ਲੱਗੀ ਕਿ ਖਾਲਿਸਤਾਨ ਦੇ
ਸੰਘਰਸ਼ ਦੇ ਵਿੱਚ ਵਿਚਰਨ ਵਾਲੀਆਂ ਦੋ ਜਥੇਬੰਦੀਆਂ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੋਵੇਂ ਹੀ ਇਸ ਮੋਰਚੇ ਦਾ ਸਪੋਰਟ ਕਰ ਰਹੀਆਂ, ਸਹਿਯੋਗ ਕਰ ਰਹੀਆਂ, ਹਮਾਇਤ ਕਰ ਰਹੀਆਂ ਅਤੇ ਉਹਨਾਂ ਦੇ ਸਿੰਘ ਵੀ ਇੱਥੇ ਪਹੁੰਚੇ ਹੋਏ ਆ। ਇਸ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਹਾਜ਼ਰੀ ਲਵਾ ਕੇ ਗਏ। ਇਸ ਤੋਂ ਇਲਾਵਾ ਅਖੰਡ ਕੀਰਤਨੀ ਜਥਾ, ਕੁੱਲ ਮਿਲਾ ਕੇ ਪੰਥ ਦੀਆਂ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ, ਛੋਟੀਆਂ ਹੋਣ ਵੱਡੀਆਂ ਹੋਣ, ਉਹ ਇੱਥੇ ਪਹੁੰਚ ਕੇ ਹਾਜ਼ਰੀਆਂ ਲਵਾ ਰਹੀਆਂ। ਜਥੇਦਾਰ ਮੰਡ ਹੋਣਾ ਦਾ ਕਹਿਣਾ ਕਿ ਇਹ ਜਿਹੜਾ ਮੋਰਚਾ ਵਾ, ਅਸੀਂ ਕੋਈ ਟਾਈਮ ਬਾਉਂਡ ਨਹੀਂ ਕੀਤਾ, ਕੋਈ ਇਹ ਅਣਮਿੱਥੇ ਸਮੇਂ ਲਈ ਆ, ਅਸੀਂ ਜਿੱਤ ਦੀ ਜਿਹੜੀ ਆ ਅਰਦਾਸ ਆ ਉਹ ਕਰਕੇ ਉੱਠਾਂਗੇ, ਉਸ ਤੋਂ ਪਹਿਲਾਂ ਨਹੀਂ ਇੱਥੋਂ ਉੱਠਣ ਵਾਲੇ। ਸੋ ਇਸ ਤੋਂ ਇਲਾਵਾ ਇੱਥੇ ਮੋਰਚੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਪੰਜ ਸਿੰਘ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਰਤਰਫ ਕਰ ਦਿੱਤਾ ਗਿਆ ਸੀ 2015 ਦੇ ਵਿੱਚ, ਉਹ ਵੀ ਹਾਜ਼ਰੀ ਲਵਾ ਕੇ ਗਏ ਆ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਜਿਹੜੀਆਂ ਪਹੁੰਚ ਰਹੀਆਂ ਹੋਈਆਂ ਅਤੇ ਜਿਹੜਾ ਮੋਰਚਾ ਵਾ ਬਰਗਾੜੀ ਦੇ ਵਿੱਚ ਜਾਰੀ ਆ। ਹੁਣ ਆਪਾਂ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ ਅਗਲੇ ਭਾਗ ਦੇ ਵਿੱਚ ਗੱਲਬਾਤ ਕਰਦੇ ਹਾਂ। ਬਰਗਾੜੀ ਮੋਰਚੇ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਇਸ ਵੇਲੇ ਸਾਡੇ ਨਾਲ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਜਥੇਦਾਰ ਸਾਹਿਬ, ਪਹਿਲਾ ਸਵਾਲ ਇਹ ਆ ਕਿ ਤੁਹਾਡੀ ਇੱਕ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ, ਉਸ ਦਾ ਨਤੀਜਾ ਕੀ ਰਿਹਾ? ਦੇਖੋ, ਪੰਜਾਬ ਸਰਕਾਰ ਆਈ ਨੂੰ, ਜਿਹੜੀ ਹੁਣ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਤਕਰੀਬਨ 14-15 ਮਹੀਨੇ ਹੋ ਗਏ। ਉਹਨਾਂ ਦੇ ਵੱਲੋਂ ਇੱਕ ਕਮਿਸ਼ਨ ਬਿਠਾਇਆ ਗਿਆ ਸੀ, ਉਹਨੂੰ ਵੀ 6 ਮਹੀਨੇ ਦਾ ਟਾਈਮ ਦਿੱਤਾ ਸੀਗਾ। ਉਹਨਾਂ ਨੇ ਵੀ, ਮੈਂ ਸਮਝਦਾ ਕਿ ਇਸ ਸੰਬੰਧ ਦੇ ਵਿੱਚ ਅੱਜ ਤੱਕ ਸਿੱਖ ਸੰਗਤਾਂ ਦੇ ਸਾਹਮਣੇ ਆਪਣੇ ਵਾਅਦਿਆਂ ਅਨੁਸਾਰ ਕੁਛ ਵੀ ਨਹੀਂ ਕੀਤਾ। ਬਰਗਾੜੀ ਦੇ ਸੰਬੰਧ, ਬਹਿਬਲ ਦੇ ਸੰਬੰਧ ਵਿੱਚ, ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਸੰਬੰਧ ਵਿੱਚ, ਜਿਹੜਾ ਕਿ ਉਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਇਹਨਾਂ ਸਾਰੇ ਮਸਲਿਆਂ ਦਾ ਹੱਲ ਦਿਆਂਗਾ। ਅਖੀਰ ਜਦੋਂ ਕੋਈ ਗੱਲਬਾਤ ਨਾ ਹੋਈ, ਪਿਛਲੇ ਸਾਲ ਵੀ ਇੱਕ ਜਿਹੜਾ ਸੀਗਾ, ਅਸੀਂ ਸੰਕੇਤ ਮਾਤਰ ਜਿਹੜਾ ਸੀ ਰੋਸ ਮੁਜ਼ਾਹਰਾ ਕੀਤਾ ਸੀ ਕੋਟਕਪੂਰਾ ਚੌਂਕ 'ਚ ਕਾਲੀਆਂ ਝੰਡੀਆਂ ਦੇ ਨਾਲ। ਉਸ ਤੋਂ ਬਾਅਦ ਜਿਹੜਾ ਸੀ, ਹੁਣ 1 ਜੂਨ ਆ ਗਈ, 3 ਸਾਲ ਹੋ ਗਏ ਆ। ਪਿਛਲੇ ਸਾਲ ਵੀ ਇੱਥੇ 1 ਜੂਨ ਦਾ ਇਕੱਠ ਸੀ, ਉਦੋਂ ਪਿਛਲੇ ਸਾਲ ਵੀ 1 ਜੂਨ ਦਾ ਇਕੱਠ ਰੱਖਿਆ ਸੀਗਾ, ਪਰ ਇਸ ਵਾਰ ਅਸੀਂ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ ਸੀਗਾ ਵੀ ਇੱਥੋਂ ਪ੍ਰੋਗਰਾਮ ਇਸ ਤਰ੍ਹਾਂ ਦਾ ਅਨਾਊਂਸ ਹੋਊਗਾ ਵੀ ਸਰਕਾਰ ਨੂੰ ਹੱਲ ਕਰਨਾ ਪਊਗਾ। ਅਤੇ 1 ਜੂਨ ਨੂੰ ਜਦੋਂ ਇੱਥੇ ਸਿੱਖ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ, ਔਰ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਇੱਥੇ ਮੰਚ 'ਤੇ ਜਥੇਦਾਰਾਂ ਦੇ ਸੱਦੇ 'ਤੇ ਇਕੱਠੀਆਂ ਹੋਈਆਂ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕੀਤੀ, ਤਾਂ ਉਸੇ ਦਿਨ ਹੀ DC ਔਰ SSP ਜੋ ਫਰੀਦਕੋਟ ਦੇ, ਉਹ ਸਾਡੇ ਕੋਲ ਸ਼ਾਮ ਨੂੰ ਇੱਥੇ ਪਹੁੰਚ ਗਏ। ਉਹ ਧਰਨਾ ਆ ਜਿਹੜਾ ਮੁਜ਼ਾਹਰਾ ਸੀਗਾ ਸਾਡਾ, ਜੋ ਮੋਰਚਾ ਸੀ ਇਨਸਾਫ਼ ਮੋਰਚਾ, ਇਹਨੂੰ ਉਠਾਉਣ ਵਾਸਤੇ ਆਏ ਸੀ, ਪਰ ਜਦੋਂ ਅਸੀਂ ਉਹਨਾਂ ਨੂੰ ਆਪਣੀਆਂ ਗੱਲਾਂ ਦੱਸੀਆਂ, ਉਹਨਾਂ ਕੋਲ ਜਵਾਬ ਨਹੀਂ ਸੀ। ਉਹ ਕਹਿੰਦੇ ਅਸੀਂ ਸਰਕਾਰ ਨਾਲ ਗੱਲ ਕਰਾਂਗੇ। ਅਗਲੇ ਦਿਨ ਜਿਹੜੇ ਇਸ ਰੇਂਜ ਦੇ IG ਆ, GS ਢਿੱਲੋਂ, ਉਹ ਆ ਗਏ। ਉਹਨਾਂ ਨੇ ਆ ਕੇ ਜਿਹੜਾ ਸੀਗਾ ਮੋਰਚਾ ਉਠਾਉਣ ਦੀ ਗੱਲ ਕੀਤੀ, ਪਰ ਜਦੋਂ ਅਸੀਂ ਮੰਗਾਂ ਕੀਤੀਆਂ ਉਹਨਾਂ ਦੇ ਸਾਹਮਣੇ, ਤਾਂ ਜੋ ਉਹਨਾਂ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਸੀ। ਤਾਂ ਫਿਰ ਤੀਸਰੇ ਦਿਨ ਜਿਹੜਾ ਸੀ, ਉਹ ਕੈਬਨਿਟ ਮਿਨਿਸਟਰ ਜੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ MLA ਲੈ ਕੇ ਇੱਥੇ ਪਹੁੰਚੇ ਨਾਲ, ਉਹਨਾਂ ਨਾਲ ਵੀ ਜਿਹੜੀ ਗੱਲਬਾਤ ਸੀਗੀ ਹੋਈ, ਉਹਨਾਂ ਕੋਲ ਵੀ ਇਹਨਾਂ ਮੰਗਾਂ ਦਾ ਜਵਾਬ ਨਹੀਂ। ਸਰਕਾਰ ਚੱਲ ਕੇ ਆਈ ਬਰਗਾੜੀ ਦੀ ਧਰਤੀ 'ਤੇ, ਕੈਬਨਿਟ ਮਿਨਿਸਟਰ ਵੀ ਸਰਕਾਰ ਹੁੰਦਾ, ਸਰਕਾਰ ਇੱਥੇ ਆਈ ਚੱਲ ਕੇ, ਬਕਾਇਦਾ ਜੋ ਜਥੇਦਾਰ ਸਾਹਿਬ ਨੇ ਕਿਹਾ ਸੀ ਸਰਕਾਰ ਇੱਥੇ ਚੱਲ ਕੇ ਆਊਗੀ, ਉਹਨਾਂ ਕੋਲ ਵੀ ਸਾਡੀਆਂ ਮੰਗਾਂ ਦਾ ਜਵਾਬ ਨਹੀਂ ਸੀ। ਅਤੇ ਉਹਨਾਂ ਨੇ ਬਕਾਇਦਾ ਮੀਡੀਆ 'ਚ ਇਸ ਗੱਲ ਦੀ ਮੁਆਫ਼ੀ, ਜਦੋਂ ਇੱਥੇ ਆਏ ਉਹਨਾਂ ਨੇ ਕਿਹਾ, ਪਹਿਲਾਂ ਤਾਂ ਅਰਦਾਸ ਕੀਤੀ ਕਿ ਤੁਹਾਡੀਆਂ ਮੰਗਾਂ ਜਾਇਜ਼ ਆ ਅਤੇ ਗੁਰੂ ਤੁਹਾਡੇ ਮੋਰਚੇ ਨੂੰ ਸਫਲ ਕਰੇ।
ਮੈਂ ਅਰਦਾਸ ਕਰਦਾ। ਫਿਰ ਉਹਨਾਂ ਨੇ, ਮੈਂ ਅਗਲੀ ਗੱਲ 'ਤੇ ਤੁਹਾਡੇ ਜਵਾਬ 'ਤੇ ਆਉਣਾ ਚਾਹੁੰਦਾ ਕਿ ਫਿਰ ਉਹਨਾਂ ਨੇ ਜਿਹੜਾ ਸੀਗਾ ਗੱਲਬਾਤ ਦੇ ਵਿੱਚ, ਉਸ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਸਾਡੇ ਕੋਲ ਕਮੀ ਰਹੀ ਆ, ਅਸੀਂ ਮੁਆਫ਼ੀ ਮੰਗਦੇ ਹਾਂ, ਦੇਰੀ ਹੋਈ ਆ, ਮੰਗਾਂ ਇਹਨਾਂ ਦੀਆਂ ਜਾਇਜ਼ ਆ, ਅਮਨ ਕਾਨੂੰਨ ਦੇ ਨਾਲ ਬੜਾ ਪੁਰਅਮਨ ਤਰੀਕੇ ਨਾਲ ਸ਼ਾਂਤਮਈ ਇਹਨਾਂ ਦਾ ਪ੍ਰੋਟੈਸਟ ਜਿਹੜਾ ਮੋਰਚਾ ਇਨਸਾਫ਼ ਮੋਰਚਾ ਚੱਲ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਸੱਦਾ ਦਿੱਤਾ ਚੰਡੀਗੜ੍ਹ, ਪੰਜਾਬ ਭਵਨ, ਪੰਜਾਬ ਭਵਨ ਪੰਜਾਬ ਦਾ ਸਾਂਝਾ ਵਾ, ਉੱਥੇ ਮੁੱਖ ਮੰਤਰੀ ਸਾਹਿਬ ਆਏ, ਉੱਥੇ ਹੀ ਅਸੀਂ ਸਾਰੇ ਗਏ, ਜੋ ਮੇਰੇ ਨਾਲ ਵਫਦ ਸੀਗਾ ਜਥੇਦਾਰ ਸਾਹਿਬ ਨੇ ਭੇਜਿਆ, ਤਾਂ ਉੱਥੇ ਬੈਠ ਕੇ ਬਕਾਇਦਾ ਉਹਨਾਂ ਦੇ ਕੈਬਨਿਟ ਮਿਨਿਸਟਰ ਸੀ, 3 MLA ਸੀ, USD ਸੀ, ਉਹਨਾਂ ਦੇ ਔਫਿਸਰ ਸੀਗੇ ਇੰਟੈਲੀਜੈਂਸੀ ਦੇ, ਦਿਨਕਰ ਗੁਪਤਾ ਜੀ ਔਰ ਵਰਿੰਦਰ ਕੁਮਾਰ ਜੀ, ਉਹਨਾਂ ਨਾਲ ਬੜੀ ਡਿਟੇਲ 'ਚ ਸਾਡੀ ਗੱਲਬਾਤ ਹੋਈ। ਤਾਂ ਗੱਲਬਾਤ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ, ਬੇਅਦਬੀ ਦਾ, ਬਹਿਬਲ ਦਾ ਸਾਰਾ ਕੁਝ ਦੱਸਿਆ, ਤਾਂ ਮੁੱਖ ਮੰਤਰੀ ਨੇ ਕਿਹਾ ਇਹ ਮੰਗਾਂ ਤਾਂ ਮੇਰੀਆਂ ਸੀ, ਅਤੇ ਅਸੀਂ ਕਿਹਾ ਅਸੀਂ ਤੁਹਾਨੂੰ ਚੇਤਾ ਹੀ ਤਾਂ ਕਰਾ ਰਹੇ ਹਾਂ ਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਇਹ ਕੁਝ ਕਿਹਾ ਸੀਗਾ, ਅਤੇ ਇਹਨੂੰ ਜਿਹੜਾ ਹੈਗਾ ਹੁਣ ਤੁਰੰਤ ਜਿਹੜਾ ਇਹਨਾਂ ਨੂੰ ਹੱਲ ਕਰੋ, ਅਤੇ ਉਹਨਾਂ ਨੇ ਤੁਰੰਤ ਜਿਹੜਾ ਸੀਗਾ ਉੱਥੇ ਅਫਸਰਾਂ ਨੂੰ ਆਰਡਰ ਕੀਤੇ ਵੀ ਇਹਨਾਂ ਮਸਲਿਆਂ ਦਾ ਹੱਲ ਚਾਹੀਦਾ, ਕਿ ਜੋ ਇਹ ਕਹਿ ਰਹੇ ਇਹਨਾਂ ਦੀਆਂ ਮੰਗਾਂ ਜਾਇਜ਼ ਆ, ਕੋਈ ਨਜਾਇਜ਼ ਨਹੀਂ ਆ, ਜੋ ਕਮਿਸ਼ਨ ਬਣਿਆ ਸੀ ਜਸਟਿਸ ਰਣਜੀਤ ਸਿੰਘ ਦਾ, ਉਹਦੀ ਰਿਪੋਰਟ ਨੂੰ ਜਲਦੀ ਜਨਤਕ ਕਰੋ ਵੀ ਕਿ ਉਹ ਕਹਿੰਦੇ ਜਸਟਿਸ ਸਾਹਿਬ ਨੇ 1 ਮਹੀਨੇ ਦਾ ਸਮਾਂ ਮੰਗਿਆ, ਤਾਂ ਅਸੀਂ ਕਿਹਾ ਵੀ 1 ਮਹੀਨਾ ਬਹੁਤ ਆ, ਹੁਣ ਮਹੀਨਾ ਨਹੀਂ, ਹੁਣ 2 ਭਾਗਾਂ ਦੇ ਵਿੱਚ ਰਿਪੋਰਟ ਨੂੰ ਕਰ ਦਿਓ, ਜਿਹੜੀ ਬਰਗਾੜੀ ਅਤੇ ਬਹਿਬਲ ਦੀ ਰਿਪੋਰਟ ਆ ਉਹ ਪਹਿਲਾਂ ਦੇ ਦਿਓ, ਜਿਹੜੀਆਂ ਬਾਅਦ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਦੀ ਰਿਪੋਰਟ ਬਾਅਦ 'ਚ ਦੇ ਦਿਓ, ਉਹ ਇਕੱਠੀ ਦੇਣਾ ਚਾਹੁੰਦੇ ਸੀ। ਤਾਂ ਹੁਣ ਉਹਨਾਂ ਨੇ ਜਿਹੜਾ ਤੁਰੰਤ ਜਿਹੜੀ ਸਾਡੀ ਗੱਲਬਾਤ ਹੋਈ ਆ ਬਕਾਇਦਾ, ਗੱਲਬਾਤ ਦੇ ਵਿੱਚ ਉਹਨਾਂ ਨੇ ਔਫਿਸਰਾਂ ਨੂੰ ਸਾਡੇ ਸਾਹਮਣੇ ਜਿਹੜੇ ਆ ਉਹ ਹੁਕਮ ਕੀਤੇ ਆ। ਮੈਂ ਸਮਝਦਾ ਕਿ ਜੇਕਰ ਉਹਨਾਂ ਹੁਕਮਾਂ 'ਤੇ ਕੰਮ ਹੋਵੇ ਤਾਂ ਸਾਨੂੰ ਤੁਰੰਤ ਜਿਹੜਾ ਇਹਦਾ ਰਿਜ਼ਲਟ ਆ 2-4 ਦਿਨਾਂ 'ਚ ਮਿਲੂਗਾ, ਜੇ ਨੀਅਤ ਸਰਕਾਰ ਦੀ ਸਾਫ਼ ਹੋਈ। ਇਹ ਨਹੀਂ ਵੀ ਸਾਡੇ ਸਾਹਮਣੇ ਹੁਕਮ ਕਰ ਦਿੱਤਾ ਅਤੇ ਬਾਅਦ ਵਿੱਚ ਜਿਹੜਾ ਹੈਗਾ ਕੁਛ ਹੋਰ ਹੋਵੇ। ਜੇਕਰ ਜੋ ਸਾਡੇ ਸਾਹਮਣੇ ਹੁਕਮ ਕੀਤੇ ਆ ਮੀਟਿੰਗ ਦੇ ਵਿੱਚ ਔਫਿਸਰਾਂ ਨੂੰ ਮੁੱਖ ਮੰਤਰੀ ਪੰਜਾਬ ਨੇ, ਤਾਂ ਉਹਦੇ ਅਨੁਸਾਰ ਸਾਨੂੰ ਲੱਗਦਾ ਵੀ 2-4 ਦਿਨਾਂ ਦੇ ਵਿੱਚ ਕੋਈ ਹੱਲ ਜਿਹੜਾ ਉਹ ਸਾਡੇ ਸਾਹਮਣੇ ਆਊਗਾ। ਇੰਝ ਪੁੱਛਣਾ ਹੋਵੇ ਕਿ ਗੱਲਬਾਤ ਤੌਰ 'ਤੇ ਜਿਹੜੀ ਮੀਟਿੰਗ ਆ ਉਹ ਸਫਲ ਰਹੀ, ਨਤੀਜਿਆਂ ਨੇ ਅਜੇ ਇਸ ਨੂੰ ਸਫਲ ਜਿਹੜਾ ਵਾ ਉਹਦੀ ਮੋਹਰ ਲੱਗਣੀ ਬਾਕੀ ਆ? ਇੰਝ ਆ, ਅਸੀਂ ਉਹਨਾਂ ਚਿਰ ਨਹੀਂ ਮੰਨਦੇ। ਦੇਖੋ, ਉਹਨਾਂ ਨੇ ਸਾਨੂੰ ਸੱਦਾ ਦਿੱਤਾ, ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੇ। ਸਾਡਾ ਇਨਸਾਫ਼ ਮੋਰਚਾ ਵੀ ਚੱਲ ਰਿਹਾ, ਗੱਲਬਾਤ ਵੀ ਚੱਲ ਰਹੀ, ਕੋਈ ਔਫਿਸਰ ਆਵੇ, ਕੋਈ ਮੰਤਰੀ ਆਵੇ, ਮੁੱਖ ਮੰਤਰੀ ਨਾਲ ਵੀ ਗੱਲਬਾਤ ਹੋਈ, ਉਹਨਾਂ ਦੇ ਔਫਿਸਰਾਂ ਨਾਲ ਵੀ ਹੋਈ ਆ, ਕਿਉਂਕਿ ਅਕਸਰ ਗੱਲਬਾਤ ਦੇ ਨਾਲ ਹੀ ਜਿਹੜਾ ਹੈ ਹੱਲ ਹੁੰਦਾ। ਜੋ ਸਾਡੀਆਂ ਮੰਗਾਂ ਨੇ ਹੀ ਸਰਕਾਰ ਦੇ ਸਾਹਮਣੇ ਰੱਖੀਆਂ ਨੇ, ਸਰਕਾਰ ਨੇ ਵੀ, ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਜਿਹੜਾ ਸਾਡੇ ਅਧਿਕਾਰ ਖੇਤਰ 'ਚ ਅਸੀਂ ਕਰਾਂਗੇ, ਜਿਹੜਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਆ, ਮੈਨੂੰ ਫਾਈਲਾਂ ਦਿਓ। ਅਫਸਰਾਂ ਦੀ ਡਿਊਟੀ ਲਗਾਈ ਉਹਨਾਂ ਨੇ ਬਕਾਇਦਾ ਕਿ ਉਹ ਮੈਨੂੰ ਫਾਈਲਾਂ ਦਿਓ, ਉਹਦੀ ਮੈਂ ਪ੍ਰਧਾਨ ਮੰਤਰੀ ਦੇ ਨਾਲ, ਗ੍ਰਹਿ ਮੰਤਰੀ ਦੇ ਨਾਲ, ਜਿਹੜਾ ਹੈਗਾ ਹੋਮ ਮਿਨਿਸਟਰ ਦੇ ਨਾਲ ਗੱਲ ਕਰਾਂਗਾ। ਅਤੇ ਸਾਨੂੰ ਪਤਾ ਲੱਗਿਆ ਵੀ 16-17 ਤਰੀਕ ਦਾ ਸ਼ਾਇਦ ਉਹਨਾਂ ਨੇ ਸਮਾਂ ਵੀ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਨੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੋਂ ਇਸ ਮਸਲੇ 'ਤੇ ਲੈ ਲਿਆ ਕਿ ਉਹ ਜਿਹੜੇ ਮਸਲੇ ਕੇਂਦਰ ਸਰਕਾਰ ਦੇ ਦਾਇਰੇ 'ਚ ਆਉਂਦੇ ਆ ਵੀ ਉਹ ਵੀ ਹੱਲ ਕੀਤੇ ਜਾਣ। ਮੈਂ ਜਿਹੜਾ ਸਵਾਲ ਪੁੱਛਣਾ ਸੀ ਵਿਚਾਲੇ ਉਹ ਇਹੀ ਆ ਕਿ ਜਦੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇੱਥੇ ਆਏ, ਪੰਜਾਬ ਦੇ ਉਹ ਇੱਕ ਖਾਸੇ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਆ, ਉਹਨਾਂ ਜਦੋਂ ਇੱਥੇ ਗੱਲ ਕਹੀ ਆ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ, ਉਹ ਨਾ ਉਸ ਮੰਗ ਨੂੰ ਵੀ ਜਾਇਜ਼ ਸਮਝਿਆ ਵਾ ਜਿਹਦੇ ਵਿੱਚ ਬੰਦੀ ਸਿੰਘਾਂ ਦੀ ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈ ਦੀ ਗੱਲ ਆ, ਉਸ ਗੱਲ ਨੂੰ ਵੀ ਸਰਕਾਰ ਦੇ ਨੁਮਾਇੰਦੇ ਵਜੋਂ ਉਹ ਜਾਇਜ਼ ਮੰਨ ਰਹੇ ਆ? ਦੇਖੋ, ਕੈਬਨਿਟ ਮਿਨਿਸਟਰ ਦੀ ਗੱਲ ਤਾਂ ਹੇਠਾਂ ਰਹਿ ਗਈ, ਮੁੱਖ ਮੰਤਰੀ ਪੰਜਾਬ ਨੇ ਖੁਦ ਕਿਹਾ ਜਦੋਂ ਸਾਡੀ ਮੀਟਿੰਗ ਹੋਈ ਆ, ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਜਿਸ ਵੇਲੇ 1984 'ਚ ਇਸ ਤਰ੍ਹਾਂ ਦੇ ਹਾਲਾਤ ਸੀ, ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਇਆ, ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ, ਗੁਰਧਾਮਾਂ ਦੇ ਜਿਹੜੇ ਸੀਗਾ ਹਮਲੇ ਹੋਏ ਹੋਰਾਂ 'ਤੇ, ਅਤੇ ਨੌਜਵਾਨ ਜਿਹੜੇ ਸੀਗੇ ਉਹ ਅਣਖਾਣ ਦੀ ਲੜਾਈ ਉਹਨਾਂ ਨੇ ਲੜੀ ਆ,
ਉਹ ਕੋਈ ਸਾਡੇ ਕ੍ਰਿਮੀਨਲ ਨਹੀਂ ਹੈ ਜਿਹੜੇ ਸਿੱਖ ਬੰਦੀ ਨੇ। ਹਾਂ, ਉਹਨਾਂ ਨੇ ਰਾਸੀ ਲੜਾਈ ਲੜੀ ਔਰ ਉਹ ਹਾਲਾਤਾਂ ਅਨੁਸਾਰ ਸੀਗਾ। ਅਤੇ ਕੈਬਨਿਟ ਮੰਤਰੀ ਦੀ ਗੱਲ ਛੱਡੋ, ਮੁੱਖ ਮੰਤਰੀ ਨੇ ਕਿਹਾ ਵੀ ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ, ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ। ਫਿਰ ਰੋਕ ਕਿੱਥੇ ਆ, 14 ਮਹੀਨੇ ਲੰਘੇ। ਹਾਂ ਬਿਲਕੁਲ, ਇਹ ਜਿਹੜੀ ਗੱਲ ਆ ਉਹਨਾਂ ਨੇ ਮੰਨੀ ਆ ਕਿ ਸਾਡੇ ਕੋਲ ਡਿਲੇਅ ਹੋਇਆ ਵਾ, ਅਤੇ ਅਸੀਂ ਜਿਹੜਾ ਹੈਗਾ ਇਹਨੂੰ ਤੁਰੰਤ ਸਾਡੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ 3 ਭਾਗ ਨੇ ਸਾਡੇ। ਇੱਕ ਤਾਂ ਹੈ ਜਿਹੜਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ, ਇੱਕ ਹੈ ਜਿਨ੍ਹਾਂ 'ਤੇ ਕੋਈ ਕੇਸ ਵੀ ਚੱਲਦੇ ਆ ਅਤੇ ਲੰਬੀਆਂ ਸਜ਼ਾਵਾਂ ਭੁਗਤ ਰਹੇ ਆ ਉਹਨਾਂ ਦੀ ਪਰੋਲ, ਅਤੇ ਤੀਸਰਾ ਹੈਗਾ ਜਿਹੜੇ ਅਦਰ ਸਟੇਟਾਂ ਹੋਰ ਸਟੇਟਾਂ ਦੇ ਵਿੱਚ ਸਾਡੇ ਬੰਦੀ ਸਿੰਘ ਆ ਉਹਨਾਂ 'ਤੇ ਕੇਸ ਕੋਈ ਨਹੀਂ ਉਹਨਾਂ ਸਟੇਟਾਂ ਦਾ, ਚਾਹੇ ਉਹ ਰਾਜਸਥਾਨ ਹੈ ਚਾਹੇ ਉਹ ਦਿੱਲੀ ਹੈ ਚਾਹੇ ਯੂਪੀ ਆ, ਉਹਨਾਂ ਦੀ ਪੰਜਾਬ ਦੇ ਵਿੱਚ ਤਬਦੀਲੀ ਆਪਣੀ ਸਟੇਟ ਦੇ ਅੰਦਰ, ਇਹ ਬਾਏ ਕਾਨੂੰਨ ਸਾਡੀ ਕਾਨੂੰਨ ਮੰਗ ਆ। ਬੰਦੀ ਸਿੰਘਾਂ ਦੀ ਗੱਲ ਹੈ, ਕੀ ਤੁਸੀਂ ਸਰਕਾਰ ਨੂੰ ਲਿਸਟ ਸੌਂਪ ਚੁੱਕੇ ਹੋ ਕਿ ਅਜੇ ਸੂਚੀ ਦੇਣੀ ਆ? ਦੇਖੋ, 20 ਜਣਿਆਂ ਦੀ ਸੂਚੀ ਤਾਂ ਅਸੀਂ ਦੇ ਦਿੱਤੀ ਸੀਗੀ, ਬਾਕੀ ਉਹਨਾਂ ਨੇ ਕਿਹਾ ਵੀ ਤੁਹਾਡੀ ਜਿਹੜੀ ਟੀਮ ਆ ਉਹ ਗੱਲਬਾਤ ਸਾਡੇ ਨਾਲ ਕਰੇ, ਅਤੇ ਅਸੀਂ ਜਿਹੜੇ ਬਾਕੀ ਵੀ ਹੋਰ ਕੈਦੀ ਆ ਫਾਈਲਾਂ ਅਨੁਸਾਰ ਉਹਨਾਂ ਅਸੀਂ ਵਕੀਲਾਂ ਦੀ ਡਿਊਟੀ ਵੀ ਲਾਈ ਆ, ਕੁਝ ਅਸੀਂ ਗੱਲਬਾਤ ਜਿਹੜਾ ਹੈਗਾ ਉਹ ਗੱਲਬਾਤ ਵੀ ਕਰਨਗੇ ਆਫੀਸਰਾਂ ਦੇ ਨਾਲ, ਉਹ ਸਾਨੂੰ ਪੁੱਛਦੇ ਵੀ ਆ ਵੀ ਦੱਸੋ ਕਿਹੜਾ ਕਿਹੜਾ। ਇੱਕ ਲਿਸਟ ਅਸੀਂ ਦਿੱਤੀ ਵੀ ਆ ਉਹ ਮੁੱਖ ਮੰਤਰੀ ਕੋਲ ਵੀ, ਉਹਨਾਂ ਦੇ ਕੈਬਨਿਟ ਮੰਤਰੀ ਕੋਲ ਵੀ, ਉਹਨਾਂ ਦੀ ਇੰਟੈਲੀਜੈਂਸੀ ADGP ਜਿਹੜੇ DGP ਸੀਗੇ ਉਹਨਾਂ ਕੋਲ ਵੀ, ਤੋ ਅਸੀਂ ਲਿਸਟ ਦੇ ਵੀ ਚੁੱਕੇ ਹਾਂ। ਜਿੱਦਾਂ ਉਹ ਸਾਨੂੰ ਪੁੱਛਣਗੇ ਉਸੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਲਿਸਟ ਜਿਹੜੀ ਆ ਉਹ ਦੇ ਰਹੇ ਹਾਂ, ਔਰ ਉਹਦੇ 'ਤੇ ਵਰਕ ਵੀ ਸਾਡੀ ਜੋ ਜਾਣਕਾਰੀ ਆ ਉਹਦੇ ਅਨੁਸਾਰ ਉਹਦੇ 'ਤੇ ਵਰਕ ਵੀ ਹੋ ਰਿਹਾ ਵਾ, ਪਰ ਜਿੰਨਾ ਚਿਰ ਰਿਜ਼ਲਟ ਨਹੀਂ ਸਾਹਮਣੇ ਆ ਜਾਂਦਾ ਉਹਨਾਂ ਚਿਰ ਅਸੀਂ ਅਜੇ ਤਸੱਲੀ ਨਹੀਂ ਲੈਂਦੇ। ਬੇਅਦਬੀ ਨਾਲ ਜੁੜਿਆ ਹੋਇਆ ਇੱਕ ਸਵਾਲ ਆ ਕਿ ਜਿਹੜਾ ਇਹ ਮੋਰਚਾ ਜਾਰੀ ਆ ਬਰਗਾੜੀ ਦਾ ਮੋਰਚਾ, ਕੀ ਇਹ ਮੋਰਚਾ ਸਿਰਫ ਇੱਥੇ ਵਾਲੀ ਜਿਹੜੀ ਬੇਅਦਬੀ ਦੀ ਘਟਨਾ ਉਹਦੇ ਤੱਕ ਸੀਮਤ ਆ ਕਿ ਪੰਜਾਬ ਭਰ ਦੇ ਜਿੱਥੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ? ਦੇਖੋ, ਪਹਿਲੀ ਗੱਲ ਤਾਂ ਇਹ ਮੇਨ ਮੁੱਖ ਜਿਹੜਾ ਸੀ ਨਾ ਬਰਗਾੜੀ ਕਾਂਡ ਜਿਹੜਾ ਸੀ, ਮਸ਼ਹੂਰ ਹੋਇਆ ਕਿ ਬਰਗਾੜੀ ਕਾਂਡ, ਗੱਲ ਬਰਗਾੜੀ ਤੋਂ ਬੁਰਜਵਾਹਰ ਸਿੰਘ ਵਾਲਾ ਤੋਂ ਚੱਲੀ ਸੀ, ਅਤੇ ਅਸੀਂ ਸਮਝਦੇ ਹਾਂ ਵੀ ਜੇ ਬਰਗਾੜੀ ਵਾਲਾ ਮਸਲਾ ਹੱਲ ਹੋ ਗਿਆ ਤਾਂ ਸਾਰੇ ਹੀ ਹੋ ਜਾਣੇ ਆ, ਫਿਰ ਸਾਰੀ ਕਹਾਣੀ ਜਿਹੜੀ ਆ ਸਾਹਮਣੇ ਆ ਜਾਣੀ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨਾਂ ਸਾਰੀਆਂ ਬੇਅਦਬੀਆਂ ਪਿੱਛੇ ਡੇਰਾ ਸਰਸਾ ਮੁਖੀ ਦਾ ਹੱਥ ਆ, ਗੁਰਮੀਤ ਰਾਮ ਰਹੀਮ ਦਾ, ਉਹਦੇ ਪੈਰੋਕਾਰ, ਜਿੱਥੇ ਬੇਅਦਬੀ ਹੁੰਦੀ ਉਹਦੇ ਔੜ ਬੰਬ ਧਮਾਕਾ ਹੋਇਆ ਉਹਦੇ 'ਚ ਡੇਰੇ ਵਾਲੇ ਦੇ ਪੈਰੋਕਾਰ, ਪੁਲਿਸ ਦੀ ਜਾਂਚ ਜਿਹੜੀ ਉਹ ਕਾਰ ਜਿਹੜੀ ਸੀ ਉਹਦੇ ਵਰਕਸ਼ਾਪ 'ਚ ਮੋਡੀਫਾਈ ਹੋਈ, ਰੈੱਡ ਤੋਂ ਵਾਈਟ ਕੀਤੀ, ਉਹਦੇ ਬੰਦੇ ਜਿਹੜੇ ਸੀ ਉਹਨਾਂ ਦੇ 164 'ਤੇ ਬਿਆਨ ਹੋਏ ਹੁਣ, ਫਿਰ ਜਿਹੜੀ ਬਰਗਾੜੀ ਸੀ ਇੱਥੇ ਪੋਸਟਰ ਉਹਦੇ ਪੈਰੋਕਾਰਾਂ ਨੇ ਲਾਏ, ਫਿਰ ਜਿਹੜੀ ਭੁੰਦੜ 'ਚ ਹੁਣ ਘਟਨਾ ਵਾਪਰੀ ਆ ਉਹਦੇ 'ਚ ਡੇਰਾ ਪ੍ਰੇਮੀ ਆ ਉਹ ਡੇਰੇ ਦਾ ਪੈਰੋਕਾਰ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨਾਂ ਨੂੰ ਫੜ ਲਓ, ਜੇ ਪੱਕਾ ਹੀ ਹੱਲ ਕੱਢਣਾ ਅਤੇ ਰੋਹਤਕ ਦੀ ਸਨਾਰੀਆ ਜੇਲ੍ਹ ਦੇ ਵਿੱਚੋਂ ਗੁਰਮੀਤ ਰਾਮ ਰਹੀਮ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਓ, ਪੰਜਾਬ ਦੇ ਕਿਸੇ CS ਸਟਾਫ 'ਚ ਮੁੱਦਾ ਪਾਓ, ਉਹਦੇ ਫਿਰ ਉਹ ਪਟਾ ਅਤੇ ਜਿਹੜੀ ਸੱਚਾਈ ਆ ਉਹ ਸਾਰੀ ਸਾਹਮਣੇ ਆ ਜੂ, ਜਿੱਥੇ ਜਿੱਥੇ ਬੇਅਦਬੀਆਂ ਕਰਾਈਆਂ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪਖੰਡੀ ਜਿਹੜਾ ਅੱਜ ਕੁਕਰਮਾਂ ਦੀ ਸਜ਼ਾ ਭੁਗਤ ਰਿਹਾ ਉਹ ਸਾਰਾ ਕੁਝ ਹੀ ਦੱਸ ਦਊਗਾ, ਪਰ ਅਜੇ ਵੀ ਦੇਖਣ ਜਾ ਰਿਹਾ ਵਾ ਕਿ ਪਹਿਲਾਂ ਬਾਦਲਾਂ ਨੇ ਉਹਦੇ ਨਾਲ ਯਾਰੀ ਨਿਭਾਈ, ਜਦੋਂ ਬਾਦਲਾਂ ਦੇ ਵੇਲੇ ਵੀ ਪਤਾ ਲੱਗ ਗਿਆ ਬੇਅਦਬੀ ਕਿਹਨੇ ਕੀਤੀ ਆ, ਪਰ ਉਹਨਾਂ ਨੇ ਉਸ ਜਾਂਚ ਨੂੰ ਸੌਦਾ ਸਾਧ ਕਰਕੇ ਯਾਰੀ ਨਿਭਾਉਂਦਿਆਂ ਉਹਦੇ ਤੋਂ ਵੋਟਾਂ ਲਈਆਂ, ਅਤੇ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਕੈਪਟਨ ਸਰਕਾਰ ਵੀ ਇਹ ਸੋਚ ਰਹੀ ਆ ਵੀ ਭਾਜਪਾ ਅਤੇ ਅਕਾਲੀਆਂ ਦੇ ਨਾਲ ਉਹਨਾਂ ਦੀ ਫਿੱਕ ਪੈ ਗਈ ਆ ਵੀ ਉਹਨਾਂ ਨੇ ਬਚਾਇਆ ਨਹੀਂ ਉਹਨੂੰ ਉਸ ਕੈਦ ਤੋਂ ਜਿਹੜੀ ਉਹ ਕੱਟ ਰਿਹਾ, ਅਤੇ ਜਿਹੜੀ ਰਹਿੰਦ ਖੂੰਹਦ ਉਹਦੀ ਬਚੀ ਆ ਵੋਟ ਵੀ ਉਹ ਸਾਨੂੰ 2019 ਦੇ ਵਿੱਚ ਪੈ ਜੂਗੀ। ਮੈਨੂੰ ਲੱਗਦਾ ਵੀ ਉਹਦੇ ਨਾਲ ਜਾਰੀ ਨਿਭਾਉਣ ਵਾਲੀ ਗੱਲ ਜਿਹੜੀ ਆ ਚੱਲ ਰਹੀ ਆ। ਅਸੀਂ ਤਾਂ ਜਿਹੜਾ ਹੈ ਵਾਇਆ ਮੀਡੀਆ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਪੰਜਾਬ ਦੇ ਲੋਕ ਇਨਸਾਫ ਚਾਹੁੰਦੇ ਆ, ਪਰ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਬਾਰੇ ਪ੍ਰਭਾਵ ਜਾ ਰਿਹਾ ਵਾ ਕਿ ਉਹ ਬਾਦਲਾਂ ਦੀ ਯਾਰੀ ਨਿਭਾ ਰਹੇ ਆ।
ਇੱਕੋ ਹੀ ਕੰਮ ਚੱਲਣਾ, ਜਾਂ ਬਾਦਲਾਂ ਦੀ ਜਾਰੀ ਜਾਂ ਪੰਜਾਬ ਦੀ ਸਰਕਾਰ। ਜਾਂ ਤਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ, ਆ ਬੇਅਦਬੀ ਦਾ ਮਾਮਲਾ, ਖੁਦਕਸ਼ੀਆਂ ਦਾ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਦੂਸ਼ਿਤ ਪਾਣੀਆਂ ਦਾ, ਆਬੋ ਹਵਾ ਦਾ ਮਾਮਲਾ, ਇਹ ਸਾਰੇ ਜਿਹੜੇ ਮਾਮਲੇ ਆ, ਔਰ ਡਰੱਗ ਦਾ ਮਾਮਲਾ, ਨਸ਼ਿਆਂ ਦਾ ਮਾਮਲਾ ਜਿਹੜਾ ਹੈਗਾ, ਦੇਖੋ ਆਪਦੀ ਬਣਾਈ STF ਕੈਪਟਨ ਅਮਰਿੰਦਰ ਸਿੰਘ ਦੀ, ਜੇਕਰ ਉਹਦੇ 'ਚ ਕਿਸੇ ਵੱਡੇ ਮੰਤਰੀ ਦਾ, ਸਾਬਕਾ ਦਾ ਨਾਂ ਆ ਜਾਂਦਾ ਮਜੀਠੀਏ ਦਾ, ਤਾਂ ਉਹ STF ਹੀ ਚੇਂਜ ਹੋ ਜਾਂਦੀ ਆ, ਉਹ ਆਫਿਸਰ ਹੀ ਚੇਂਜ ਹੋ ਜਾਂਦੇ ਆ। ਸੋ ਇੱਥੋਂ ਅਜੇ ਤੱਕ ਪ੍ਰਭਾਵ ਇਹ ਜਾ ਰਿਹਾ, ਕੇਵਲ ਪੰਥਕ ਜਥੇਬੰਦੀਆਂ 'ਚ ਹੀ ਨਹੀਂ, ਜਿਹੜੇ ਕਾਂਗਰਸੀ MLA ਜਾਂ ਉਹਨਾਂ ਦੇ ਵਰਕਰ, ਉਹਨਾਂ 'ਚ ਵੀ ਪ੍ਰਭਾਵ ਜਾ ਰਿਹਾ ਕਿ ਬਾਦਲਾਂ ਦੀ ਸੁਣਵਾਈ ਆ, ਸਾਡੀ ਸੁਣਵਾਈ ਨਹੀਂ ਆ। ਡੇਰਾ ਸਿਰਸਾ ਦੇ ਨਾਲ ਜੁੜੇ ਹੋਏ ਕੋਈ 10-11 ਲੋਕਾਂ ਨੂੰ ਪੁਲਿਸ ਨੇ ਫੜਿਆ ਹੋਇਆ, ਉਸ ਗ੍ਰਿਫਤਾਰੀਆਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਅਸੀਂ ਤਾਂ ਸੱਚਾਈ ਚਾਹੁੰਦੇ ਹਾਂ, ਚਾਹੇ ਉਹ ਡੇਰੇ ਦੇ ਪੈਰੋਕਾਰ ਆ, ਚਾਹੇ ਕੋਈ ਹੋਰ ਆ, ਪਰ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਸਹੀ ਸੇਧ ਵਾਲੇ ਪਾਸੇ ਜਿਹੜੀ ਆ, ਜਿਹੜਾ ਮੋਰਚੇ ਦਾ ਪ੍ਰਭਾਵ ਇਨਸਾਫ ਮੋਰਚੇ ਦਾ ਜਾ ਰਿਹਾ, ਜਿਹੜੀਆਂ ਇੱਥੇ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚ ਰਹੀਆਂ, ਮਾਤਾਵਾਂ ਬੀਬੀਆਂ ਭੈਣਾਂ ਪਹੁੰਚ ਰਹੀਆਂ ਨੇ, ਨੌਜਵਾਨ ਪਹੁੰਚ ਰਹੇ ਆ ਕਾਫਲੇ ਰੋਜ਼ਾਨਾ ਹੀ ਇੱਥੇ। ਅੱਜ ਵੀ ਪੰਥਕ ਸੇਵਾ ਲਹਿਰ ਵੱਲੋਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਵੱਡਾ ਕਾਫਲਾ ਲੈ ਕੇ ਇੱਥੇ ਆਏ ਆ, ਉੱਧਰੋਂ ਕਿੱਥੇ ਚਾਂਦਪੁਰਾ ਦੇਖੋ, ਹਰਿਆਣੇ ਦੇ ਵਿੱਚ ਟੁਹਾਣੇ ਦੇ ਕੋਲ, ਉਸ ਪਾਸੇ ਤੋਂ ਜਾਖਲ ਮੰਡੀ ਤੋਂ ਕਾਫਲਾ ਆਇਆ, ਹੋਰ ਕਿੰਨੇ ਕਾਫਲੇ ਰੋਜ਼ਾਨਾ ਰੋਡੇ ਪਿੰਡ ਤੋਂ ਕਾਫਲਾ ਆਇਆ, ਹੋਰ ਕਿੰਨੇ ਸੰਤ ਮਹਾਂਪੁਰਖ ਰੋਜ਼ਾਨਾ ਇੱਥੇ ਆ ਰਹੇ ਜਥੇਬੰਦੀਆਂ। ਕੱਲ੍ਹ 5 ਸਿੰਘ ਆਏ ਸੀ, ਪਹਿਲਾਂ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਮਹਿਤਾ ਚੌਂਕ ਆਏ ਸੀਗੇ, ਭਾਈ ਜਸਵੀਰ ਸਿੰਘ ਰੋਡੇ ਆਏ, ਕਿੰਨੇ ਸੰਤ ਮਹਾਂਪੁਰਖ ਇੱਥੇ ਜਿਹੜੇ ਆ ਉਹ ਆ ਰਹੇ ਆ, ਕਿੰਨੀਆਂ ਸੰਸਥਾਵਾਂ ਅੱਜ ਵੀ ਨਾਨਕਸਰ ਸੰਪਰਦਾ ਵੱਲੋਂ ਆ ਕੇ ਗਏ ਆ। ਸੋ ਇਹਦੇ ਨਾਲ ਕੌਮ ਜਿਹੜੀ ਬਹੀਰਾਂ ਘੱਤ ਕੇ ਬਰਗਾੜੀ ਵੱਲ ਆ ਰਹੀ ਆ ਨਾ, ਉਹਦੇ ਤੋਂ ਇਹ ਲੱਗਦਾ ਕਿ ਸਰਕਾਰ ਨੂੰ ਇਸ ਪਾਸੇ ਇਨਸਾਫ ਦੇਣਾ ਪਊਗਾ, ਕੌਮ ਇੱਕ ਮੱਤ ਹੋ ਰਹੀ ਆ, ਅਤੇ ਇਹ ਜਿਹੜੇ ਬੰਦੇ ਫੜੇ ਜਾ ਰਹੇ ਆ, ਸਾਨੂੰ ਲੱਗਦਾ ਵੀ ਹੁਣ ਸਹੀ ਸੇਧ ਵਾਲੇ ਪਾਸੇ ਜਿਹੜੀ ਇਹ ਗੱਲ ਉਹ ਜਾ ਰਹੀ ਆ। ਜਸਦਾਰ ਸਾਹਿਬ, ਜਿੱਦਾਂ ਫੜ ਤਾਂ ਲਏ, ਅਜੇ ਉਹਨਾਂ 'ਤੇ ਕੇਸ ਪੈਣੇ ਬਾਕੀ ਆ ਅਤੇ ਕੇਸ ਤੋਰਨਾ ਬਾਕੀ ਆ, ਪਰ ਜੇ ਇਹੀ ਗੱਲ ਵਾਪਰਦੀ ਆ ਜੋ ਕੁਛ ਉਸ ਮੌੜ ਬੰਬ ਧਮਾਕੇ 'ਚ ਹੋਈ ਗੱਲ, ਤਾਂ ਫਿਰ ਤੁਸੀਂ ਜਿਹੜਾ ਸੰਘਰਸ਼ ਆ ਉਸ ਨੂੰ ਕਿਵੇਂ ਹੋਰ ਤਿੱਖਾ ਕਰੋਗੇ, ਜਾਂ ਉਸ ਬਾਬਤ ਜਿਹੜੀ ਭਵਿੱਖ ਦੀ ਗੱਲ ਆ ਭਾਵੇਂ? ਦੇਖੋ ਮੈਂ ਕਹਿੰਦਾ ਕਿ ਆਹ ਜਿਹੜਾ ਸ਼ਾਂਤਮਈ ਸੰਘਰਸ਼ ਜਾ ਰਿਹਾ ਨਾ, ਇਹੀ ਸਰਕਾਰ ਵਾਸਤੇ ਬੜਾ ਤਿੱਖਾ ਵਾ। ਅਜੇ ਇੱਥੇ ਬੈਠਣਾ ਹੀ ਜਿਹੜਾ ਹੈਗਾ ਨਾ ਕੌਮ ਦਾ, ਸੰਤ ਮਹਾਂਪੁਰਖਾਂ ਦਾ, ਇਹ ਸਰਕਾਰ ਲਈ ਬੜਾ ਸਿਰਦਰਦੀ ਪੈਦਾ ਕਰ ਰਿਹਾ, ਪਰ ਜੇ ਸਰਕਾਰ ਫਿਰ ਵੀ ਨਾ ਸਮਝੀ ਤਾਂ ਬਿਲਕੁਲ ਪ੍ਰੋਗਰਾਮ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਵੀ ਜਿਹੜਾ ਤਿੱਖਾ ਰੂਪ ਧਾਰਨ ਕਰ ਸਕਦਾ ਵਾ। ਸਿੱਖ ਸੰਗਤਾਂ ਜਿਹੜੀਆਂ ਬੜਾ ਮੰਗਾਂ ਆ ਰਹੀਆਂ, ਸਿੱਖ ਸੰਗਤਾਂ ਦੀਆਂ ਆਸੇ ਪਾਸੇ ਤੋਂ ਸੰਗਤਾਂ ਜਿਹੜੀਆਂ ਨੇ, ਅਸੀਂ ਕੰਟਰੋਲ ਕੀਤਾ ਹੋਇਆ ਅਜੇ ਪੰਥ 'ਤੇ, ਕੌਮ 'ਤੇ, ਨੌਜਵਾਨਾਂ 'ਤੇ ਅਸੀਂ ਕੰਟਰੋਲ ਕੀਤਾ। ਬੇਨਤੀ ਕਰਕੇ ਉਹਨਾਂ ਸਾਰਿਆਂ ਨੂੰ ਵੀ ਅਜੇ ਥੋੜ੍ਹਾ ਜਿਹਾ ਸਮਾਂ ਦੇਖੋ, ਬੜੇ ਸ਼ਾਂਤਮਈ ਤਰੀਕੇ ਨਾਲ ਅਸੀਂ ਰਿਜ਼ਲਟ ਲੈ ਰਹੇ ਹਾਂ, ਜੇਕਰ ਰਿਜ਼ਲਟ ਨਹੀਂ ਮਿਲੂਗਾ ਤਾਂ ਅਸੀਂ ਜਿਹੜਾ ਪ੍ਰੋਗਰਾਮ ਉਹ ਤਿੱਖਾ ਕਰਾਂਗੇ। ਇੱਕ ਆਖਰੀ ਸਵਾਲ ਹੈ, ਤਕਰੀਬਨ ਉਹ ਨਿੱਜੀ ਸਵਾਲ ਹੀ ਮੰਨਿਆ ਜਾਊਗਾ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਉਹ ਪੰਜਾਬ ਦੇ MLA ਨੂੰ ਵੀ ਸਮਾਂ ਨਹੀਂ ਦਿੰਦੇ। ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿ MLA ਨੇ ਵੀ ਮਿਲਣਾ ਹੋਏ, ਵਿਧਾਇਕਾਂ ਨੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ। ਜਦੋਂ ਹੁਣ ਜਿਹੜੇ ਅੱਜ ਤੁਹਾਡੇ ਮੋਰਚੇ ਦੀ ਇੱਕ ਉਹ ਵੀ ਮੰਗ ਹੈ, ਚੌਥੀ ਮੰਗ ਹੈ ਕਿ ਪੰਜਾਬ ਦੀ ਆਬੋ ਹਵਾ ਜਿਹੜੀ ਉਹ ਸਾਫ਼ ਹੋਵੇ, ਜਦੋਂ ਦਰਿਆ ਬਿਆਸ ਦੇ ਪਾਣੀ ਦੇ ਵਿੱਚ ਮੱਛੀਆਂ ਤੜਫ ਤੜਫ ਕੇ ਮਰ ਰਹੀਆਂ ਸਨ, ਤਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਮਹਿਲਾ ਮਿੱਤਰ ਦੇ ਨਾਲ ਮਨਾਲੀ ਜਿਹੜੀਆਂ ਛੁੱਟੀਆਂ ਅਤੇ ਉਹਦਾ ਜਨਮਦਿਨ ਮਨਾ ਰਹੇ ਸੀ, ਅਤੇ ਤੁਹਾਡੇ 'ਤੇ ਇਹ ਦੋਸ਼ ਆਉਂਦਾ ਕਿ ਸ਼ਾਇਦ ਜਸਦਾਰ ਦਾਦੂਵਾਲ ਕਾਂਗਰਸ ਦੇ ਨੇੜੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਟਾਈਮ ਦੇ ਰਿਹਾ, ਇਸ ਦੋਸ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਦੋਂ ਵੀ ਪੰਥ ਦੇ ਮਸਲੇ ਕੋਈ ਵੀ ਹੁੰਦੇ ਆ, ਪਹਿਲਾਂ ਬਾਦਲ ਸਰਕਾਰ ਸੀ, ਅਸੀਂ ਬਾਦਲ ਸਰਕਾਰ ਦੇ ਵੇਲੇ ਵੀ ਮੋਰਚਿਆਂ ਦੇ ਵਿੱਚ ਜਿਹੜੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ, ਮੁੱਖ ਮੰਤਰੀ ਪੰਜਾਬ ਦੇ ਨਾਲ, ਡਿਪਟੀ ਮੁੱਖ ਮੰਤਰੀ ਪੰਜਾਬ ਦੇ ਨਾਲ,
ਉਦੋਂ ਸਾਨੂੰ ਕਹਿੰਦੇ ਸੀ ਇਹ ਬਾਦਲਾਂ ਦੇ ਨੇੜੇ ਆ, ਅੱਜ ਸਾਨੂੰ ਕੈਪਟਨਾਂ ਦੇ ਨੇੜੇ। ਬਾਕੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜੇ ਕੌਮ ਨੂੰ ਲਾਭ ਹੋ ਜਾਵੇ ਇਸ ਨੇੜਤਾ ਦਾ, ਕੋਈ ਫਾਇਦਾ ਹੋ ਜਾਵੇ, ਤਾਂ ਮੈਂ ਸਮਝਦਾ ਉਹ ਨੇੜਤਾ ਵੀ ਮਾੜੀ ਨਹੀਂ, ਪਰ ਐਸੀ ਕੋਈ ਗੱਲ ਨਹੀਂ ਆ। ਪਹਿਲੀ ਮੰਗ ਮੁਲਾਕਾਤ ਸੀ ਸਰਕਾਰ ਬਣਨ ਤੋਂ ਬਾਅਦ, ਉਹ ਵੀ ਪੰਥਕ ਮੁੱਦਿਆਂ 'ਤੇ। ਇਹ ਤਾਂ ਜਿਨ੍ਹਾਂ ਨੇ ਫੇਸਬੁੱਕ 'ਤੇ, ਵਟਸਐਪ 'ਤੇ ਜਾਂ ਵੈਸੇ ਵਿਰੋਧ ਕਰਨਾ ਹੁੰਦਾ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਸੁਚੇਤ ਰੱਖਦੇ ਸਾਨੂੰ, ਸਾਡੇ ਵੀਰ ਆ, ਕੋਈ ਗੱਲ ਨਹੀਂ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦੇਖੋ ਕਿ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ, ਉਹ ਵੀ ਪੰਥਕ ਮੁੱਦੇ 'ਤੇ। ਜੇ ਸਾਡੀ ਕੋਈ ਨੇੜਤਾ ਹੁੰਦੀ, ਅਸੀਂ ਉਹਨਾਂ ਨਾਲ ਮਿਲਦੇ, ਉਹਨਾਂ ਨੂੰ ਮੁੱਖ ਮੰਤਰੀ ਨੂੰ ਪਹਿਲਾਂ ਵੀ ਮਿਲ ਲੈਂਦੇ, ਸਾਡੇ ਬਹੁਤ ਸੰਗਤਾਂ ਦੇ ਕੰਮਕਾਰ ਹੁੰਦੇ ਆ, ਪਰ ਕਦੇ ਨਹੀਂ ਮਿਲੇ ਅਸੀਂ ਉਹਨਾਂ ਨੂੰ। ਜਦੋਂ ਮਿਲੇ ਹਾਂ ਤਾਂ ਪੰਥਕ ਮੰਗ ਦੇ ਉੱਤੇ ਮਿਲੇ ਹਾਂ, ਪੰਥਕ ਮੁੱਦੇ 'ਤੇ ਮਿਲੇ ਹਾਂ। ਬਾਕੀ ਇਹ ਪੰਥ ਦਾ ਹੀ ਭਾਰ ਮੈਂ ਸਮਝਦਾ, ਮੋਰਚੇ ਦਾ ਹੀ ਭਾਰ ਸੀ ਕਿ ਸਾਡੀ ਮੁਲਾਕਾਤ 3 ਵਜੇ ਸੀ ਦੁਪਹਿਰ ਦੇ, ਪਰ ਮੁੱਖ ਮੰਤਰੀ ਸਾਨੂੰ ਤਕਰੀਬਨ 4:30-5 ਤੱਕ ਉਡੀਕਦੇ ਰਹੇ। 4:45 ਅਸੀਂ ਪਹੁੰਚੇ ਚੰਡੀਗੜ੍ਹ ਜਾ ਕੇ, ਤਾਂ ਫਿਰ ਵੀ ਉਹਨਾਂ ਨੇ ਸਾਡੇ ਨਾਲ ਮੁਲਾਕਾਤ ਕੀਤੀ ਅਤੇ ਘੰਟਾ। ਇਹਦੇ ਤੋਂ ਲੱਗਦਾ ਵੀ ਸਾਨੂੰ ਕੋਈ ਸੰਸੀਅਰਤਾ ਮੁੱਖ ਮੰਤਰੀ ਸਾਹਿਬ ਦੀ ਹੈਗੀ ਆ ਵੀ ਉਹ ਇਹਨਾਂ ਮਸਲਿਆਂ ਨੂੰ ਹੱਲ ਕਰਨਗੇ। ਅਤੇ ਬਾਕੀ ਉਹਨਾਂ ਨੇ ਸਾਨੂੰ ਸਾਡੇ ਵਫਦ ਨੂੰ ਉਡੀਕਿਆ, ਗੱਲਬਾਤ ਕੀਤੀ, ਬਕਾਇਦਾ ਔਫਿਸਰ ਉਹਨਾਂ ਦੇ ਹਾਜ਼ਰ ਸੀਗੇ। ਬਾਕੀ ਇਸ ਗੱਲ ਦੀ ਮੈਂ ਪਹਿਲਾਂ ਵੀ ਬੇਨਤੀ ਕਰਦਾ, ਕੱਲ੍ਹ ਪਰਸੋਂ ਵੀ ਇੱਕ ਮੇਰੀ ਆਪਣੀ ਇੰਟਰਵਿਊ ਸੀ, ਉਹਦੇ 'ਚ ਵੀ ਮੈਂ ਕਿਹਾ ਸੀਗਾ ਕਿ ਇਹ ਕਈ ਵਾਰ ਵੈਸੇ ਹੀ ਜਿਹੜੇ ਵਿਰੋਧੀ ਵੀਰ ਹੁੰਦੇ ਆ ਉਹ ਇੱਦਾਂ ਦੀ ਪ੍ਰਚਾਰ ਕਰਦੇ ਆ। ਜੇ ਮੇਰੇ ਕੋਲ ਆ ਕੇ ਬਾਦਲ ਬਹਿ ਜਾਣ ਤਾਂ ਕਹਿੰਦੇ ਲਓ ਜੀ ਦਾਦੂਵਾਲ ਸਾਹਿਬ ਬਾਦਲਾਂ ਨਾਲ ਰਲ ਗਏ, ਜੇ ਮੇਰੇ ਕੋਲ ਰਾਧਾ ਸਵਾਮੀ ਆ ਜਾਵੇ ਬਾਬਾ ਤਾਂ ਕਹਿ ਦਿੰਦੇ ਬਾਬਾ ਜੀ ਦਾ ਰਾਧਾ ਸਵਾਮੀਆਂ ਨਾਲ ਰਲ ਗਏ। ਜਦੋਂ ਕਿ ਅਸੀਂ ਉਦੋਂ ਵੀ ਪੰਥਕ ਮੁੱਦੇ 'ਤੇ ਕੰਮ ਕੀਤਾ, ਗੁਰਦੁਆਰਾ ਸਾਹਿਬ ਦੇ ਬਾਦਲਾਂ ਵੇਲੇ ਵੀ ਅਸੀਂ ਪੰਥਕ ਮੁੱਦਿਆਂ 'ਤੇ ਕੰਮ ਕੀਤਾ, ਹੁਣ ਕੈਪਟਨ ਦੀ ਸਰਕਾਰ। ਮੈਂ ਇੱਕ ਬੇਨਤੀ ਹੋਰ ਕਰਾਂ, ਅਸੀਂ ਨਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਹਾਂ, ਨਾ ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਹਾਂ, ਅਸੀਂ ਮਿਲੇ ਹਾਂ ਪੰਜਾਬ ਸਰਕਾਰ ਨੂੰ, ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਪਹਿਲਾਂ ਬਾਦਲਾਂ ਕੋਲ ਸੀਗੀ, ਅਤੇ ਅਸੀਂ ਉਦੋਂ ਵੀ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਸੀ, ਹੁਣ ਵੀ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹਾਂ, ਅਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਅਸੀਂ ਗੱਲਬਾਤ ਕੀਤੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਨੂੰ ਵੀ ਅਸੀਂ ਕੈਬਨਿਟ ਮਿਨਿਸਟਰ ਪੰਜਾਬ ਮਿਲੇ ਹਾਂ, ਜਦੋਂ ਕਿ ਸਾਡੇ ਪਰਿਵਾਰਕ ਰਿਲੇਸ਼ਨ ਆ ਉਹਨਾਂ ਨਾਲ। ਜਦੋਂ ਉਹ ਮੰਤਰੀ ਬਣੇ ਪਹਿਲੇ ਦਿਨ ਕਾਦੀਆਂ ਆਏ, ਕੁਦਰਤੀ ਮੈਂ ਵੀ ਕਾਦੀਆਂ ਸੀ, ਅਤੇ ਉਹ ਮੇਰੇ ਕੋਲ ਮੇਰੇ ਘਰ ਆਏ ਸੀਗੇ, ਉੱਥੇ ਦੁੱਧ ਪਾਣੀ ਛਕਿਆ, ਕਿੰਨੇ 7-8 MLA ਗੁਰਦਾਸਪੁਰ ਦੇ ਜਿਹੜੇ ਬਣੇ ਸੀ ਉਹ ਮੇਰੇ ਕੋਲ ਆਏ ਸੀ, ਪ੍ਰਤਾਪ ਸਿੰਘ ਬਾਜਵਾ, ਫਤਿਹਜੰਗ ਸਿੰਘ ਬਾਜਵਾ, ਕੁਲਵਿੰਦਰ ਸਿੰਘ ਲਾਡੀ, ਸਾਰੇ ਮੇਰੇ ਕੋਲ ਆਏ ਸੀਗੇ। ਔਰ ਅਸੀਂ ਹੁਣ ਇੱਕ ਪਰਿਵਾਰਕ ਰਿਲੇਸ਼ਨ ਹੁੰਦੇ ਆ ਹਰ ਬੰਦੇ ਦੇ ਜਿਹੜੇ ਸਾਡੇ, ਕਿਉਂਕਿ ਮੇਰੀ ਵੀ ਉੱਥੇ ਹੀ ਰਿਹਾਇਸ਼ ਆ ਪਰਿਵਾਰ ਦੀ, ਅਤੇ 2 ਪੀੜ੍ਹੀਆਂ ਤੋਂ ਸਾਂਝ ਚਲੀ ਆਉਂਦੀ ਆ। ਉਸੇ ਸਕੂਲ 'ਚ ਹੀ ਉਹ ਪੜ੍ਹੇ, ਉਸੇ ਸਕੂਲ 'ਚ ਹੀ ਮੈਂ ਪੜ੍ਹਿਆ, ਉੱਥੇ ਉਹੀ ਮੁੱਖ ਸਕੂਲ ਆ, ਕਲਾਸ ਵਾਲਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ, ਅਤੇ ਉੱਥੇ ਹੀ ਉਹ ਪੜ੍ਹੇ ਆ, ਉੱਥੇ ਹੀ ਉਹ ਸੀਨੀਅਰ ਸੀਗੇ, ਮੈਂ ਜੂਨੀਅਰ ਸੀ, ਮੇਰੀ ਉਮਰ ਛੋਟੀ, ਮੈਂ ਬਾਅਦ ਵਿੱਚ ਪੜ੍ਹਿਆ। ਸੋ ਕਹਿਣ ਤੋਂ ਬਾਅਦ ਇੱਕ ਪਰਿਵਾਰਕ, ਪਰ ਇਹ ਜਿਹੜੀ ਗੱਲਬਾਤ ਇਹ ਪਰਿਵਾਰਕ ਰਿਲੇਸ਼ਨਾਂ ਦੀ ਨਹੀਂ ਜਾਂ ਕਿਸੇ ਨਾਲ ਨੇੜਤਾ ਦੀ ਨਹੀਂ, ਇਹ ਪੰਥ ਦੀ ਆ, ਕੌਮ ਦੀ ਆ, ਕੌਮੀ ਮੁੱਦਿਆਂ ਦੀ ਗੱਲ ਆ, ਅਤੇ ਇਹਦੇ ਵਿੱਚ ਜਿਹੜੇ ਹੈਗੇ ਅਸੀਂ ਕੌਮੀ ਅਤੇ ਪੰਥਕ ਮੁੱਦੇ ਹੱਲ ਕਰਨ ਵਾਸਤੇ ਤੁਰੇ ਹੋਏ ਹਾਂ। ਜੇ ਸਾਡੀ ਨੇੜਤਾ ਜਾਂ ਹੋਰ ਦੀ ਗੱਲ, ਸਾਡੀ ਤਾਂ ਸਾਰਿਆਂ ਨਾਲ ਹੀ ਨੇੜਤਾ, ਜਿੱਥੇ ਗੁਰੂ ਦੀ ਗੱਲ ਆ, ਪੰਥ ਦੀ ਗੱਲ ਆ, ਉੱਥੇ ਹਰੇਕ ਨਾਲ ਅਸੀਂ ਗੱਲ ਕਰਦੇ ਹਾਂ। ਉਦੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ 'ਚੋਂ ਖਾਰਜ ਨਹੀਂ ਆ, ਉਹਦੇ ਨਾਲ ਕਿਸੇ ਨਾਲ ਵੀ ਅਸੀਂ ਗੱਲ ਕਰ ਸਕਦੇ ਹਾਂ। ਸੌਦਾ ਸਾਹ ਦੇ ਵੇਲੇ ਵੀ ਸਾਡੇ ਕੋਲ ਸੱਦਾ ਆਇਆ ਸੀਗਾ ਕਿ ਸੌਦਾ ਸਾਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵਾ, ਅਸੀਂ ਬਕਾਇਦਾ ਨਹੀਂ ਗੱਲ ਕੀਤੀ, ਕਿਉਂਕਿ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ 17 ਮਈ 2007 ਨੂੰ ਹੁਕਮਨਾਮਾ ਜਾਰੀ ਹੋ ਚੁੱਕਾ ਸੀ, ਉਹਦੇ 'ਤੇ ਅਸੀਂ ਉਹਦੇ ਨਾਲ ਨਹੀਂ ਬੈਠੇ, ਸਾਨੂੰ ਉਹਦਾ ਵੀ ਸੱਦਾ ਆਇਆ ਸੀਗਾ, ਉਹਦੀ ਜਿਹੜੀ 25 ਮੈਂਬਰੀ ਕਮੇਟੀ 11 ਮੈਂਬਰੀ ਕਮੇਟੀ ਉਹਦਾ ਵੀ ਸੱਦਾ ਆਇਆ ਸੀ, ਅਤੇ ਸਾਡੇ ਕੁਝ ਆਗੂਆਂ ਦੀ ਉਹਦੇ ਕੁੜਮ ਦੇ ਨਾਲ ਮੀਟਿੰਗ ਵੀ ਹੋਈ ਸੀਗੀ ਮੋਹਾਲੀ ਚੰਡੀਗੜ੍ਹ,
ਸਾਡੇ ਕੋਲ ਸੰਤ ਮਹਾਂਪੁਰਸ਼ ਸਾਬਕਾ ਜਥੇਦਾਰ, ਉਹਨਾਂ ਨਾਲ ਗੱਲਬਾਤ ਵੀ ਕੀਤੀ, ਮੈਨੂੰ ਵੀ ਸੱਦਿਆ ਸੀਗਾ ਪਰ ਮੈਂ ਨਹੀਂ ਗਿਆ, ਕਿਉਂਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਖਾਰਜ, ਜਿਹੜਾ ਬੰਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਖਾਰਜ ਆ ਉਹਦੇ ਨਾਲ ਅਸੀਂ ਮੁਲਾਕਾਤ ਨਹੀਂ ਕਰਦੇ, ਅਤੇ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਖਾਰਜ ਨਹੀਂ ਆ ਉਹਦੇ ਨਾਲ ਅਸੀਂ ਮੁਲਾਕਾਤ ਪੰਥ ਦੇ ਮੁੱਦਿਆਂ 'ਤੇ ਕੌਮ ਦੀ ਭਲਾਈ ਵਾਸਤੇ ਕਦੇ ਵੀ ਕਰ ਸਕਦੇ ਹਾਂ। ਤੁਹਾਡਾ ਗੱਲਬਾਤ ਕਰਨ ਲਈ ਧੰਨਵਾਦ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਗੱਲਬਾਤ ਕੀਤੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ, ਸਾਰੇ ਸਵਾਲਾਂ ਦੇ ਉੱਤਰ ਉਹਨਾਂ ਬੜੀ ਸਪਸ਼ਟਤਾ ਦੇ ਨਾਲ ਦਿੱਤੇ। ਹੁਣ ਤੱਕ ਦੀ ਜਿਹੜੀ ਮੋਰਚੇ ਦੀ ਆਸ ਬਣੀ ਹੋਈ ਆ ਉਹ ਇੰਝ ਆ ਕਿ ਸਰਕਾਰ ਦੇ ਨਾਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਆ, ਸਰਕਾਰ ਨੇ ਅਜੇ ਕੁਝ ਸਮਾਂ ਮੰਗਿਆ ਹੋਇਆ। ਸੋ ਇੱਥੇ ਜਿਹੜੀਆਂ ਸਿੱਖ ਸੰਗਤਾਂ ਦਾ ਵਹਾਅ ਆ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਸਿੱਖ ਸੰਗਤਾਂ ਆ ਰਹੀਆਂ ਵਾ। ਸੋ ਆਸ ਕਰਦੇ ਹਾਂ ਕਿ ਇਹ ਮੋਰਚਾ ਫਤਿਹ ਹੋਵੇ ਅਤੇ ਪੰਥ ਨੂੰ ਜਿਹੜੀ ਆ ਫਤਿਹ ਨਸੀਬ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਭਰ ਦੇ ਵਿੱਚ ਆਵਾਜ਼ੇ ਕੌਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਦੀ ਸਾਂਝ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਚੈਨਲ ਵੱਲੋਂ ਬਰਗਾੜੀ ਪਹੁੰਚੇ ਹੋਏ ਹਾਂ, ਜਿੱਥੇ 1 ਜੂਨ 2018 ਤੋਂ ਇੱਕ ਮੋਰਚਾ ਚੱਲ ਰਿਹਾ, ਜੋ ਬਰਗਾੜੀ ਦੀ ਦਾਣਾ ਮੰਡੀ ਦੇ ਵਿੱਚ ਇਹ ਮੋਰਚਾ ਲੱਗਾ ਹੋਇਆ, ਜਿਸ ਦੀ ਅਗਵਾਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਕਰ ਰਹੇ ਹਨ। ਮੋਰਚੇ ਦੀਆਂ 4 ਮੰਗਾਂ ਨੇ ਮੁੱਖ ਤੌਰ 'ਤੇ। 1, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਣੀ ਅਤੇ ਦੋਸ਼ੀਆਂ ਦਾ ਨਾਂ ਫੜਿਆ ਜਾਣਾ। ਉਸ ਤੋਂ ਉਪਰੰਤ 14 ਅਕਤੂਬਰ 2015 ਨੂੰ ਬਹਿਬਲ ਗੋਲੀ ਕਾਂਡ ਵਾਪਰਿਆ, ਉਹਦੇ ਵਿੱਚ 2 ਸਿੰਘਾਂ ਦੀ ਸ਼ਹਾਦਤ ਹੋਈ ਅਤੇ ਕਿਸੇ ਵੀ ਪੁਲਿਸ ਕਰਮੀ ਦੇ ਉੱਤੇ ਕੋਈ ਕਾਰਵਾਈ ਨਾ ਕੀਤੇ ਜਾਣਾ, ਅਤੇ ਇੱਥੋਂ ਤੱਕ ਕਿ ਤਤਕਾਲੀ ਸਰਕਾਰ ਜੋ ਬਾਦਲ ਦੀ ਸਰਕਾਰ ਸੀ ਉਸ ਵੱਲੋਂ ਕਿਹਾ ਗਿਆ ਕਿ ਅਣਪਛਾਤੀ ਪੁਲਿਸ। ਅਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ ਨੇ, ਜਿਹਦੇ ਵਿੱਚ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਦੀ ਗੱਲ ਆ, ਜਾਂ ਇਹ ਕੁੱਲ ਤਕਰੀਬਨ 4 ਮੰਗਾਂ ਨੂੰ ਲੈ ਕੇ ਇਹ ਮੋਰਚਾ ਲੱਗਾ ਹੋਇਆ। ਇਹਦੇ 'ਚੋਂ ਇੱਕ ਵੱਡੀ ਮੰਗ ਇਹ ਵੀ ਆ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਦਹਾਕਿਆਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹਾ। ਇਹ ਗੱਲ ਤੁਹਾਡੇ ਸਾਰਿਆਂ ਦੇ ਧਿਆਨ 'ਚ ਆ ਜਾਵੇਗੀ ਕਿ ਸਰਸਰੀ ਨਿਗਾਹ ਨਾਲ ਵੀ ਵੇਖੀਏ ਤਾਂ ਗੱਲ ਸਮਝ ਆ ਜਾਂਦੀ ਆ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬੇਅਦਬੀ ਦੇ ਖਿਲਾਫ਼ ਸੰਘਰਸ਼ ਕੀਤਾ, ਸੜਕਾਂ 'ਤੇ ਬਹਿ ਕੇ ਸਾਤਨਾ ਵਾਹਿਗੁਰੂ ਜਪ ਰਹੇ ਸਨ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ।
ਜਿਹੜੇ ਦੋਸ਼ੀ ਸਨ ਉਹ ਨਹੀਂ ਫੜੇ ਗਏ ਅਤੇ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਤੁਸੀਂ ਦੋਹਰੇ ਮਾਪਦੰਡ ਇੱਥੋਂ ਦੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਜਿਹੜੀਆਂ ਹੁਣ ਦੀਆਂ ਹੋਣ ਪੁਰਾਣੀਆਂ ਹੋਣ ਉਹਨਾਂ ਦੇ ਜਿਹੜੇ ਇਹ ਮਾਪਦੰਡ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਂਦੇ ਆ। ਸੋ ਇਹ ਆ ਜਿਹੜੀ ਭੂਮਿਕਾ ਕਿ ਮੋਰਚਾ ਕਿਉਂ ਲੱਗਾ। ਹੁਣ ਇਹ ਸਾਡਾ ਸਵਾਲ ਨਹੀਂ ਗਾ ਕਿ ਮੈਂ ਜਸਦਰ ਮੰਡ ਸਾਹਿਬ ਨਾਲ ਵੀ ਅਜੇ ਫਤਿਹ ਦੀ ਸਾਂਝ ਪਾਉਣੀ ਆ, ਪਰ ਆਪਣਾ ਇਹ ਸਵਾਲ ਨਹੀਂ ਗਾ ਕਿ ਮੋਰਚਾ ਕਿਉਂ ਲੱਗਾ, ਕਿਉਂਕਿ ਸਾਰਾ ਕੁਛ ਕਲੀਅਰ ਆ, ਜਿਵੇਂ ਸ਼ੀਸ਼ੇ ਦੇ ਵਾਂਗ ਸਾਫ਼ ਗੱਲ ਹੁੰਦੀ ਆ ਕਿ ਮੋਰਚੇ ਦੀ ਲੋੜ ਜਾਪੀ। ਤਾਂ ਜਥੇਦਾਰ ਇੱਥੇ ਤਿੱਖੀ ਧੁੱਪ ਦੇ ਵਿੱਚ ਇੱਕ ਤਰ੍ਹਾਂ ਦਾ ਤੰਬੂ ਤਾਣ ਕੇ ਡਟੇ ਹੋਏ ਆ, ਆਖਰਾਂ ਦੀ ਤਪਸਿਆ ਇੱਥੇ, ਕਿਉਂਕਿ ਜਿਹੜਾ ਜੂਨ ਦਾ ਮਹੀਨਾ ਜਦੋਂ ਆਪਾਂ ਇਸ ਸ਼ਹੀਦੀ ਹਫ਼ਤੇ 'ਚੋਂ ਲੰਘ ਰਹੇ ਹਾਂ, ਤੀਜੇ ਘੱਲੂਘਾਰੇ ਦੀ ਯਾਦ ਦੇ ਵਿੱਚੋਂ ਲੰਘ ਰਹੇ ਹਾਂ, ਜਿਹੜੀ ਗਰਮੀ ਦੇ ਵਿੱਚ ਸਿੰਘਾਂ ਨੇ ਉਦੋਂ ਸੰਘਰਸ਼ ਕੀਤਾ, ਭਾਰਤੀ ਫੌਜ ਜਿਹੜੀ ਚੜ੍ਹ ਕੇ ਆਈ ਸੀ ਉਸਦੇ ਦੰਦ ਖੱਟੇ ਕੀਤੇ, 72 ਘੰਟੇ ਦਾ ਜਿਹੜਾ ਜੰਗ ਹੋਇਆ। ਸੋ 34 ਸਾਲ ਲੰਘਣ ਤੋਂ ਬਾਅਦ ਵੀ ਉਸ ਕੌਮ ਦੇ ਜਿਹੜੇ ਆਗੂ ਨੇ ਅੱਜ ਦੇ ਮੌਜੂਦਾ ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ। ਜਿਹੜੀ ਗੁਲਾਮੀ ਹੁੰਦੀ ਆ ਉਹ ਇਹਨਾਂ ਗੱਲਾਂ ਤੋਂ ਸਾਫ਼ ਝਲਕਦੀ ਆ। ਸੋ ਜਿਹੜੇ ਕੁਝ ਸਵਾਲ ਇਸ ਤੋਂ ਇਲਾਵਾ ਮੋਰਚੇ ਨਾਲ ਸੰਬੰਧਿਤ ਨੇ ਉਹ ਆਪਾਂ ਜਥੇਦਾਰ ਭਾਈ ਧਿਆਨ ਸਿੰਘ ਵੰਡ ਹੋਣਾ ਤੋਂ ਕਰਨੇ ਆ। ਜੋ ਪੰਥ ਦੀ ਰੀਤ ਆ, ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵੱਲੋਂ ਬੀਤੇ ਕੱਲ੍ਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਅਤੇ ਸੰਸਾਰ ਭਰ ਦੇ ਵਿੱਚ ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ ਲੈ ਕੇ ਅਰਦਾਸ ਦੇ ਲਈ ਵੀ ਅਪੀਲ ਕੀਤੀ ਗਈ। ਹੁਣ ਤੱਕ ਮੋਰਚਾ ਕਿਸ ਤਰੀਕੇ ਨਾਲ ਚੱਲ ਰਿਹਾ ਵਾ, ਤੁਸੀਂ ਕੀ ਮਹਿਸੂਸ ਕਰਦੇ ਹੋ? ਇੱਥੇ ਡਟੇ ਹੋਏ ਹੋ ਤੁਹਾਨੂੰ ਕਈ ਦਿਨ ਹੋ ਗਏ ਆ, ਇੱਥੇ ਹਫ਼ਤੇ ਤੋਂ ਉੱਤੇ ਹੋ ਗਿਆ ਸਮਾਂ, ਮੋਰਚਾ ਕਿਹੋ ਜਿਹਾ ਚੱਲ ਰਿਹਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮੋਰਚਾ ਲੱਗਿਆ ਅਤੇ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਵਿੱਚ ਆ। ਸੰਗਤਾਂ ਦਾ ਬਹੁਤ ਭਰਮਾ ਸਹਿਯੋਗ ਮਿਲ ਰਿਹਾ, ਅਸੀਂ ਕਿਸੇ ਨੂੰ ਆਵਾਜ਼ ਨਹੀਂ ਮਾਰ ਰਹੇ ਭਾਈ ਤੁਸੀਂ ਆਓ, ਇਸ ਤਰ੍ਹਾਂ ਦੀ ਕੋਈ ਅਸੀਂ ਅਪੀਲ ਨਹੀਂ ਕਰ ਰਹੇ। ਸੰਗਤਾਂ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਹੀ ਭਾਰੀ ਉਤਸ਼ਾਹ ਹੈ, ਭਾਵੇਂ ਕੋਈ ਸ਼ਹਿਰ ਵਿੱਚ ਬੈਠਾ ਹੈ ਜਾਂ ਪਿੰਡ ਵਿੱਚ ਬੈਠਾ ਹੈ, ਉਹ ਪੰਜਾਬ ਦੇ ਵਿੱਚ ਬੈਠਾ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਬੈਠਾ, ਉਹਦੇ ਅੰਦਰੋਂ ਇੱਕ ਆਵਾਜ਼ ਉੱਠ ਰਹੀ ਆ ਕਿ ਅਸੀਂ ਕਿਹੜਾ ਵੇਲਾ ਹੋਵੇ ਅਸੀਂ ਮੋਰਚੇ ਦੇ ਵਿੱਚ ਚੱਲੀਏ ਅਤੇ ਅਸੀਂ ਆਪਣੀ ਹਾਜ਼ਰੀ ਲਵਾ ਕੇ ਆਈਏ। ਇਸ ਤਰ੍ਹਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਿਤੇ ਅਸੀਂ ਵਾਂਝੇ ਨਾ ਰਹਿ ਜਾਈਏ। ਕਾਫਲਿਆਂ ਦੇ ਰੂਪ ਦੇ ਵਿੱਚ ਸੰਗਤਾਂ ਆ ਰਹੀਆਂ ਨੇ, ਲੰਗਰ ਪਾਣੀ ਲਿਆ ਰਹੀਆਂ ਨੇ, ਰਸਤਾ ਵੀ ਲਿਆ ਰਹੀਆਂ ਨੇ, ਆਪੇ ਹੀ ਸੰਗਤਾਂ ਸੇਵਾ ਕਰ ਰਹੀਆਂ ਨੇ। ਇੱਥੇ ਕੀਰਤਨ ਦਰਬਾਰ ਚੱਲਦਾ ਪਿਆ, ਢਾਡੀ ਰਾਗੀ ਲੱਗਦੇ ਨੇ, ਸਾਰਾ ਕੁਛ ਬਹੁਤ ਚੜ੍ਹਦੀ ਕਲਾ ਵਿੱਚ ਆ। ਇਹ ਜਿਹੜਾ ਪੂਰਾ 12 ਘੰਟੇ ਦਾ ਦਿਨ ਆ ਸਾਡੇ ਵਾਸਤੇ ਐਂ ਲੰਘ ਜਾਂਦਾ ਜਿਵੇਂ 5 ਮਿੰਟ ਬੈਠੇ ਹੋਈਏ ਅਤੇ ਪਤਾ ਨਹੀਂ ਲੱਗਦਾ ਕਦੋਂ ਦਿਨ ਬਤੀਤ ਹੋ ਜਾਂਦਾ। ਬਹੁਤ ਚੜ੍ਹਦੀ ਕਲਾ ਵਿੱਚ ਮੋਰਚਾ ਜਾ ਰਿਹਾ। ਸਰਕਾਰ ਵਾਲੇ ਪਾਸਿਓਂ, ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਤਾਂ ਸਰਕਾਰ ਤੋਂ ਹੀ ਨੇ, ਕੈਪਟਨ ਸਰਕਾਰ ਤੋਂ ਜਾਂ ਕੁਝ ਕੁ ਕੇਂਦਰ ਦੇ ਅਖਤਿਆਰ ਵੀ ਨੇ, ਇਸ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਇਸ਼ਾਰਾ ਮਿਲ ਰਿਹਾ ਵਾ, ਉਹ ਕੀ ਇਸ ਨੂੰ ਗੰਭੀਰਤਾ ਵਜੋਂ ਸਰਕਾਰ ਲੈ ਰਹੀ ਆ ਕਿ ਨਹੀਂ? ਸਰਕਾਰ ਵੀ ਮੈਨੂੰ ਲੱਗਦਾ ਹੈ ਕਿ ਇਸ ਮੋਰਚੇ ਤੋਂ ਘਬਰਾਈ ਹੋਈ ਆ ਅਤੇ ਕਾਫੀ ਹਰਕਤ ਦੇ ਵਿੱਚ ਹੈ, ਵੇਖਣ ਦੇ ਵਿੱਚ ਆ ਰਿਹਾ ਹੈ। ਪਰ ਮੈਨੂੰ ਜ਼ਿਆਦਾ ਇਹ ਫਿਕਰ ਨਹੀਂ ਗਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ ਕਿ ਨਹੀਂ ਕਰ ਰਹੀ।
ਸਰਕਾਰ ਨੂੰ ਕਾਰਵਾਈ ਕਰਨੀ ਹੀ ਪੈਣੀ ਆ। ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਸਰਕਾਰ ਰਹਿ ਨਹੀਂ ਸਕਦੀ। ਇਸ ਮੋਰਚੇ ਦੀ ਇਸ ਤਰ੍ਹਾਂ ਦੀ ਤਿਆਰੀ ਹੈ, ਫਿਰ ਸਰਕਾਰ ਨਹੀਂ ਰਹਿ ਸਕਦੀ। ਜਿਹੜੀ ਮੇਰੀ ਉਮੀਦ ਸੀ, ਜਿਹੜੇ ਮੇਰੇ ਮਨ ਦਾ ਬਲਬਲਾ ਸੀ, ਜਿਸ ਕਰਕੇ ਇਹ ਮੋਰਚਾ ਮੈਂ ਲਾਇਆ, ਮੈਂ ਸੰਗਤ ਦੀਆਂ ਭਾਵਨਾਵਾਂ ਨੂੰ ਸਮਝ ਕੇ ਲਾਇਆ। ਸੰਗਤ ਦੇ ਵਿੱਚ ਜਿਹੜਾ ਸੰਗਤ ਦਾ ਮੁਰਾਲ ਸੀ ਉਹ ਬਹੁਤ ਡਾਊਨ ਹੋ ਗਿਆ ਸੀ, ਬਹੁਤ ਡਿੱਗ ਗਿਆ ਸੀ, ਹੌਸਲੇ ਜਿਹੜੇ ਪਸਤ ਹੋ ਗਏ ਸੀ, ਬੇਵਿਸ਼ਵਾਸੀ ਬਹੁਤ ਜ਼ਿਆਦਾ ਪੈਦਾ ਹੋ ਗਈ ਸੀ ਅਤੇ ਕਿਸੇ ਨੂੰ ਵੀ ਕਿਸੇ ਦੇ ਉੱਤੇ ਇਤਬਾਰ ਨਹੀਂ ਸੀ ਰਹਿ ਗਿਆ। ਅਤੇ ਦੂਜੇ ਪਾਸੇ ਸਾਡੇ ਗੁਰੂ ਦੀ ਸ਼ਹਾਦਤ ਹੋ ਰਹੀ ਸੀ ਅਤੇ ਸਾਡੇ ਸਿੰਘ ਸ਼ਹੀਦ ਹੋ ਰਹੇ ਸੀ, ਜੇਲ੍ਹਾਂ ਵਿੱਚ ਤੜਫ ਰਹੇ ਸੀ, ਸਾਰਾ ਕੁਛ ਇਹ ਸਾਡੇ ਸਾਹਮਣੇ ਸੀ। ਪਰ ਇਸ ਸਭ ਕਾਸੇ ਨੂੰ ਜਦੋਂ ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਸੀ ਅਤੇ ਕੋਈ ਗੱਲਬਾਤ ਅਸੀਂ ਕਿਸੇ ਚੰਗੇ ਢੰਗ ਤਰੀਕੇ ਦੇ ਨਹੀਂ ਸੀ ਕਰਦੇ ਅਤੇ ਦੁਸ਼ਮਣ ਜਿਹੜਾ ਦਿਨੋਂ ਦਿਨ ਚੜ੍ਹਦਾ ਜਾਂਦਾ ਸੀ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ 300 ਤੋਂ ਵੀ ਉੱਪਰ ਲੰਘ ਗਈਆਂ ਸੀ। ਅਤੇ ਇਹ ਸਾਡੀ ਕੌਮ ਦੇ ਮੱਥੇ ਦੇ ਉੱਤੇ, ਜਿਹੜੀ ਸੂਰਬੀਰਾਂ ਦੀ, ਯੋਧਿਆਂ ਦੀ ਕੌਮ ਸੀ, ਉਹਦੇ ਮੱਥੇ ਦੇ ਉੱਤੇ ਬੜਾ ਵੱਡਾ ਇੱਕ ਕਲੰਕ ਸੀ। ਇਸ ਕਲੰਕ ਨੂੰ ਧੋਣ ਵਾਸਤੇ ਸਾਡੀ ਕੌਮ ਨੂੰ ਉਠਾਉਣਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਇਕੱਠਾ ਕਰਨਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਲਿਆਉਣਾ ਬੜਾ ਜ਼ਰੂਰੀ ਸੀ। ਅਤੇ ਉਸ ਨੂੰ ਲਿਆਉਣ ਵਾਸਤੇ ਮੈਂ ਇੱਕ ਛੋਟਾ ਜਿਹਾ ਯਤਨ ਕੀਤਾ, ਇਹ ਬਹੁਤਾ ਵੱਡਾ ਯਤਨ ਨਹੀਂ ਗਾ। ਹਾਲਾਂਕਿ ਮੈਨੂੰ ਸਾਰੀ ਕੌਮ ਕਹਿ ਰਹੀ ਸੀ ਵੀ ਜਥੇਦਾਰ ਜੀ ਕੋਈ ਠੋਸ ਪ੍ਰੋਗਰਾਮ ਦਿਓ, ਕੋਈ ਤਿੱਖਾ ਪ੍ਰੋਗਰਾਮ ਦਿਓ, ਕੋਈ ਇਸ ਤਰ੍ਹਾਂ ਗੱਲ ਬਣਨੀ ਨਹੀਂ। ਕਈ ਤਰ੍ਹਾਂ ਦੇ ਵਿਚਾਰ ਮੇਰੇ ਕੰਨਾਂ ਦੇ ਵਿੱਚ ਪੈ ਰਹੇ ਸੀ ਅਤੇ ਮੈਂ ਬਹੁਤ ਸੋਚ ਸਮਝ ਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਦਿੱਤਾ। ਮੇਰੇ ਹਿਸਾਬ ਨਾਲ ਇਹ ਬਹੁਤ ਛੋਟਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਦਾ ਸੰਗਤ ਚਾਹੁੰਦੀ ਸੀ ਮੈਂ ਉਸ ਤਰ੍ਹਾਂ ਦਾ ਨਹੀਂ ਦਿੱਤਾ। ਪਰ ਮੈਂ ਸੋਚਿਆ ਸੀ ਕਿ ਜੇ ਥੋੜ੍ਹਾ ਜਿਹਾ ਨੋਰਮਲ ਜਿਹਾ ਪ੍ਰੋਗਰਾਮ ਅਸੀਂ ਦੇਵਾਂਗੇ ਤਾਂ ਕੌਮ ਇੱਧਰ ਨੂੰ ਵਧੂਗੀ। ਜਦੋਂ ਕੌਮ ਨੇ ਇਹ ਗੱਲ ਸੁਣੀ ਵੀ ਕੋਈ ਅਕਾਲ ਤਖ਼ਤ ਦਾ ਜਥੇਦਾਰ ਜਿਹੜਾ ਉਹਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਅਤੇ ਉਹਨੇ ਸਾਡੀ ਕੌਮ ਨੂੰ ਆਵਾਜ਼ ਮਾਰੀ ਆ, ਉਹਨੇ ਸਾਡੀ ਕੌਮ ਨੂੰ ਇਕੱਠੇ ਹੋਣ ਦੀ ਗੱਲ ਕੀਤੀ ਆ, ਉਹਨੇ ਕੌਮ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਤਾ ਹੈ, ਅਤੇ ਫਿਰ ਕੌਮ ਜਿਹੜੀ ਸੁਭਾਵਿਕ ਹੀ ਉਹ ਘਰਾਂ 'ਚੋਂ ਬਾਹਰ ਆ ਗਈ। ਇਹ ਇੱਕ ਬੜੀ ਵੱਡੀ ਸਾਡੀ ਪ੍ਰਾਪਤੀ ਹੈ। ਮੈਂ ਕਹਿੰਦਾ ਇਹ ਤੋਂ ਵੱਡੀ ਪ੍ਰਾਪਤੀ ਹੋਰ ਨਹੀਂ ਕੋਈ ਹੋ ਸਕਦੀ ਕਿ ਅੱਜ ਲੋਕਾਂ ਨੇ ਪਾਰਟੀਬਾਜ਼ੀ, ਧੜੇਬੰਦੀ, ਮਤਭੇਦ ਜੋ ਵੀ ਸੀ ਆਪਸ ਵਿੱਚ ਸਾਡੇ, ਕਿਸੇ ਨੇ ਨਹੀਂ ਪਾਰਟੀ ਵੇਖੀ ਅਤੇ ਕਿਸੇ ਨੇ ਨਹੀਂ ਧੜਾ ਵੇਖਿਆ ਅਤੇ ਕਿਸੇ ਨੇ ਨਹੀਂ ਵੇਖਿਆ ਵੀ ਕੱਲ੍ਹ ਮੇਰੇ ਇਸ ਬੰਦੇ ਨਾਲ ਕੀ ਮਤਭੇਦ ਸੀ ਅਤੇ ਮੈਂ ਅੱਜ ਕੀ ਕਰਾਂ। ਸਾਰਿਆਂ ਨੂੰ ਥੱਲੇ ਰੱਖ ਕੇ ਲੋਕਾਂ ਨੇ ਇੱਕੋ ਹੀ ਗੱਲ ਆਪਣੇ ਮਨ ਦੇ ਵਿੱਚ ਵਸਾਈ ਵੀ ਸਾਡੇ ਗੁਰੂ ਦਾ ਮਸਲਾ ਹੈ ਅਤੇ ਸਾਡੇ ਕਿਸੇ ਸਿੰਘ ਨੇ ਆਵਾਜ਼ ਮਾਰੀ ਹੈ ਅਤੇ ਸਾਨੂੰ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਅਤੇ ਉਹ ਤੁਹਾਡੇ ਸਾਰਾ ਕੁਛ ਸਾਹਮਣੇ ਆ। ਅਤੇ ਮੈਂ ਸਮਝਦਾ ਹਾਂ ਕਿ ਜਿਹੜੇ ਮੋਰਚੇ ਹੁੰਦੇ ਆ ਨਾ ਉਹ ਫੈਸਲੇ ਕਰਦੇ, ਇਸ ਮੋਰਚੇ ਨੇ ਫੈਸਲਾ ਕਰ ਦਿੱਤਾ ਸੀ, ਮੋਰਚਾ ਜਿੱਤ ਗਿਆ ਸੀ। ਐਂ ਨਹੀਂ ਹੈਗਾ ਜੇ ਤੁਸੀਂ ਮੈਨੂੰ ਹੁਣ ਪੁੱਛੋਗੇ ਵੀ ਇਹ ਕਦੋਂ ਤੱਕ ਰਹੂਗਾ, ਕਿਵੇਂ ਰਹੂਗਾ, ਕੀ ਇਹਦਾ ਹਿਸਾਬ ਕਿਤਾਬ ਆ, ਮੈਂ ਕਹਿੰਦਾ ਵੀ ਇਹ ਸਮਾਂ ਨਹੀਂ ਹੈਗਾ ਇੱਥੇ ਕੋਈ ਇਹ ਸਮਾਂ ਬਾਉਂਡ ਨਹੀਂ ਕੀਤਾ ਅਸੀਂ, ਇਹ ਤਾਂ ਲੜਾਈ ਜਿੱਤਾਂਗੇ ਅਤੇ ਜਦੋਂ ਜਿੱਤ ਦਾ ਝੰਡਾ ਸਾਡਾ ਚੜ੍ਹ ਗਿਆ ਅਤੇ ਫਿਰ ਅਰਦਾਸ ਕਰਕੇ ਫਿਰ ਅਸੀਂ ਇਹ ਅਗਲੀ ਗੱਲ ਕਰਾਂਗੇ। ਸੋ ਇਹ ਗੱਲਬਾਤ ਸੰਖੇਪ ਰੂਪ 'ਚ ਹੀ ਅਸੀਂ ਰੱਖੀ ਹੈ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਨਾਲ, ਕਿਉਂਕਿ ਇੱਥੇ ਸਟੇਜ ਦੀ ਕਾਰਵਾਈ ਚੱਲ ਰਹੀ ਆ, ਜਿਹੜੇ ਪ੍ਰਚਾਰਕ ਨੇ ਉਹ
ਕੁਝ ਸਿੰਘ ਜਿਹੜੇ ਧਾਰਨਾਵਾਂ ਨਾਲ ਗਾਉਂਦੇ ਆ, ਕੁਝ ਕੀਰਤਨ ਕਰਦੇ ਆ, ਸਟੇਜ ਦੀ ਕਾਰਵਾਈ ਜਾ ਰਹੀ ਆ, ਬੁਲਾਰੇ ਲੱਗੇ ਹੋਏ ਆ। ਦੂਰੋਂ ਦਰੇਡੇ ਤੋਂ ਸਿੱਖ ਸੰਗਤਾਂ ਇੱਥੇ, ਪੰਜਾਬ ਭਰ ਤੋਂ ਅਤੇ ਹੋਰਾਂ ਸੂਬਿਆਂ ਤੋਂ ਵੀ ਇੱਥੇ ਪਹੁੰਚ ਰਹੀਆਂ। ਸੰਗਤ ਦੇ ਵਿੱਚ ਬੱਚਿਆਂ ਦੀ ਗਿਣਤੀ ਵੀ ਆ, ਬੀਬੀਆਂ ਵੀ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਅੱਧ ਖੜ ਉਮਰ ਦੇ, ਸਾਰੀਆਂ ਹੀ ਉਮਰਾਂ ਦੇ ਪੜਾਅ ਜਿਹੜੇ ਹੁੰਦੇ ਆ ਉਹ ਸਿੱਖ ਸੰਗਤਾਂ ਦੇ ਵਿੱਚ ਸ਼ਾਮਿਲ ਨੇ। ਨੇੜਲਾ ਪਿੰਡ ਆ ਇੱਥੇ ਸਮਾਲਸਰ, ਸਮਾਲਸਰ ਦੇ ਸ਼ਹੀਦ ਹੋਏ ਆ ਭਾਈ ਜੁਗਰਾਜ ਸਿੰਘ ਸਮਾਲਸਰ, ਰੁਮਾਨੀਆ ਕਾਂਡ ਵਾਲੇ, ਉਹਨਾਂ ਦੇ ਨਗਰ ਤੋਂ ਅੱਜ ਇੱਥੇ ਲੰਗਰ ਲੈ ਕੇ ਸਿੱਖ ਸੰਗਤਾਂ ਪਹੁੰਚੀਆਂ ਸਨ। ਤਾਂ ਵੇਖ ਕੇ ਖਿਆਲ ਆਉਂਦਾ ਕਿ ਉਹ ਵਾਸੀ, ਉਸ ਪਿੰਡ ਦੇ ਵਾਸੀ ਜਿਨ੍ਹਾਂ ਨੇ ਆਪਣੇ ਜਿਹੜੇ ਸ਼ਹੀਦ ਕਰਾਏ ਆ ਸਿੰਘ, ਜਹਿਦਰ ਭਾਈ ਧਿਆਨ ਸਿੰਘ ਮੰਡ, ਉਹਨਾਂ ਦੇ ਪਰਿਵਾਰ 'ਚੋਂ ਖੁਦ 3 ਸ਼ਹਾਦਤਾਂ ਜਿਹੜਾ ਇਹਨਾਂ ਦੇ ਮੰਡ ਪਰਿਵਾਰ 'ਚੋਂ ਹੋਈਆਂ, ਰਿਸ਼ਤੇਦਾਰੀਆਂ 'ਚੋਂ ਵੀ ਹੋਰ ਵੀ ਹੋਈਆਂ। ਇਹ ਜਿਹੜੇ ਲੰਮੇ ਸਮੇਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮੇਂ ਤੋਂ ਆਰੰਭ ਹੋਏ ਸੰਘਰਸ਼ ਦੇ ਵਿਚਾਲੇ ਸ਼ਹਾਦਤਾਂ ਦੇਣ ਵਾਲੇ ਜਿਹੜੇ ਲੋਕ ਨੇ, ਇਹ ਉਹਨਾਂ ਦਾ ਸਮੂਹ ਆ, ਇਹ ਜਿਨ੍ਹਾਂ ਨੇ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ ਅਤੇ ਕਿਸੇ ਕੁਰਬਾਨੀ ਤੋਂ ਹਟੇ ਨਹੀਂ। ਇਸ ਮੋਰਚੇ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਖਾਸ ਲੱਗੀ ਕਿ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਵਿਚਰਨ ਵਾਲੀਆਂ ਦੋ ਜਥੇਬੰਦੀਆਂ, ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ, ਦੋਵੇਂ ਹੀ ਇਸ ਮੋਰਚੇ ਦਾ ਸਪੋਰਟ ਕਰ ਰਹੀਆਂ, ਸਹਿਯੋਗ ਕਰ ਰਹੀਆਂ, ਹਮਾਇਤ ਕਰ ਰਹੀਆਂ, ਅਤੇ ਉਹਨਾਂ ਦੇ ਸਿੰਘ ਵੀ ਇੱਥੇ ਪਹੁੰਚੇ ਹੋਏ ਆ। ਇਸ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਹਾਜ਼ਰੀ ਲਵਾ ਕੇ ਗਏ। ਇਸ ਤੋਂ ਇਲਾਵਾ ਅਖੰਡ ਕੀਰਤਨੀ ਜਥਾ, ਕੁੱਲ ਮਿਲਾ ਕੇ ਪੰਥ ਦੀਆਂ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ, ਛੋਟੀਆਂ ਹੋਣ ਵੱਡੀਆਂ ਹੋਣ, ਉਹ ਇੱਥੇ ਪਹੁੰਚ ਕੇ ਹਾਜ਼ਰੀਆਂ ਲਵਾ ਰਹੀਆਂ। ਜਥੇਦਾਰ ਮੰਡ ਹੋਣਾ ਦਾ ਕਹਿਣਾ ਕਿ ਇਹ ਜਿਹੜਾ ਮੋਰਚਾ ਵਾ, ਅਸੀਂ ਕੋਈ ਟਾਈਮ ਬਾਉਂਡ ਨਹੀਂ ਕੀਤਾ, ਕੋਈ ਇਹ ਅਣਮਿੱਥੇ ਸਮੇਂ ਲਈਆ, ਅਸੀਂ ਜਿੱਤ ਦੀ ਜਿਹੜੀ ਆ ਅਰਦਾਸ ਹੈ ਉਹ ਕਰਕੇ ਉੱਠਾਂਗੇ, ਉਸ ਤੋਂ ਪਹਿਲਾਂ ਨਹੀਂ ਇੱਥੋਂ ਉੱਠਣ ਵਾਲੇ। ਸੋ ਇਸ ਤੋਂ ਇਲਾਵਾ ਇੱਥੇ ਮੋਰਚੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ 5 ਸਿੰਘ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਰਤਰਫ ਕਰ ਦਿੱਤਾ ਗਿਆ ਸੀ 2015 ਦੇ ਵਿੱਚ, ਉਹ ਵੀ ਹਾਜ਼ਰੀ ਲਵਾ ਕੇ ਗਏ ਆ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਜਿਹੜੀਆਂ ਪਹੁੰਚ ਰਹੀਆਂ ਹੋਈਆਂ, ਅਤੇ ਜਿਹੜਾ ਮੋਰਚਾ ਵਾ ਬਰਗਾੜੀ ਦੇ ਵਿੱਚ ਜਾਰੀ ਆ। ਹੁਣ ਆਪਾਂ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ ਅਗਲੇ ਭਾਗ ਦੇ ਵਿੱਚ ਗੱਲਬਾਤ ਕਰਦੇ ਹਾਂ। ਬਰਗਾੜੀ ਮੋਰਚੇ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਇਸ ਵੇਲੇ ਸਾਡੇ ਨਾਲ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਜਥੇਦਾਰ ਸਾਹਿਬ, ਪਹਿਲਾ ਸਵਾਲ ਇਹ ਆ ਕਿ ਤੁਹਾਡੀ ਇੱਕ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ, ਉਸ ਦਾ ਨਤੀਜਾ ਕੀ ਰਿਹਾ? ਦੇਖੋ, ਪੰਜਾਬ ਸਰਕਾਰ ਆਈ ਨੂੰ, ਜਿਹੜੀ ਹੁਣ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਤਕਰੀਬਨ 14-15 ਮਹੀਨੇ ਹੋ ਗਏ। ਉਹਨਾਂ ਦੇ ਵੱਲੋਂ ਇੱਕ ਕਮਿਸ਼ਨ ਬਿਠਾਇਆ ਗਿਆ ਸੀ, ਉਹਨੂੰ ਵੀ 6 ਮਹੀਨੇ ਦਾ ਟਾਈਮ ਦਿੱਤਾ ਸੀਗਾ। ਉਹਨਾਂ ਨੇ ਵੀ, ਮੈਂ ਸਮਝਦਾ ਕਿ ਇਸ ਸੰਬੰਧ ਦੇ ਵਿੱਚ ਅੱਜ ਤੱਕ ਸਿੱਖ ਸੰਗਤਾਂ ਦੇ ਸਾਹਮਣੇ ਆਪਣੇ ਵਾਅਦੇ ਅਨੁਸਾਰ ਕੁਛ ਵੀ ਨਹੀਂ ਕੀਤਾ, ਬਰਗਾੜੀ ਦੇ ਸੰਬੰਧ, ਬਹਿਬਲ ਦੇ ਸੰਬੰਧ ਵਿੱਚ, ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਸੰਬੰਧ ਵਿੱਚ, ਜਿਹੜਾ ਕਿ ਉਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਇਹਨਾਂ ਸਾਰੇ ਮਸਲਿਆਂ ਦਾ ਹੱਲ ਦਿਆਂਗਾ। ਅਖੀਰ ਜਦੋਂ ਕੋਈ ਗੱਲਬਾਤ ਨਾ ਹੋਈ, ਪਿਛਲੇ ਸਾਲ ਵੀ ਇੱਕ ਜਿਹੜਾ ਸੀਗਾ, ਅਸੀਂ ਸੰਕੇਤ ਮਾਤਰ ਜਿਹੜਾ ਸੀ ਰੋਸ ਮੁਜ਼ਾਹਰਾ ਕੀਤਾ ਸੀ ਕੋਟਕਪੂਰਾ ਚੌਂਕ 'ਚ ਕਾਲੀਆਂ ਝੰਡੀਆਂ ਦੇ ਨਾਲ। ਉਸ ਤੋਂ ਬਾਅਦ ਜਿਹੜਾ ਸੀ, ਹੁਣ 1 ਜੂਨ ਆ ਗਈ, 3 ਸਾਲ ਹੋ ਗਏ ਆ। ਪਿਛਲੇ ਸਾਲ ਵੀ ਇੱਥੇ 1 ਜੂਨ ਦਾ ਇਕੱਠ ਸੀ, ਉਦੋਂ ਪਿਛਲੇ ਸਾਲ ਵੀ 1 ਜੂਨ ਦਾ ਇਕੱਠ ਰੱਖਿਆ ਸੀਗਾ, ਪਰ ਇਸ ਵਾਰ ਅਸੀਂ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ ਸੀਗਾ ਵੀ ਇੱਥੋਂ ਪ੍ਰੋਗਰਾਮ ਇਸ ਤਰ੍ਹਾਂ ਦਾ ਅਨਾਊਂਸ ਹੋਊਗਾ ਵੀ ਸਰਕਾਰ ਨੂੰ ਹੱਲ ਕਰਨਾ ਪਊਗਾ। ਅਤੇ 1 ਜੂਨ ਨੂੰ ਜਦੋਂ ਇੱਥੇ ਸਿੱਖ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ,
ਔਰ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਇੱਥੇ ਮੰਚ 'ਤੇ ਜਥੇਦਾਰਾਂ ਦੇ ਸੱਦੇ 'ਤੇ ਇਕੱਠੀਆਂ ਹੋਈਆਂ ਅਤੇ ਇਨਸਾਫ ਦੀ ਆਵਾਜ਼ ਬੁਲੰਦ ਕੀਤੀ। ਤਾਂ ਉਸੇ ਦਿਨ ਹੀ ਡੀ ਸੀ ਔਰ ਐੱਸ ਐੱਸ ਪੀ ਜੋ ਫਰੀਦਕੋਟ ਦੇ ਉਹ ਸਾਡੇ ਕੋਲ ਸ਼ਾਮ ਨੂੰ ਇੱਥੇ ਪਹੁੰਚ ਗਏ। ਉਹ ਧਰਨਾ ਆ ਜਿਹੜਾ ਮੁਜ਼ਾਹਰਾ ਸੀਗਾ ਸਾਡਾ ਜੋ ਮੋਰਚਾ ਸੀ ਇਨਸਾਫ ਮੋਰਚਾ ਇਹਨੂੰ ਉਠਾਉਣ ਵਾਸਤੇ ਆਏ ਸੀ, ਪਰ ਜਦੋਂ ਅਸੀਂ ਉਹਨਾਂ ਨੂੰ ਆਪਣੀਆਂ ਗੱਲਾਂ ਦੱਸੀਆਂ ਉਹਨਾਂ ਕੋਲ ਜਵਾਬ ਨਹੀਂ ਸੀ। ਉਹ ਕਹਿੰਦੇ ਅਸੀਂ ਸਰਕਾਰ ਨਾਲ ਗੱਲ ਕਰਾਂਗੇ। ਅਗਲੇ ਦਿਨ ਜਿਹੜੇ ਇਸ ਰੇਂਜ ਦੇ ਆਈ ਜੀ ਆ ਜੀ ਐੱਸ ਢਿੱਲੋਂ ਉਹ ਆ ਗਏ। ਉਹਨਾਂ ਨੇ ਆ ਕੇ ਜਿਹੜਾ ਸੀਗਾ ਮੋਰਚਾ ਉਠਾਉਣ ਦੀ ਗੱਲ ਕੀਤੀ, ਪਰ ਜਦੋਂ ਅਸੀਂ ਮੰਗਾਂ ਕੀਤੀਆਂ ਉਹਨਾਂ ਦੇ ਸਾਹਮਣੇ ਤਾਂ ਜੋ ਉਹਨਾਂ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਸੀ। ਤਾਂ ਫਿਰ ਤੀਸਰੇ ਦਿਨ ਜਿਹੜਾ ਸੀ ਉਹ ਕੈਬਨਿਟ ਮਿਨਿਸਟਰ ਜੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਐੱਮ ਐੱਲ ਏ ਲੈ ਕੇ ਇੱਥੇ ਪਹੁੰਚੇ, ਨਾਲ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਸੀਗੀ ਹੋਈ, ਉਹਨਾਂ ਕੋਲ ਵੀ ਇਹਨਾਂ ਮੰਗਾਂ ਦਾ ਜਵਾਬ ਨਹੀਂ। ਸਰਕਾਰ ਚੱਲ ਕੇ ਆਈ ਬਰਗਾੜੀ ਦੀ ਧਰਤੀ 'ਤੇ, ਕੈਬਨਿਟ ਮਿਨਿਸਟਰ ਵੀ ਸਰਕਾਰ ਹੁੰਦਾ, ਸਰਕਾਰ ਇੱਥੇ ਆਈ ਚੱਲ ਕੇ, ਬਕਾਇਦਾ ਜੋ ਜਥੇਦਾਰ ਸਾਹਿਬ ਨੇ ਕਿਹਾ ਸੀ ਸਰਕਾਰ ਇੱਥੇ ਚੱਲ ਕੇ ਆਊਗੀ, ਉਹਨਾਂ ਕੋਲ ਵੀ ਸਾਡੀਆਂ ਮੰਗਾਂ ਦਾ ਜਵਾਬ ਨਹੀਂ ਸੀ। ਅਤੇ ਉਹਨਾਂ ਨੇ ਬਕਾਇਦਾ ਮੀਡੀਆ 'ਚ ਇਸ ਗੱਲ ਦੀ ਮੁਆਫ਼ੀ ਜਦੋਂ ਇੱਥੇ ਆਏ ਉਹਨਾਂ ਨੇ ਕਿਹਾ, ਪਹਿਲਾਂ ਤਾਂ ਅਰਦਾਸ ਕੀਤੀ ਕਿ ਤੁਹਾਡੀਆਂ ਮੰਗਾਂ ਜਾਇਜ਼ਾ ਅਤੇ ਗੁਰੂ ਤੁਹਾਡੇ ਮੋਰਚੇ ਨੂੰ ਸਫਲ ਕਰੇ, ਮੈਂ ਅਰਦਾਸ ਕਰਦਾ। ਫਿਰ ਉਹਨਾਂ ਨੇ, ਮੈਂ ਅਗਲੀ ਗੱਲ 'ਤੇ ਤੁਹਾਡੇ ਜਵਾਬ 'ਤੇ ਆਉਣਾ ਚਾਹੁੰਦਾ ਕਿ ਫਿਰ ਉਹਨਾਂ ਨੇ ਜਿਹੜਾ ਸੀਗਾ ਗੱਲਬਾਤ ਦੇ ਵਿੱਚ ਉਸ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਸਾਡੇ ਕੋਲ ਕਮੀ ਰਹੀ ਆ, ਅਸੀਂ ਮੁਆਫ਼ੀ ਮੰਗਦੇ ਹਾਂ, ਦੇਰੀ ਹੋਈ ਆ, ਮੰਗਾਂ ਇਹਨਾਂ ਦੀਆਂ ਜਾਇਜ਼ ਆ, ਅਮਨ ਕਾਨੂੰਨ ਦੇ ਨਾਲ ਬੜਾ ਪੁਰਅਮਨ ਤਰੀਕੇ ਨਾਲ ਸ਼ਾਂਤਮਈ ਇਹਨਾਂ ਦਾ ਪ੍ਰੋਟੈਸਟ ਜਿਹੜਾ ਮੋਰਚਾ ਇਨਸਾਫ ਮੋਰਚਾ ਚੱਲ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਸੱਦਾ ਦਿੱਤਾ ਚੰਡੀਗੜ੍ਹ, ਪੰਜਾਬ ਭਵਨ, ਪੰਜਾਬ ਭਵਨ ਪੰਜਾਬ ਦਾ ਸਾਂਝਾ ਵਾ, ਉੱਥੇ ਮੁੱਖ ਮੰਤਰੀ ਸਾਹਿਬ ਆਏ, ਉੱਥੇ ਹੀ ਅਸੀਂ ਸਾਰੇ ਗਏ ਜੋ ਮੇਰੇ ਨਾਲ ਵਫਦ ਸੀਗਾ ਜਥੇਦਾਰ ਸਾਹਿਬ ਨੇ ਭੇਜਿਆ। ਤਾਂ ਉੱਥੇ ਬੈਠ ਕੇ ਬਕਾਇਦਾ ਉਹਨਾਂ ਦੇ ਕੈਬਨਿਟ ਮਿਨਿਸਟਰ ਸੀ, 3 ਐੱਮ ਐੱਲ ਏ ਸੀ, ਯੂ ਐੱਸ ਡੀ ਸੀ, ਉਹਨਾਂ ਦੇ ਔਫਿਸਰ ਸੀਗੇ ਇੰਟੈਲੀਜੈਂਸੀ ਦੇ ਦਿਨਕਰ ਗੁਪਤਾ ਜੀ ਔਰ ਵਰਿੰਦਰ ਕੁਮਾਰ ਜੀ, ਉਹਨਾਂ ਨਾਲ ਬੜੀ ਡਿਟੇਲ 'ਚ ਸਾਡੀ ਗੱਲਬਾਤ ਹੋਈ। ਤਾਂ ਗੱਲਬਾਤ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ, ਬੇਅਦਬੀ ਦਾ, ਬਹਿਬਲ ਦਾ ਸਾਰਾ ਕੁਝ ਦੱਸਿਆ, ਤਾਂ ਮੁੱਖ ਮੰਤਰੀ ਨੇ ਕਿਹਾ ਇਹ ਮੰਗਾਂ ਤਾਂ ਮੇਰੀਆਂ ਸੀ, ਅਤੇ ਅਸੀਂ ਕਿਹਾ ਅਸੀਂ ਤੁਹਾਨੂੰ ਚੇਤਾ ਹੀ ਤਾਂ ਕਰਾ ਰਹੇ ਹਾਂ ਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਇਹ ਕੁਝ ਕਿਹਾ ਸੀਗਾ, ਅਤੇ ਇਹਨੂੰ ਜਿਹੜਾ ਹੈਗਾ ਹੁਣ ਤੁਰੰਤ ਜਿਹੜਾ ਇਹਨਾਂ ਨੂੰ ਹੱਲ ਕਰੋ। ਅਤੇ ਉਹਨਾਂ ਨੇ ਤੁਰੰਤ ਜਿਹੜਾ ਸੀਗਾ ਉੱਥੇ ਅਫਸਰਾਂ ਨੂੰ ਆਰਡਰ ਕੀਤੇ ਵੀ ਇਹਨਾਂ ਮਸਲਿਆਂ ਦਾ ਹੱਲ ਚਾਹੀਦਾ, ਕਿ ਜੋ ਇਹ ਕਹਿ ਰਹੇ ਇਹਨਾਂ ਦੀਆਂ ਮੰਗਾਂ ਜਾਇਜ਼ ਆ, ਕੋਈ ਨਜਾਇਜ਼ ਨਹੀਂ ਆ। ਜੋ ਕਮਿਸ਼ਨ ਬਣਿਆ ਸੀ ਜਸਟਿਸ ਰਣਜੀਤ ਸਿੰਘ ਦਾ, ਉਹਦੀ ਰਿਪੋਰਟ ਨੂੰ ਜਲਦੀ ਜਨਤਕ ਕਰੋ ਵੀ ਕਿ ਉਹ ਕਹਿੰਦੇ ਜਸਟਿਸ ਸਾਹਿਬ ਨੇ ਇੱਕ ਮਹੀਨੇ ਦਾ ਸਮਾਂ ਮੰਗਿਆ, ਤਾਂ ਅਸੀਂ ਕਿਹਾ ਵੀ ਇੱਕ ਮਹੀਨਾ ਬਹੁਤ ਆ, ਹੁਣ ਮਹੀਨਾ ਨਹੀਂ, ਹੁਣ ਦੋ ਭਾਗਾਂ ਦੇ ਵਿੱਚ ਰਿਪੋਰਟ ਨੂੰ ਕਰ ਦਿਓ, ਜਿਹੜੀ ਬਰਗਾੜੀ ਅਤੇ ਬਹਿਬਲ ਦੀ ਰਿਪੋਰਟ ਆ ਉਹ ਪਹਿਲਾਂ ਦੇ ਦਿਓ, ਜਿਹੜੀਆਂ ਬਾਅਦ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਦੀ ਰਿਪੋਰਟ ਬਾਅਦ 'ਚ ਦੇ ਦਿਓ, ਉਹ ਇਕੱਠੀ ਦੇਣਾ ਚਾਹੁੰਦੇ ਸੀ। ਤਾਂ ਹੁਣ ਉਹਨਾਂ ਨੇ ਜਿਹੜਾ ਤੁਰੰਤ ਜਿਹੜੀ ਸਾਡੀ ਗੱਲਬਾਤ ਹੋਈ ਆ, ਬਕਾਇਦਾ ਗੱਲਬਾਤ ਦੇ ਵਿੱਚ ਉਹਨਾਂ ਨੇ ਔਫਿਸਰਾਂ ਨੂੰ ਸਾਡੇ ਸਾਹਮਣੇ ਜਿਹੜੇ ਆ ਉਹ ਹੁਕਮ ਕੀਤੇ ਆ। ਮੈਂ ਸਮਝਦਾ ਕਿ ਜੇਕਰ ਉਹਨਾਂ ਹੁਕਮਾਂ 'ਤੇ ਕੰਮ ਹੋਵੇ ਤਾਂ ਸਾਨੂੰ ਤੁਰੰਤ ਜਿਹੜਾ ਇਹਦਾ ਰਿਜ਼ਲਟ ਆ 2-4 ਦਿਨਾਂ 'ਚ ਮਿਲੂਗਾ। ਜੇ ਨੀਅਤ ਸਰਕਾਰ ਦੀ ਸਾਫ਼ ਹੋਈ, ਇਹ ਨਹੀਂ ਵੀ ਸਾਡੇ ਸਾਹਮਣੇ ਹੁਕਮ ਕਰ ਦਿੱਤਾ ਅਤੇ ਬਾਅਦ ਵਿੱਚ ਜਿਹੜਾ ਹੈਗਾ ਕੁਛ ਹੋਰ ਹੋਵੇ, ਜੇਕਰ ਜੋ ਸਾਡੇ ਸਾਹਮਣੇ ਹੁਕਮ ਕੀਤੇ ਆ ਮੀਟਿੰਗ ਦੇ ਵਿੱਚ ਔਫਿਸਰਾਂ ਨੂੰ ਮੁੱਖ ਮੰਤਰੀ ਪੰਜਾਬ ਨੇ, ਤਾਂ ਉਹਦੇ ਅਨੁਸਾਰ ਸਾਨੂੰ ਲੱਗਦਾ ਵੀ 2-4 ਦਿਨਾਂ ਦੇ ਵਿੱਚ ਕੋਈ ਹੱਲ ਜਿਹੜਾ ਉਹ ਸਾਡੇ ਸਾਹਮਣੇ ਆਊਗਾ। ਇੰਝ ਪੁੱਛਣਾ ਹੋਵੇ ਕਿ ਗੱਲਬਾਤ ਤੌਰ 'ਤੇ ਜਿਹੜੀ ਮੀਟਿੰਗ ਆ ਉਹ ਸਫਲ ਰਹੀ, ਨਤੀਜਿਆਂ ਨੇ ਅਜੇ ਇਸ ਨੂੰ ਸਫਲ ਜਿਹੜਾ ਵਾ ਉਹਦੀ ਮੋਹਰ ਲੱਗਣੀ ਬਾਕੀ ਆ, ਇੰਝ ਹੀ ਆ? ਅਸੀਂ ਉਹਨਾਂ ਚਿਰ ਨਹੀਂ ਮੰਨਦੇ। ਦੇਖੋ, ਉਹਨਾਂ ਨੇ ਸਾਨੂੰ ਸੱਦਾ ਦਿੱਤਾ, ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੇ। ਸਾਡਾ ਇਨਸਾਫ ਮੋਰਚਾ ਵੀ ਚੱਲ ਰਿਹਾ, ਗੱਲਬਾਤ ਵੀ ਚੱਲ ਰਹੀ, ਕੋਈ ਔਫਿਸਰ ਆਵੇ, ਕੋਈ ਮੰਤਰੀ ਆਵੇ, ਮੁੱਖ ਮੰਤਰੀ ਨਾਲ ਵੀ ਗੱਲਬਾਤ ਹੋਈ, ਉਹਨਾਂ ਦੇ ਔਫਿਸਰਾਂ ਨਾਲ ਵੀ ਹੋਈ ਆ, ਕਿਉਂਕਿ ਗੱਲ ਅਕਸਰ ਗੱਲਬਾਤ ਦੇ ਨਾਲ ਹੀ ਜਿਹੜਾ ਹੈ ਹੱਲ ਹੁੰਦਾ।
ਜੋ ਸਾਡੀਆਂ ਮੰਗਾਂ ਨੇ ਹੀ ਸਰਕਾਰ ਦੇ ਸਾਹਮਣੇ ਰੱਖੀਆਂ ਨੇ। ਸਰਕਾਰ ਨੇ ਵੀ, ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਜਿਹੜਾ ਸਾਡੇ ਅਧਿਕਾਰ ਖੇਤਰ 'ਚ ਅਸੀਂ ਕਰਾਂਗੇ, ਜਿਹੜਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਆ ਮੈਨੂੰ ਫਾਈਲਾਂ ਦਿਓ। ਅਫਸਰਾਂ ਦੀ ਡਿਊਟੀ ਲਗਾਈ ਉਹਨਾਂ ਨੇ ਬਕਾਇਦਾ ਕਿ ਉਹ ਮੈਨੂੰ ਫਾਈਲਾਂ ਦਿਓ, ਉਹਦੀ ਮੈਂ ਪ੍ਰਧਾਨ ਮੰਤਰੀ ਦੇ ਨਾਲ, ਗ੍ਰਹਿ ਮੰਤਰੀ ਦੇ ਨਾਲ, ਜਿਹੜਾ ਹੈਗਾ ਹੋਮ ਮਿਨਿਸਟਰ ਦੇ ਨਾਲ ਗੱਲ ਕਰਾਂਗਾ। ਅਤੇ ਸਾਨੂੰ ਪਤਾ ਲੱਗਿਆ ਵੀ 16-17 ਤਰੀਕ ਦਾ ਸ਼ਾਇਦ ਉਹਨਾਂ ਨੇ ਸਮਾਂ ਵੀ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਨੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੋਂ ਇਸ ਮਸਲੇ 'ਤੇ ਲੈ ਲਿਆ ਕਿ ਉਹ ਜਿਹੜੇ ਮਸਲੇ ਕੇਂਦਰ ਸਰਕਾਰ ਦੇ ਦਾਇਰੇ 'ਚ ਆਉਂਦੇ ਆ ਵੀ ਉਹ ਵੀ ਹੱਲ ਕੀਤੇ ਜਾਣ। ਮੈਂ ਜਿਹੜਾ ਸਵਾਲ ਪੁੱਛਣਾ ਸੀ ਵਿਚਾਲੇ ਉਹ ਇਹੀ ਆ ਕਿ ਜਦੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇੱਥੇ ਆਏ, ਪੰਜਾਬ ਦੇ ਉਹ ਇੱਕ ਖਾਸੇ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਆ, ਉਹਨਾਂ ਜਦੋਂ ਇੱਥੇ ਗੱਲ ਕਹੀ ਆ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ, ਉਹਨਾਂ ਉਸ ਮੰਗ ਨੂੰ ਵੀ ਜਾਇਜ਼ ਸਮਝਿਆ ਵਾ ਜਿਹਦੇ ਵਿੱਚ ਬੰਦੀ ਸਿੰਘਾਂ ਦੀ ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈ ਦੀ ਗੱਲ ਆ, ਉਸ ਗੱਲ ਨੂੰ ਵੀ ਸਰਕਾਰ ਦੇ ਨੁਮਾਇੰਦੇ ਵਜੋਂ ਉਹ ਜਾਇਜ਼ ਮੰਨ ਰਹੇ ਆ? ਦੇਖੋ, ਕੈਬਨਿਟ ਮਿਨਿਸਟਰ ਦੀ ਗੱਲ ਤਾਂ ਹੇਠਾਂ ਰਹਿ ਗਈ। ਮੁੱਖ ਮੰਤਰੀ ਪੰਜਾਬ ਨੇ ਖੁਦ ਕਿਹਾ, ਜਦੋਂ ਸਾਡੀ ਮੀਟਿੰਗ ਹੋਈ ਆ, ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਜਿਸ ਵੇਲੇ 1984 'ਚ ਇਸ ਤਰ੍ਹਾਂ ਦੇ ਹਾਲਾਤ ਸੀ, ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਇਆ, ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ, ਗੁਰਧਾਮਾਂ ਦੇ ਜਿਹੜੇ ਸੀਗਾ ਹਮਲੇ ਹੋਏ ਹੋਰਾਂ 'ਤੇ, ਅਤੇ ਨੌਜਵਾਨ ਜਿਹੜੇ ਸੀਗੇ ਉਹ ਅਣਖਾਣ ਦੀ ਲੜਾਈ ਉਹਨਾਂ ਨੇ ਲੜੀ ਆ, ਉਹ ਕੋਈ ਸਾਡੇ ਕ੍ਰਿਮੀਨਲ ਨਹੀਂ ਆ ਜਿਹੜੇ ਸਿੱਖ ਬੰਦੀ ਨੇ। ਹਾਂ, ਉਹਨਾਂ ਨੇ ਰਾਸੀ ਲੜਾਈ ਲੜੀ ਔਰ ਉਹ ਹਾਲਾਤਾਂ ਅਨੁਸਾਰ ਸੀਗਾ। ਅਤੇ ਕੈਬਨਿਟ ਮੰਤਰੀ ਦੀ ਗੱਲ ਛੱਡੋ, ਮੁੱਖ ਮੰਤਰੀ ਨੇ ਕਿਹਾ ਵੀ ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ, ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ। ਫਿਰ ਰੋਕ ਕਿੱਥੇ ਆ, 14 ਮਹੀਨੇ ਲੰਘ ਗਏ? ਹਾਂ ਬਿਲਕੁਲ, ਇਹ ਜਿਹੜੀ ਗੱਲ ਆ ਉਹਨਾਂ ਨੇ ਮੰਨੀ ਆ ਕਿ ਸਾਡੇ ਕੋਲ ਡਿਲੇ ਹੋਇਆ ਵਾ, ਅਤੇ ਅਸੀਂ ਜਿਹੜਾ ਹੈਗਾ ਇਹਨੂੰ ਤੁਰੰਤ, ਸਾਡੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ 3 ਭਾਗ ਨੇ ਸਾਡੇ। ਇੱਕ ਤਾਂ ਹੈ ਜਿਹੜਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ, ਇੱਕ ਹੈ ਜਿਨ੍ਹਾਂ 'ਤੇ ਕੋਈ ਕੇਸ ਵੀ ਚੱਲਦੇ ਆ ਅਤੇ ਲੰਬੀਆਂ ਸਜ਼ਾਵਾਂ ਭੁਗਤ ਰਹੇ ਆ ਉਹਨਾਂ ਦੀ ਪਰੋਲ, ਅਤੇ ਤੀਸਰਾ ਹੈਗਾ ਜਿਹੜੇ ਅਦਰ ਸਟੇਟਾਂ ਹੋਰ ਸਟੇਟਾਂ ਦੇ ਵਿੱਚ ਸਾਡੇ ਬੰਦੀ ਸਿੰਘ ਆ, ਉਹਨਾਂ 'ਤੇ ਕੇਸ ਕੋਈ ਨਹੀਂ ਉਹਨਾਂ ਸਟੇਟਾਂ ਦਾ, ਚਾਹੇ ਉਹ ਰਾਜਸਥਾਨ ਹੈ, ਚਾਹੇ ਉਹ ਦਿੱਲੀ ਹੈ, ਚਾਹੇ ਯੂਪੀ ਆ, ਉਹਨਾਂ ਦੀ ਪੰਜਾਬ ਦੇ ਵਿੱਚ ਤਬਦੀਲੀ ਆਪਣੀ ਸਟੇਟ ਦੇ ਅੰਦਰ, ਇਹ ਬਾਏ ਕਾਨੂੰਨ ਸਾਡੀ ਕਾਨੂੰਨ ਮੰਗ ਆ। ਬੰਦੀ ਸਿੰਘਾਂ ਦੀ ਗੱਲ ਹੈ, ਕੀ ਤੁਸੀਂ ਸਰਕਾਰ ਨੂੰ ਲਿਸਟ ਸੌਂਪ ਚੁੱਕੇ ਹੋ ਕਿ ਅਜੇ ਸੂਚੀ ਦੇਣੀ ਆ? ਦੇਖੋ, 20 ਜਣਿਆਂ ਦੀ ਸੂਚੀ ਤਾਂ ਅਸੀਂ ਦੇ ਦਿੱਤੀ ਸੀਗੀ, ਬਾਕੀ ਉਹਨਾਂ ਨੇ ਕਿਹਾ ਵੀ ਤੁਹਾਡੀ ਜਿਹੜੀ ਟੀਮ ਆ ਉਹ ਗੱਲਬਾਤ ਸਾਡੇ ਨਾਲ ਕਰੇ, ਅਤੇ ਅਸੀਂ ਜਿਹੜੇ ਬਾਕੀ ਵੀ ਹੋਰ ਕੈਦੀ ਆ ਫਾਈਲਾਂ ਅਨੁਸਾਰ ਉਹਨਾਂ, ਅਸੀਂ ਵਕੀਲਾਂ ਦੀ ਡਿਊਟੀ ਵੀ ਲਾਈ ਆ, ਕੁਝ ਅਸੀਂ ਗੱਲਬਾਤ ਜਿਹੜਾ ਹੈਗਾ ਉਹ ਗੱਲਬਾਤ ਵੀ ਕਰਨਗੇ ਆਫੀਸਰਾਂ ਦੇ ਨਾਲ, ਉਹ ਸਾਨੂੰ ਪੁੱਛਦੇ ਵੀ ਆ ਵੀ ਦੱਸੋ ਕਿਹੜਾ ਕਿਹੜਾ। ਇੱਕ ਲਿਸਟ ਅਸੀਂ ਦਿੱਤੀ ਵੀ ਆ ਉਹ ਮੁੱਖ ਮੰਤਰੀ ਕੋਲ ਵੀ, ਉਹਨਾਂ ਦੇ ਕੈਬਨਿਟ ਮੰਤਰੀ ਕੋਲ ਵੀ, ਉਹਨਾਂ ਦੀ ਇੰਟੈਲੀਜੈਂਸੀ ADGP ਜਿਹੜੇ DGP ਸੀਗੇ ਉਹਨਾਂ ਕੋਲ ਵੀ, ਤਾਂ ਅਸੀਂ ਲਿਸਟ ਦੇ ਵੀ ਚੁੱਕੇ ਹਾਂ, ਜਿਉਂ ਜਿੱਦਾਂ ਜਿੱਦਾਂ ਉਹ ਸਾਨੂੰ ਪੁੱਛਣਗੇ ਉਸੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਲਿਸਟ ਜਿਹੜੀ ਆ ਉਹ ਦੇ ਰਹੇ ਹਾਂ, ਔਰ ਉਹਦੇ 'ਤੇ ਵਰਕ ਵੀ, ਸਾਡੀ ਜੋ ਜਾਣਕਾਰੀ ਆ ਉਹਦੇ ਅਨੁਸਾਰ ਉਹਦੇ 'ਤੇ ਵਰਕ ਵੀ ਹੋ ਰਿਹਾ ਵਾ, ਪਰ ਜਿੰਨਾ ਚਿਰ ਰਿਜ਼ਲਟ ਨਹੀਂ ਸਾਹਮਣੇ ਆ ਜਾਂਦਾ ਉਹਨਾਂ ਚਿਰ ਅਸੀਂ ਅਜੇ ਤਸੱਲੀ ਨਹੀਂ ਲੈਂਦੇ। ਬੇਅਦਬੀ ਨਾਲ ਜੁੜਿਆ ਹੋਇਆ ਇੱਕ ਸਵਾਲ ਆ ਕਿ ਜਿਹੜਾ ਇਹ ਮੋਰਚਾ ਜਾਰੀ ਆ ਬਰਗਾੜੀ ਦਾ ਮੋਰਚਾ, ਕੀ ਇਹ ਮੋਰਚਾ ਸਿਰਫ ਇੱਥੇ ਵਾਲੀ ਜਿਹੜੀ ਬੇਅਦਬੀ ਦੀ ਘਟਨਾ ਉਹਦੇ ਤੱਕ ਸੀਮਤ ਆ ਕਿ ਪੰਜਾਬ ਭਰ ਦੇ ਜਿੱਥੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ? ਦੇਖੋ, ਪਹਿਲੀ ਗੱਲ ਤਾਂ ਇਹ ਮੇਨ ਮੁੱਖ ਜਿਹੜਾ ਸੀ ਨਾ ਬਰਗਾੜੀ ਕਾਂਡ ਜਿਹੜਾ ਸੀ, ਮਸ਼ਹੂਰ ਹੋਇਆ ਕਿ ਬਰਗਾੜੀ ਕਾਂਡ, ਗੱਲ ਬਰਗਾੜੀ ਤੋਂ ਬੁਰਜਵਾਹਰ ਸਿੰਘ ਵਾਲਾ ਤੋਂ ਚੱਲੀ ਸੀ, ਅਤੇ ਅਸੀਂ ਸਮਝਦੇ ਹਾਂ ਵੀ ਜੇ ਬਰਗਾੜੀ ਵਾਲਾ ਮਸਲਾ ਹੱਲ ਹੋ ਗਿਆ ਤਾਂ ਸਾਰੇ ਹੀ ਹੋ ਜਾਣੇ ਆ, ਫਿਰ ਸਾਰੀ ਕਹਾਣੀ ਜਿਹੜੀ ਆ ਸਾਹਮਣੇ ਆ ਜਾਣੀ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨਾਂ ਸਾਰੀਆਂ ਬੇਅਦਬੀਆਂ ਪਿੱਛੇ ਡੇਰਾ ਸਰਸਾ ਮੁਖੀ ਦਾ ਹੱਥ ਆ, ਗੁਰਮੀਤ ਰਾਮ ਰਹੀਮ ਦਾ, ਉਹਦੇ ਪੈਰੋਕਾਰ, ਜਿੱਥੇ ਬੇਅਦਬੀ ਹੁੰਦੀ ਉਹਦੇ ਪੈਰੋਕਾਰ।
ਮੌੜ ਬੰਬ ਧਮਾਕਾ ਹੋਇਆ, ਉਹਦੇ 'ਚ ਡੇਰੇ ਵਾਲੇ ਦੇ ਪੈਰੋਕਾਰ, ਪੁਲਿਸ ਦੀ ਜਾਂਚ ਜਿਹੜੀ ਉਹ ਕਾਰ ਜਿਹੜੀ ਸੀ ਉਹਦੇ ਵਰਕਸ਼ਾਪ 'ਚ ਮੋਡੀਫਾਈ ਹੋਈ, ਰੈੱਡ ਤੋਂ ਵਾਈਟ ਕੀਤੀ, ਉਹਦੇ ਬੰਦੇ ਜਿਹੜੇ ਸੀ ਉਹਨਾਂ ਦੇ 164 ਦੇ ਬਿਆਨ ਹੋਏ ਹੁਣ। ਫਿਰ ਜਿਹੜੀ ਬਰਗਾੜੀ ਸੀ ਇੱਥੇ ਪੋਸਟਰ ਉਹਦੇ ਪੈਰੋਕਾਰਾਂ ਨੇ ਲਾਏ। ਫਿਰ ਜਿਹੜੀ ਭੁੰਦੜ 'ਚ ਹੁਣ ਘਟਨਾ ਵਾਪਰੀ ਆ, ਉਹਦੇ 'ਚ ਡੇਰਾ ਪ੍ਰੇਮੀ ਆ, ਉਹ ਡੇਰੇ ਦਾ ਪੈਰੋਕਾਰ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਕਿ ਇਹਨਾਂ ਨੂੰ ਫੜ ਲਓ, ਜੇ ਪੱਕਾ ਹੀ ਹੱਲ ਕੱਢਣਾ ਤਾਂ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਗੁਰਮੀਤ ਰਾਮ ਰਹੀਮ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਓ, ਪੰਜਾਬ ਦੇ ਕਿਸੇ CA ਸਟਾਫ 'ਚ ਮੂਧਾ ਪਾਓ, ਉਹਦੇ ਫਿਰ ਉਹ ਪਟਾ ਅਤੇ ਜਿਹੜੀ ਸੱਚਾਈ ਆ ਉਹ ਸਾਰੀ ਸਾਹਮਣੇ ਆ ਜੂ, ਜਿੱਥੇ ਜਿੱਥੇ ਬੇਅਦਬੀਆਂ ਕਰਾਈਆਂ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪਖੰਡੀ ਜਿਹੜਾ ਅੱਜ ਕੁਕਰਮਾਂ ਦੀ ਸਜ਼ਾ ਭੁਗਤ ਰਿਹਾ, ਉਹ ਸਾਰਾ ਕੁਝ ਹੀ ਦੱਸ ਦਊਗਾ। ਪਰ ਅਜੇ ਵੀ ਦੇਖਣ ਜਾ ਰਿਹਾ ਵਾ ਕਿ ਪਹਿਲਾਂ ਬਾਦਲਾਂ ਨੇ ਉਹਦੇ ਨਾਲ ਯਾਰੀ ਨਿਭਾਈ, ਜਦੋਂ ਬਾਦਲਾਂ ਦੇ ਵੇਲੇ ਵੀ ਪਤਾ ਲੱਗ ਗਿਆ ਬੇਅਦਬੀ ਕਿਹਨੇ ਕੀਤੀ ਆ, ਪਰ ਉਹਨਾਂ ਨੇ ਉਸ ਜਾਂਚ ਨੂੰ ਸੌਦਾ ਸਾਧ ਕਰਕੇ ਯਾਰੀ ਨਿਭਾਉਂਦਿਆਂ ਉਹਦੇ ਤੋਂ ਵੋਟਾਂ ਲਈਆਂ। ਅਤੇ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਕੈਪਟਨ ਸਰਕਾਰ ਵੀ ਇਹ ਸੋਚ ਰਹੀ ਆ ਵੀ ਭਾਜਪਾ ਅਤੇ ਅਕਾਲੀਆਂ ਦੇ ਨਾਲ ਉਹਨਾਂ ਦੀ ਫਿੱਕ ਪੈ ਗਈ ਆ, ਵੀ ਉਹਨਾਂ ਨੇ ਬਚਾਇਆ ਨਹੀਂ ਉਹਨੂੰ ਉਸ ਕੈਦ ਤੋਂ ਜਿਹੜੀ ਉਹ ਕੱਟ ਰਿਹਾ, ਅਤੇ ਜਿਹੜੀ ਰਹਿੰਦ ਖੂੰਹਦ ਉਹਦੀ ਬਚੀ ਆ ਵੋਟ ਵੀ ਉਹ ਸਾਨੂੰ 2019 ਦੇ ਵਿੱਚ ਪੈ ਜੂਗੀ। ਮੈਨੂੰ ਲੱਗਦਾ ਵੀ ਉਹਦੇ ਨਾਲ ਜਾਰੀ ਨਿਭਾਉਣ ਵਾਲੀ ਗੱਲ ਜਿਹੜੀ ਆ ਚੱਲ ਰਹੀ ਆ। ਅਸੀਂ ਤਾਂ ਜਿਹੜਾ ਹੈ ਵਾਇਆ ਮੀਡੀਆ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਪੰਜਾਬ ਦੇ ਲੋਕ ਇਨਸਾਫ ਚਾਹੁੰਦੇ ਆ, ਪਰ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਹੁਣਾਂ ਬਾਰੇ ਪ੍ਰਭਾਵ ਜਾ ਰਿਹਾ ਵਾ ਕਿ ਉਹ ਬਾਦਲਾਂ ਦੀ ਯਾਰੀ ਨਿਭਾ ਰਹੇ ਆ। ਇੱਕੋ ਹੀ ਕੰਮ ਚੱਲਣਾ, ਜਾਂ ਬਾਦਲਾਂ ਦੀ ਯਾਰੀ ਜਾਂ ਪੰਜਾਬ ਦੀ ਸਰਕਾਰ, ਜਾਂ ਤਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਆ ਬੇਅਦਬੀ ਦਾ ਮਾਮਲਾ, ਖੁਦਕਸ਼ੀਆਂ ਦਾ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਦੂਸ਼ਿਤ ਪਾਣੀਆਂ ਦਾ, ਆਬੋ ਹਵਾ ਦਾ ਮਾਮਲਾ, ਇਹ ਸਾਰੇ ਜਿਹੜੇ ਮਾਮਲੇ ਆ, ਔਰ ਡਰੱਗ ਦਾ ਮਾਮਲਾ, ਨਸ਼ਿਆਂ ਦਾ ਮਾਮਲਾ ਜਿਹੜਾ ਹੈਗਾ, ਦੇਖੋ ਆਪਦੀ ਬਣਾਈ STF ਕੈਪਟਨ ਅਮਰਿੰਦਰ ਸਿੰਘ ਦੀ, ਜੇਕਰ ਉਹਦੇ 'ਚ ਕਿਸੇ ਵੱਡੇ ਮੰਤਰੀ ਦਾ, ਸਾਬਕਾ ਦਾ ਨਾਂ ਆ ਜਾਂਦਾ ਮਜੀਠੀਏ ਦਾ, ਤਾਂ ਉਹ STF ਹੀ ਚੇਂਜ ਹੋ ਜਾਂਦੀ ਆ, ਉਹ ਆਫਿਸਰ ਹੀ ਚੇਂਜ ਹੋ ਜਾਂਦੇ ਆ। ਸੋ ਇੱਥੋਂ ਅਜੇ ਤੱਕ ਪ੍ਰਭਾਵ ਇਹ ਜਾ ਰਿਹਾ, ਕੇਵਲ ਪੰਥਕ ਜਥੇਬੰਦੀਆਂ 'ਚ ਹੀ ਨਹੀਂ, ਜਿਹੜੇ ਕਾਂਗਰਸੀ MLA ਜਾਂ ਉਹਨਾਂ ਦੇ ਵਰਕਰ, ਉਹਨਾਂ 'ਚ ਵੀ ਪ੍ਰਭਾਵ ਜਾ ਰਿਹਾ ਕਿ ਬਾਦਲਾਂ ਦੀ ਸੁਣਵਾਈ ਆ, ਸਾਡੀ ਸੁਣਵਾਈ ਨਹੀਂ ਆ। ਡੇਰਾ ਸਿਰਸਾ ਦੇ ਨਾਲ ਜੁੜੇ ਹੋਏ ਕੋਈ 10-11 ਲੋਕਾਂ ਨੂੰ ਪੁਲਿਸ ਨੇ ਫੜਿਆ ਹੋਇਆ, ਉਸ ਗ੍ਰਿਫਤਾਰੀਆਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਅਸੀਂ ਤਾਂ ਸੱਚਾਈ ਚਾਹੁੰਦੇ ਹਾਂ, ਚਾਹੇ ਉਹ ਡੇਰੇ ਦੇ ਪੈਰੋਕਾਰ ਆ, ਚਾਹੇ ਕੋਈ ਹੋਰ ਆ, ਪਰ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਸਹੀ ਸੇਧ ਵਾਲੇ ਪਾਸੇ ਜਿਹੜੀ ਆ, ਜਿਹੜਾ ਮੋਰਚੇ ਦਾ ਪ੍ਰਭਾਵ ਇਨਸਾਫ ਮੋਰਚੇ ਦਾ ਜਾ ਰਿਹਾ, ਜਿਹੜੀਆਂ ਇੱਥੇ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚ ਰਹੀਆਂ, ਮਾਤਾਵਾਂ ਬੀਬੀਆਂ ਭੈਣਾਂ ਪਹੁੰਚ ਰਹੀਆਂ ਨੇ, ਨੌਜਵਾਨ ਪਹੁੰਚ ਰਹੇ ਆ ਕਾਫਲੇ ਰੋਜ਼ਾਨਾ ਹੀ ਇੱਥੇ। ਅੱਜ ਵੀ ਪੰਥਕ ਸੇਵਾ ਲਹਿਰ ਵੱਲੋਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਵੱਡਾ ਕਾਫਲਾ ਲੈ ਕੇ ਇੱਥੇ ਆਏ ਆ, ਉੱਧਰੋਂ ਕਿੱਥੇ ਚਾਂਦਪੁਰਾ ਦੇਖੋ, ਹਰਿਆਣੇ ਦੇ ਵਿੱਚ ਟੁਹਾਣੇ ਦੇ ਕੋਲ, ਉਸ ਪਾਸੇ ਤੋਂ ਜਾਖਲ ਮੰਡੀ ਤੋਂ ਕਾਫਲਾ ਆਇਆ, ਹੋਰ ਕਿੰਨੇ ਕਾਫਲੇ ਰੋਜ਼ਾਨਾ ਰੋਡੇ ਪਿੰਡ ਤੋਂ ਕਾਫਲਾ ਆਇਆ, ਹੋਰ ਕਿੰਨੇ ਸੰਤ ਮਹਾਂਪੁਰਖ ਰੋਜ਼ਾਨਾ ਇੱਥੇ ਆ ਰਹੇ ਜਥੇਬੰਦੀਆਂ। ਕੱਲ੍ਹ 5 ਸਿੰਘ ਆਏ ਸੀ, ਪਹਿਲਾਂ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਮਹਿਤਾ ਚੌਂਕ ਆਏ ਸੀਗੇ, ਭਾਈ ਜਸਵੀਰ ਸਿੰਘ ਰੋਡੇ ਆਏ, ਕਿੰਨੇ ਸੰਤ ਮਹਾਂਪੁਰਖ ਇੱਥੇ ਜਿਹੜੇ ਆ ਉਹ ਆ ਰਹੇ ਆ, ਕਿੰਨੀਆਂ ਸੰਸਥਾਵਾਂ ਅੱਜ ਵੀ ਨਾਨਕਸਰ ਸੰਪਰਦਾ ਵੱਲੋਂ ਆ ਕੇ ਗਏ ਆ। ਸੋ ਇਹਦੇ ਨਾਲ ਕੌਮ ਜਿਹੜੀ ਬਹੀਰਾਂ ਘੱਤ ਕੇ ਬਰਗਾੜੀ ਵੱਲ ਆ ਰਹੀ ਆ ਨਾ, ਉਹਦੇ ਤੋਂ ਇਹ ਲੱਗਦਾ ਕਿ ਸਰਕਾਰ ਨੂੰ ਇਸ ਪਾਸੇ ਇਨਸਾਫ ਦੇਣਾ ਪਊਗਾ, ਕੌਮ ਇੱਕਮਤ ਹੋ ਰਹੀ ਆ, ਅਤੇ ਇਹ ਜਿਹੜੇ ਬੰਦੇ ਫੜੇ ਜਾ ਰਹੇ ਆ, ਸਾਨੂੰ ਲੱਗਦਾ ਵੀ ਹੁਣ ਸਹੀ ਸੇਧ ਵਾਲੇ ਪਾਸੇ ਜਿਹੜੀ ਇਹ ਗੱਲ ਉਹ ਜਾ ਰਹੀ ਆ। ਜਸਦਾਰ ਸਾਹਿਬ, ਜਿੱਦਾਂ ਫੜ ਤਾਂ ਲਏ, ਅਜੇ ਉਹਨਾਂ 'ਤੇ ਕੇਸ ਪੈਣੇ ਬਾਕੀ ਆ ਅਤੇ ਕੇਸ ਤੋਰਨਾ ਬਾਕੀ ਆ, ਪਰ ਜੇ ਇਹੀ ਗੱਲ ਵਾਪਰਦੀ ਆ ਜੋ ਕੁਛ ਉਸ ਮੌੜ ਬੰਬ ਧਮਾਕੇ 'ਚ ਹੋਈ ਗੱਲ, ਅਤੇ ਫਿਰ ਤੁਸੀਂ ਜਿਹੜਾ ਸੰਘਰਸ਼ ਆ ਉਸ ਨੂੰ ਕਿਵੇਂ ਹੋਰ ਤਿੱਖਾ ਕਰੋਗੇ, ਜਾਂ ਉਸ ਬਾਬਤ ਜਿਹੜੀ ਭਵਿੱਖ ਦੀ ਗੱਲ ਆ ਭਾਵੇਂ? ਦੇਖੋ ਮੈਂ ਕਹਿੰਦਾ ਕਿ ਆਹ ਜਿਹੜਾ ਸ਼ਾਂਤਮਈ ਸੰਘਰਸ਼ ਜਾ ਰਿਹਾ ਨਾ, ਇਹੀ ਸਰਕਾਰ ਵਾਸਤੇ ਬੜਾ ਤਿੱਖਾ ਵਾ ਅਜੇ,
ਇੱਥੇ ਬੈਠਣਾ ਹੀ ਜਿਹੜਾ ਹੈਗਾ ਨਾ ਕੌਮ ਦਾ, ਸੰਤ ਮਹਾਂਪੁਰਖਾਂ ਦਾ, ਇਹ ਸਰਕਾਰ ਲਈ ਬੜਾ ਸਿਰਦਰਦੀ ਪੈਦਾ ਕਰ ਰਿਹਾ। ਪਰ ਜੇ ਸਰਕਾਰ ਫਿਰ ਵੀ ਨਾ ਸਮਝੀ ਤਾਂ ਬਿਲਕੁਲ ਪ੍ਰੋਗਰਾਮ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਵੀ ਜਿਹੜਾ ਤਿੱਖਾ ਰੂਪ ਧਾਰਨ ਕਰ ਸਕਦਾ ਵਾ। ਸਿੱਖ ਸੰਗਤਾਂ ਜਿਹੜੀਆਂ ਬੜਾ ਮੰਗਾਂ ਆ ਰਹੀਆਂ ਸਿੱਖ ਸੰਗਤਾਂ ਦੀਆਂ ਆਸੇ ਪਾਸੇ ਤੋਂ, ਸੰਗਤਾਂ ਜਿਹੜੀਆਂ ਨੇ ਅਸੀਂ ਕੰਟਰੋਲ ਕੀਤਾ ਹੋਇਆ, ਅਜੇ ਪੰਥ ਅਤੇ ਕੌਮ ਅਤੇ ਨੌਜਵਾਨਾਂ 'ਤੇ ਅਸੀਂ ਕੰਟਰੋਲ ਕੀਤਾ। ਬੇਨਤੀ ਕਰਕੇ ਉਹਨਾਂ ਸਾਰਿਆਂ ਨੂੰ ਵੀ ਅਜੇ ਥੋੜ੍ਹਾ ਜਿਹਾ ਸਮਾਂ ਦੇਖੋ, ਬੜੇ ਸ਼ਾਂਤਮਈ ਤਰੀਕੇ ਨਾਲ ਅਸੀਂ ਰਿਜ਼ਲਟ ਲੈ ਰਹੇ ਹਾਂ, ਜੇਕਰ ਰਿਜ਼ਲਟ ਨਹੀਂ ਮਿਲੂਗਾ ਤਾਂ ਅਸੀਂ ਜਿਹੜਾ ਪ੍ਰੋਗਰਾਮ ਉਹ ਤਿੱਖਾ ਕਰਾਂਗੇ। ਇੱਕ ਆਖਰੀ ਸਵਾਲ ਹੈ, ਤਕਰੀਬਨ ਉਹ ਨਿੱਜੀ ਸਵਾਲ ਹੀ ਮੰਨਿਆ ਜਾਊਗਾ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਉਹ ਪੰਜਾਬ ਦੇ MLA ਨੂੰ ਵੀ ਸਮਾਂ ਨਹੀਂ ਦਿੰਦੇ। ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿ MLA ਨੇ ਵੀ ਮਿਲਣਾ ਹੋਏ, ਵਿਧਾਇਕਾਂ ਨੇ, ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ। ਜਦੋਂ ਹੁਣ ਜਿਹੜੀ ਅੱਜ ਤੁਹਾਡੇ ਮੋਰਚੇ ਦੀ ਇੱਕ ਉਹ ਵੀ ਮੰਗ ਹੈ, ਚੌਥੀ ਮੰਗ ਹੈ ਕਿ ਪੰਜਾਬ ਦੀ ਆਬੋ ਹਵਾ ਜਿਹੜੀ ਉਹ ਸਾਫ਼ ਹੋਵੇ, ਜਦੋਂ ਦਰਿਆ ਬਿਆਸ ਦੇ ਪਾਣੀ ਦੇ ਵਿੱਚ ਮੱਛੀਆਂ ਤੜਫ ਤੜਫ ਕੇ ਮਰ ਰਹੀਆਂ ਸਨ, ਤਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਮਹਿਲਾ ਮਿੱਤਰ ਦੇ ਨਾਲ ਮਨਾਲੀ ਜਿਹੜੀਆਂ ਛੁੱਟੀਆਂ ਅਤੇ ਉਹਦਾ ਜਨਮਦਿਨ ਮਨਾ ਰਹੇ ਸੀ, ਅਤੇ ਤੁਹਾਡੇ 'ਤੇ ਇਹ ਦੋਸ਼ ਆਉਂਦਾ ਕਿ ਸ਼ਾਇਦ ਜਸਦਾਰ ਦਾਦੂਵਾਲ ਕਾਂਗਰਸ ਦੇ ਨੇੜੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਟਾਈਮ ਦੇ ਰਿਹਾ, ਇਸ ਦੋਸ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਦੋਂ ਵੀ ਪੰਥ ਦੇ ਮਸਲੇ ਕੋਈ ਵੀ ਹੁੰਦੇ ਆ, ਪਹਿਲਾਂ ਬਾਦਲ ਸਰਕਾਰ ਸੀ, ਅਸੀਂ ਬਾਦਲ ਸਰਕਾਰ ਦੇ ਵੇਲੇ ਵੀ ਮੋਰਚਿਆਂ ਦੇ ਵਿੱਚ ਜਿਹੜੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ, ਮੁੱਖ ਮੰਤਰੀ ਪੰਜਾਬ ਦੇ ਨਾਲ, ਡਿਪਟੀ ਮੁੱਖ ਮੰਤਰੀ ਪੰਜਾਬ ਦੇ ਨਾਲ, ਉਦੋਂ ਸਾਨੂੰ ਕਹਿੰਦੇ ਸੀ ਇਹ ਬਾਦਲਾਂ ਦੇ ਨੇੜੇ ਆ, ਅੱਜ ਸਾਨੂੰ ਕੈਪਟਨਾਂ ਦੇ ਨੇੜੇ। ਬਾਕੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜੇ ਕੌਮ ਨੂੰ ਲਾਭ ਹੋ ਜਾਵੇ ਇਸ ਨੇੜਤਾ ਦਾ, ਕੋਈ ਫਾਇਦਾ ਹੋ ਜਾਵੇ, ਤਾਂ ਮੈਂ ਸਮਝਦਾ ਉਹ ਨੇੜਤਾ ਵੀ ਮਾੜੀ ਨਹੀਂ, ਪਰ ਐਸੀ ਕੋਈ ਗੱਲ ਨਹੀਂ ਆ। ਪਹਿਲੀ ਮੁਲਾਕਾਤ ਸੀ ਸਰਕਾਰ ਬਣਨ ਤੋਂ ਬਾਅਦ, ਉਹ ਵੀ ਪੰਥਕ ਮੁੱਦਿਆਂ 'ਤੇ। ਇਹ ਤਾਂ ਜਿਨ੍ਹਾਂ ਨੇ ਫੇਸਬੁੱਕ 'ਤੇ, ਵਟਸਐਪ 'ਤੇ ਜਾਂ ਵੈਸੇ ਵਿਰੋਧ ਕਰਨਾ ਹੁੰਦਾ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਸੁਚੇਤ ਰੱਖਦੇ ਸਾਨੂੰ, ਸਾਡੇ ਵੀਰ ਆ, ਕੋਈ ਗੱਲ ਨਹੀਂ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦੇਖੋ ਕਿ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ, ਉਹ ਵੀ ਪੰਥਕ ਮੁੱਦੇ 'ਤੇ। ਜੇ ਸਾਡੀ ਕੋਈ ਨੇੜਤਾ ਹੁੰਦੀ, ਅਸੀਂ ਉਹਨਾਂ ਨਾਲ ਮਿਲਦੇ, ਉਹਨਾਂ ਨੂੰ, ਮੁੱਖ ਮੰਤਰੀ ਨੂੰ ਪਹਿਲਾਂ ਵੀ ਮਿਲ ਲੈਂਦੇ, ਸਾਡੇ ਬਹੁਤ ਸੰਗਤਾਂ ਦੇ ਕੰਮ ਕਾਰ ਹੁੰਦੇ ਆ, ਪਰ ਕਦੇ ਨਹੀਂ ਮਿਲੇ ਅਸੀਂ ਉਹਨਾਂ ਨੂੰ। ਜਦੋਂ ਮਿਲੇ ਹਾਂ ਤਾਂ ਪੰਥਕ ਮੰਗ ਦੇ ਉੱਤੇ ਮਿਲੇ ਹਾਂ, ਪੰਥਕ ਮੁੱਦੇ 'ਤੇ ਮਿਲੇ ਹਾਂ। ਬਾਕੀ ਇਹ ਪੰਥ ਦਾ ਹੀ ਭਾਰ ਮੈਂ ਸਮਝਦਾ, ਮੋਰਚੇ ਦਾ ਹੀ ਭਾਰ ਸੀ ਕਿ ਸਾਡੀ ਮੁਲਾਕਾਤ 3 ਵਜੇ ਸੀ ਦੁਪਹਿਰ ਦੇ, ਪਰ ਮੁੱਖ ਮੰਤਰੀ ਸਾਨੂੰ ਤਕਰੀਬਨ 4:30-5 ਤੱਕ ਉਡੀਕਦੇ ਰਹੇ। 4:45 ਅਸੀਂ ਪਹੁੰਚੇ ਚੰਡੀਗੜ੍ਹ ਜਾ ਕੇ, ਤਾਂ ਫਿਰ ਵੀ ਉਹਨਾਂ ਨੇ ਸਾਡੇ ਨਾਲ ਮੁਲਾਕਾਤ ਕੀਤੀ ਅਤੇ ਘੰਟਾ। ਇਹਦੇ ਤੋਂ ਲੱਗਦਾ ਵੀ ਸਾਨੂੰ ਕੋਈ ਸੰਸੀਅਰਨਤਾ ਮੁੱਖ ਮੰਤਰੀ ਸਾਹਿਬ ਦੀ ਹੈਗੀ ਹੈ ਵੀ ਉਹ ਇਹਨਾਂ ਮਸਲਿਆਂ ਨੂੰ ਹੱਲ ਕਰਨਗੇ, ਅਤੇ ਬਾਕੀ ਉਹਨਾਂ ਨੇ ਸਾਨੂੰ ਸਾਡੇ ਵਫਦ ਨੂੰ ਉਡੀਕਿਆ, ਗੱਲਬਾਤ ਕੀਤੀ, ਬਕਾਇਦਾ ਔਫਿਸਰ ਉਹਨਾਂ ਦੇ ਹਾਜ਼ਰ ਸੀਗੇ। ਬਾਕੀ ਇਸ ਗੱਲ ਦੀ ਮੈਂ ਪਹਿਲਾਂ ਵੀ ਬੇਨਤੀ ਕਰਦਾ, ਕੱਲ੍ਹ ਪਰਸੋਂ ਵੀ ਇੱਕ ਮੇਰੀ ਆਪਣੀ ਇੰਟਰਵਿਊ ਸੀ, ਉਹਦੇ 'ਚ ਵੀ ਮੈਂ ਕਿਹਾ ਸੀਗਾ ਕਿ ਇਹ ਕਈ ਵਾਰ ਵੈਸੇ ਹੀ ਜਿਹੜੇ ਵਿਰੋਧੀ ਵੀਰ ਹੁੰਦੇ ਆ ਉਹ ਇੱਦਾਂ ਦੀ ਪ੍ਰਚਾਰ ਕਰਦੇ ਆ। ਜੇ ਮੇਰੇ ਕੋਲ ਆ ਕੇ ਬਾਦਲ ਬਹਿ ਜਾਣ ਤਾਂ ਕਹਿੰਦੇ ਲਓ ਜੀ ਦਾਦੂਵਾਲ ਸਾਹਿਬ ਬਾਦਲਾਂ ਨਾਲ ਰਲ ਗਏ, ਜੇ ਮੇਰੇ ਕੋਲ ਰਾਧਾ ਸਵਾਮੀ ਆ ਜਾਵੇ ਬਾਬਾ ਤਾਂ ਕਹਿ ਦਿੰਦੇ ਬਾਬਾ ਜੀ ਦਾ ਰਾਧਾ ਸਵਾਮੀਆਂ ਨਾਲ ਰਲ ਗਏ। ਜਦੋਂ ਕਿ ਅਸੀਂ ਉਦੋਂ ਵੀ ਪੰਥਕ ਮੁੱਦੇ 'ਤੇ ਕੰਮ ਕੀਤਾ, ਗੁਰਦੁਆਰਾ ਸਾਹਿਬ ਦੇ ਬਾਦਲਾਂ ਵੇਲੇ ਵੀ ਅਸੀਂ ਪੰਥਕ ਮੁੱਦਿਆਂ 'ਤੇ ਕੰਮ ਕੀਤਾ, ਹੁਣ ਕੈਪਟਨ ਦੀ ਸਰਕਾਰ। ਮੈਂ ਇੱਕ ਬੇਨਤੀ ਹੋਰ ਕਰਾਂ, ਅਸੀਂ ਨਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਹਾਂ, ਨਾ ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਹਾਂ, ਅਸੀਂ ਮਿਲੇ ਹਾਂ ਪੰਜਾਬ ਸਰਕਾਰ ਨੂੰ, ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਪਹਿਲਾਂ ਬਾਦਲਾਂ ਕੋਲ ਸੀਗੀ, ਅਤੇ ਅਸੀਂ ਉਦੋਂ ਵੀ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਸੀ, ਹੁਣ ਵੀ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹਾਂ, ਅਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਅਸੀਂ ਗੱਲਬਾਤ ਕੀਤੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੂੰ ਵੀ ਅਸੀਂ ਕੈਬਨਿਟ ਮਿਨਿਸਟਰ ਪੰਜਾਬ ਮਿਲੇ ਹਾਂ, ਜਦੋਂ ਕਿ ਸਾਡੇ ਪਰਿਵਾਰਕ ਰਿਲੇਸ਼ਨ ਆ ਉਹਨਾਂ ਨਾਲ,
ਜਦੋਂ ਉਹ ਮੰਤਰੀ ਬਣੇ ਪਹਿਲੇ ਦਿਨ ਕਾਦੀਆਂ ਆਏ ਕੁਦਰਤੀ, ਮੈਂ ਵੀ ਕਾਦੀਆਂ ਸੀ ਅਤੇ ਉਹ ਮੇਰੇ ਕੋਲ ਮੇਰੇ ਘਰ ਆਏ ਸੀਗੇ, ਉੱਥੇ ਦੁੱਧ ਪਾਣੀ ਛਕਿਆ, ਕਿੰਨੇ 7-8 MLA ਗੁਰਦਾਸਪੁਰ ਦੇ ਜਿਹੜੇ ਬਣੇ ਸੀ ਉਹ ਮੇਰੇ ਕੋਲ ਆਏ ਸੀ, ਪ੍ਰਤਾਪ ਸਿੰਘ ਬਾਜਵਾ, ਫਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਸਾਰੇ ਮੇਰੇ ਕੋਲ ਆਏ ਸੀਗੇ। ਔਰ ਅਸੀਂ ਹੁਣ ਇੱਕ ਪਰਿਵਾਰਕ ਰਿਲੇਸ਼ਨ ਹੁੰਦੇ ਆ ਹਰ ਬੰਦੇ ਦੇ ਜਿਹੜੇ ਸਾਡੇ, ਕਿਉਂਕਿ ਮੇਰੀ ਵੀ ਉੱਥੇ ਹੀ ਰਿਹਾਇਸ਼ ਆ ਪਰਿਵਾਰ ਦੀ, ਅਤੇ ਦੋ ਪੀੜ੍ਹੀਆਂ ਤੋਂ ਸਾਂਝ ਚੱਲੀ ਆਉਂਦੀ ਆ। ਉਸੇ ਸਕੂਲ 'ਚ ਹੀ ਉਹ ਪੜ੍ਹੇ, ਉਸੇ ਸਕੂਲ 'ਚ ਹੀ ਮੈਂ ਪੜ੍ਹਿਆ, ਉੱਥੇ ਉਹੀ ਮੁੱਖ ਸਕੂਲ ਆ, ਕਲਾਸ ਵਾਲਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ, ਅਤੇ ਉੱਥੇ ਹੀ ਉਹ ਪੜ੍ਹੇ ਆ, ਉੱਥੇ ਹੀ ਉਹ ਸੀਨੀਅਰ ਸੀਗੇ, ਮੈਂ ਜੂਨੀਅਰ ਸੀ, ਮੇਰੀ ਉਮਰ ਛੋਟੀ, ਮੈਂ ਬਾਅਦ ਵਿੱਚ ਪੜ੍ਹਿਆ। ਸੋ ਕਹਿਣ ਤੋਂ ਬਾਅਦ ਇੱਕ ਪਰਿਵਾਰਕ, ਪਰ ਇਹ ਜਿਹੜੀ ਗੱਲਬਾਤ ਇਹ ਪਰਿਵਾਰਕ ਰਿਲੇਸ਼ਨਾਂ ਦੀ ਨਹੀਂ ਜਾਂ ਕਿਸੇ ਨਾਲ ਨੇੜਤਾ ਦੀ ਨਹੀਂ, ਇਹ ਪੰਥ ਦੀ ਆ, ਕੌਮ ਦੀ ਆ, ਕੌਮੀ ਮੁੱਦਿਆਂ ਦੀ ਗੱਲ ਆ, ਅਤੇ ਇਹਦੇ ਵਿੱਚ ਜਿਹੜੇ ਹੈਗੇ ਅਸੀਂ ਕੌਮੀ ਅਤੇ ਪੰਥਕ ਮੁੱਦੇ ਹੱਲ ਕਰਨ ਵਾਸਤੇ ਤੁਰੇ ਹੋਏ ਹਾਂ। ਜੇ ਸਾਡੀ ਨੇੜਤਾ ਜਾਂ ਹੋਰ ਦੀ ਗੱਲ, ਸਾਡੀ ਤਾਂ ਸਾਰਿਆਂ ਨਾਲ ਹੀ ਨੇੜਤਾ, ਜਿੱਥੇ ਗੁਰੂ ਦੀ ਗੱਲ ਆ, ਪੰਥ ਦੀ ਗੱਲ ਆ, ਉੱਥੇ ਹਰੇਕ ਨਾਲ ਅਸੀਂ ਗੱਲ ਕਰਦੇ ਹਾਂ। ਉਦੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ 'ਚੋਂ ਖਾਰਜ ਨਹੀਂ ਆ, ਉਹਦੇ ਨਾਲ ਕਿਸੇ ਨਾਲ ਵੀ ਅਸੀਂ ਗੱਲ ਕਰ ਸਕਦੇ ਹਾਂ। ਸੌਦਾ ਸਾਹ ਦੇ ਵੇਲੇ ਵੀ ਸਾਡੇ ਕੋਲ ਸੱਦਾ ਆਇਆ ਸੀਗਾ ਕਿ ਸੌਦਾ ਸਾਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵਾ, ਅਸੀਂ ਬਕਾਇਦਾ ਨਹੀਂ ਗੱਲ ਕੀਤੀ, ਕਿਉਂਕਿ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ 17 May 2007 ਨੂੰ ਹੁਕਮਨਾਮਾ ਜਾਰੀ ਹੋ ਚੁੱਕਾ ਸੀ, ਉਹਦੇ 'ਤੇ ਅਸੀਂ ਉਹਦੇ ਨਾਲ ਨਹੀਂ ਬੈਠੇ, ਸਾਨੂੰ ਉਹਦਾ ਵੀ ਸੱਦਾ ਆਇਆ ਸੀਗਾ, ਉਹਦੀ ਜਿਹੜੀ 25 ਮੈਂਬਰੀ ਕਮੇਟੀ 11 ਮੈਂਬਰੀ ਕਮੇਟੀ ਉਹਦਾ ਵੀ ਸੱਦਾ ਆਇਆ ਸੀ, ਅਤੇ ਸਾਡੇ ਕੁਝ ਆਗੂਆਂ ਦੀ ਉਹਦੇ ਕੁੜਮ ਦੇ ਨਾਲ ਮੀਟਿੰਗ ਵੀ ਹੋਈ ਸੀਗੀ ਮੋਹਾਲੀ ਚੰਡੀਗੜ੍ਹ। ਸਾਡੇ ਕੋਲ ਸੰਤ ਮਹਾਂਪੁਰਸ਼ ਸਾਬਕਾ ਜਥੇਦਾਰ, ਉਹਨਾਂ ਨਾਲ ਗੱਲਬਾਤ ਵੀ ਕੀਤੀ, ਮੈਨੂੰ ਵੀ ਸੱਦਿਆ ਸੀਗਾ, ਪਰ ਮੈਂ ਨਹੀਂ ਗਿਆ, ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ, ਜਿਹੜਾ ਬੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ ਆ ਉਹਦੇ ਨਾਲ ਅਸੀਂ ਮੁਲਾਕਾਤ ਨਹੀਂ ਕਰਦੇ, ਅਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ ਨਹੀਂ ਆ ਉਹਦੇ ਨਾਲ ਅਸੀਂ ਮੁਲਾਕਾਤ ਪੰਥ ਦੇ ਮੁੱਦਿਆਂ 'ਤੇ, ਕੌਮ ਦੀ ਭਲਾਈ ਵਾਸਤੇ ਕਦੇ ਵੀ ਕਰ ਸਕਦੇ ਹਾਂ। ਤੁਹਾਡਾ ਗੱਲਬਾਤ ਕਰਨ ਲਈ ਧੰਨਵਾਦ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਗੱਲਬਾਤ ਕੀਤੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੁਣਾਂ ਨਾਲ, ਸਾਰੇ ਸਵਾਲਾਂ ਦੇ ਉੱਤਰ ਉਹਨਾਂ ਬੜੀ ਸਪਸ਼ਟਤਾ ਦੇ ਨਾਲ ਦਿੱਤੇ। ਹੁਣ ਤੱਕ ਦੀ ਜਿਹੜੀ ਮੋਰਚੇ ਦੀ ਆਸ ਬਣੀ ਹੋਈ ਆ ਉਹ ਇੰਝ ਆ ਕਿ ਸਰਕਾਰ ਦੇ ਨਾਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਆ, ਸਰਕਾਰ ਨੇ ਅਜੇ ਕੁਝ ਸਮਾਂ ਮੰਗਿਆ ਹੋਇਆ। ਸੋ ਇੱਥੇ ਜਿਹੜੀਆਂ ਸਿੱਖ ਸੰਗਤਾਂ ਦਾ ਵਹਾਅ ਆ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਸਿੱਖ ਸੰਗਤਾਂ ਆ ਰਹੀਆਂ ਵਾ। ਸੋ ਆਸ ਕਰਦੇ ਹਾਂ ਕਿ ਇਹ ਮੋਰਚਾ ਫਤਿਹ ਹੋਵੇ ਅਤੇ ਪੰਥ ਨੂੰ ਜਿਹੜੀ ਆ ਫਤਿਹ ਨਸੀਬ ਹੋਵੇ। ਵਾਹਿਗੁਰੂ ਜੀ ਕਾ ਖਾਲਸਾ। ਸੰਸਾਰ ਭਰ ਦੇ ਵਿੱਚ ਆਵਾਜ਼ੇ ਕੌਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਦੀ ਸਾਂਝ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਚੈਨਲ ਵੱਲੋਂ ਬਰਗਾੜੀ ਪਹੁੰਚੇ ਹੋਏ ਹਾਂ, ਜਿੱਥੇ 1 June 2018 ਤੋਂ ਇੱਕ ਮੋਰਚਾ ਚੱਲ ਰਿਹਾ, ਜੋ ਬਰਗਾੜੀ ਦੀ ਦਾਣਾ ਮੰਡੀ ਦੇ ਵਿੱਚ ਇਹ ਮੋਰਚਾ ਲੱਗਾ ਹੋਇਆ।
ਜਿਸ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਕਰ ਰਹੇ ਹਨ। ਮੋਰਚੇ ਦੀਆਂ ਚਾਰ ਮੰਗਾਂ ਨੇ ਮੁੱਖ ਤੌਰ 'ਤੇ, ਇੱਕ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਣੀ ਅਤੇ ਦੋਸ਼ੀਆਂ ਦਾ ਨਾਂ ਫੜਿਆ ਜਾਣਾ, ਉਸ ਤੋਂ ਉਪਰੰਤ 14 ਅਕਤੂਬਰ 2015 ਨੂੰ ਬਹਿਬਲ ਗੋਲੀਕਾਂਡ ਵਾਪਰਿਆ, ਉਹਦੇ ਵਿੱਚ ਦੋ ਸਿੰਘਾਂ ਦੀ ਸ਼ਹਾਦਤ ਹੋਈ ਅਤੇ ਕਿਸੇ ਵੀ ਪੁਲਿਸ ਕਰਮੀ ਦੇ ਉੱਤੇ ਕੋਈ ਕਾਰਵਾਈ ਨਾ ਕੀਤੇ ਜਾਣਾ, ਅਤੇ ਇੱਥੋਂ ਤੱਕ ਕਿ ਤਤਕਾਲੀ ਸਰਕਾਰ ਜੋ ਬਾਦਲ ਦੀ ਸਰਕਾਰ ਸੀ ਉਸ ਵੱਲੋਂ ਕਿਹਾ ਗਿਆ ਕਿ ਅਣਪਛਾਤੀ ਪੁਲਿਸ। ਅਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ ਨੇ, ਜਿਹਦੇ ਵਿੱਚ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਦੀ ਗੱਲ ਆ, ਜਾਂ ਇਹ ਕੁੱਲ ਤਕਰੀਬਨ 4 ਕੁ ਮੰਗਾਂ ਨੂੰ ਲੈ ਕੇ ਇਹ ਮੋਰਚਾ ਲੱਗਾ ਹੋਇਆ। ਇਹਦੇ 'ਚੋਂ ਇੱਕ ਵੱਡੀ ਮੰਗ ਇਹ ਵੀ ਆ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਦਹਾਕਿਆਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹਾ। ਇੱਕ ਇਹ ਗੱਲ ਤੁਹਾਡੇ ਸਾਰਿਆਂ ਦੇ ਧਿਆਨ 'ਚ ਆ ਜਾਵੇਗੀ ਕਿ ਸਰਸਰੀ ਨਿਗਾਹ ਨਾਲ ਵੀ ਵੇਖੀਏ ਤਾਂ ਗੱਲ ਸਮਝ ਆ ਜਾਂਦੀ ਆ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬੇਅਦਬੀ ਦੇ ਖਿਲਾਫ ਸੰਘਰਸ਼ ਕੀਤਾ, ਸੜਕਾਂ 'ਤੇ ਬਹਿ ਕੇ ਸਾਤਨਾ ਵਾਹਿਗੁਰੂ ਜਪ ਰਹੇ ਸਨ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਜਿਹੜੇ ਦੋਸ਼ੀ ਸਨ ਉਹ ਨਹੀਂ ਫੜੇ ਗਏ, ਅਤੇ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਤੁਸੀਂ ਦੋਹਰੇ ਮਾਪਦੰਡ ਇੱਥੋਂ ਦੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਜਿਹੜੀਆਂ ਹੁਣ ਦੀਆਂ ਹੋਣ, ਪੁਰਾਣੀਆਂ ਹੋਣ, ਉਹਨਾਂ ਦੇ ਜਿਹੜੇ ਇਹ ਮਾਪਦੰਡ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਂਦੇ ਆ। ਸੋ ਇਹ ਆ ਜਿਹੜੀ ਭੂਮਿਕਾ ਕਿ ਮੋਰਚਾ ਕਿਉਂ ਲੱਗਾ। ਹੁਣ ਇਹ ਸਾਡਾ ਸਵਾਲ ਨਹੀਂ ਗਾ ਕਿ ਮੈਂ ਜਥੇਦਾਰ ਮੰਡ ਸਾਹਿਬ ਨਾਲ ਵੀ ਅਜੇ ਫਤਿਹ ਦੀ ਸਾਂਝ ਪਾਉਣੀ ਆ, ਪਰ ਆਪਣਾ ਇਹ ਸਵਾਲ ਨਹੀਂ ਗਾ ਕਿ ਮੋਰਚਾ ਕਿਉਂ ਲੱਗਾ, ਕਿਉਂਕਿ ਸਾਰਾ ਕੁਛ ਕਲੀਅਰ ਆ, ਜਿਵੇਂ ਸ਼ੀਸ਼ੇ ਦੇ ਵਾਂਗ ਸਾਫ਼ ਗੱਲ ਹੁੰਦੀ ਆ ਕਿ ਮੋਰਚੇ ਦੀ ਲੋੜ ਜਾਪੀ। ਤਾਂ ਜਥੇਦਾਰ ਇੱਥੇ ਤਿੱਖੀ ਧੁੱਪ ਦੇ ਵਿੱਚ ਇੱਕ ਤਰ੍ਹਾਂ ਦਾ ਤੰਬੂ ਤਾਣ ਕੇ ਡਟੇ ਹੋਏ ਆ, ਆਖਰਾਂ ਦੀ ਤਪਸਿਆ ਇੱਥੇ, ਕਿਉਂਕਿ ਜਿਹੜਾ ਜੂਨ ਦਾ ਮਹੀਨਾ ਜਦੋਂ ਆਪਾਂ ਇਸ ਸ਼ਹੀਦੀ ਹਫ਼ਤੇ 'ਚੋਂ ਲੰਘ ਰਹੇ ਹਾਂ, ਤੀਜੇ ਘੱਲੂਘਾਰੇ ਦੀ ਯਾਦ ਦੇ ਵਿੱਚੋਂ ਲੰਘ ਰਹੇ ਹਾਂ, ਜਿਹੜੀ ਗਰਮੀ ਦੇ ਵਿੱਚ ਸਿੰਘਾਂ ਨੇ ਉਦੋਂ ਸੰਘਰਸ਼ ਕੀਤਾ, ਭਾਰਤੀ ਫੌਜ ਜਿਹੜੀ ਚੜ੍ਹ ਕੇ ਆਈ ਸੀ ਉਸਦੇ ਦੰਦ ਖੱਟੇ ਕੀਤੇ, 72 ਘੰਟੇ ਦਾ ਜਿਹੜਾ ਜੰਗ ਹੋਇਆ। ਸੋ 34 ਸਾਲ ਲੰਘਣ ਤੋਂ ਬਾਅਦ ਵੀ ਉਸ ਕੌਮ ਦੇ ਜਿਹੜੇ ਆਗੂ ਨੇ ਅੱਜ ਦੇ ਮੌਜੂਦਾ, ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ। ਜਿਹੜੀ ਗੁਲਾਮੀ ਹੁੰਦੀ ਆ ਉਹ ਇਹਨਾਂ ਗੱਲਾਂ ਤੋਂ ਸਾਫ਼ ਝਲਕਦੀ ਆ। ਸੋ ਜਿਹੜੇ ਕੁਝ ਸਵਾਲ ਇਸ ਤੋਂ ਇਲਾਵਾ ਮੋਰਚੇ ਨਾਲ ਸੰਬੰਧਿਤ ਨੇ, ਉਹ ਆਪਾਂ ਜਥੇਦਾਰ ਭਾਈ ਧਿਆਨ ਸਿੰਘ ਵੰਡ ਹੋਣਾ ਤੋਂ ਕਰਨੇ ਆ, ਜੋ ਪੰਥ ਦੀ ਰੀਤ ਆ। ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵੱਲੋਂ ਬੀਤੇ ਕੱਲ੍ਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਅਤੇ ਸੰਸਾਰ ਭਰ ਦੇ ਵਿੱਚ ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ ਲੈ ਕੇ ਅਰਦਾਸ ਦੇ ਲਈ ਵੀ ਅਪੀਲ ਕੀਤੀ ਗਈ। ਹੁਣ ਤੱਕ ਮੋਰਚਾ ਕਿਸ ਤਰੀਕੇ ਨਾਲ ਚੱਲ ਰਿਹਾ ਵਾ, ਤੁਸੀਂ ਕੀ ਮਹਿਸੂਸ ਕਰਦੇ ਹੋ? ਇੱਥੇ ਡਟੇ ਹੋਏ ਹੋ ਤੁਹਾਨੂੰ ਕਈ ਦਿਨ ਹੋ ਗਏ ਆ, ਇੱਥੇ ਹਫ਼ਤੇ ਤੋਂ ਉੱਤੇ ਹੋ ਗਿਆ ਸਮਾਂ, ਮੋਰਚਾ ਕਿਹੋ ਜਿਹਾ ਚੱਲ ਰਿਹਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮੋਰਚਾ ਲੱਗਿਆ, ਅਤੇ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਵਿੱਚ ਆ। ਸੰਗਤਾਂ ਦਾ ਬਹੁਤ ਭਰਮਾ ਸਹਿਯੋਗ ਮਿਲ ਰਿਹਾ, ਅਸੀਂ ਕਿਸੇ ਨੂੰ ਆਵਾਜ਼ ਨਹੀਂ ਮਾਰ ਰਹੇ ਭਾਈ ਤੁਸੀਂ ਆਓ, ਇਸ ਤਰ੍ਹਾਂ ਦੀ ਕੋਈ ਅਸੀਂ ਅਪੀਲ ਨਹੀਂ ਕਰ ਰਹੇ। ਸੰਗਤਾਂ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਹੀ ਭਾਰੀ ਉਤਸ਼ਾਹ ਹੈ, ਭਾਵੇਂ ਕੋਈ ਸ਼ਹਿਰ ਵਿੱਚ ਬੈਠਾ ਜਾਂ ਪਿੰਡ ਵਿੱਚ ਬੈਠਾ ਹੈ, ਉਹ ਪੰਜਾਬ ਦੇ ਵਿੱਚ ਬੈਠਾ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਬੈਠਾ,
ਉਹਦੇ ਅੰਦਰੋਂ ਇੱਕ ਆਵਾਜ਼ ਉੱਠ ਰਹੀ ਆ ਕਿ ਅਸੀਂ ਕਿਹੜਾ ਵੇਲਾ ਹੋਵੇ ਅਸੀਂ ਮੋਰਚੇ ਦੇ ਵਿੱਚ ਚੱਲੀਏ ਅਤੇ ਅਸੀਂ ਆਪਣੀ ਹਾਜ਼ਰੀ ਲਵਾ ਕੇ ਆਈਏ। ਇਸ ਤਰ੍ਹਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਵੀ ਕਿਤੇ ਅਸੀਂ ਵਾਂਝੇ ਨਾ ਰਹਿ ਜਾਈਏ। ਕਾਫਲਿਆਂ ਦੇ ਰੂਪ ਦੇ ਵਿੱਚ ਸੰਗਤਾਂ ਆ ਰਹੀਆਂ ਨੇ, ਲੰਗਰ ਪਾਣੀ ਲਿਆ ਰਹੀਆਂ ਨੇ, ਰਸਤਾ ਵੀ ਲਿਆ ਰਹੀਆਂ ਨੇ, ਆਪੇ ਹੀ ਸੰਗਤਾਂ ਸੇਵਾ ਕਰ ਰਹੀਆਂ ਨੇ। ਇੱਥੇ ਕੀਰਤਨ ਦਰਬਾਰ ਚੱਲਦਾ ਪਿਆ, ਢਾਡੀ ਰਾਗੀ ਲੱਗਦੇ ਨੇ, ਸਾਰਾ ਕੁਛ ਬਹੁਤ ਚੜ੍ਹਦੀ ਕਲਾ ਵਿੱਚ ਆ। ਇਹ ਜਿਹੜਾ ਪੂਰਾ 12 ਘੰਟੇ ਦਾ ਦਿਨ ਆ ਸਾਡੇ ਵਾਸਤੇ ਐਂ ਲੰਘ ਜਾਂਦਾ ਜਿਵੇਂ 5 ਕੁ ਮਿੰਟ ਬੈਠੇ ਹੋਈਏ ਅਤੇ ਪਤਾ ਨਹੀਂ ਲੱਗਦਾ ਕਦੋਂ ਦਿਨ ਬਤੀਤ ਹੋ ਜਾਂਦਾ। ਬਹੁਤ ਚੜ੍ਹਦੀ ਕਲਾ ਵਿੱਚ ਮੋਰਚਾ ਜਾ ਰਿਹਾ। ਸਰਕਾਰ ਵਾਲੇ ਪਾਸਿਓਂ ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਤਾਂ ਸਰਕਾਰ ਤੋਂ ਹੀ ਨੇ, ਕੈਪਟਨ ਸਰਕਾਰ ਤੋਂ ਜਾਂ ਕੁਝ ਕੁ ਕੇਂਦਰ ਦੇ ਅਖਤਿਆਰ ਵੀ ਨੇ, ਇਸ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਇਸ਼ਾਰਾ ਮਿਲ ਰਿਹਾ ਵਾ, ਉਹ ਕੀ ਇਸ ਨੂੰ ਗੰਭੀਰਤਾ ਵਜੋਂ ਸਰਕਾਰ ਲੈ ਰਹੀ ਆ ਕਿ ਨਹੀਂ? ਸਰਕਾਰ ਵੀ ਮੈਨੂੰ ਲੱਗਦਾ ਹੈ ਕਿ ਇਸ ਮੋਰਚੇ ਤੋਂ ਘਬਰਾਈ ਹੋਈ ਆ ਅਤੇ ਕਾਫੀ ਹਰਕਤ ਦੇ ਵਿੱਚ ਹੈ, ਵੇਖਣ ਦੇ ਵਿੱਚ ਆ ਰਿਹਾ ਹੈ। ਪਰ ਮੈਨੂੰ ਜ਼ਿਆਦਾ ਇਹ ਫਿਕਰ ਨਹੀਂ ਗਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ ਕਿ ਨਹੀਂ ਕਰ ਰਹੀ। ਸਰਕਾਰ ਨੂੰ ਕਾਰਵਾਈ ਕਰਨੀ ਹੀ ਪੈਣੀ ਆ। ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਸਰਕਾਰ ਰਹਿ ਨਹੀਂ ਸਕਦੀ। ਇਸ ਮੋਰਚੇ ਦੀ ਇਸ ਤਰ੍ਹਾਂ ਦੀ ਤਿਆਰੀ ਹੈ, ਫਿਰ ਸਰਕਾਰ ਨਹੀਂ ਰਹਿ ਸਕਦੀ। ਜਿਹੜੀ ਮੇਰੀ ਉਮੀਦ ਸੀ, ਜਿਹੜੇ ਮੇਰੇ ਮਨ ਦਾ ਵਲਵਲਾ ਸੀ, ਜਿਸ ਕਰਕੇ ਇਹ ਮੋਰਚਾ ਮੈਂ ਲਾਇਆ, ਮੈਂ ਸੰਗਤ ਦੀਆਂ ਭਾਵਨਾਵਾਂ ਨੂੰ ਸਮਝ ਕੇ ਲਾਇਆ। ਸੰਗਤ ਦੇ ਵਿੱਚ ਜਿਹੜਾ ਸੰਗਤ ਦਾ ਮੁਰਾਲ ਸੀ ਉਹ ਬਹੁਤ ਡਾਊਨ ਹੋ ਗਿਆ ਸੀ, ਬਹੁਤ ਡਿੱਗ ਗਿਆ ਸੀ, ਹੌਸਲੇ ਜਿਹੜੇ ਪਸਤ ਹੋ ਗਏ ਸੀ, ਬੇਵਿਸ਼ਵਾਸੀ ਬਹੁਤ ਜ਼ਿਆਦਾ ਪੈਦਾ ਹੋ ਗਈ ਸੀ ਅਤੇ ਕਿਸੇ ਨੂੰ ਵੀ ਕਿਸੇ ਦੇ ਉੱਤੇ ਇਤਬਾਰ ਨਹੀਂ ਸੀ ਰਹਿ ਗਿਆ। ਅਤੇ ਦੂਜੇ ਪਾਸੇ ਸਾਡੇ ਗੁਰੂ ਦੀ ਸ਼ਹਾਦਤ ਹੋ ਰਹੀ ਸੀ ਅਤੇ ਸਾਡੇ ਸਿੰਘ ਸ਼ਹੀਦ ਹੋ ਰਹੇ ਸੀ, ਜੇਲ੍ਹਾਂ ਵਿੱਚ ਤੜਫ ਰਹੇ ਸੀ, ਸਾਰਾ ਕੁਛ ਇਹ ਸਾਡੇ ਸਾਹਮਣੇ ਸੀ। ਪਰ ਇਸ ਸਭ ਕਾਸੇ ਨੂੰ ਜਦੋਂ ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਸੀ ਅਤੇ ਕੋਈ ਗੱਲਬਾਤ ਅਸੀਂ ਕਿਸੇ ਚੰਗੇ ਢੰਗ ਤਰੀਕੇ ਦੇ ਨਹੀਂ ਸੀ ਕਰਦੇ ਅਤੇ ਦੁਸ਼ਮਣ ਜਿਹੜਾ ਦਿਨੋ ਦਿਨ ਚੜ੍ਹਦਾ ਜਾਂਦਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ 300 ਤੋਂ ਵੀ ਉੱਪਰ ਲੰਘ ਗਈਆਂ ਸੀ। ਅਤੇ ਇਹ ਸਾਡੀ ਕੌਮ ਦੇ ਮੱਥੇ ਦੇ ਉੱਤੇ, ਜਿਹੜੀ ਸੂਰਬੀਰਾਂ ਦੀ ਯੋਧਿਆਂ ਦੀ ਕੌਮ ਸੀ, ਉਹਦੇ ਮੱਥੇ ਦੇ ਉੱਤੇ ਬੜਾ ਵੱਡਾ ਇੱਕ ਕਲੰਕ ਸੀ। ਇਸ ਕਲੰਕ ਨੂੰ ਧੋਣ ਵਾਸਤੇ ਸਾਡੀ ਕੌਮ ਨੂੰ ਉਠਾਉਣਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਇਕੱਠਾ ਕਰਨਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਲਿਆਉਣਾ ਬੜਾ ਜ਼ਰੂਰੀ ਸੀ। ਅਤੇ ਉਸ ਨੂੰ ਲਿਆਉਣ ਵਾਸਤੇ ਮੈਂ ਇੱਕ ਛੋਟਾ ਜਿਹਾ ਯਤਨ ਕੀਤਾ, ਇਹ ਬਹੁਤਾ ਵੱਡਾ ਯਤਨ ਨਹੀਂ ਗਾ। ਹਾਲਾਂਕਿ ਮੈਨੂੰ ਸਾਰੀ ਕੌਮ ਕਹਿ ਰਹੀ ਸੀ ਵੀ ਜਥੇਦਾਰ ਜੀ ਕੋਈ ਠੋਸ ਪ੍ਰੋਗਰਾਮ ਦਿਓ, ਕੋਈ ਤਿੱਖਾ ਪ੍ਰੋਗਰਾਮ ਦਿਓ, ਕੋਈ ਇਸ ਤਰ੍ਹਾਂ ਗੱਲ ਬਣਨੀ ਨਹੀਂ। ਕਈ ਤਰ੍ਹਾਂ ਦੇ ਵਿਚਾਰ ਮੇਰੇ ਕੰਨਾਂ ਦੇ ਵਿੱਚ ਪੈ ਰਹੇ ਸੀ ਅਤੇ ਮੈਂ ਬਹੁਤ ਸੋਚ ਸਮਝ ਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਦਿੱਤਾ। ਮੇਰੇ ਹਿਸਾਬ ਨਾਲ ਇਹ ਬਹੁਤ ਛੋਟਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਦਾ ਸੰਗਤ ਚਾਹੁੰਦੀ ਸੀ ਮੈਂ ਉਸ ਤਰ੍ਹਾਂ ਦਾ ਨਹੀਂ ਦਿੱਤਾ। ਪਰ ਮੈਂ ਸੋਚਿਆ ਸੀ ਕਿ ਜੇ ਥੋੜ੍ਹਾ ਜਿਹਾ ਨੋਰਮਲ ਜਿਹਾ ਪ੍ਰੋਗਰਾਮ ਅਸੀਂ ਦੇਵਾਂਗੇ ਤਾਂ ਕੌਮ ਇੱਧਰ ਨੂੰ ਵਧੂਗੀ। ਜਦੋਂ ਕੌਮ ਨੇ ਇਹ ਗੱਲ ਸੁਣੀ ਵੀ ਕੋਈ ਇਹ ਅਕਾਲ ਤਖ਼ਤ ਦਾ ਜਥੇਦਾਰ ਜਿਹੜਾ ਉਹਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਅਤੇ ਉਹਨੇ ਸਾਡੀ ਕੌਮ ਨੂੰ ਆਵਾਜ਼ ਮਾਰੀ ਆ, ਉਹਨੇ ਸਾਡੀ ਕੌਮ ਨੂੰ ਇਕੱਠੇ ਹੋਣ ਦੀ ਗੱਲ ਕੀਤੀ ਆ, ਉਹਨੇ ਕੌਮ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਤਾ ਹੈ, ਅਤੇ ਫਿਰ ਕੌਮ ਜਿਹੜੀ ਸੁਭਾਵਿਕ ਹੀ ਉਹ ਘਰਾਂ 'ਚੋਂ ਬਾਹਰ ਆ ਗਈ।
ਇਹ ਇੱਕ ਬੜੀ ਵੱਡੀ ਸਾਡੀ ਪ੍ਰਾਪਤੀ ਹੈ। ਮੈਂ ਕਹਿੰਦਾ ਇਹ ਤੋਂ ਵੱਡੀ ਪ੍ਰਾਪਤੀ ਹੋਰ ਨਹੀਂ ਕੋਈ ਹੋ ਸਕਦੀ ਕਿ ਅੱਜ ਲੋਕਾਂ ਨੇ ਪਾਰਟੀਬਾਜ਼ੀ, ਧੜੇਬੰਦੀ, ਮਤਭੇਦ ਜੋ ਵੀ ਸੀ ਆਪਸ ਵਿੱਚ ਸਾਡੇ, ਕਿਸੇ ਨੇ ਨਹੀਂ ਪਾਰਟੀ ਵੇਖੀ ਅਤੇ ਕਿਸੇ ਨੇ ਨਹੀਂ ਧੜਾ ਵੇਖਿਆ ਅਤੇ ਕਿਸੇ ਨੇ ਨਹੀਂ ਵੇਖਿਆ ਵੀ ਕੱਲ੍ਹ ਮੇਰੇ ਇਸ ਬੰਦੇ ਨਾਲ ਕੀ ਮਤਭੇਦ ਸੀ ਅਤੇ ਮੈਂ ਅੱਜ ਕੀ ਕਰਾਂ। ਸਾਰਿਆਂ ਨੂੰ ਥੱਲੇ ਰੱਖ ਕੇ ਲੋਕਾਂ ਨੇ ਇੱਕੋ ਹੀ ਗੱਲ ਆਪਣੇ ਮਨ ਦੇ ਵਿੱਚ ਵਸਾਈ ਵੀ ਸਾਡੇ ਗੁਰੂ ਦਾ ਮਸਲਾ ਹੈ ਅਤੇ ਸਾਡੇ ਕਿਸੇ ਸਿੰਘ ਨੇ ਆਵਾਜ਼ ਮਾਰੀ ਹੈ ਅਤੇ ਸਾਨੂੰ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਅਤੇ ਉਹ ਤੁਹਾਡੇ ਸਾਰਾ ਕੁਛ ਸਾਹਮਣੇ ਆ। ਅਤੇ ਮੈਂ ਸਮਝਦਾ ਹਾਂ ਕਿ ਜਿਹੜੇ ਮੋਰਚੇ ਹੁੰਦੇ ਆ ਨਾ ਉਹ ਫੈਸਲੇ ਕਰਦੇ ਆ, ਇਸ ਮੋਰਚੇ ਨੇ ਫੈਸਲਾ ਕਰ ਦਿੱਤਾ ਸੀ, ਮੋਰਚਾ ਜਿੱਤ ਗਿਆ ਸੀ। ਐਂ ਨਹੀਂ ਹੈਗਾ ਜੇ ਤੁਸੀਂ ਮੈਨੂੰ ਹੁਣ ਪੁੱਛੋਗੇ ਵੀ ਇਹ ਕਦੋਂ ਤੱਕ ਰਹੂਗਾ, ਕਿਵੇਂ ਰਹੂਗਾ, ਕੀ ਇਹਦਾ ਹਿਸਾਬ ਕਿਤਾਬ ਆ, ਮੈਂ ਕਹਿੰਦਾ ਵੀ ਇਹ ਸਮਾਂ ਨਹੀਂ ਹੈਗਾ ਇੱਥੇ ਕੋਈ ਇਹ ਸਮਾਂ ਬਾਉਂਡ ਨਹੀਂ ਕੀਤਾ ਅਸੀਂ, ਇਹ ਤਾਂ ਲੜਾਈ ਜਿੱਤਾਂਗੇ ਅਤੇ ਜਦੋਂ ਜਿੱਤ ਦਾ ਝੰਡਾ ਸਾਡਾ ਚੜ ਗਿਆ ਅਤੇ ਫਿਰ ਅਰਦਾਸ ਕਰਕੇ ਫਿਰ ਅਸੀਂ ਇਹ ਅਗਲੀ ਗੱਲ ਕਰਾਂਗੇ। ਸੋ ਇਹ ਗੱਲਬਾਤ ਸੰਖੇਪ ਰੂਪ 'ਚ ਹੀ ਅਸੀਂ ਰੱਖੀ ਹੈ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਨਾਲ, ਕਿਉਂਕਿ ਇੱਥੇ ਸਟੇਜ ਦੀ ਕਾਰਵਾਈ ਚੱਲ ਰਹੀ ਆ, ਜਿਹੜੇ ਪ੍ਰਚਾਰਕ ਨੇ ਉਹ ਕੁਝ ਸਿੰਘ ਜਿਹੜੇ ਧਾਰਨਾਵਾਂ ਨਾਲ ਗਾਉਂਦੇ ਆ, ਕੁਝ ਕੀਰਤਨ ਕਰਦੇ ਆ, ਸਟੇਜ ਦੀ ਕਾਰਵਾਈ ਜਾ ਰਹੀ ਆ, ਬੁਲਾਰੇ ਲੱਗੇ ਹੋਏ ਆ, ਦੂਰੋਂ ਦਰੇਡੇ ਤੋਂ ਸਿੱਖ ਸੰਗਤਾਂ ਇੱਥੇ ਪੰਜਾਬ ਭਰ ਤੋਂ ਅਤੇ ਹੋਰਾਂ ਸੂਬਿਆਂ ਤੋਂ ਵੀ ਇੱਥੇ ਪਹੁੰਚ ਰਹੀਆਂ। ਸੰਗਤ ਦੇ ਵਿੱਚ ਬੱਚਿਆਂ ਦੀ ਗਿਣਤੀ ਵੀ ਆ, ਬੀਬੀਆਂ ਵੀ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਅੱਧ ਖੜ ਉਮਰ ਦੇ, ਸਾਰੀਆਂ ਹੀ ਉਮਰਾਂ ਦੇ ਪੜਾਅ ਜਿਹੜੇ ਹੁੰਦੇ ਆ ਉਹ ਸਿੱਖ ਸੰਗਤਾਂ ਦੇ ਵਿੱਚ ਸ਼ਾਮਿਲ ਨੇ। ਨੇੜਲਾ ਪਿੰਡ ਆ ਇੱਥੇ ਸਮਾਲਸਰ, ਸਮਾਲਸਰ ਦੇ ਸ਼ਹੀਦ ਹੋਏ ਆ ਭਾਈ ਜੁਗਰਾਜ ਸਿੰਘ ਸਮਾਲਸਰ ਰੁਮਾਨੀਆ ਕਾਂਡ ਵਾਲੇ, ਉਹਨਾਂ ਦੇ ਨਗਰ ਤੋਂ ਅੱਜ ਇੱਥੇ ਲੰਗਰ ਲੈ ਕੇ ਸਿੱਖ ਸੰਗਤਾਂ ਪਹੁੰਚੀਆਂ ਸਨ, ਤਾਂ ਵੇਖ ਕੇ ਖਿਆਲ ਆਉਂਦਾ ਕਿ ਉਹ ਵਾਸੀ, ਉਸ ਪਿੰਡ ਦੇ ਵਾਸੀ ਜਿਨ੍ਹਾਂ ਨੇ ਆਪਣੇ ਜਿਹੜੇ ਸ਼ਹੀਦ ਕਰਾਏ ਆ ਸਿੰਘ, ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਦੇ ਪਰਿਵਾਰ 'ਚੋਂ ਖੁਦ 3 ਸ਼ਹਾਦਤਾਂ ਜਿਹੜਾ ਇਹਨਾਂ ਦੇ ਮੰਡ ਪਰਿਵਾਰ 'ਚੋਂ ਹੋਈਆਂ, ਰਿਸ਼ਤੇਦਾਰੀਆਂ 'ਚੋਂ ਵੀ ਹੋਰ ਵੀ ਹੋਈਆਂ, ਇਹ ਜਿਹੜੇ ਲੰਮੇ ਸਮੇਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮੇਂ ਤੋਂ ਆਰੰਭ ਹੋਏ ਸੰਘਰਸ਼ ਦੇ ਵਿਚਾਲੇ ਸ਼ਹਾਦਤਾਂ ਦੇਣ ਵਾਲੇ ਜਿਹੜੇ ਲੋਕ ਨੇ, ਇਹ ਉਹਨਾਂ ਦਾ ਸਮੂਹ ਆ, ਇਹ ਜਿਨ੍ਹਾਂ ਨੇ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ ਅਤੇ ਕਿਸੇ ਕੁਰਬਾਨੀ ਤੋਂ ਹਟੇ ਨਹੀਂ। ਇਸ ਮੋਰਚੇ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਖਾਸ ਲੱਗੀ ਕਿ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਵਿਚਰਨ ਵਾਲੀਆਂ ਦੋ ਜਥੇਬੰਦੀਆਂ, ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ, ਦੋਵੇਂ ਹੀ ਇਸ ਮੋਰਚੇ ਦਾ ਸਪੋਰਟ ਕਰ ਰਹੀਆਂ, ਸਹਿਯੋਗ ਕਰ ਰਹੀਆਂ, ਹਮਾਇਤ ਕਰ ਰਹੀਆਂ ਅਤੇ ਉਹਨਾਂ ਦੇ ਸਿੰਘ ਵੀ ਇੱਥੇ ਪਹੁੰਚੇ ਹੋਏ ਆ। ਇਸ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਹਾਜ਼ਰੀ ਲਵਾ ਕੇ ਗਏ। ਇਸ ਤੋਂ ਇਲਾਵਾ ਅਖੰਡ ਕੀਰਤਨੀ ਜਥਾ, ਕੁੱਲ ਮਿਲਾ ਕੇ ਪੰਥ ਦੀਆਂ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ, ਛੋਟੀਆਂ ਹੋਣ ਵੱਡੀਆਂ ਹੋਣ, ਉਹ ਇੱਥੇ ਪਹੁੰਚ ਕੇ ਹਾਜ਼ਰੀਆਂ ਲਵਾ ਰਹੀਆਂ। ਜਥੇਦਾਰ ਮੰਡ ਹੋਣਾ ਦਾ ਕਹਿਣਾ ਕਿ ਇਹ ਜਿਹੜਾ ਮੋਰਚਾ ਵਾ, ਅਸੀਂ ਕੋਈ ਟਾਈਮ ਬੌਂਡ ਨਹੀਂ ਕੀਤਾ, ਕੋਈ ਇਹ ਅਣਮਿੱਥੇ ਸਮੇਂ ਲਈ ਆ, ਅਸੀਂ ਜਿੱਤ ਦੀ ਜਿਹੜੀ ਆ ਅਰਦਾਸ ਹੈ ਉਹ ਕਰਕੇ ਉੱਠਾਂਗੇ, ਉਸ ਤੋਂ ਪਹਿਲਾਂ ਨਹੀਂ ਇੱਥੋਂ ਉੱਠਣ ਵਾਲੇ। ਸੋ ਇਸ ਤੋਂ ਇਲਾਵਾ ਇੱਥੇ ਮੋਰਚੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ 5 ਸਿੰਘ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਰਤਰਫ ਕਰ ਦਿੱਤਾ ਗਿਆ ਸੀ 2015 ਦੇ ਵਿੱਚ, ਉਹ ਵੀ ਹਾਜ਼ਰੀ ਲਵਾ ਕੇ ਗਏ ਆ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਅਤੇ ਜਿਹੜਾ ਮੋਰਚਾ ਵਾ ਬਰਗਾੜੀ ਦੇ ਵਿੱਚ ਜਾਰੀ ਆ। ਹੁਣ ਆਪਾਂ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ ਅਗਲੇ ਭਾਗ ਦੇ ਵਿੱਚ ਗੱਲਬਾਤ ਕਰਦੇ ਹਾਂ। ਬਰਗਾੜੀ ਮੋਰਚੇ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਇਸ ਵੇਲੇ ਸਾਡੇ ਨਾਲ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਜਸਦਾਰ ਸਾਹਿਬ, ਪਹਿਲਾ ਸਵਾਲ ਇਹ ਆ ਕਿ ਤੁਹਾਡੀ ਇੱਕ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ, ਉਸ ਦਾ ਨਤੀਜਾ ਕੀ ਰਿਹਾ? ਦੇਖੋ, ਪੰਜਾਬ ਸਰਕਾਰ ਆਈ ਨੂੰ ਜਿਹੜੀ ਹੁਣ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਤਕਰੀਬਨ 14-15 ਮਹੀਨੇ ਹੋ ਗਏ। ਉਹਨਾਂ ਦੇ ਵੱਲੋਂ ਇੱਕ ਕਮਿਸ਼ਨ ਬਿਠਾਇਆ ਗਿਆ ਸੀ, ਉਹਨੂੰ ਵੀ 6 ਮਹੀਨੇ ਦਾ ਟਾਈਮ ਦਿੱਤਾ ਸੀਗਾ। ਉਹਨਾਂ ਨੇ ਵੀ, ਮੈਂ ਸਮਝਦਾ ਕਿ ਇਸ ਸੰਬੰਧ ਦੇ ਵਿੱਚ ਅੱਜ ਤੱਕ ਸਿੱਖ ਸੰਗਤਾਂ ਦੇ ਸਾਹਮਣੇ ਆਪਣੇ ਵਾਅਦਿਆਂ ਅਨੁਸਾਰ ਕੁਛ ਵੀ ਨਹੀਂ ਕੀਤਾ, ਬਰਗਾੜੀ ਦੇ ਸੰਬੰਧ, ਬਹਿਬਲ ਦੇ ਸੰਬੰਧ ਵਿੱਚ, ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਸੰਬੰਧ ਵਿੱਚ, ਜਿਹੜਾ ਕਿ ਉਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਇਹਨਾਂ ਸਾਰੇ ਮਸਲਿਆਂ ਦਾ ਹੱਲ ਦਿਆਂਗਾ। ਅਖੀਰ ਜਦੋਂ ਕੋਈ ਗੱਲਬਾਤ ਨਾ ਹੋਈ, ਪਿਛਲੇ ਸਾਲ ਵੀ ਇੱਕ ਜਿਹੜਾ ਸੀਗਾ, ਅਸੀਂ ਸੰਕੇਤ ਮਾਤਰ ਜਿਹੜਾ ਸੀ ਰੋਸ ਮੁਜ਼ਾਹਰਾ ਕੀਤਾ ਸੀ ਕੋਟਕਪੂਰਾ ਚੌਂਕ 'ਚ ਕਾਲੀਆਂ ਝੰਡੀਆਂ ਦੇ ਨਾਲ। ਉਸ ਤੋਂ ਬਾਅਦ ਜਿਹੜਾ ਸੀ, ਹੁਣ 1 ਜੂਨ ਆ ਗਈ, 3 ਸਾਲ ਹੋ ਗਏ ਆ। ਪਿਛਲੇ ਸਾਲ ਵੀ ਇੱਥੇ 1 ਜੂਨ ਦਾ ਇਕੱਠ ਸੀ, ਉਦੋਂ ਪਿਛਲੇ ਸਾਲ ਵੀ 1 ਜੂਨ ਦਾ ਇਕੱਠ ਰੱਖਿਆ ਸੀਗਾ, ਪਰ ਇਸ ਵਾਰ ਅਸੀਂ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ ਸੀਗਾ ਵੀ ਇੱਥੋਂ ਪ੍ਰੋਗਰਾਮ ਇਸ ਤਰ੍ਹਾਂ ਦਾ ਅਨਾਊਂਸ ਹੋਊਗਾ ਵੀ ਸਰਕਾਰ ਨੂੰ ਹੱਲ ਕਰਨਾ ਪਊਗਾ। ਅਤੇ 1 ਜੂਨ ਨੂੰ ਜਦੋਂ ਇੱਥੇ ਸਿੱਖ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ, ਔਰ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਇੱਥੇ ਮੰਚ 'ਤੇ ਜਥੇਦਾਰਾਂ ਦੇ ਸੱਦੇ 'ਤੇ ਇਕੱਠੀਆਂ ਹੋਈਆਂ ਅਤੇ ਇਨਸਾਫ ਦੀ ਆਵਾਜ਼ ਬੁਲੰਦ ਕੀਤੀ, ਤਾਂ ਉਸੇ ਦਿਨ ਹੀ DC ਔਰ SSP ਜੋ ਫਰੀਦਕੋਟ ਦੇ, ਉਹ ਸਾਡੇ ਕੋਲ ਸ਼ਾਮ ਨੂੰ ਇੱਥੇ ਪਹੁੰਚ ਗਏ। ਉਹ ਧਰਨਾ ਆ ਜਿਹੜਾ ਮੁਜ਼ਾਹਰਾ ਸੀਗਾ ਸਾਡਾ, ਜੋ ਮੋਰਚਾ ਸੀ ਇਨਸਾਫ ਮੋਰਚਾ, ਇਹਨੂੰ ਉਠਾਉਣ ਵਾਸਤੇ ਆਏ ਸੀ, ਪਰ ਜਦੋਂ ਅਸੀਂ ਉਹਨਾਂ ਨੂੰ ਆਪਣੀਆਂ ਗੱਲਾਂ ਦੱਸੀਆਂ, ਉਹਨਾਂ ਕੋਲ ਜਵਾਬ ਨਹੀਂ ਸੀ। ਉਹ ਕਹਿੰਦੇ ਅਸੀਂ ਸਰਕਾਰ ਨਾਲ ਗੱਲ ਕਰਾਂਗੇ। ਅਗਲੇ ਦਿਨ ਜਿਹੜੇ ਇਸ ਰੇਂਜ ਦੇ IG ਆ, GS ਢਿੱਲੋਂ, ਉਹ ਆ ਗਏ। ਉਹਨਾਂ ਨੇ ਆ ਕੇ ਜਿਹੜਾ ਸੀਗਾ ਮੋਰਚਾ ਉਠਾਉਣ ਦੀ ਗੱਲ ਕੀਤੀ, ਪਰ ਜਦੋਂ ਅਸੀਂ ਮੰਗਾਂ ਕੀਤੀਆਂ ਉਹਨਾਂ ਦੇ ਸਾਹਮਣੇ, ਤਾਂ ਜੋ ਉਹਨਾਂ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਸੀ। ਤਾਂ ਫਿਰ ਤੀਸਰੇ ਦਿਨ ਜਿਹੜਾ ਸੀ, ਉਹ ਕੈਬਨਿਟ ਮਿਨਿਸਟਰ ਜੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ MLA ਲੈ ਕੇ ਇੱਥੇ ਪਹੁੰਚੇ ਨਾਲ, ਉਹਨਾਂ ਨਾਲ ਵੀ ਜਿਹੜੀ ਗੱਲਬਾਤ ਸੀਗੀ ਹੋਈ, ਉਹਨਾਂ ਕੋਲ ਵੀ ਇਹਨਾਂ ਮੰਗਾਂ ਦਾ ਜਵਾਬ ਨਹੀਂ। ਸਰਕਾਰ ਚੱਲ ਕੇ ਆਈ ਬਰਗਾੜੀ ਦੀ ਧਰਤੀ 'ਤੇ, ਕੈਬਨਿਟ ਮਿਨਿਸਟਰ ਵੀ ਸਰਕਾਰ ਹੁੰਦਾ, ਸਰਕਾਰ ਇੱਥੇ ਆਈ ਚੱਲ ਕੇ, ਬਕਾਇਦਾ ਜੋ ਜਥੇਦਾਰ ਸਾਹਿਬ ਨੇ ਕਿਹਾ ਸੀ ਸਰਕਾਰ ਇੱਥੇ ਚੱਲ ਕੇ ਆਊਗੀ, ਉਹਨਾਂ ਕੋਲ ਵੀ ਸਾਡੀਆਂ ਮੰਗਾਂ ਦਾ ਜਵਾਬ ਨਹੀਂ ਸੀ। ਅਤੇ ਉਹਨਾਂ ਨੇ ਬਕਾਇਦਾ ਮੀਡੀਆ 'ਚ ਇਸ ਗੱਲ ਦੀ ਮੁਆਫ਼ੀ, ਜਦੋਂ ਇੱਥੇ ਆਏ ਉਹਨਾਂ ਨੇ ਕਿਹਾ, ਪਹਿਲਾਂ ਤਾਂ ਅਰਦਾਸ ਕੀਤੀ ਕਿ ਤੁਹਾਡੀਆਂ ਮੰਗਾਂ ਜਾਇਜ਼ ਅਤੇ ਗੁਰੂ ਤੁਹਾਡੇ ਮੋਰਚੇ ਨੂੰ ਸਫਲ ਕਰੇ, ਮੈਂ ਅਰਦਾਸ ਕਰਦਾ। ਫਿਰ ਉਹਨਾਂ ਨੇ, ਮੈਂ ਅਗਲੀ ਗੱਲ 'ਤੇ ਤੁਹਾਡੇ ਜਵਾਬ 'ਤੇ ਆਉਣਾ ਚਾਹੁੰਦਾ ਕਿ ਫਿਰ ਉਹਨਾਂ ਨੇ ਜਿਹੜਾ ਸੀਗਾ ਗੱਲਬਾਤ ਦੇ ਵਿੱਚ, ਉਸ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਸਾਡੇ ਕੋਲ ਕਮੀ ਰਹੀ ਆ, ਅਸੀਂ ਮੁਆਫ਼ੀ ਮੰਗਦੇ ਹਾਂ, ਦੇਰੀ ਹੋਈ ਆ, ਮੰਗਾਂ ਇਹਨਾਂ ਦੀਆਂ ਜਾਇਜ਼ ਆ, ਅਮਨ ਕਾਨੂੰਨ ਦੇ ਨਾਲ ਬੜਾ ਪੁਰਅਮਨ ਤਰੀਕੇ ਨਾਲ ਸ਼ਾਂਤਮਈ ਇਹਨਾਂ ਦਾ ਪ੍ਰੋਟੈਸਟ ਜਿਹੜਾ ਮੋਰਚਾ, ਇਨਸਾਫ ਮੋਰਚਾ ਚੱਲ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਸੱਦਾ ਦਿੱਤਾ ਚੰਡੀਗੜ੍ਹ, ਪੰਜਾਬ ਭਵਨ, ਪੰਜਾਬ ਭਵਨ ਪੰਜਾਬ ਦਾ ਸਾਂਝਾ ਵਾ, ਉੱਥੇ ਮੁੱਖ ਮੰਤਰੀ ਸਾਹਿਬ ਆਏ, ਉੱਥੇ ਹੀ ਅਸੀਂ ਸਾਰੇ ਗਏ, ਜੋ ਮੇਰੇ ਨਾਲ ਵਫਦ ਸੀਗਾ ਜਥੇਦਾਰ ਸਾਹਿਬ ਨੇ ਭੇਜਿਆ, ਤਾਂ ਉੱਥੇ ਬੈਠ ਕੇ ਬਕਾਇਦਾ ਉਹਨਾਂ ਦੇ ਕੈਬਨਿਟ ਮਿਨਿਸਟਰ ਸੀ, 3 MLA ਸੀ, USD ਸੀ, ਉਹਨਾਂ ਦੇ ਔਫਿਸਰ ਸੀਗੇ ਇੰਟੈਲੀਜੈਂਸੀ ਦੇ, ਦਿਨਕਰ ਗੁਪਤਾ ਜੀ ਔਰ ਵਰਿੰਦਰ ਕੁਮਾਰ ਜੀ, ਉਹਨਾਂ ਨਾਲ ਬੜੀ ਡਿਟੇਲ 'ਚ ਸਾਡੀ ਗੱਲਬਾਤ ਹੋਈ। ਤਾਂ ਗੱਲਬਾਤ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ, ਬੇਅਦਬੀ ਦਾ, ਬਹਿਬਲ ਦਾ ਸਾਰਾ ਕੁਝ ਦੱਸਿਆ, ਤਾਂ ਮੁੱਖ ਮੰਤਰੀ ਨੇ ਕਿਹਾ ਇਹ ਮੰਗਾਂ ਤਾਂ ਮੇਰੀਆਂ ਸੀ, ਤਾਂ ਅਸੀਂ ਕਿਹਾ ਅਸੀਂ ਤੁਹਾਨੂੰ ਚੇਤਾ ਹੀ ਤਾਂ ਕਰਾ ਰਹੇ ਹਾਂ ਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਇਹ ਕੁਝ ਕਿਹਾ ਸੀਗਾ, ਅਤੇ ਇਹਨੂੰ ਜਿਹੜਾ ਹੈਗਾ ਹੁਣ ਤੁਰੰਤ ਜਿਹੜਾ ਇਹਨਾਂ ਨੂੰ ਹੱਲ ਕਰੋ। ਅਤੇ ਉਹਨਾਂ ਨੇ ਤੁਰੰਤ ਜਿਹੜਾ ਸੀਗਾ ਉੱਥੇ ਅਫਸਰਾਂ ਨੂੰ ਆਰਡਰ ਕੀਤੇ ਵੀ ਇਹਨਾਂ ਮਸਲਿਆਂ ਦਾ ਹੱਲ ਚਾਹੀਦਾ, ਕਿ ਜੋ ਇਹ ਕਹਿ ਰਹੇ ਇਹਨਾਂ ਦੀਆਂ ਮੰਗਾਂ ਜਾਇਜ਼ ਆ, ਕੋਈ ਨਜਾਇਜ਼ ਨਹੀਂ ਆ। ਜੋ ਕਮਿਸ਼ਨ ਬਣਿਆ ਸੀ ਜਸਟਿਸ ਰਣਜੀਤ ਸਿੰਘ ਦਾ, ਉਹਦੀ ਰਿਪੋਰਟ ਨੂੰ ਜਲਦੀ ਜਨਤਕ ਕਰੋ ਵੀ ਕਿ ਉਹ ਕਹਿੰਦੇ ਜਸਟਿਸ ਸਾਹਿਬ ਨੇ 1 ਮਹੀਨੇ ਦਾ ਸਮਾਂ ਮੰਗਿਆ,
ਤਾਂ ਅਸੀਂ ਕਿਹਾ ਵੀ ਇੱਕ ਮਹੀਨਾ ਬਹੁਤ ਆ, ਹੁਣ ਮਹੀਨਾ ਨਹੀਂ, ਹੁਣ ਦੋ ਭਾਗਾਂ ਦੇ ਵਿੱਚ ਰਿਪੋਰਟ ਨੂੰ ਕਰ ਦਿਓ, ਜਿਹੜੀ ਬਰਗਾੜੀ ਅਤੇ ਬਹਿਬਲ ਦੀ ਰਿਪੋਰਟ ਆ ਉਹ ਪਹਿਲਾਂ ਦੇ ਦਿਓ, ਜਿਹੜੀਆਂ ਬਾਅਦ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਦੀ ਰਿਪੋਰਟ ਬਾਅਦ 'ਚ ਦੇ ਦਿਓ, ਉਹ ਇਕੱਠੀ ਦੇਣਾ ਚਾਹੁੰਦੇ ਸੀ। ਤਾਂ ਹੁਣ ਉਹਨਾਂ ਨੇ ਜਿਹੜਾ ਤੁਰੰਤ ਜਿਹੜੀ ਸਾਡੀ ਗੱਲਬਾਤ ਹੋਈ ਆ, ਬਕਾਇਦਾ ਗੱਲਬਾਤ ਦੇ ਵਿੱਚ ਉਹਨਾਂ ਨੇ ਔਫੀਸਰਾਂ ਨੂੰ ਸਾਡੇ ਸਾਹਮਣੇ ਜਿਹੜੇ ਆ ਉਹ ਹੁਕਮ ਕੀਤੇ ਆ। ਮੈਂ ਸਮਝਦਾ ਕਿ ਜੇਕਰ ਉਹਨਾਂ ਹੁਕਮਾਂ 'ਤੇ ਕੰਮ ਹੋਵੇ ਤਾਂ ਸਾਨੂੰ ਤੁਰੰਤ ਜਿਹੜਾ ਇਹਦਾ ਰਿਜ਼ਲਟ ਆ 2-4 ਦਿਨਾਂ 'ਚ ਮਿਲੂਗਾ। ਜੇ ਨੀਅਤ ਸਰਕਾਰ ਦੀ ਸਾਫ਼ ਹੋਈ, ਇਹ ਨਹੀਂ ਵੀ ਸਾਡੇ ਸਾਹਮਣੇ ਹੁਕਮ ਕਰ ਦਿੱਤਾ ਅਤੇ ਬਾਅਦ ਵਿੱਚ ਜਿਹੜਾ ਹੈਗਾ ਕੁਛ ਹੋਰ ਹੋਵੇ, ਜੇਕਰ ਜੋ ਸਾਡੇ ਸਾਹਮਣੇ ਹੁਕਮ ਕੀਤੇ ਆ ਮੀਟਿੰਗ ਦੇ ਵਿੱਚ ਔਫੀਸਰਾਂ ਨੂੰ ਮੁੱਖ ਮੰਤਰੀ ਪੰਜਾਬ ਨੇ, ਤਾਂ ਉਹਦੇ ਅਨੁਸਾਰ ਸਾਨੂੰ ਲੱਗਦਾ ਵੀ 2-4 ਦਿਨਾਂ ਦੇ ਵਿੱਚ ਕੋਈ ਹੱਲ ਜਿਹੜਾ ਉਹ ਸਾਡੇ ਸਾਹਮਣੇ ਆਊਗਾ। ਇੰਝ ਪੁੱਛਣਾ ਹੋਵੇ ਕਿ ਗੱਲਬਾਤ ਤੌਰ 'ਤੇ ਜਿਹੜੀ ਮੀਟਿੰਗ ਆ ਉਹ ਸਫਲ ਰਹੀ, ਨਤੀਜਿਆਂ ਨੇ ਅਜੇ ਇਸ ਨੂੰ ਸਫਲ ਜਿਹੜਾ ਵਾ ਉਹਦੀ ਮੋਹਰ ਲੱਗਣੀ ਬਾਕੀ ਆ, ਇੰਝ ਹੀ ਆ? ਬਿਲਕੁਲ, ਅਸੀਂ ਉਹਨਾਂ ਚਿਰ ਨਹੀਂ ਮੰਨਦੇ। ਦੇਖੋ, ਉਹਨਾਂ ਨੇ ਸਾਨੂੰ ਸੱਦਾ ਦਿੱਤਾ, ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੇ। ਸਾਡਾ ਇਨਸਾਫ਼ ਮੋਰਚਾ ਵੀ ਚੱਲ ਰਿਹਾ, ਗੱਲਬਾਤ ਵੀ ਚੱਲ ਰਹੀ, ਕੋਈ ਔਫੀਸਰ ਆਵੇ, ਕੋਈ ਮੰਤਰੀ ਆਵੇ, ਮੁੱਖ ਮੰਤਰੀ ਨਾਲ ਵੀ ਗੱਲਬਾਤ ਹੋਈ, ਉਹਨਾਂ ਦੇ ਔਫੀਸਰਾਂ ਨਾਲ ਵੀ ਹੋਈ ਆ, ਕਿਉਂਕਿ ਅਕਸਰ ਗੱਲਬਾਤ ਦੇ ਨਾਲ ਹੀ ਜਿਹੜਾ ਹੈ ਹੱਲ ਹੁੰਦਾ। ਜੋ ਸਾਡੀਆਂ ਮੰਗਾਂ ਨੇ ਹੀ ਸਰਕਾਰ ਦੇ ਸਾਹਮਣੇ ਰੱਖੀਆਂ ਨੇ, ਸਰਕਾਰ ਨੇ ਵੀ, ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਜਿਹੜਾ ਸਾਡੇ ਅਧਿਕਾਰ ਖੇਤਰ 'ਚ ਅਸੀਂ ਕਰਾਂਗੇ, ਜਿਹੜਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਮੈਨੂੰ ਫਾਈਲਾਂ ਦਿਓ, ਅਫਸਰਾਂ ਦੀ ਡਿਊਟੀ ਲਗਾਈ ਉਹਨਾਂ ਨੇ ਬਕਾਇਦਾ ਕਿ ਉਹ ਮੈਨੂੰ ਫਾਈਲਾਂ ਦਿਓ, ਉਹਦੀ ਮੈਂ ਪ੍ਰਧਾਨ ਮੰਤਰੀ ਦੇ ਨਾਲ, ਗ੍ਰਹਿ ਮੰਤਰੀ ਦੇ ਨਾਲ ਜਿਹੜਾ ਹੈਗਾ ਹੋਮ ਮਿਨਿਸਟਰ ਦੇ ਨਾਲ ਗੱਲ ਕਰਾਂਗਾ। ਅਤੇ ਸਾਨੂੰ ਪਤਾ ਲੱਗਿਆ ਵੀ 16-17 ਤਰੀਕ ਦਾ ਸ਼ਾਇਦ ਉਹਨਾਂ ਨੇ ਸਮਾਂ ਵੀ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਨੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੋਂ ਇਸ ਮਸਲੇ 'ਤੇ ਲੈ ਲਿਆ ਕਿ ਉਹ ਜਿਹੜੇ ਮਸਲੇ ਕੇਂਦਰ ਸਰਕਾਰ ਦੇ ਦਾਇਰੇ 'ਚ ਆਉਂਦੇ ਆ ਵੀ ਉਹ ਵੀ ਹੱਲ ਕੀਤੇ ਜਾਣ। ਮੈਂ ਜਿਹੜਾ ਸਵਾਲ ਪੁੱਛਣਾ ਸੀ ਵਿਚਾਲੇ ਉਹ ਇਹੀ ਆ ਕਿ ਜਦੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇੱਥੇ ਆਏ, ਪੰਜਾਬ ਦੇ ਉਹ ਇੱਕ ਖਾਸੇ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਆ, ਉਹਨਾਂ ਜਦੋਂ ਇੱਥੇ ਗੱਲ ਕਹੀ ਆ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ, ਉਹ ਨਾ ਉਸ ਮੰਗ ਨੂੰ ਵੀ ਜਾਇਜ਼ ਸਮਝਿਆ ਵਾ ਜਿਹਦੇ ਵਿੱਚ ਬੰਦੀ ਸਿੰਘਾਂ ਦੀ ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈ ਦੀ ਗੱਲ ਆ, ਉਸ ਗੱਲ ਨੂੰ ਵੀ ਸਰਕਾਰ ਦੇ ਨੁਮਾਇੰਦੇ ਵਜੋਂ ਉਹ ਜਾਇਜ਼ ਮੰਨ ਰਹੇ ਆ? ਦੇਖੋ, ਕੈਬਨਿਟ ਮਿਨਿਸਟਰ ਦੀ ਗੱਲ ਤਾਂ ਹੇਠਾਂ ਰਹਿ ਗਈ, ਮੁੱਖ ਮੰਤਰੀ ਪੰਜਾਬ ਨੇ ਖੁਦ ਕਿਹਾ ਜਦੋਂ ਸਾਡੀ ਮੀਟਿੰਗ ਹੋਈ ਆ, ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਜਿਸ ਵੇਲੇ 1984 'ਚ ਇਸ ਤਰ੍ਹਾਂ ਦੇ ਹਾਲਾਤ ਸੀ, ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਇਆ, ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ, ਗੁਰਧਾਮਾਂ ਦੇ ਜਿਹੜੇ ਸੀਗਾ ਹਮਲੇ ਹੋਏ ਹੋਰਾਂ 'ਤੇ, ਅਤੇ ਨੌਜਵਾਨ ਜਿਹੜੇ ਸੀਗੇ ਉਹ ਅਣਖਾਣ ਦੀ ਲੜਾਈ ਉਹਨਾਂ ਨੇ ਲੜੀ ਆ, ਉਹ ਕੋਈ ਸਾਡੇ ਕ੍ਰਿਮੀਨਲ ਨਹੀਂ ਆ ਜਿਹੜੇ ਸਿੱਖ ਬੰਦੀ ਨੇ, ਹਾਂ ਉਹਨਾਂ ਨੇ ਰਾਸੀ ਲੜਾਈ ਲੜੀ ਔਰ ਉਹ ਹਾਲਾਤਾਂ ਅਨੁਸਾਰ ਸੀਗਾ। ਅਤੇ ਕੈਬਨਿਟ ਮੰਤਰੀ ਦੀ ਗੱਲ ਛੱਡੋ, ਮੁੱਖ ਮੰਤਰੀ ਨੇ ਕਿਹਾ ਵੀ ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ, ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ। ਫਿਰ ਰੋਕ ਕਿੱਥੇ ਆ, 14 ਮਹੀਨੇ ਲੰਘ ਗਏ? ਹਾਂ ਬਿਲਕੁਲ, ਇਹ ਜਿਹੜੀ ਗੱਲ ਆ ਉਹਨਾਂ ਨੇ ਮੰਨੀ ਆ ਕਿ ਸਾਡੇ ਕੋਲ ਡਿਲੇ ਹੋਇਆ ਵਾ, ਅਤੇ ਅਸੀਂ ਜਿਹੜਾ ਹੈਗਾ ਇਹਨੂੰ ਤੁਰੰਤ, ਸਾਡੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ 3 ਭਾਗ ਨੇ ਸਾਡੇ, ਇੱਕ ਤਾਂ ਹੈ ਜਿਹੜਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ, ਇੱਕ ਹੈ ਜਿਨ੍ਹਾਂ 'ਤੇ ਕੋਈ ਕੇਸ ਵੀ ਚੱਲਦੇ ਆ ਅਤੇ ਲੰਬੀਆਂ ਸਜ਼ਾਵਾਂ ਭੁਗਤ ਰਹੇ ਆ ਉਹਨਾਂ ਦੀ ਪਰੋਲ, ਅਤੇ ਤੀਸਰਾ ਹੈਗਾ ਜਿਹੜੇ ਅਦਰ ਸਟੇਟਾਂ ਹੋਰ ਸਟੇਟਾਂ ਦੇ ਵਿੱਚ ਸਾਡੇ ਬੰਦੀ ਸਿੰਘ ਆ, ਉਹਨਾਂ 'ਤੇ ਕੇਸ ਕੋਈ ਨਹੀਂ ਉਹਨਾਂ ਸਟੇਟਾਂ ਦਾ, ਚਾਹੇ ਉਹ ਰਾਜਸਥਾਨ ਹੈ, ਚਾਹੇ ਉਹ ਦਿੱਲੀ ਹੈ, ਚਾਹੇ ਯੂਪੀ ਆ, ਉਹਨਾਂ ਦੀ ਪੰਜਾਬ ਦੇ ਵਿੱਚ ਤਬਦੀਲੀ ਆਪਣੀ ਸਟੇਟ ਦੇ ਅੰਦਰ, ਇਹ ਬਾਏ ਕਾਨੂੰਨ ਸਾਡੀ ਕਾਨੂੰਨ ਮੰਗ ਆ। ਬੰਦੀ ਸਿੰਘਾਂ ਦੀ ਗੱਲ ਹੈ, ਕੀ ਤੁਸੀਂ ਸਰਕਾਰ ਨੂੰ ਲਿਸਟ ਸੌਂਪ ਚੁੱਕੇ ਹੋ ਕਿ ਅਜੇ ਸੂਚੀ ਦੇਣੀ ਆ? ਦੇਖੋ, 20 ਜਣਿਆਂ ਦੀ ਸੂਚੀ ਤਾਂ ਅਸੀਂ ਦੇ ਦਿੱਤੀ ਸੀਗੀ, ਬਾਕੀ ਉਹਨਾਂ ਨੇ ਕਿਹਾ ਵੀ ਤੁਹਾਡੀ ਜਿਹੜੀ ਟੀਮ ਆ ਉਹ ਗੱਲਬਾਤ ਸਾਡੇ ਨਾਲ ਕਰੇ, ਅਤੇ ਅਸੀਂ ਜਿਹੜੇ ਬਾਕੀ ਵੀ ਹੋਰ ਕੈਦੀ ਆ ਫਾਈਲਾਂ ਅਨੁਸਾਰ ਉਹਨਾਂ, ਅਸੀਂ ਵਕੀਲਾਂ ਦੀ ਡਿਊਟੀ ਵੀ ਲਾਈ ਆ, ਕੁਝ ਅਸੀਂ ਗੱਲਬਾਤ ਜਿਹੜਾ ਹੈਗਾ ਉਹ ਗੱਲਬਾਤ ਵੀ ਕਰਨਗੇ ਔਫੀਸਰਾਂ ਦੇ ਨਾਲ, ਉਹ ਸਾਨੂੰ ਪੁੱਛਦੇ ਵੀ ਆ ਵੀ ਦੱਸੋ ਕਿਹੜਾ ਕਿਹੜਾ, ਇੱਕ ਲਿਸਟ ਅਸੀਂ ਦਿੱਤੀ ਵੀ ਆ ਉਹ ਮੁੱਖ ਮੰਤਰੀ ਕੋਲ ਵੀ, ਉਹਨਾਂ ਦੇ ਕੈਬਨਿਟ ਮੰਤਰੀ ਕੋਲ ਵੀ, ਉਹਨਾਂ ਦੀ ਇੰਟੈਲੀਜੈਂਸੀ ADGP ਜਿਹੜੇ DGP ਸੀਗੇ ਉਹਨਾਂ ਕੋਲ ਵੀ,
ਤੋ ਅਸੀਂ ਲਿਸਟ ਦੇ ਵੀ ਚੁੱਕੇ ਹਾਂ, ਜਿਉਂ ਜਿੱਦਾਂ ਜਿੱਦਾਂ ਉਹ ਸਾਨੂੰ ਪੁੱਛਣਗੇ ਉਸੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਲਿਸਟ ਜਿਹੜੀ ਆ ਉਹ ਦੇ ਰਹੇ ਹਾਂ, ਔਰ ਉਹਦੇ 'ਤੇ ਵਰਕ ਵੀ, ਸਾਡੀ ਜੋ ਜਾਣਕਾਰੀ ਆ ਉਹਦੇ ਅਨੁਸਾਰ ਉਹਦੇ 'ਤੇ ਵਰਕ ਵੀ ਹੋ ਰਿਹਾ ਵਾ, ਪਰ ਜਿੰਨਾ ਚਿਰ ਰਿਜ਼ਲਟ ਨਹੀਂ ਸਾਹਮਣੇ ਆ ਜਾਂਦਾ ਉਹਨਾਂ ਚਿਰ ਅਸੀਂ ਅਜੇ ਤਸੱਲੀ ਨਹੀਂ ਲੈਂਦੇ। ਬੇਅਦਬੀ ਨਾਲ ਜੁੜਿਆ ਹੋਇਆ ਇੱਕ ਸਵਾਲ ਆ ਕਿ ਜਿਹੜਾ ਇਹ ਮੋਰਚਾ ਜਾਰੀ ਆ ਬਰਗਾੜੀ ਦਾ ਮੋਰਚਾ, ਕੀ ਇਹ ਮੋਰਚਾ ਸਿਰਫ ਇੱਥੇ ਵਾਲੀ ਜਿਹੜੀ ਬੇਅਦਬੀ ਦੀ ਘਟਨਾ ਉਹਦੇ ਤੱਕ ਸੀਮਿਤ ਆ ਕਿ ਪੰਜਾਬ ਭਰ ਦੇ ਜਿੱਥੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ? ਦੇਖੋ, ਪਹਿਲੀ ਗੱਲ ਤਾਂ ਇਹ ਮੇਨ ਮੁੱਖ ਜਿਹੜਾ ਸੀ ਨਾ ਬਰਗਾੜੀ ਕਾਂਡ ਜਿਹੜਾ ਸੀ, ਮਸ਼ਹੂਰ ਹੋਇਆ ਕਿ ਬਰਗਾੜੀ ਕਾਂਡ, ਗੱਲ ਬਰਗਾੜੀ ਤੋਂ ਬੁਰਜਵਾਹਰ ਸਿੰਘ ਵਾਲਾ ਤੋਂ ਚੱਲੀ ਸੀ, ਅਤੇ ਅਸੀਂ ਸਮਝਦੇ ਹਾਂ ਵੀ ਜੇ ਬਰਗਾੜੀ ਵਾਲਾ ਮਸਲਾ ਹੱਲ ਹੋ ਗਿਆ ਤਾਂ ਸਾਰੇ ਹੀ ਹੋ ਜਾਣੇ ਆ, ਫਿਰ ਸਾਰੀ ਕਹਾਣੀ ਜਿਹੜੀ ਆ ਸਾਹਮਣੇ ਆ ਜਾਣੀ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨਾਂ ਸਾਰੀਆਂ ਬੇਅਦਬੀਆਂ ਪਿੱਛੇ ਡੇਰਾ ਸਰਸਾ ਮੁਖੀ ਦਾ ਹੱਥ ਆ, ਗੁਰਮੀਤ ਰਾਮ ਰਹੀਮ ਦਾ, ਉਹਦੇ ਪੈਰੋਕਾਰ, ਜਿੱਥੇ ਬੇਅਦਬੀ ਹੁੰਦੀ ਉਹਦੇ ਪੈਰੋਕਾਰ, ਮੌੜ ਬੰਬ ਧਮਾਕਾ ਹੋਇਆ ਉਹਦੇ 'ਚ ਡੇਰੇ ਵਾਲੇ ਦੇ ਪੈਰੋਕਾਰ, ਪੁਲਿਸ ਦੀ ਜਾਂਚ ਜਿਹੜੀ ਉਹ ਕਾਰ ਜਿਹੜੀ ਸੀ ਉਹਦੇ ਵਰਕਸ਼ਾਪ 'ਚ ਮੋਡੀਫਾਈ ਹੋਈ, ਰੈੱਡ ਤੋਂ ਵਾਈਟ ਕੀਤੀ, ਉਹਦੇ ਬੰਦੇ ਜਿਹੜੇ ਸੀ ਉਹਨਾਂ ਦੇ 164 ਦੇ ਬਿਆਨ ਹੋਏ ਹੁਣ, ਫਿਰ ਜਿਹੜੀ ਬਰਗਾੜੀ ਸੀ ਇੱਥੇ ਪੋਸਟਰ ਉਹਦੇ ਪੈਰੋਕਾਰਾਂ ਨੇ ਲਾਏ, ਫਿਰ ਜਿਹੜੀ ਭੁੰਦੜ 'ਚ ਹੁਣ ਘਟਨਾ ਵਾਪਰੀ ਆ ਉਹਦੇ 'ਚ ਡੇਰਾ ਪ੍ਰੇਮੀ ਆ ਉਹ ਡੇਰੇ ਦਾ ਪੈਰੋਕਾਰ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਕਿ ਇਹਨਾਂ ਨੂੰ ਫੜ ਲਓ, ਜੇ ਪੱਕਾ ਹੀ ਹੱਲ ਕੱਢਣਾ ਅਤੇ ਰੋਹਤਕ ਦੀ ਸਨਾਰੀਆ ਜੇਲ੍ਹ ਦੇ ਵਿੱਚੋਂ ਗੁਰਮੀਤ ਰਾਮ ਰਹੀਮ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਓ, ਪੰਜਾਬ ਦੇ ਕਿਸੇ CA ਸਟਾਫ 'ਚ ਮੂਧਾ ਪਾਓ, ਉਹਦੇ ਫਿਰ ਉਹ ਪਟਾ ਅਤੇ ਜਿਹੜੀ ਸੱਚਾਈ ਆ ਉਹ ਸਾਰੀ ਸਾਹਮਣੇ ਆ ਜੂ, ਜਿੱਥੇ ਜਿੱਥੇ ਬੇਅਦਬੀਆਂ ਕਰਾਈਆਂ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪਖੰਡੀ ਜਿਹੜਾ ਅੱਜ ਕੁਕਰਮਾਂ ਦੀ ਸਜ਼ਾ ਭੁਗਤ ਰਿਹਾ, ਉਹ ਸਾਰਾ ਕੁਝ ਹੀ ਦੱਸ ਦਊਗਾ। ਪਰ ਅਜੇ ਵੀ ਦੇਖਣ ਜਾ ਰਿਹਾ ਵਾ ਕਿ ਪਹਿਲਾਂ ਬਾਦਲਾਂ ਨੇ ਉਹਦੇ ਨਾਲ ਯਾਰੀ ਨਿਭਾਈ, ਜਦੋਂ ਬਾਦਲਾਂ ਦੇ ਵੇਲੇ ਵੀ ਪਤਾ ਲੱਗ ਗਿਆ ਬੇਅਦਬੀ ਕਿਹਨੇ ਕੀਤੀ ਆ, ਪਰ ਉਹਨਾਂ ਨੇ ਉਸ ਜਾਂਚ ਨੂੰ ਸੌਦਾ ਸਾਧ ਕਰਕੇ ਯਾਰੀ ਨਿਭਾਉਂਦਿਆਂ ਉਹਦੇ ਤੋਂ ਵੋਟਾਂ ਲਈਆਂ, ਅਤੇ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਕੈਪਟਨ ਸਰਕਾਰ ਵੀ ਇਹ ਸੋਚ ਰਹੀ ਆ ਵੀ ਭਾਜਪਾ ਅਤੇ ਅਕਾਲੀਆਂ ਦੇ ਨਾਲ ਉਹਨਾਂ ਦੀ ਫਿੱਕ ਪੈ ਗਈ ਆ ਵੀ ਉਹਨਾਂ ਨੇ ਬਚਾਇਆ ਨਹੀਂ ਉਹਨੂੰ ਉਸ ਕੈਦ ਤੋਂ ਜਿਹੜੀ ਉਹ ਕੱਟ ਰਿਹਾ, ਅਤੇ ਜਿਹੜੀ ਰਹਿੰਦ ਖੂੰਹਦ ਉਹਦੀ ਬਚੀ ਆ ਵੋਟ ਵੀ ਉਹ ਸਾਨੂੰ 2019 ਦੇ ਵਿੱਚ ਪੈ ਜੂਗੀ। ਮੈਨੂੰ ਲੱਗਦਾ ਵੀ ਉਹਦੇ ਨਾਲ ਜਾਰੀ ਨਿਭਾਉਣ ਵਾਲੀ ਗੱਲ ਜਿਹੜੀ ਆ ਚੱਲ ਰਹੀ ਆ। ਅਸੀਂ ਤਾਂ ਜਿਹੜਾ ਹੈ ਵਾਇਆ ਮੀਡੀਆ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਪੰਜਾਬ ਦੇ ਲੋਕ ਇਨਸਾਫ ਚਾਹੁੰਦੇ ਆ, ਪਰ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਹੁਣਾਂ ਬਾਰੇ ਪ੍ਰਭਾਵ ਜਾ ਰਿਹਾ ਵਾ ਕਿ ਉਹ ਬਾਦਲਾਂ ਦੀ ਜਾਰੀ ਨਿਭਾ ਰਹੇ ਆ। ਇੱਕੋ ਹੀ ਕੰਮ ਚੱਲਣਾ, ਜਾਂ ਬਾਦਲਾਂ ਦੀ ਜਾਰੀ ਜਾਂ ਪੰਜਾਬ ਦੀ ਸਰਕਾਰ, ਜਾਂ ਤਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਆ ਬੇਅਦਬੀ ਦਾ ਮਾਮਲਾ, ਖੁਦਕਸ਼ੀਆਂ ਦਾ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਦੂਸ਼ਿਤ ਪਾਣੀਆਂ ਦਾ, ਆਬੋ ਹਵਾ ਦਾ ਮਾਮਲਾ, ਇਹ ਸਾਰੇ ਜਿਹੜੇ ਮਾਮਲੇ ਆ, ਔਰ ਡਰੱਗ ਦਾ ਮਾਮਲਾ, ਨਸ਼ਿਆਂ ਦਾ ਮਾਮਲਾ ਜਿਹੜਾ ਹੈਗਾ, ਦੇਖੋ ਆਪਦੀ ਬਣਾਈ STF ਕੈਪਟਨ ਅਮਰਿੰਦਰ ਸਿੰਘ ਦੀ, ਜੇਕਰ ਉਹਦੇ 'ਚ ਕਿਸੇ ਵੱਡੇ ਮੰਤਰੀ ਦਾ, ਸਾਬਕਾ ਦਾ ਨਾਂ ਆ ਜਾਂਦਾ ਮਜੀਠੀਏ ਦਾ, ਤਾਂ ਉਹ STF ਹੀ ਚੇਂਜ ਹੋ ਜਾਂਦੀ ਆ, ਉਹ ਆਫਿਸਰ ਹੀ ਚੇਂਜ ਹੋ ਜਾਂਦੇ ਆ। ਸੋ ਇੱਥੋਂ ਅਜੇ ਤੱਕ ਪ੍ਰਭਾਵ ਇਹ ਜਾ ਰਿਹਾ, ਕੇਵਲ ਪੰਥਕ ਜਥੇਬੰਦੀਆਂ 'ਚ ਹੀ ਨਹੀਂ, ਜਿਹੜੇ ਕਾਂਗਰਸੀ MLA ਜਾਂ ਉਹਨਾਂ ਦੇ ਵਰਕਰ, ਉਹਨਾਂ 'ਚ ਵੀ ਪ੍ਰਭਾਵ ਜਾ ਰਿਹਾ ਕਿ ਬਾਦਲਾਂ ਦੀ ਸੁਣਵਾਈ ਆ, ਸਾਡੀ ਸੁਣਵਾਈ ਨਹੀਂ ਆ। ਡੇਰਾ ਸਿਰਸਾ ਦੇ ਨਾਲ ਜੁੜੇ ਹੋਏ ਕੋਈ 10-11 ਲੋਕਾਂ ਨੂੰ ਪੁਲਿਸ ਨੇ ਫੜਿਆ ਹੋਇਆ, ਉਸ ਗ੍ਰਿਫਤਾਰੀਆਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਅਸੀਂ ਤਾਂ ਸੱਚਾਈ ਚਾਹੁੰਦੇ ਹਾਂ, ਚਾਹੇ ਉਹ ਡੇਰੇ ਦੇ ਪੈਰੋਕਾਰ ਆ ਚਾਹੇ ਕੋਈ ਹੋਰ ਆ, ਪਰ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਸਹੀ ਸੇਧ ਵਾਲੇ ਪਾਸੇ ਜਿਹੜੀ ਆ, ਜਿਹੜਾ ਮੋਰਚੇ ਦਾ ਪ੍ਰਭਾਵ ਇਨਸਾਫ ਮੋਰਚੇ ਦਾ ਜਾ ਰਿਹਾ, ਜਿਹੜੀਆਂ ਇੱਥੇ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚ ਰਹੀਆਂ, ਮਾਤਾਵਾਂ ਬੀਬੀਆਂ ਭੈਣਾਂ ਪਹੁੰਚ ਰਹੀਆਂ ਨੇ, ਨੌਜਵਾਨ ਪਹੁੰਚ ਰਹੇ ਆ ਕਾਫਲੇ ਰੋਜ਼ਾਨਾ ਹੀ ਇੱਥੇ, ਅੱਜ ਵੀ ਪੰਥਕ ਸੇਵਾ ਲਹਿਰ ਵੱਲੋਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਵੱਡਾ ਕਾਫਲਾ ਲੈ ਕੇ ਇੱਥੇ ਆਏ ਆ, ਉੱਧਰੋਂ ਕਿੱਥੇ ਚਾਂਦਪੁਰਾ ਦੇਖੋ, ਹਰਿਆਣੇ ਦੇ ਵਿੱਚ ਟੋਹਾਣੇ ਦੇ ਕੋਲ ਉਸ ਪਾਸੇ ਤੋਂ ਜਾਖਲ ਮੰਡੀ ਤੋਂ ਕਾਫਲਾ ਆਇਆ,
ਹੋਰ ਕਿੰਨੇ ਕਾਫਲੇ ਰੋਜ਼ਾਨਾ ਰੋਡੇ ਪਿੰਡ ਤੋਂ ਕਾਫਲਾ ਆਇਆ, ਹੋਰ ਕਿੰਨੇ ਸੰਤ ਮਹਾਂਪੁਰਖ ਰੋਜ਼ਾਨਾ ਇੱਥੇ ਆ ਰਹੇ ਜਥੇਬੰਦੀਆਂ। ਕੱਲ੍ਹ ਪੰਜ ਸਿੰਘ ਆਏ ਸੀ, ਪਹਿਲਾਂ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਮਹਿਤਾ ਚੌਂਕ ਆਏ ਸੀਗੇ, ਭਾਈ ਜਸਵੀਰ ਸਿੰਘ ਰੋਡੇ ਆਏ, ਕਿੰਨੇ ਸੰਤ ਮਹਾਂਪੁਰਖ ਇੱਥੇ ਜਿਹੜੇ ਆ ਉਹ ਆ ਰਹੇ ਆ, ਕਿੰਨੀਆਂ ਸੰਸਥਾਵਾਂ ਅੱਜ ਵੀ ਨਾਨਕਸਰ ਸੰਪਰਦਾ ਵੱਲੋਂ ਆ ਕੇ ਗਏ ਆ। ਸੋ ਇਹਦੇ ਨਾਲ ਕੌਮ ਜਿਹੜੀ ਵਹੀਰਾਂ ਘੱਤ ਕੇ ਬਰਗਾੜੀ ਵੱਲ ਆ ਰਹੀ ਆ ਨਾ, ਉਹਦੇ ਤੋਂ ਇਹ ਲੱਗਦਾ ਕਿ ਸਰਕਾਰ ਨੂੰ ਇਸ ਪਾਸੇ ਇਨਸਾਫ ਦੇਣਾ ਪਊਗਾ। ਕੌਮ ਇੱਕ ਮੱਤ ਹੋ ਰਹੀ ਆ ਅਤੇ ਇਹ ਜਿਹੜੇ ਬੰਦੇ ਫੜੇ ਜਾ ਰਹੇ ਆ, ਸਾਨੂੰ ਲੱਗਦਾ ਵੀ ਹੁਣ ਸਹੀ ਸੇਧ ਵਾਲੇ ਪਾਸੇ ਜਿਹੜੀ ਇਹ ਗੱਲ ਉਹ ਜਾ ਰਹੀ ਆ। ਜਸਦਾਰ ਸਾਹਿਬ, ਜਿੱਦਾਂ ਫੜ ਤਾਂ ਲਏ, ਅਜੇ ਉਹਨਾਂ 'ਤੇ ਕੇਸ ਪੈਣੇ ਬਾਕੀ ਆ ਅਤੇ ਕੇਸ ਤੋਰਨਾ ਬਾਕੀ ਆ, ਪਰ ਜੇ ਇਹੀ ਗੱਲ ਵਾਪਰਦੀ ਆ ਜੋ ਕੁਛ ਉਸ ਮੌੜ ਬੰਬ ਧਮਾਕੇ 'ਚ ਹੋਈ ਗੱਲ, ਅਤੇ ਫਿਰ ਤੁਸੀਂ ਜਿਹੜਾ ਸੰਘਰਸ਼ ਆ ਉਸ ਨੂੰ ਕਿਵੇਂ ਹੋਰ ਤਿੱਖਾ ਕਰੋਗੇ, ਜਾਂ ਉਸ ਬਾਬਤ ਜਿਹੜੀ ਭਵਿੱਖ ਦੀ ਗੱਲ ਆ ਭਾਵੇਂ? ਦੇਖੋ, ਮੈਂ ਕਹਿੰਦਾ ਕਿ ਆਹ ਜਿਹੜਾ ਸ਼ਾਂਤਮਈ ਸੰਘਰਸ਼ ਜਾ ਰਿਹਾ ਨਾ, ਇਹੀ ਸਰਕਾਰ ਵਾਸਤੇ ਬੜਾ ਤਿੱਖਾ ਵਾ। ਅਜੇ ਇੱਥੇ ਬੈਠਣਾ ਹੀ ਜਿਹੜਾ ਹੈਗਾ ਨਾ ਕੌਮ ਦਾ, ਸੰਤ ਮਹਾਂਪੁਰਖਾਂ ਦਾ, ਇਹ ਸਰਕਾਰ ਲਈ ਬੜਾ ਸਿਰਦਰਦੀ ਪੈਦਾ ਕਰ ਰਿਹਾ। ਪਰ ਜੇ ਸਰਕਾਰ ਫਿਰ ਵੀ ਨਾ ਸਮਝੀ ਤਾਂ ਬਿਲਕੁਲ ਪ੍ਰੋਗਰਾਮ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਵੀ ਜਿਹੜਾ ਤਿੱਖਾ ਰੂਪ ਧਾਰਨ ਕਰ ਸਕਦਾ ਵਾ। ਸਿੱਖ ਸੰਗਤਾਂ ਜਿਹੜੀਆਂ ਬੜਾ ਮੰਗਾਂ ਆ ਰਹੀਆਂ, ਸਿੱਖ ਸੰਗਤਾਂ ਦੀਆਂ ਆਸੇ ਪਾਸੇ ਤੋਂ ਸੰਗਤਾਂ ਜਿਹੜੀਆਂ ਨੇ, ਅਸੀਂ ਕੰਟਰੋਲ ਕੀਤਾ ਹੋਇਆ ਅਜੇ ਪੰਥ ਅਤੇ ਕੌਮ ਅਤੇ ਨੌਜਵਾਨਾਂ 'ਤੇ ਅਸੀਂ ਕੰਟਰੋਲ ਕੀਤਾ। ਬੇਨਤੀ ਕਰਕੇ ਉਹਨਾਂ ਸਾਰਿਆਂ ਨੂੰ ਵੀ ਅਜੇ ਥੋੜ੍ਹਾ ਜਿਹਾ ਸਮਾਂ ਦੇਖੋ, ਬੜੇ ਸ਼ਾਂਤਮਈ ਤਰੀਕੇ ਨਾਲ ਅਸੀਂ ਰਿਜ਼ਲਟ ਲੈ ਰਹੇ ਹਾਂ, ਜੇਕਰ ਰਿਜ਼ਲਟ ਨਹੀਂ ਮਿਲੂਗਾ ਤਾਂ ਅਸੀਂ ਜਿਹੜਾ ਪ੍ਰੋਗਰਾਮ ਉਹ ਤਿੱਖਾ ਕਰਾਂਗੇ। ਇੱਕ ਆਖਰੀ ਸਵਾਲ ਹੈ, ਤਕਰੀਬਨ ਉਹ ਨਿੱਜੀ ਸਵਾਲ ਹੀ ਮੰਨਿਆ ਜਾਊਗਾ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਉਹ ਪੰਜਾਬ ਦੇ MLA ਨੂੰ ਵੀ ਸਮਾਂ ਨਹੀਂ ਦਿੰਦੇ। ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿ MLA ਨੂੰ ਵੀ ਮਿਲਣਾ ਹੋਵੇ, ਵਿਧਾਇਕਾਂ ਨੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ। ਜਦੋਂ ਹੁਣ ਜਿਹੜੀ ਅੱਜ ਤੁਹਾਡੇ ਮੋਰਚੇ ਦੀ ਇੱਕ ਉਹ ਵੀ ਮੰਗ ਹੈ, ਚੌਥੀ ਮੰਗ ਹੈ ਕਿ ਪੰਜਾਬ ਦੀ ਆਬੋ ਹਵਾ ਜਿਹੜੀ ਉਹ ਸਾਫ਼ ਹੋਵੇ, ਜਦੋਂ ਦਰਿਆ ਬਿਆਸ ਦੇ ਪਾਣੀ ਦੇ ਵਿੱਚ ਮੱਛੀਆਂ ਤੜਫ ਤੜਫ ਕੇ ਮਰ ਰਹੀਆਂ ਸਨ, ਤਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਮਹਿਲਾ ਮਿੱਤਰ ਦੇ ਨਾਲ ਮਨਾਲੀ ਜਿਹੜੀਆਂ ਛੁੱਟੀਆਂ ਅਤੇ ਉਹਦਾ ਜਨਮਦਿਨ ਮਨਾ ਰਹੇ ਸੀ, ਅਤੇ ਤੁਹਾਡੇ 'ਤੇ ਇਹ ਦੋਸ਼ ਆਉਂਦਾ ਕਿ ਸ਼ਾਇਦ ਜਸਦਾਰ ਦਾਦੂਵਾਲ ਕਾਂਗਰਸ ਦੇ ਨੇੜੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਟਾਈਮ ਦੇ ਰਿਹਾ, ਇਸ ਦੋਸ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਦੋਂ ਵੀ ਪੰਥ ਦੇ ਮਸਲੇ ਕੋਈ ਵੀ ਹੁੰਦੇ ਆ, ਪਹਿਲਾਂ ਬਾਦਲ ਸਰਕਾਰ ਸੀ, ਅਸੀਂ ਬਾਦਲ ਸਰਕਾਰ ਦੇ ਵੇਲੇ ਵੀ ਮੋਰਚਿਆਂ ਦੇ ਵਿੱਚ ਜਿਹੜੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ, ਮੁੱਖ ਮੰਤਰੀ ਪੰਜਾਬ ਦੇ ਨਾਲ, ਡਿਪਟੀ ਮੁੱਖ ਮੰਤਰੀ ਪੰਜਾਬ ਦੇ ਨਾਲ, ਉਦੋਂ ਸਾਨੂੰ ਕਹਿੰਦੇ ਸੀ ਇਹ ਬਾਦਲਾਂ ਦੇ ਨੇੜੇ ਆ, ਅੱਜ ਸਾਨੂੰ ਕੈਪਟਨਾਂ ਦੇ ਨੇੜੇ। ਬਾਕੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜੇ ਕੌਮ ਨੂੰ ਲਾਭ ਹੋ ਜਾਵੇ ਇਸ ਨੇੜਤਾ ਦਾ, ਕੋਈ ਫਾਇਦਾ ਹੋ ਜਾਵੇ, ਤਾਂ ਮੈਂ ਸਮਝਦਾ ਉਹ ਨੇੜਤਾ ਵੀ ਮਾੜੀ ਨਹੀਂ, ਪਰ ਐਸੀ ਕੋਈ ਗੱਲ ਨਹੀਂ ਆ। ਪਹਿਲੀ ਮੁਲਾਕਾਤ ਸੀ ਸਰਕਾਰ ਬਣਨ ਤੋਂ ਬਾਅਦ, ਉਹ ਵੀ ਪੰਥਕ ਮੁੱਦਿਆਂ 'ਤੇ। ਇਹ ਤਾਂ ਜਿਨ੍ਹਾਂ ਨੇ ਫੇਸਬੁੱਕ 'ਤੇ, ਵਟਸਐਪ 'ਤੇ ਜਾਂ ਵੈਸੇ ਵਿਰੋਧ ਕਰਨਾ ਹੁੰਦਾ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਸੁਚੇਤ ਰੱਖਦੇ ਸਾਨੂੰ, ਸਾਡੇ ਵੀਰ ਆ, ਕੋਈ ਗੱਲ ਨਹੀਂ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦੇਖੋ ਕਿ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ, ਉਹ ਵੀ ਪੰਥਕ ਮੁੱਦੇ 'ਤੇ। ਜੇ ਸਾਡੀ ਕੋਈ ਨੇੜਤਾ ਹੁੰਦੀ ਅਸੀਂ ਉਹਨਾਂ ਨਾਲ ਮਿਲਦੇ, ਉਹਨਾਂ ਨੂੰ ਮੁੱਖ ਮੰਤਰੀ ਨੂੰ ਪਹਿਲਾਂ ਵੀ ਮਿਲ ਲੈਂਦੇ, ਸਾਡੇ ਬਹੁਤ ਸੰਗਤਾਂ ਦੇ ਕੰਮ ਕਾਰ ਹੁੰਦੇ ਆ, ਪਰ ਕਦੇ ਨਹੀਂ ਮਿਲੇ ਅਸੀਂ ਉਹਨਾਂ ਨੂੰ। ਜਦੋਂ ਮਿਲੇ ਹਾਂ ਤਾਂ ਪੰਥਕ ਮੰਗ ਦੇ ਉੱਤੇ ਮਿਲੇ ਹਾਂ, ਪੰਥਕ ਮੁੱਦੇ 'ਤੇ ਮਿਲੇ ਹਾਂ। ਬਾਕੀ ਇਹ ਪੰਥ ਦਾ ਹੀ ਭਾਰ ਮੈਂ ਸਮਝਦਾ, ਮੋਰਚੇ ਦਾ ਹੀ ਭਾਰ ਸੀ ਕਿ ਸਾਡੀ ਮੁਲਾਕਾਤ 3 ਵਜੇ ਸੀ ਦੁਪਹਿਰ ਦੇ, ਪਰ ਮੁੱਖ ਮੰਤਰੀ ਸਾਨੂੰ ਤਕਰੀਬਨ 4:30-5 ਤੱਕ ਉਡੀਕਦੇ ਰਹੇ। 4:45 ਅਸੀਂ ਪਹੁੰਚੇ ਚੰਡੀਗੜ੍ਹ ਜਾ ਕੇ, ਤਾਂ ਫਿਰ ਵੀ ਉਹਨਾਂ ਨੇ ਸਾਡੇ ਨਾਲ ਮੁਲਾਕਾਤ ਕੀਤੀ ਅਤੇ ਘੰਟਾ। ਇਹਦੇ ਤੋਂ ਲੱਗਦਾ ਵੀ ਸਾਨੂੰ ਕੋਈ ਸੰਸੀਅਰਤਾ ਮੁੱਖ ਮੰਤਰੀ ਸਾਹਿਬ ਦੀ ਹੈਗੀ ਆ ਵੀ ਉਹ ਇਹਨਾਂ ਮਸਲਿਆਂ ਨੂੰ ਹੱਲ ਕਰਨਗੇ, ਅਤੇ ਬਾਕੀ ਉਹਨਾਂ ਨੇ ਸਾਨੂੰ ਸਾਡੇ ਵਫਦ ਨੂੰ ਉਡੀਕਿਆ, ਗੱਲਬਾਤ ਕੀਤੀ ਬਕਾਇਦਾ। ਮੇਰੀ ਆਪਣੀ ਇੰਟਰਵਿਊ ਸੀ ਉਹਦੇ 'ਚ ਵੀ ਮੈਂ ਕਿਹਾ ਸੀਗਾ
ਕਿ ਇਹ ਕਈ ਵਾਰ ਵੈਸੇ ਹੀ ਜਿਹੜੇ ਵਿਰੋਧੀ ਵੀਰ ਹੁੰਦੇ ਆ ਉਹ ਇੱਦਾਂ ਦੀ ਪ੍ਰਚਾਰ ਕਰਦੇ ਆ, ਜੇ ਮੇਰੇ ਕੋਲ ਆ ਕੇ ਬਾਦਲ ਬਹਿ ਜਾਣ ਤਾਂ ਕਹਿੰਦੇ ਲਓ ਜੀ ਦਾਦੂਵਾਲ ਸਾਹਿਬ ਬਾਦਲਾਂ ਨਾਲ ਰਲ ਗਏ, ਜੇ ਮੇਰੇ ਕੋਲ ਰਾਧਾ ਸਵਾਮੀ ਆ ਜਾਵੇ ਬਾਬਾ ਤਾਂ ਕਹਿ ਦਿੰਦੇ ਬਾਬਾ ਜੀ ਦਾ ਰਾਧਾ ਸਵਾਮੀਆਂ ਨਾਲ ਰਲ ਗਏ, ਜਦੋਂ ਕਿ ਅਸੀਂ ਉਦੋਂ ਵੀ ਪੰਥਕ ਮੁੱਦੇ 'ਤੇ ਕੰਮ ਕੀਤਾ ਗੁਰਦੁਆਰਾ ਸਾਹਿਬ ਦੇ, ਬਾਦਲਾਂ ਵੇਲੇ ਵੀ ਅਸੀਂ ਪੰਥਕ ਮੁੱਦਿਆਂ 'ਤੇ ਕੰਮ ਕੀਤਾ, ਹੁਣ ਕੈਪਟਨ ਦੀ ਸਰਕਾਰ। ਮੈਂ ਇੱਕ ਬੇਨਤੀ ਹੋਰ ਕਰਾਂ, ਅਸੀਂ ਨਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਹਾਂ, ਨਾ ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਹਾਂ, ਅਸੀਂ ਮਿਲੇ ਹਾਂ ਪੰਜਾਬ ਸਰਕਾਰ ਨੂੰ, ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਪਹਿਲਾਂ ਬਾਦਲਾਂ ਕੋਲ ਸੀਗੀ, ਅਤੇ ਅਸੀਂ ਉਦੋਂ ਵੀ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਸੀ, ਹੁਣ ਵੀ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹਾਂ, ਅਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਅਸੀਂ ਗੱਲਬਾਤ ਕੀਤੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਨੂੰ ਵੀ ਅਸੀਂ ਕੈਬਨਿਟ ਮਿਨਿਸਟਰ ਪੰਜਾਬ ਮਿਲੇ ਹਾਂ, ਜਦੋਂ ਕਿ ਸਾਡੇ ਪਰਿਵਾਰਕ ਰਿਲੇਸ਼ਨ ਆ ਉਹਨਾਂ ਨਾਲ, ਜਦੋਂ ਉਹ ਮੰਤਰੀ ਬਣੇ ਪਹਿਲੇ ਦਿਨ ਕਾਦੀਆਂ ਆਏ ਕੁਦਰਤੀ, ਮੈਂ ਵੀ ਕਾਦੀਆਂ ਸੀ, ਅਤੇ ਉਹ ਮੇਰੇ ਕੋਲ ਮੇਰੇ ਘਰ ਆਏ ਸੀਗੇ, ਉੱਥੇ ਦੁੱਧ ਪਾਣੀ ਛਕਿਆ, ਕਿੰਨੇ 7-8 MLA ਗੁਰਦਾਸਪੁਰ ਦੇ ਜਿਹੜੇ ਬਣੇ ਸੀ ਉਹ ਮੇਰੇ ਕੋਲ ਆਏ ਸੀ, ਪ੍ਰਤਾਪ ਸਿੰਘ ਬਾਜਵਾ, ਫਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਸਾਰੇ ਮੇਰੇ ਕੋਲ ਆਏ ਸੀਗੇ, ਔਰ ਅਸੀਂ ਹੁਣ ਇੱਕ ਪਰਿਵਾਰਕ ਰਿਲੇਸ਼ਨ ਹੁੰਦੇ ਆ ਹਰ ਬੰਦੇ ਦੇ ਜਿਹੜੇ ਸਾਡੇ, ਕਿਉਂਕਿ ਮੇਰੀ ਵੀ ਉੱਥੇ ਹੀ ਰਿਹਾਇਸ਼ ਆ ਪਰਿਵਾਰ ਦੀ, ਅਤੇ ਦੋ ਪੀੜ੍ਹੀਆਂ ਤੋਂ ਸਾਂਝ ਚੱਲੀ ਆਉਂਦੀ ਆ, ਉਸੇ ਸਕੂਲ 'ਚ ਹੀ ਉਹ ਪੜ੍ਹੇ, ਉਸੇ ਸਕੂਲ 'ਚ ਹੀ ਮੈਂ ਪੜ੍ਹਿਆ, ਉੱਥੇ ਉਹੀ ਮੁੱਖ ਸਕੂਲ ਆ ਕਲਾਸ ਵਾਲਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ, ਅਤੇ ਉੱਥੇ ਹੀ ਉਹ ਪੜ੍ਹੇ ਆ, ਉੱਥੇ ਹੀ ਉਹ ਸੀਨੀਅਰ ਸੀਗੇ, ਮੈਂ ਜੂਨੀਅਰ ਸੀ, ਮੇਰੀ ਉਮਰ ਛੋਟੀ, ਮੈਂ ਬਾਅਦ ਵਿੱਚ ਪੜ੍ਹਿਆ। ਸੋ ਕਹਿਣ ਤੋਂ ਬਾਅਦ ਇੱਕ ਪਰਿਵਾਰਕ, ਪਰ ਇਹ ਜਿਹੜੀ ਗੱਲਬਾਤ ਇਹ ਪਰਿਵਾਰਕ ਰਿਲੇਸ਼ਨਾਂ ਦੀ ਨਹੀਂ ਜਾਂ ਕਿਸੇ ਨਾਲ ਨੇੜਤਾ ਦੀ ਨਹੀਂ, ਇਹ ਪੰਥ ਦੀ ਆ, ਕੌਮ ਦੀ ਆ, ਕੌਮੀ ਮੁੱਦਿਆਂ ਦੀ ਗੱਲ ਆ, ਅਤੇ ਇਹਦੇ ਵਿੱਚ ਜਿਹੜੇ ਹੈਗੇ ਅਸੀਂ ਕੌਮੀ ਅਤੇ ਪੰਥਕ ਮੁੱਦੇ ਹੱਲ ਕਰਨ ਵਾਸਤੇ ਤੁਰੇ ਹੋਏ ਹਾਂ। ਜੇ ਸਾਡੀ ਨੇੜਤਾ ਜਾਂ ਹੋਰ ਦੀ ਗੱਲ, ਸਾਡੀ ਤਾਂ ਸਾਰਿਆਂ ਨਾਲ ਹੀ ਨੇੜਤਾ, ਜਿੱਥੇ ਗੁਰੂ ਦੀ ਗੱਲ ਆ, ਪੰਥ ਦੀ ਗੱਲ ਆ, ਉੱਥੇ ਹਰੇਕ ਨਾਲ ਅਸੀਂ ਗੱਲ ਕਰਦੇ ਹਾਂ। ਉਦੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ 'ਚੋਂ ਖਾਰਜ ਨਹੀਂ ਆ, ਉਹਦੇ ਨਾਲ ਕਿਸੇ ਨਾਲ ਵੀ ਅਸੀਂ ਗੱਲ ਕਰ ਸਕਦੇ ਹਾਂ। ਸੌਦਾ ਸਾਹ ਦੇ ਵੇਲੇ ਵੀ ਸਾਡੇ ਕੋਲ ਸੱਦਾ ਆਇਆ ਸੀਗਾ ਕਿ ਸੌਦਾ ਸਾਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵਾ, ਅਸੀਂ ਬਕਾਇਦਾ ਨਹੀਂ ਗੱਲ ਕੀਤੀ, ਕਿਉਂਕਿ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ 17 May 2007 ਨੂੰ ਹੁਕਮਨਾਮਾ ਜਾਰੀ ਹੋ ਚੁੱਕਾ ਸੀ, ਉਹਦੇ 'ਤੇ ਅਸੀਂ ਉਹਦੇ ਨਾਲ ਨਹੀਂ ਬੈਠੇ, ਸਾਨੂੰ ਉਹਦਾ ਵੀ ਸੱਦਾ ਆਇਆ ਸੀਗਾ, ਉਹਦੀ ਜਿਹੜੀ 25 ਮੈਂਬਰੀ ਕਮੇਟੀ 11 ਮੈਂਬਰੀ ਕਮੇਟੀ ਉਹਦਾ ਵੀ ਸੱਦਾ ਆਇਆ ਸੀ, ਅਤੇ ਸਾਡੇ ਕੁਝ ਆਗੂਆਂ ਦੀ ਉਹਦੇ ਕੁੜਮ ਦੇ ਨਾਲ ਮੀਟਿੰਗ ਵੀ ਹੋਈ ਸੀਗੀ ਮੋਹਾਲੀ ਚੰਡੀਗੜ੍ਹ, ਸਾਡੇ ਕੋਲ ਸੰਤ ਮਹਾਂਪੁਰਸ਼ ਸਾਬਕਾ ਜਥੇਦਾਰ ਉਹਨਾਂ ਨਾਲ ਗੱਲਬਾਤ ਵੀ ਕੀਤੀ, ਮੈਨੂੰ ਵੀ ਸੱਦਿਆ ਸੀਗਾ, ਪਰ ਮੈਂ ਨਹੀਂ ਗਿਆ, ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ, ਜਿਹੜਾ ਬੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ ਆ ਉਹਦੇ ਨਾਲ ਅਸੀਂ ਮੁਲਾਕਾਤ ਨਹੀਂ ਕਰਦੇ, ਅਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ ਨਹੀਂ ਆ ਉਹਦੇ ਨਾਲ ਅਸੀਂ ਮੁਲਾਕਾਤ ਪੰਥ ਦੇ ਮੁੱਦਿਆਂ 'ਤੇ, ਕੌਮ ਦੀ ਭਲਾਈ ਵਾਸਤੇ ਕਦੇ ਵੀ ਕਰ ਸਕਦੇ ਹਾਂ। ਹਾਂ, ਤੁਹਾਡਾ ਗੱਲਬਾਤ ਕਰਨ ਲਈ ਧੰਨਵਾਦ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਗੱਲਬਾਤ ਕੀਤੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ, ਸਾਰੇ ਸਵਾਲਾਂ ਦੇ ਉੱਤਰ ਉਹਨਾਂ ਬੜੀ ਸਪਸ਼ਟਤਾ ਦੇ ਨਾਲ ਦਿੱਤੇ। ਹੁਣ ਤੱਕ ਦੀ ਜਿਹੜੀ ਮੋਰਚੇ ਦੀ ਆਸ ਬਣੀ ਹੋਈ ਆ ਉਹ ਇੰਝ ਆ ਕਿ ਸਰਕਾਰ ਦੇ ਨਾਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਆ, ਸਰਕਾਰ ਨੇ ਅਜੇ ਕੁਝ ਸਮਾਂ ਮੰਗਿਆ ਹੋਇਆ। ਸੋ ਇੱਥੇ ਜਿਹੜੀਆਂ ਸਿੱਖ ਸੰਗਤਾਂ ਦਾ ਵਹਾਅ ਆ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਸਿੱਖ ਸੰਗਤਾਂ ਆ ਰਹੀਆਂ ਵਾਂ। ਸੋ ਆਸ ਕਰਦੇ ਹਾਂ ਕਿ ਇਹ ਮੋਰਚਾ ਫਤਿਹ ਹੋਵੇ ਅਤੇ ਪੰਥ ਨੂੰ ਜਿਹੜੀ ਆ ਫਤਿਹ ਨਸੀਬ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਸਾਰ ਭਰ ਦੇ ਵਿੱਚ ਆਵਾਜ਼ੇ ਕੌਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਦੀ ਸਾਂਝ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਚੈਨਲ ਵੱਲੋਂ ਬਰਗਾੜੀ ਪਹੁੰਚੇ ਹੋਏ ਹਾਂ, ਜਿੱਥੇ 1 ਜੂਨ 2018 ਤੋਂ ਇੱਕ ਮੋਰਚਾ ਚੱਲ ਰਿਹਾ, ਜੋ ਬਰਗਾੜੀ ਦੀ ਦਾਣਾ ਮੰਡੀ ਦੇ ਵਿੱਚ ਇਹ ਮੋਰਚਾ ਲੱਗਾ ਹੋਇਆ, ਜਿਸ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਕਰ ਰਹੇ ਹਨ। ਮੋਰਚੇ ਦੀਆਂ 4 ਮੰਗਾਂ ਨੇ ਮੁੱਖ ਤੌਰ 'ਤੇ। 1, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਣੀ ਅਤੇ ਦੋਸ਼ੀਆਂ ਦਾ ਨਾਂ ਫੜਿਆ ਜਾਣਾ। ਉਸ ਤੋਂ ਉਪਰੰਤ 14 ਅਕਤੂਬਰ 2015 ਨੂੰ ਬਹਿਬਲ ਗੋਲੀਕਾਂਡ ਵਾਪਰਿਆ, ਉਹਦੇ ਵਿੱਚ 2 ਸਿੰਘਾਂ ਦੀ ਸ਼ਹਾਦਤ ਹੋਈ ਅਤੇ ਕਿਸੇ ਵੀ ਪੁਲਿਸ ਕਰਮੀ ਦੇ ਉੱਤੇ ਕੋਈ ਕਾਰਵਾਈ ਨਾ ਕੀਤੇ ਜਾਣਾ, ਅਤੇ ਇੱਥੋਂ ਤੱਕ ਕਿ ਤਤਕਾਲੀ ਸਰਕਾਰ ਜੋ ਬਾਦਲ ਦੀ ਸਰਕਾਰ ਸੀ ਉਸ ਵੱਲੋਂ ਕਿਹਾ ਗਿਆ ਕਿ ਅਣਪਛਾਤੀ ਪੁਲਿਸ। ਅਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ ਨੇ, ਜਿਹਦੇ ਵਿੱਚ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਦੀ ਗੱਲ ਆ, ਜਾਂ ਇਹ ਕੁੱਲ ਤਕਰੀਬਨ 4 ਕੁ ਮੰਗਾਂ ਨੂੰ ਲੈ ਕੇ ਇਹ ਮੋਰਚਾ ਲੱਗਾ ਹੋਇਆ। ਇਹਦੇ 'ਚੋਂ ਇੱਕ ਵੱਡੀ ਮੰਗ ਇਹ ਵੀ ਆ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਦਹਾਕਿਆਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹਾ। ਇੱਕ ਇਹ ਗੱਲ ਤੁਹਾਡੇ ਸਾਰਿਆਂ ਦੇ ਧਿਆਨ 'ਚ ਆ ਜਾਵੇਗੀ ਕਿ ਸਰਸਰੀ ਨਿਗਾਹ ਨਾਲ ਵੀ ਵੇਖੀਏ ਤਾਂ ਗੱਲ ਸਮਝ ਆ ਜਾਂਦੀ ਆ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬੇਅਦਬੀ ਦੇ ਖਿਲਾਫ ਸੰਘਰਸ਼ ਕੀਤਾ, ਸੜਕਾਂ 'ਤੇ ਬਹਿ ਕੇ ਸਤਨਾਮ ਵਾਹਿਗੁਰੂ ਜਪ ਰਹੇ ਸਨ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਜਿਹੜੇ ਦੋਸ਼ੀ ਸਨ ਉਹ ਨਹੀਂ ਫੜੇ ਗਏ, ਅਤੇ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਤੁਸੀਂ ਦੋਹਰੇ ਮਾਪਦੰਡ ਇੱਥੋਂ ਦੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਜਿਹੜੀਆਂ ਹੁਣ ਦੀਆਂ ਹੋਣ, ਪੁਰਾਣੀਆਂ ਹੋਣ, ਉਹਨਾਂ ਦੇ ਜਿਹੜੇ ਇਹ ਮਾਪਦੰਡ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਂਦੇ ਆ। ਸੋ ਇਹ ਆ ਜਿਹੜੀ ਭੂਮਿਕਾ ਕਿ ਮੋਰਚਾ ਕਿਉਂ ਲੱਗਾ। ਹੁਣ ਇਹ ਸਾਡਾ ਸਵਾਲ ਨਹੀਂ ਗਾ ਕਿ ਮੈਂ ਜਥੇਦਾਰ ਮੰਡ ਸਾਹਿਬ ਨਾਲ ਵੀ ਅਜੇ ਫਤਿਹ ਦੀ ਸਾਂਝ ਪਾਉਣੀ ਆ, ਪਰ ਆਪਣਾ ਇਹ ਸਵਾਲ ਨਹੀਂ ਗਾ ਕਿ ਮੋਰਚਾ ਕਿਉਂ ਲੱਗਾ, ਕਿਉਂਕਿ ਸਾਰਾ ਕੁਛ ਕਲੀਅਰ ਆ। ਜਿਵੇਂ ਸ਼ੀਸ਼ੇ ਦੇ ਵਾਂਗ ਸਾਫ਼ ਗੱਲ ਹੁੰਦੀ ਆ ਕਿ ਮੋਰਚੇ ਦੀ ਲੋੜ ਜਾਪੀ, ਤਾਂ ਜਥੇਦਾਰ ਇੱਥੇ ਤਿੱਖੀ ਧੁੱਪ ਦੇ ਵਿੱਚ ਇੱਕ ਤਰ੍ਹਾਂ ਦਾ ਤੰਬੂ ਤਾਣ ਕੇ ਡਟੇ ਹੋਏ ਆ, ਆਖਰਾਂ ਦੀ ਤਪਸਿਆ ਇੱਥੇ। ਕਿਉਂਕਿ ਜਿਹੜਾ ਜੂਨ ਦਾ ਮਹੀਨਾ ਜਦੋਂ ਆਪਾਂ ਇਸ ਸ਼ਹੀਦੀ ਹਫ਼ਤੇ 'ਚੋਂ ਲੰਘ ਰਹੇ ਹਾਂ, 3 ਘੱਲੂਘਾਰੇ ਦੀ ਯਾਦ ਦੇ ਵਿੱਚੋਂ ਲੰਘ ਰਹੇ ਹਾਂ, ਜਿਹੜੀ ਗਰਮੀ ਦੇ ਵਿੱਚ ਸਿੰਘਾਂ ਨੇ ਉਦੋਂ ਸੰਘਰਸ਼ ਕੀਤਾ, ਭਾਰਤੀ ਫੌਜ ਜਿਹੜੀ ਚੜ੍ਹ ਕੇ ਆਈ ਸੀ ਉਸਦੇ ਦੰਦ ਖੱਟੇ ਕੀਤੇ, 72 ਘੰਟੇ ਦਾ ਜਿਹੜਾ ਜੰਗ ਹੋਇਆ। ਸੋ 34 ਸਾਲ ਲੰਘਣ ਤੋਂ ਬਾਅਦ ਵੀ ਉਸ ਕੌਮ ਦੇ ਜਿਹੜੇ ਆਗੂ ਨੇ ਅੱਜ ਦੇ ਮੌਜੂਦਾ, ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ। ਜਿਹੜੀ ਗੁਲਾਮੀ ਹੁੰਦੀ ਆ ਉਹ ਇਹਨਾਂ ਗੱਲਾਂ ਤੋਂ ਸਾਫ਼ ਝਲਕਦੀ ਆ। ਸੋ ਜਿਹੜੇ ਕੁਝ ਸਵਾਲ ਇਸ ਤੋਂ ਇਲਾਵਾ ਮੋਰਚੇ ਨਾਲ ਸੰਬੰਧਿਤ ਨੇ, ਉਹ ਆਪਾਂ ਜਥੇਦਾਰ ਭਾਈ ਧਿਆਨ ਸਿੰਘ ਵੰਡ ਹੋਣਾ ਤੋਂ ਕਰਨੇ ਆ, ਜੋ ਪੰਥ ਦੀ ਰੀਤ ਆ। ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵੱਲੋਂ ਬੀਤੇ ਕੱਲ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਅਤੇ ਸੰਸਾਰ ਭਰ ਦੇ ਵਿੱਚ ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ ਲੈ ਕੇ ਅਰਦਾਸ ਦੇ ਲਈ ਵੀ ਅਪੀਲ ਕੀਤੀ ਗਈ। ਹੁਣ ਤੱਕ ਮੋਰਚਾ ਕਿਸ ਤਰੀਕੇ ਨਾਲ ਚੱਲ ਰਿਹਾ ਵਾ, ਤੁਸੀਂ ਕੀ ਮਹਿਸੂਸ ਕਰਦੇ ਹੋ? ਇੱਥੇ ਡਟੇ ਹੋਏ ਹੋ ਤੁਹਾਨੂੰ ਕਈ ਦਿਨ ਹੋ ਗਏ ਆ, ਇੱਥੇ ਹਫ਼ਤੇ ਤੋਂ ਉੱਤੇ ਹੋ ਗਿਆ ਸਮਾਂ, ਮੋਰਚਾ ਕਿਹੋ ਜਿਹਾ ਚੱਲ ਰਿਹਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮੋਰਚਾ ਲੱਗਿਆ, ਅਤੇ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਵਿੱਚ ਆ।
ਸੰਗਤਾਂ ਦਾ ਬਹੁਤ ਭਰਮਾ ਸਹਿਯੋਗ ਮਿਲ ਰਿਹਾ। ਅਸੀਂ ਕਿਸੇ ਨੂੰ ਆਵਾਜ਼ ਨਹੀਂ ਮਾਰ ਰਹੇ ਭਾਈ ਤੁਸੀਂ ਆਓ, ਇਸ ਤਰ੍ਹਾਂ ਦੀ ਕੋਈ ਅਸੀਂ ਅਪੀਲ ਨਹੀਂ ਕਰ ਰਹੇ। ਸੰਗਤਾਂ ਵਿੱਚ ਸੰਗਤਾਂ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਹੀ ਭਾਰੀ ਉਤਸ਼ਾਹ ਹੈ, ਭਾਵੇਂ ਕੋਈ ਸ਼ਹਿਰ ਵਿੱਚ ਬੈਠਾ ਹੈ ਜਾਂ ਪਿੰਡ ਵਿੱਚ ਬੈਠਾ ਹੈ, ਉਹ ਪੰਜਾਬ ਦੇ ਵਿੱਚ ਬੈਠਾ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਬੈਠਾ, ਉਹਦੇ ਅੰਦਰੋਂ ਇੱਕ ਆਵਾਜ਼ ਉੱਠ ਰਹੀ ਆ ਕਿ ਅਸੀਂ ਕਿਹੜਾ ਵੇਲਾ ਹੋਵੇ ਅਸੀਂ ਮੋਰਚੇ ਦੇ ਵਿੱਚ ਚੱਲੀਏ ਅਤੇ ਅਸੀਂ ਆਪਣੀ ਹਾਜ਼ਰੀ ਲਵਾ ਕੇ ਆਈਏ। ਇਸ ਤਰ੍ਹਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਿਤੇ ਅਸੀਂ ਵਾਂਝੇ ਨਾ ਰਹਿ ਜਾਈਏ। ਕਾਫਲਿਆਂ ਦੇ ਰੂਪ ਦੇ ਵਿੱਚ ਸੰਗਤਾਂ ਆ ਰਹੀਆਂ ਨੇ, ਲੰਗਰ ਪਾਣੀ ਲਿਆ ਰਹੀਆਂ ਨੇ, ਰਸਤਾਂ ਵੀ ਲਿਆ ਰਹੀਆਂ ਨੇ, ਆਪੇ ਹੀ ਸੰਗਤਾਂ ਸੇਵਾ ਕਰ ਰਹੀਆਂ ਨੇ। ਇੱਥੇ ਕੀਰਤਨ ਦਰਬਾਰ ਚੱਲਦਾ ਪਿਆ, ਢਾਡੀ ਰਾਗੀ ਲੱਗਦੇ ਨੇ, ਸਾਰਾ ਕੁਛ ਬਹੁਤ ਚੜ੍ਹਦੀ ਕਲਾ ਵਿੱਚ ਆ। ਇਹ ਜਿਹੜਾ ਪੂਰਾ 12 ਘੰਟੇ ਦਾ ਦਿਨ ਆ ਸਾਡੇ ਵਾਸਤੇ ਐਂ ਲੰਘ ਜਾਂਦਾ ਜਿਵੇਂ 5 ਕੁ ਮਿੰਟ ਬੈਠੇ ਹੋਈਏ, ਅਤੇ ਪਤਾ ਨਹੀਂ ਲੱਗਦਾ ਕਦੋਂ ਦਿਨ ਬਤੀਤ ਹੋ ਜਾਂਦਾ। ਬਹੁਤ ਚੜ੍ਹਦੀ ਕਲਾ ਵਿੱਚ ਮੋਰਚਾ ਜਾ ਰਿਹਾ ਸਰਕਾਰ ਵਾਲੇ ਪਾਸਿਓਂ, ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਤਾਂ ਸਰਕਾਰ ਤੋਂ ਹੀ ਨੇ, ਕੈਪਟਨ ਸਰਕਾਰ ਤੋਂ ਜਾਂ ਕੁਝ ਕੁ ਕੇਂਦਰ ਦੇ ਅਖਤਿਆਰ ਵੀ ਨੇ, ਇਸ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਇਸ਼ਾਰਾ ਮਿਲ ਰਿਹਾ ਵਾ, ਉਹ ਕੀ ਇਸ ਨੂੰ ਗੰਭੀਰਤਾ ਵਜੋਂ ਸਰਕਾਰ ਲੈ ਰਹੀ ਆ ਕਿ ਨਹੀਂ? ਸਰਕਾਰ ਵੀ ਮੈਨੂੰ ਲੱਗਦਾ ਹੈ ਕਿ ਇਸ ਮੋਰਚੇ ਤੋਂ ਘਬਰਾਈ ਹੋਈ ਆ ਅਤੇ ਕਾਫੀ ਹਰਕਤ ਦੇ ਵਿੱਚ ਹੈ, ਵੇਖਣ ਦੇ ਵਿੱਚ ਆ ਰਿਹਾ। ਪਰ ਮੈਨੂੰ ਜ਼ਿਆਦਾ ਇਹ ਫਿਕਰ ਨਹੀਂ ਗਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ ਕਿ ਨਹੀਂ ਕਰ ਰਹੀ। ਸਰਕਾਰ ਨੂੰ ਕਾਰਵਾਈ ਕਰਨੀ ਹੀ ਪੈਣੀ ਆ। ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਸਰਕਾਰ ਰਹਿ ਨਹੀਂ ਸਕਦੀ। ਇਸ ਮੋਰਚੇ ਦੀ ਇਸ ਤਰ੍ਹਾਂ ਦੀ ਤਿਆਰੀ ਹੈ, ਫਿਰ ਸਰਕਾਰ ਨਹੀਂ ਰਹਿ ਸਕਦੀ। ਜਿਹੜੀ ਮੇਰੀ ਉਮੀਦ ਸੀ, ਜਿਹੜੇ ਮੇਰੇ ਮਨ ਦਾ ਵਲਵਲਾ ਸੀ, ਜਿਸ ਕਰਕੇ ਇਹ ਮੋਰਚਾ ਮੈਂ ਲਾਇਆ, ਮੈਂ ਸੰਗਤ ਦੀਆਂ ਭਾਵਨਾਵਾਂ ਨੂੰ ਸਮਝ ਕੇ ਲਾਇਆ। ਸੰਗਤ ਦੇ ਵਿੱਚ ਜਿਹੜਾ ਸੰਗਤ ਦਾ ਮੁਰਾਲ ਸੀ ਉਹ ਬਹੁਤ ਡਾਊਨ ਹੋ ਗਿਆ ਸੀ, ਬਹੁਤ ਡਿੱਗ ਗਿਆ ਸੀ, ਹੌਸਲੇ ਜਿਹੜੇ ਪਸਤ ਹੋ ਗਏ ਸੀ, ਬੇਵਿਸ਼ਵਾਸੀ ਬਹੁਤ ਜ਼ਿਆਦਾ ਪੈਦਾ ਹੋ ਗਈ ਸੀ ਅਤੇ ਕਿਸੇ ਨੂੰ ਵੀ ਕਿਸੇ ਦੇ ਉੱਤੇ ਇਤਬਾਰ ਨਹੀਂ ਸੀ ਰਹਿ ਗਿਆ। ਅਤੇ ਦੂਜੇ ਪਾਸੇ ਸਾਡੇ ਗੁਰੂ ਦੀ ਸ਼ਹਾਦਤ ਹੋ ਰਹੀ ਸੀ ਅਤੇ ਸਾਡੇ ਸਿੰਘ ਸ਼ਹੀਦ ਹੋ ਰਹੇ ਸੀ, ਜੇਲ੍ਹਾਂ ਵਿੱਚ ਤੜਫ ਰਹੇ ਸੀ, ਸਾਰਾ ਕੁਛ ਇਹ ਸਾਡੇ ਸਾਹਮਣੇ ਸੀ। ਪਰ ਇਸ ਸਭ ਕਾਸੇ ਨੂੰ ਜਦੋਂ ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਸੀ ਅਤੇ ਕੋਈ ਗੱਲਬਾਤ ਅਸੀਂ ਕਿਸੇ ਚੰਗੇ ਢੰਗ ਤਰੀਕੇ ਦੇ ਨਹੀਂ ਸੀ ਕਰਦੇ, ਅਤੇ ਦੁਸ਼ਮਣ ਜਿਹੜਾ ਦਿਨੋ ਦਿਨ ਚੜ੍ਹਦਾ ਜਾਂਦਾ ਸੀ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ 300 ਤੋਂ ਵੀ ਉੱਪਰ ਲੰਘ ਗਈਆਂ ਸੀ। ਅਤੇ ਇਹ ਸਾਡੀ ਕੌਮ ਦੇ ਮੱਥੇ ਦੇ ਉੱਤੇ, ਜਿਹੜੀ ਸੂਰਬੀਰਾਂ ਦੀ ਯੋਧਿਆਂ ਦੀ ਕੌਮ ਸੀ, ਉਹਦੇ ਮੱਥੇ ਦੇ ਉੱਤੇ ਬੜਾ ਵੱਡਾ ਇੱਕ ਕਲੰਕ ਸੀ। ਇਸ ਕਲੰਕ ਨੂੰ ਧੋਣ ਵਾਸਤੇ ਸਾਡੀ ਕੌਮ ਨੂੰ ਉਠਾਉਣਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਇਕੱਠਾ ਕਰਨਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਲਿਆਉਣਾ ਬੜਾ ਜ਼ਰੂਰੀ ਸੀ। ਅਤੇ ਉਸ ਨੂੰ ਲਿਆਉਣ ਵਾਸਤੇ ਮੈਂ ਇੱਕ ਛੋਟਾ ਜਿਹਾ ਯਤਨ ਕੀਤਾ, ਇਹ ਬਹੁਤਾ ਵੱਡਾ ਯਤਨ ਨਹੀਂ ਗਾ। ਹਾਲਾਂਕਿ ਮੈਨੂੰ ਸਾਰੀ ਕੌਮ ਕਹਿ ਰਹੀ ਸੀ ਵੀ ਜਥੇਦਾਰ ਜੀ ਕੋਈ ਠੋਸ ਪ੍ਰੋਗਰਾਮ ਦਿਓ, ਕੋਈ ਤਿੱਖਾ ਪ੍ਰੋਗਰਾਮ ਦਿਓ, ਕੋਈ ਇਸ ਤਰ੍ਹਾਂ ਗੱਲ ਬਣਨੀ ਨਹੀਂ। ਕਈ ਤਰ੍ਹਾਂ ਦੇ ਵਿਚਾਰ ਮੇਰੇ ਕੰਨਾਂ ਦੇ ਵਿੱਚ ਪੈ ਰਹੇ ਸੀ ਅਤੇ ਮੈਂ ਬਹੁਤ ਸੋਚ ਸਮਝ ਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਦਿੱਤਾ। ਮੇਰੇ ਹਿਸਾਬ ਨਾਲ ਇਹ ਬਹੁਤ ਛੋਟਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਦਾ ਸੰਗਤ ਚਾਹੁੰਦੀ ਸੀ ਮੈਂ ਉਸ ਤਰ੍ਹਾਂ ਦਾ ਨਹੀਂ ਦਿੱਤਾ। ਪਰ ਮੈਂ ਸੋਚਿਆ ਸੀ ਕਿ ਜੇ
ਥੋੜ੍ਹਾ ਜਿਹਾ ਨੋਰਮਲ ਜਿਹਾ ਪ੍ਰੋਗਰਾਮ ਅਸੀਂ ਦੇਵਾਂਗੇ ਅਤੇ ਕੌਮ ਇੱਧਰ ਨੂੰ ਵਧੂਗੀ। ਜਦੋਂ ਕੌਮ ਨੇ ਇਹ ਗੱਲ ਸੁਣੀ ਵੀ ਕੋਈ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਅਤੇ ਉਹਨੇ ਸਾਡੀ ਕੌਮ ਨੂੰ ਆਵਾਜ਼ ਮਾਰੀ ਆ, ਉਹਨੇ ਸਾਡੀ ਕੌਮ ਨੂੰ ਇਕੱਠੇ ਹੋਣ ਦੀ ਗੱਲ ਕੀਤੀ ਆ, ਉਹਨੇ ਕੌਮ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਤਾ ਹੈ, ਅਤੇ ਫਿਰ ਕੌਮ ਜਿਹੜੀ ਸੁਭਾਵਿਕ ਹੀ ਉਹ ਘਰਾਂ 'ਚੋਂ ਬਾਹਰ ਆ ਗਈ। ਇਹ ਇੱਕ ਬੜੀ ਵੱਡੀ ਸਾਡੀ ਪ੍ਰਾਪਤੀ ਹੈ। ਮੈਂ ਕਹਿੰਦਾ ਇਹਦੋਂ ਵੱਡੀ ਪ੍ਰਾਪਤੀ ਹੋਰ ਨਹੀਂ ਕੋਈ ਹੋ ਸਕਦੀ ਕਿ ਅੱਜ ਲੋਕਾਂ ਨੇ ਪਾਰਟੀਬਾਜ਼ੀ, ਧੜੇਬੰਦੀ, ਮਤਭੇਦ ਜੋ ਵੀ ਸੀ ਆਪਸ ਵਿੱਚ ਸਾਡੇ, ਕਿਸੇ ਨੇ ਨਹੀਂ ਪਾਰਟੀ ਵੇਖੀ ਅਤੇ ਕਿਸੇ ਨੇ ਨਹੀਂ ਧੜਾ ਵੇਖਿਆ ਅਤੇ ਕਿਸੇ ਨੇ ਨਹੀਂ ਵੇਖਿਆ ਵੀ ਕੱਲ੍ਹ ਮੇਰੇ ਇਸ ਬੰਦੇ ਨਾਲ ਕੀ ਮਤਭੇਦ ਸੀ ਅਤੇ ਮੈਂ ਅੱਜ ਕੀ ਕਰਾਂ। ਸਾਰਿਆਂ ਨੂੰ ਥੱਲੇ ਰੱਖ ਕੇ ਲੋਕਾਂ ਨੇ ਇੱਕੋ ਹੀ ਗੱਲ ਆਪਣੇ ਮਨ ਦੇ ਵਿੱਚ ਵਸਾਈ ਵੀ ਸਾਡੇ ਗੁਰੂ ਦਾ ਮਸਲਾ ਹੈ ਅਤੇ ਸਾਡੇ ਕਿਸੇ ਸਿੰਘ ਨੇ ਆਵਾਜ਼ ਮਾਰੀ ਹੈ ਅਤੇ ਸਾਨੂੰ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਅਤੇ ਉਹ ਤੁਹਾਡੇ ਸਾਰਾ ਕੁਛ ਸਾਹਮਣੇ ਆ। ਅਤੇ ਮੈਂ ਸਮਝਦਾ ਕਿ ਜਿਹੜੇ ਮੋਰਚੇ ਹੁੰਦੇ ਆ ਨਾ ਉਹ ਫੈਸਲੇ ਕਰਦੇ, ਇਸ ਮੋਰਚੇ ਨੇ ਫੈਸਲਾ ਕਰ ਦਿੱਤਾ ਸੀ, ਮੋਰਚਾ ਜਿੱਤ ਗਿਆ ਸੀ। ਐਂ ਨਹੀਂ ਹੈਗਾ ਜੇ ਤੁਸੀਂ ਮੈਨੂੰ ਹੁਣ ਪੁੱਛੋਗੇ ਵੀ ਇਹ ਕਦੋਂ ਤੱਕ ਰਹੂਗਾ, ਕਿਵੇਂ ਰਹੂਗਾ, ਕੀ ਇਹਦਾ ਹਿਸਾਬ ਕਿਤਾਬ ਆ, ਮੈਂ ਕਹਿੰਦਾ ਵੀ ਇਹ ਸਮਾਂ ਨਹੀਂ ਹੈਗਾ ਇੱਥੇ ਕੋਈ ਇਹ ਸਮਾਂ ਬਾਉਂਡ ਨਹੀਂ ਕੀਤਾ ਅਸੀਂ, ਇਹ ਤਾਂ ਲੜਾਈ ਜਿੱਤਾਂਗੇ ਅਤੇ ਜਦੋਂ ਜਿੱਤ ਦਾ ਝੰਡਾ ਸਾਡਾ ਚੜ੍ਹ ਗਿਆ ਅਤੇ ਫਿਰ ਅਰਦਾਸ ਕਰਕੇ ਫਿਰ ਅਸੀਂ ਇਹ ਅਗਲੀ ਗੱਲ ਕਰਾਂਗੇ। ਸੋ ਇਹ ਗੱਲਬਾਤ ਸੰਖੇਪ ਰੂਪ 'ਚ ਹੀ ਅਸੀਂ ਰੱਖੀ ਹੈ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਨਾਲ, ਕਿਉਂਕਿ ਇੱਥੇ ਸਟੇਜ ਦੀ ਕਾਰਵਾਈ ਚੱਲ ਰਹੀ ਆ, ਜਿਹੜੇ ਪ੍ਰਚਾਰਕ ਨੇ ਉਹ ਕੁਝ ਸਿੰਘ ਜਿਹੜੇ ਧਾਰਨਾਵਾਂ ਨਾਲ ਗਾਉਂਦੇ ਆ, ਕੁਝ ਕੀਰਤਨ ਕਰਦੇ ਆ, ਸਟੇਜ ਦੀ ਕਾਰਵਾਈ ਜਾ ਰਹੀ ਆ, ਬੁਲਾਰੇ ਲੱਗੇ ਹੋਏ ਆ। ਦੂਰੋਂ ਦਰੇਡੇ ਤੋਂ ਸਿੱਖ ਸੰਗਤਾਂ ਇੱਥੇ, ਪੰਜਾਬ ਭਰ ਤੋਂ ਅਤੇ ਹੋਰਾਂ ਸੂਬਿਆਂ ਤੋਂ ਵੀ ਇੱਥੇ ਪਹੁੰਚ ਰਹੀਆਂ। ਸੰਗਤ ਦੇ ਵਿੱਚ ਬੱਚਿਆਂ ਦੀ ਗਿਣਤੀ ਵੀ ਆ, ਬੀਬੀਆਂ ਵੀ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਅੱਧ ਖੜ ਉਮਰ ਦੇ, ਸਾਰੀਆਂ ਹੀ ਉਮਰਾਂ ਦੇ ਪੜਾਅ ਜਿਹੜੇ ਹੁੰਦੇ ਆ ਉਹ ਸਿੱਖ ਸੰਗਤਾਂ ਦੇ ਵਿੱਚ ਸ਼ਾਮਿਲ ਨੇ। ਨੇੜਲਾ ਪਿੰਡ ਆ ਇੱਥੇ ਸਮਾਲਸਰ, ਸਮਾਲਸਰ ਦੇ ਸ਼ਹੀਦ ਹੋਏ ਆ ਭਾਈ ਜੁਗਰਾਜ ਸਿੰਘ ਸਮਾਲਸਰ, ਰੁਮਾਨੀਆ ਕਾਂਡ ਵਾਲੇ, ਉਹਨਾਂ ਦੇ ਨਗਰ ਤੋਂ ਅੱਜ ਇੱਥੇ ਲੰਗਰ ਲੈ ਕੇ ਸਿੱਖ ਸੰਗਤਾਂ ਪਹੁੰਚੀਆਂ ਸਨ, ਤਾਂ ਵੇਖ ਕੇ ਖਿਆਲ ਆਉਂਦਾ ਕਿ ਉਹ ਵਾਸੀ, ਉਸ ਪਿੰਡ ਦੇ ਵਾਸੀ ਜਿਨ੍ਹਾਂ ਨੇ ਆਪਣੇ ਜਿਹੜੇ ਸ਼ਹੀਦ ਕਰਾਏ ਆ ਸਿੰਘ, ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਦੇ ਪਰਿਵਾਰ 'ਚੋਂ ਖੁਦ 3 ਸ਼ਹਾਦਤਾਂ ਜਿਹੜਾ ਇਹਨਾਂ ਦੇ ਮੰਡ ਪਰਿਵਾਰ 'ਚੋਂ ਹੋਈਆਂ, ਰਿਸ਼ਤੇਦਾਰੀਆਂ 'ਚੋਂ ਵੀ ਹੋਰ ਵੀ ਹੋਈਆਂ, ਇਹ ਜਿਹੜੇ ਲੰਮੇ ਸਮੇਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮੇਂ ਤੋਂ ਆਰੰਭ ਹੋਏ ਸੰਘਰਸ਼ ਦੇ ਵਿਚਾਲੇ ਸ਼ਹਾਦਤਾਂ ਦੇਣ ਵਾਲੇ ਜਿਹੜੇ ਲੋਕ ਨੇ, ਇਹ ਉਹਨਾਂ ਦਾ ਸਮੂਹ ਆ, ਇਹ ਜਿਨ੍ਹਾਂ ਨੇ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ ਅਤੇ ਕਿਸੇ ਕੁਰਬਾਨੀ ਤੋਂ ਹਟੇ ਨਹੀਂ। ਇਸ ਮੋਰਚੇ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਖਾਸ ਲੱਗੀ ਕਿ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਵਿਚਰਨ ਵਾਲੀਆਂ ਦੋ ਜਥੇਬੰਦੀਆਂ, ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ, ਦੋਵੇਂ ਹੀ ਇਸ ਮੋਰਚੇ ਦਾ ਸਪੋਰਟ ਕਰ ਰਹੀਆਂ, ਸਹਿਯੋਗ ਕਰ ਰਹੀਆਂ, ਹਮਾਇਤ ਕਰ ਰਹੀਆਂ, ਅਤੇ ਉਹਨਾਂ ਦੇ ਸਿੰਘ ਵੀ ਇੱਥੇ ਪਹੁੰਚੇ ਹੋਏ ਆ। ਇਸ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਹਾਜ਼ਰੀ ਲਵਾ ਕੇ ਗਏ। ਇਸ ਤੋਂ ਇਲਾਵਾ ਅਖੰਡ ਕੀਰਤਨੀ ਜਥਾ, ਕੁੱਲ ਮਿਲਾ ਕੇ ਪੰਥ ਦੀਆਂ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ, ਛੋਟੀਆਂ ਹੋਣ ਵੱਡੀਆਂ ਹੋਣ, ਉਹ ਇੱਥੇ ਪਹੁੰਚ ਕੇ ਹਾਜ਼ਰੀਆਂ ਲਵਾ ਰਹੀਆਂ। ਜਥੇਦਾਰ ਮੰਡ ਹੋਣਾ ਦਾ ਕਹਿਣਾ ਕਿ ਇਹ ਜਿਹੜਾ ਮੋਰਚਾ ਵਾ, ਅਸੀਂ ਕੋਈ ਟਾਈਮ ਬਾਉਂਡ ਨਹੀਂ ਕੀਤਾ, ਕੋਈ ਇਹ ਅਣਮਿੱਥੇ ਸਮੇਂ ਲਈ ਆ, ਅਸੀਂ ਜਿੱਤ ਦੀ ਜਿਹੜੀ ਆ ਅਰਦਾਸ ਆ ਉਹ ਕਰਕੇ ਉੱਠਾਂਗੇ, ਉਸ ਤੋਂ ਪਹਿਲਾਂ ਨਹੀਂ ਇੱਥੋਂ ਉੱਠਣ ਵਾਲੇ। ਸੋ ਇਸ ਤੋਂ ਇਲਾਵਾ ਇੱਥੇ ਮੋਰਚੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ 5 ਸਿੰਘ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ
ਬਰਤਰਫ ਕਰ ਦਿੱਤਾ ਗਿਆ ਸੀ 2015 ਦੇ ਵਿੱਚ, ਉਹ ਵੀ ਹਾਜ਼ਰੀ ਲਵਾ ਕੇ ਗਏ ਆ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਜਿਹੜੀਆਂ ਪਹੁੰਚ ਰਹੀਆਂ ਹੋਈਆਂ, ਅਤੇ ਜਿਹੜਾ ਮੋਰਚਾ ਵਾ ਬਰਗਾੜੀ ਦੇ ਵਿੱਚ ਜਾਰੀ ਆ। ਹੁਣ ਆਪਾਂ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ ਅਗਲੇ ਭਾਗ ਦੇ ਵਿੱਚ ਗੱਲਬਾਤ ਕਰਦੇ ਹਾਂ। ਬਰਗਾੜੀ ਮੋਰਚੇ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਇਸ ਵੇਲੇ ਸਾਡੇ ਨਾਲ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਜਥੇਦਾਰ ਸਾਹਿਬ, ਪਹਿਲਾ ਸਵਾਲ ਇਹ ਆ ਕਿ ਤੁਹਾਡੀ ਇੱਕ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ, ਉਸ ਦਾ ਨਤੀਜਾ ਕੀ ਰਿਹਾ? ਦੇਖੋ, ਪੰਜਾਬ ਸਰਕਾਰ ਆਈ ਨੂੰ ਜਿਹੜੀ ਹੁਣ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਤਕਰੀਬਨ 14-15 ਮਹੀਨੇ ਹੋ ਗਏ। ਉਹਨਾਂ ਦੇ ਵੱਲੋਂ ਇੱਕ ਕਮਿਸ਼ਨ ਬਿਠਾਇਆ ਗਿਆ ਸੀ, ਉਹਨੂੰ ਵੀ 6 ਮਹੀਨੇ ਦਾ ਟਾਈਮ ਦਿੱਤਾ ਸੀਗਾ। ਉਹਨਾਂ ਨੇ ਵੀ, ਮੈਂ ਸਮਝਦਾ ਕਿ ਇਸ ਸੰਬੰਧ ਦੇ ਵਿੱਚ ਅੱਜ ਤੱਕ ਸਿੱਖ ਸੰਗਤਾਂ ਦੇ ਸਾਹਮਣੇ ਆਪਣੇ ਵਾਅਦਿਆਂ ਅਨੁਸਾਰ ਕੁਛ ਵੀ ਨਹੀਂ ਕੀਤਾ। ਬਰਗਾੜੀ ਦੇ ਸੰਬੰਧ, ਬਹਿਬਲ ਦੇ ਸੰਬੰਧ ਵਿੱਚ, ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਸੰਬੰਧ ਵਿੱਚ, ਜਿਹੜਾ ਕਿ ਉਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਇਹਨਾਂ ਸਾਰੇ ਮਸਲਿਆਂ ਦਾ ਹੱਲ ਦਿਆਂਗਾ। ਅਖੀਰ ਜਦੋਂ ਕੋਈ ਗੱਲਬਾਤ ਨਾ ਹੋਈ, ਪਿਛਲੇ ਸਾਲ ਵੀ ਇੱਕ ਜਿਹੜਾ ਸੀਗਾ ਸੀ ਸੰਕੇਤ ਮਾਤਰ, ਜਿਹੜਾ ਸੀ ਰੋਸ ਮੁਜ਼ਾਹਰਾ ਕੀਤਾ ਸੀ ਕੋਟਕਪੂਰਾ ਚੌਂਕ 'ਚ ਕਾਲੀਆਂ ਝੰਡੀਆਂ ਦੇ ਨਾਲ। ਉਸ ਤੋਂ ਬਾਅਦ ਜਿਹੜਾ ਸੀ, ਹੁਣ 1 ਜੂਨ ਆ ਗਈ, 3 ਸਾਲ ਹੋ ਗਏ ਆ। ਪਿਛਲੇ ਸਾਲ ਵੀ ਇੱਥੇ 1 ਜੂਨ ਦਾ ਇਕੱਠ ਸੀ, ਉਦੋਂ ਪਿਛਲੇ ਸਾਲ ਵੀ 1 ਜੂਨ ਦਾ ਇਕੱਠ ਰੱਖਿਆ ਸੀਗਾ। ਪਰ ਇਸ ਵਾਰ ਅਸੀਂ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ ਸੀਗਾ ਵੀ ਇੱਥੋਂ ਪ੍ਰੋਗਰਾਮ ਇਸ ਤਰ੍ਹਾਂ ਦਾ ਅਨਾਊਂਸ ਹੋਊਗਾ ਵੀ ਸਰਕਾਰ ਨੂੰ ਹੱਲ ਕਰਨਾ ਪਊਗਾ। ਅਤੇ 1 ਜੂਨ ਨੂੰ ਜਦੋਂ ਇੱਥੇ ਸਿੱਖ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ, ਔਰ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਇੱਥੇ ਮੰਚ 'ਤੇ ਜਥੇਦਾਰਾਂ ਦੇ ਸੱਦੇ 'ਤੇ ਇਕੱਠੀਆਂ ਹੋਈਆਂ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕੀਤੀ, ਤਾਂ ਉਸੇ ਦਿਨ ਹੀ DC ਔਰ SSP ਜੋ ਫਰੀਦਕੋਟ ਦੇ, ਉਹ ਸਾਡੇ ਕੋਲ ਸ਼ਾਮ ਨੂੰ ਇੱਥੇ ਪਹੁੰਚ ਗਏ। ਉਹ ਧਰਨਾ ਆ ਜਿਹੜਾ ਮੁਜ਼ਾਹਰਾ ਸੀਗਾ ਸਾਡਾ, ਜੋ ਮੋਰਚਾ ਸੀ ਇਨਸਾਫ਼ ਮੋਰਚਾ, ਇਹਨੂੰ ਉਠਾਉਣ ਵਾਸਤੇ ਆਏ ਸੀ। ਪਰ ਜਦੋਂ ਅਸੀਂ ਉਹਨਾਂ ਨੂੰ ਆਪਣੀਆਂ ਗੱਲਾਂ ਦੱਸੀਆਂ, ਉਹਨਾਂ ਕੋਲ ਜਵਾਬ ਨਹੀਂ ਸੀ। ਉਹ ਕਹਿੰਦੇ ਅਸੀਂ ਸਰਕਾਰ ਨਾਲ ਗੱਲ ਕਰਾਂਗੇ। ਅਗਲੇ ਦਿਨ ਜਿਹੜੇ ਇਸ ਰੇਂਜ ਦੇ IG ਆ, GS ਢਿੱਲੋਂ, ਉਹ ਆ ਗਏ। ਉਹਨਾਂ ਨੇ ਆ ਕੇ ਜਿਹੜਾ ਸੀਗਾ ਮੋਰਚਾ ਉਠਾਉਣ ਦੀ ਗੱਲ ਕੀਤੀ, ਪਰ ਜਦੋਂ ਅਸੀਂ ਮੰਗਾਂ ਕੀਤੀਆਂ ਉਹਨਾਂ ਦੇ ਸਾਹਮਣੇ, ਤਾਂ ਜੋ ਉਹਨਾਂ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਸੀ। ਤਾਂ ਫਿਰ ਤੀਸਰੇ ਦਿਨ ਜਿਹੜਾ ਸੀ, ਉਹ ਕੈਬਨਿਟ ਮਿਨਿਸਟਰ ਜੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ MLA ਲੈ ਕੇ ਇੱਥੇ ਪਹੁੰਚੇ ਨਾਲ, ਉਹਨਾਂ ਨਾਲ ਵੀ ਜਿਹੜੀ ਗੱਲਬਾਤ ਸੀਗੀ ਹੋਈ, ਉਹਨਾਂ ਕੋਲ ਵੀ ਇਹਨਾਂ ਮੰਗਾਂ ਦਾ ਜਵਾਬ ਨਹੀਂ। ਸਰਕਾਰ ਚੱਲ ਕੇ ਆਈ ਬਰਗਾੜੀ ਦੀ ਧਰਤੀ 'ਤੇ, ਕੈਬਨਿਟ ਮਿਨਿਸਟਰ ਵੀ ਸਰਕਾਰ ਹੁੰਦਾ, ਸਰਕਾਰ ਇੱਥੇ ਆਈ ਚੱਲ ਕੇ, ਬਕਾਇਦਾ ਜੋ ਜਥੇਦਾਰ ਸਾਹਿਬ ਨੇ ਕਿਹਾ ਸੀ ਸਰਕਾਰ ਇੱਥੇ ਚੱਲ ਕੇ ਆਊਗੀ, ਉਹਨਾਂ ਕੋਲ ਵੀ ਸਾਡੀਆਂ ਮੰਗਾਂ ਦਾ ਜਵਾਬ ਨਹੀਂ ਸੀ। ਅਤੇ ਉਹਨਾਂ ਨੇ ਬਕਾਇਦਾ ਮੀਡੀਆ 'ਚ ਇਸ ਗੱਲ ਦੀ ਮੁਆਫ਼ੀ, ਜਦੋਂ ਇੱਥੇ ਆਏ ਉਹਨਾਂ ਨੇ ਕਿਹਾ, ਪਹਿਲਾਂ ਤਾਂ ਅਰਦਾਸ ਕੀਤੀ ਕਿ ਤੁਹਾਡੀਆਂ ਮੰਗਾਂ ਜਾਇਜ਼ਾ ਅਤੇ ਗੁਰੂ ਤੁਹਾਡੇ ਮੋਰਚੇ ਨੂੰ ਸਫਲ ਕਰੇ, ਮੈਂ ਅਰਦਾਸ ਕਰਦਾ। ਫਿਰ ਉਹਨਾਂ ਨੇ, ਮੈਂ ਅਗਲੀ ਗੱਲ 'ਤੇ ਤੁਹਾਡੇ ਜਵਾਬ 'ਤੇ ਆਉਣਾ ਚਾਹੁੰਦਾ ਕਿ ਫਿਰ ਉਹਨਾਂ ਨੇ ਜਿਹੜਾ ਸੀਗਾ ਗੱਲਬਾਤ ਦੇ ਵਿੱਚ, ਉਸ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਸਾਡੇ ਕੋਲ ਕਮੀ ਰਹੀ ਆ, ਅਸੀਂ ਮੁਆਫ਼ੀ ਮੰਗਦੇ ਹਾਂ, ਦੇਰੀ ਹੋਈ ਆ, ਮੰਗਾਂ ਇਹਨਾਂ ਦੀਆਂ ਜਾਇਜ਼ ਆ, ਅਮਨ ਕਾਨੂੰਨ ਦੇ ਨਾਲ ਬੜਾ ਪੁਰਅਮਨ ਤਰੀਕੇ ਨਾਲ ਸ਼ਾਂਤਮਈ ਇਹਨਾਂ ਦਾ ਪ੍ਰੋਟੈਸਟ ਜਿਹੜਾ ਮੋਰਚਾ, ਇਨਸਾਫ਼ ਮੋਰਚਾ ਚੱਲ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਸੱਦਾ ਦਿੱਤਾ ਚੰਡੀਗੜ੍ਹ, ਪੰਜਾਬ ਭਵਨ, ਪੰਜਾਬ ਭਵਨ ਪੰਜਾਬ ਦਾ ਸਾਂਝਾ ਵਾ, ਉੱਥੇ ਮੁੱਖ ਮੰਤਰੀ ਸਾਹਿਬ ਆਏ, ਉੱਥੇ ਹੀ ਅਸੀਂ ਸਾਰੇ ਗਏ, ਜੋ ਮੇਰੇ ਨਾਲ ਵਫ਼ਦ ਸੀਗਾ ਜਥੇਦਾਰ ਸਾਹਿਬ ਨੇ ਭੇਜਿਆ, ਤਾਂ ਉੱਥੇ ਬੈਠ ਕੇ ਬਕਾਇਦਾ ਉਹਨਾਂ ਦੇ ਕੈਬਨਿਟ ਮਿਨਿਸਟਰ ਸੀ, 3 MLA ਸੀ, USD ਸੀ, ਉਹਨਾਂ ਦੇ ਆਫਿਸਰ ਸੀਗੇ ਇੰਟੈਲੀਜੈਂਸੀ ਦੇ, ਦਿਨਕਰ ਗੁਪਤਾ ਜੀ ਔਰ ਵਰਿੰਦਰ ਕੁਮਾਰ ਜੀ, ਉਹਨਾਂ ਨਾਲ ਬੜੀ ਡਿਟੇਲ 'ਚ ਸਾਡੀ ਗੱਲਬਾਤ ਹੋਈ।
ਤਾਂ ਗੱਲਬਾਤ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ, ਬੇਅਦਬੀ ਦਾ, ਬਹਿਬਲ ਦਾ ਸਾਰਾ ਕੁਝ ਦੱਸਿਆ ਤਾਂ ਮੁੱਖ ਮੰਤਰੀ ਨੇ ਕਿਹਾ ਇਹ ਮੰਗਾਂ ਤਾਂ ਮੇਰੀਆਂ ਸੀ, ਅਤੇ ਅਸੀਂ ਕਿਹਾ ਅਸੀਂ ਤੁਹਾਨੂੰ ਚੇਤਾ ਹੀ ਤਾਂ ਕਰਾ ਰਹੇ ਹਾਂ ਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਇਹ ਕੁਝ ਕਿਹਾ ਸੀਗਾ ਅਤੇ ਇਹਨੂੰ ਜਿਹੜਾ ਹੈਗਾ ਹੁਣ ਤੁਰੰਤ ਜਿਹੜਾ ਇਹਨਾਂ ਨੂੰ ਹੱਲ ਕਰੋ, ਅਤੇ ਉਹਨਾਂ ਨੇ ਤੁਰੰਤ ਜਿਹੜਾ ਸੀਗਾ ਉੱਥੇ ਅਫਸਰਾਂ ਨੂੰ ਆਰਡਰ ਕੀਤੇ ਵੀ ਇਹਨਾਂ ਮਸਲਿਆਂ ਦਾ ਹੱਲ ਚਾਹੀਦਾ, ਕਿ ਜੋ ਇਹ ਕਹਿ ਰਹੇ ਇਹਨਾਂ ਦੀਆਂ ਮੰਗਾਂ ਜਾਇਜ਼ ਆ, ਕੋਈ ਨਜਾਇਜ਼ ਨਹੀਂ ਆ। ਜੋ ਕਮਿਸ਼ਨ ਬਣਿਆ ਸੀ ਜਸਟਿਸ ਰਣਜੀਤ ਸਿੰਘ ਦਾ, ਉਹਦੀ ਰਿਪੋਰਟ ਨੂੰ ਜਲਦੀ ਜਨਤਕ ਕਰੋ ਵੀ ਕਿ ਉਹ ਕਹਿੰਦੇ ਜਸਟਿਸ ਸਾਹਿਬ ਨੇ ਇੱਕ ਮਹੀਨੇ ਦਾ ਸਮਾਂ ਮੰਗਿਆ, ਤਾਂ ਅਸੀਂ ਕਿਹਾ ਵੀ ਇੱਕ ਮਹੀਨਾ ਬਹੁਤ ਆ, ਹੁਣ ਮਹੀਨਾ ਨਹੀਂ, ਹੁਣ ਦੋ ਭਾਗਾਂ ਦੇ ਵਿੱਚ ਰਿਪੋਰਟ ਨੂੰ ਕਰ ਦਿਓ, ਜਿਹੜੀ ਬਰਗਾੜੀ ਅਤੇ ਬਹਿਬਲ ਦੀ ਰਿਪੋਰਟ ਆ ਉਹ ਪਹਿਲਾਂ ਦੇ ਦਿਓ, ਜਿਹੜੀਆਂ ਬਾਅਦ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਦੀ ਰਿਪੋਰਟ ਬਾਅਦ 'ਚ ਦੇ ਦਿਓ, ਉਹ ਇਕੱਠੀ ਦੇਣਾ ਚਾਹੁੰਦੇ ਸੀ। ਤਾਂ ਹੁਣ ਉਹਨਾਂ ਨੇ ਜਿਹੜਾ ਤੁਰੰਤ ਜਿਹੜੀ ਸਾਡੀ ਗੱਲਬਾਤ ਹੋਈ ਆ ਬਕਾਇਦਾ ਗੱਲਬਾਤ ਦੇ ਵਿੱਚ ਉਹਨਾਂ ਨੇ ਔਫਿਸਰਾਂ ਨੂੰ ਸਾਡੇ ਸਾਹਮਣੇ ਜਿਹੜੇ ਆ ਉਹ ਹੁਕਮ ਕੀਤੇ ਆ। ਮੈਂ ਸਮਝਦਾ ਕਿ ਜੇਕਰ ਉਹਨਾਂ ਹੁਕਮਾਂ 'ਤੇ ਕੰਮ ਹੋਵੇ ਤਾਂ ਸਾਨੂੰ ਤੁਰੰਤ ਜਿਹੜਾ ਇਹਦਾ ਰਿਜ਼ਲਟ ਆ ਦੋ ਚਾਰ ਦਿਨਾਂ 'ਚ ਮਿਲੂਗਾ। ਜੇ ਨੀਅਤ ਸਰਕਾਰ ਦੀ ਸਾਫ਼ ਹੋਈ, ਇਹ ਨਹੀਂ ਵੀ ਸਾਡੇ ਸਾਹਮਣੇ ਹੁਕਮ ਕਰ ਦਿੱਤਾ ਅਤੇ ਬਾਅਦ ਵਿੱਚ ਜਿਹੜਾ ਹੈਗਾ ਕੁਛ ਹੋਰ ਹੋਵੇ। ਜੇਕਰ ਜੋ ਸਾਡੇ ਸਾਹਮਣੇ ਹੁਕਮ ਕੀਤੇ ਆ ਮੀਟਿੰਗ ਦੇ ਵਿੱਚ ਔਫਿਸਰਾਂ ਨੂੰ ਮੁੱਖ ਮੰਤਰੀ ਪੰਜਾਬ ਨੇ, ਤਾਂ ਉਹਦੇ ਅਨੁਸਾਰ ਸਾਨੂੰ ਲੱਗਦਾ ਵੀ ਦੋ ਚਾਰ ਦਿਨਾਂ ਦੇ ਵਿੱਚ ਕੋਈ ਹੱਲ ਜਿਹੜਾ ਉਹ ਸਾਡੇ ਸਾਹਮਣੇ ਆਊਗਾ। ਇੰਝ ਪੁੱਛਣਾ ਹੋਵੇ ਕਿ ਗੱਲਬਾਤ ਤੌਰ 'ਤੇ ਜਿਹੜੀ ਮੀਟਿੰਗ ਆ ਉਹ ਸਫਲ ਰਹੀ, ਨਤੀਜਿਆਂ ਨੇ ਅਜੇ ਇਸ ਨੂੰ ਸਫਲ ਜਿਹੜਾ ਉਹਦੀ ਮੋਹਰ ਲੱਗਣੀ ਬਾਕੀ ਆ? ਇੰਝ ਆ, ਅਸੀਂ ਉਹਨਾਂ ਚਿਰ ਨਹੀਂ ਮੰਨਦੇ। ਦੇਖੋ, ਉਹਨਾਂ ਨੇ ਸਾਨੂੰ ਸੱਦਾ ਦਿੱਤਾ, ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੇ। ਸਾਡਾ ਇਨਸਾਫ ਮੋਰਚਾ ਵੀ ਚੱਲ ਰਿਹਾ, ਗੱਲਬਾਤ ਵੀ ਚੱਲ ਰਹੀ, ਕੋਈ ਔਫਿਸਰ ਆਵੇ, ਕੋਈ ਮੰਤਰੀ ਆਵੇ, ਮੁੱਖ ਮੰਤਰੀ ਨਾਲ ਵੀ ਗੱਲਬਾਤ ਹੋਈ, ਉਹਨਾਂ ਦੇ ਔਫਿਸਰਾਂ ਨਾਲ ਵੀ ਹੋਈ ਆ, ਕਿਉਂਕਿ ਗੱਲ ਅਕਸਰ ਗੱਲਬਾਤ ਦੇ ਨਾਲ ਹੀ ਜਿਹੜਾ ਹੈ ਹੱਲ ਹੁੰਦਾ। ਜੋ ਸਾਡੀਆਂ ਮੰਗਾਂ ਨੇ ਹੀ ਸਰਕਾਰ ਦੇ ਸਾਹਮਣੇ ਰੱਖੀਆਂ ਨੇ, ਸਰਕਾਰ ਨੇ ਵੀ, ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਜਿਹੜਾ ਸਾਡੇ ਅਧਿਕਾਰ ਖੇਤਰ 'ਚ ਅਸੀਂ ਕਰਾਂਗੇ, ਜਿਹੜਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਮੈਨੂੰ ਫਾਈਲਾਂ ਦਿਓ। ਅਫਸਰਾਂ ਦੀ ਡਿਊਟੀ ਲਗਾਈ ਉਹਨਾਂ ਨੇ ਬਕਾਇਦਾ ਕਿ ਉਹ ਮੈਨੂੰ ਫਾਈਲਾਂ ਦਿਓ, ਉਹਦੀ ਮੈਂ ਪ੍ਰਧਾਨ ਮੰਤਰੀ ਦੇ ਨਾਲ, ਗ੍ਰਹਿ ਮੰਤਰੀ ਦੇ ਨਾਲ ਜਿਹੜਾ ਹੈਗਾ ਹੋਮ ਮਿਨਿਸਟਰ ਦੇ ਨਾਲ ਗੱਲ ਕਰਾਂਗਾ। ਅਤੇ ਸਾਨੂੰ ਪਤਾ ਲੱਗਿਆ ਵੀ 16-17 ਤਰੀਕ ਦਾ ਸ਼ਾਇਦ ਉਹਨਾਂ ਨੇ ਸਮਾਂ ਵੀ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਨੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੋਂ ਇਸ ਮਸਲੇ 'ਤੇ ਲੈ ਲਿਆ ਕਿ ਉਹ ਜਿਹੜੇ ਮਸਲੇ ਕੇਂਦਰ ਸਰਕਾਰ ਦੇ ਦਾਇਰੇ 'ਚ ਆਉਂਦੇ ਆ ਵੀ ਉਹ ਵੀ ਹੱਲ ਕੀਤੇ ਜਾਣ। ਮੈਂ ਜਿਹੜਾ ਸਵਾਲ ਪੁੱਛਣਾ ਸੀ ਵਿਚਾਲੇ ਉਹ ਇਹੀ ਆ ਕਿ ਜਦੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇੱਥੇ ਆਏ, ਪੰਜਾਬ ਦੇ ਉਹ ਇੱਕ ਖਾਸੇ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਆ, ਉਹਨਾਂ ਜਦੋਂ ਇੱਥੇ ਗੱਲ ਕਹੀ ਆ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ, ਉਹ ਉਹਨਾਂ ਉਸ ਮੰਗ ਨੂੰ ਵੀ ਜਾਇਜ਼ ਸਮਝਿਆ ਵਾ ਜਿਹਦੇ ਵਿੱਚ ਬੰਦੀ ਸਿੰਘਾਂ ਦੀ ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ, ਉਹਨਾਂ ਦੀ ਰਿਹਾਈ ਦੀ ਗੱਲ ਆ, ਉਸ ਗੱਲ ਨੂੰ ਵੀ ਸਰਕਾਰ ਦੇ ਨੁਮਾਇੰਦੇ ਵਜੋਂ ਉਹ ਜਾਇਜ਼ ਮੰਨ ਰਹੇ ਆ? ਦੇਖੋ, ਕੈਬਨਿਟ ਮਿਨਿਸਟਰ ਦੀ ਗੱਲ ਤਾਂ ਹੇਠਾਂ ਰਹਿ ਗਈ, ਮੁੱਖ ਮੰਤਰੀ ਪੰਜਾਬ ਨੇ ਖੁਦ ਕਿਹਾ ਜਦੋਂ ਸਾਡੀ ਮੀਟਿੰਗ ਹੋਈ ਆ, ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਜਿਸ ਵੇਲੇ 1984 'ਚ ਇਸ ਤਰ੍ਹਾਂ ਦੇ ਹਾਲਾਤ ਸੀ, ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਇਆ, ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ, ਗੁਰਧਾਮਾਂ ਦੇ ਜਿਹੜੇ ਸੀਗਾ ਹਮਲੇ ਹੋਏ ਹੋਰਾਂ 'ਤੇ, ਅਤੇ ਨੌਜਵਾਨ ਜਿਹੜੇ ਸੀਗੇ ਉਹ ਅਣਖਾਣ ਦੀ ਲੜਾਈ ਉਹਨਾਂ ਨੇ ਲੜੀ ਆ, ਉਹ ਕੋਈ ਸਾਡੇ ਕ੍ਰਿਮੀਨਲ ਨਹੀਂ ਆ ਜਿਹੜੇ ਸਿੱਖ ਬੰਦੀ ਨੇ। ਹਾਂ, ਉਹਨਾਂ ਨੇ ਰਾਸੀ ਲੜਾਈ ਲੜੀ ਔਰ ਉਹ ਹਾਲਾਤਾਂ ਅਨੁਸਾਰ ਸੀਗਾ। ਅਤੇ ਕੈਬਨਿਟ ਮੰਤਰੀ ਦੀ ਗੱਲ ਛੱਡੋ, ਮੁੱਖ ਮੰਤਰੀ ਨੇ ਕਿਹਾ ਵੀ ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ, ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ। ਫਿਰ ਰੋਕ ਕਿੱਥੇ ਆ, 14 ਮਹੀਨੇ ਲੰਘ ਗਏ? ਹਾਂ ਬਿਲਕੁਲ, ਇਹ ਜਿਹੜੀ ਗੱਲ ਆ ਉਹਨਾਂ ਨੇ ਮੰਨੀ ਆ ਕਿ ਸਾਡੇ ਕੋਲ ਡਿਲੇ ਹੋਇਆ ਵਾ, ਅਤੇ ਅਸੀਂ ਜਿਹੜਾ ਹੈਗਾ ਇਹਨੂੰ ਤੁਰੰਤ, ਸਾਡੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ 3 ਭਾਗ ਨੇ ਸਾਡੇ। ਇੱਕ ਤਾਂ ਹੈ ਜਿਹੜਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ, ਇੱਕ ਹੈ ਜਿਨ੍ਹਾਂ 'ਤੇ ਕੋਈ ਕੇਸ ਵੀ ਚੱਲਦੇ ਆ ਅਤੇ ਲੰਬੀਆਂ ਸਜ਼ਾਵਾਂ ਭੁਗਤ ਰਹੇ ਆ ਉਹਨਾਂ ਦੀ ਪੈਰੋਲ, ਅਤੇ ਤੀਸਰਾ ਹੈਗਾ ਜਿਹੜੇ ਅਦਰ ਸਟੇਟਾਂ ਹੋਰ ਸਟੇਟਾਂ ਦੇ ਵਿੱਚ ਸਾਡੇ ਬੰਦੀ ਸਿੰਘ ਆ, ਉਹਨਾਂ 'ਤੇ ਕੇਸ ਕੋਈ ਨਹੀਂ ਉਹਨਾਂ ਸਟੇਟਾਂ ਦਾ, ਚਾਹੇ ਉਹ ਰਾਜਸਥਾਨ ਹੈ, ਚਾਹੇ ਉਹ ਦਿੱਲੀ ਹੈ, ਚਾਹੇ ਯੂਪੀ ਆ, ਉਹਨਾਂ ਦੀ ਪੰਜਾਬ ਦੇ ਵਿੱਚ ਤਬਦੀਲੀ,
ਆਪਣੀ ਸਟੇਟ ਦੇ ਅੰਦਰ ਇਹ ਬਾਏ ਕਾਨੂੰਨ ਸਾਡੀ ਕਾਨੂੰਨ ਮੰਗ ਆ। ਬੰਦੀ ਸਿੰਘਾਂ ਦੀ ਗੱਲ ਹੈ, ਕੀ ਤੁਸੀਂ ਸਰਕਾਰ ਨੂੰ ਲਿਸਟ ਸੌਂਪ ਚੁੱਕੇ ਹੋ ਕਿ ਅਜੇ ਸੂਚੀ ਦੇਣੀ ਆ? ਦੇਖੋ 20 ਜਣਿਆਂ ਦੀ ਸੂਚੀ ਤਾਂ ਅਸੀਂ ਦੇ ਦਿੱਤੀ ਸੀਗੀ, ਬਾਕੀ ਉਹਨਾਂ ਨੇ ਕਿਹਾ ਵੀ ਤੁਹਾਡੀ ਜਿਹੜੀ ਟੀਮ ਆ ਉਹ ਗੱਲਬਾਤ ਸਾਡੇ ਨਾਲ ਕਰੇ, ਅਤੇ ਅਸੀਂ ਜਿਹੜੇ ਬਾਕੀ ਵੀ ਹੋਰ ਕੈਦੀ ਆ ਫਾਈਲਾਂ ਅਨੁਸਾਰ ਉਹਨਾਂ ਅਸੀਂ ਵਕੀਲਾਂ ਦੀ ਡਿਊਟੀ ਵੀ ਲਾਈ ਆ, ਕੁਝ ਅਸੀਂ ਗੱਲਬਾਤ ਜਿਹੜਾ ਹੈਗਾ ਉਹ ਗੱਲਬਾਤ ਵੀ ਕਰਨਗੇ ਆਫੀਸਰਾਂ ਦੇ ਨਾਲ। ਉਹ ਸਾਨੂੰ ਪੁੱਛਦੇ ਵੀ ਆ ਵੀ ਦੱਸੋ ਕਿਹੜਾ ਕਿਹੜਾ, ਇੱਕ ਲਿਸਟ ਅਸੀਂ ਦਿੱਤੀ ਵੀ ਆ ਉਹ ਮੁੱਖ ਮੰਤਰੀ ਕੋਲ ਵੀ, ਉਹਨਾਂ ਦੇ ਕੈਬਨਿਟ ਮੰਤਰੀ ਕੋਲ ਵੀ, ਉਹਨਾਂ ਦੀ ਇੰਟੈਲੀਜੈਂਸੀ ਡੀਜੀਪੀ ਜਿਹੜੇ ਡੀਜੀਪੀ ਸੀਗੇ ਉਹਨਾਂ ਕੋਲ ਵੀ, ਤੋ ਅਸੀਂ ਲਿਸਟ ਦੇ ਵੀ ਚੁੱਕੇ ਹਾਂ। ਜਿਉਂ ਜਿੱਦਾਂ ਜਿੱਦਾਂ ਉਹ ਸਾਨੂੰ ਪੁੱਛਣਗੇ ਉਸੇ ਉਸੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਲਿਸਟ ਜਿਹੜੀ ਆ ਉਹ ਦੇ ਰਹੇ ਹਾਂ, ਔਰ ਉਹਦੇ 'ਤੇ ਵਰਕ ਵੀ ਸਾਡੀ ਜੋ ਜਾਣਕਾਰੀ ਆ ਉਹਦੇ ਅਨੁਸਾਰ ਉਹਦੇ 'ਤੇ ਵਰਕ ਵੀ ਹੋ ਰਿਹਾ ਵਾ, ਪਰ ਜਿੰਨਾ ਚਿਰ ਰਿਜ਼ਲਟ ਨਹੀਂ ਸਾਹਮਣੇ ਆ ਜਾਂਦਾ ਉਹਨਾਂ ਚਿਰ ਅਸੀਂ ਅਜੇ ਤਸੱਲੀ ਨਹੀਂ ਲੈਂਦੇ। ਬੇਅਦਬੀ ਨਾਲ ਜੁੜਿਆ ਹੋਇਆ ਇੱਕ ਸਵਾਲ ਆ ਕਿ ਜਿਹੜਾ ਇਹ ਮੋਰਚਾ ਜਾਰੀ ਆ ਬਰਗਾੜੀ ਦਾ ਮੋਰਚਾ, ਕੀ ਇਹ ਮੋਰਚਾ ਸਿਰਫ ਇੱਥੇ ਵਾਲੀ ਜਿਹੜੀ ਬੇਅਦਬੀ ਦੀ ਘਟਨਾ ਉਹਦੇ ਤੱਕ ਸੀਮਤ ਆ ਕਿ ਪੰਜਾਬ ਭਰ ਦੇ ਜਿੱਥੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ? ਦੇਖੋ ਪਹਿਲੀ ਗੱਲ ਤਾਂ ਇਹ ਮੇਨ ਮੁੱਖ ਜਿਹੜਾ ਸੀ ਨਾ ਬਰਗਾੜੀ ਕਾਂਡ ਜਿਹੜਾ ਸੀ, ਮਸ਼ਹੂਰ ਹੋਇਆ ਕਿ ਬਰਗਾੜੀ ਕਾਂਡ, ਗੱਲ ਬਰਗਾੜੀ ਤੋਂ ਬੁਰਜਵਾਹਰ ਸਿੰਘ ਵਾਲਾ ਤੋਂ ਚੱਲੀ ਸੀ, ਅਤੇ ਅਸੀਂ ਸਮਝਦੇ ਹਾਂ ਵੀ ਜੇ ਬਰਗਾੜੀ ਵਾਲਾ ਮਸਲਾ ਹੱਲ ਹੋ ਗਿਆ ਤਾਂ ਸਾਰੇ ਹੀ ਹੋ ਜਾਣੇ ਆ, ਫਿਰ ਸਾਰੀ ਕਹਾਣੀ ਜਿਹੜੀ ਆ ਸਾਹਮਣੇ ਆ ਜਾਣੀ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨਾਂ ਸਾਰੀਆਂ ਬੇਅਦਬੀਆਂ ਪਿੱਛੇ ਡੇਰਾ ਸਰਸਾ ਮੁਖੀ ਦਾ ਹੱਥ ਆ, ਗੁਰਮੀਤ ਰਾਮ ਰਹੀਮ ਦਾ, ਉਹਦੇ ਪੈਰੋਕਾਰ, ਜਿੱਥੇ ਬੇਅਦਬੀ ਹੁੰਦੀ ਉਹਦੇ ਪੈਰੋਕਾਰ, ਮੌੜ ਬੰਬ ਧਮਾਕਾ ਹੋਇਆ ਉਹਦੇ 'ਚ ਡੇਰੇ ਵਾਲੇ ਦੇ ਪੈਰੋਕਾਰ, ਪੁਲਿਸ ਦੀ ਜਾਂਚ ਜਿਹੜੀ ਉਹ ਕਾਰ ਜਿਹੜੀ ਸੀ ਉਹਦੇ ਵਰਕਸ਼ਾਪ 'ਚ ਮੋਡੀਫਾਈ ਹੋਈ, ਰੈੱਡ ਤੋਂ ਵਾਈਟ ਕੀਤੀ, ਉਹਦੇ ਬੰਦੇ ਜਿਹੜੇ ਸੀ ਉਹਨਾਂ ਦੇ 164 ਦੇ ਬਿਆਨ ਹੋਏ ਹੁਣ, ਫਿਰ ਜਿਹੜੀ ਬਰਗਾੜੀ ਸੀ ਇੱਥੇ ਪੋਸਟਰ ਉਹਦੇ ਪੈਰੋਕਾਰਾਂ ਨੇ ਲਾਏ, ਫਿਰ ਜਿਹੜੀ ਭੂੰਦੜ 'ਚ ਹੁਣ ਘਟਨਾ ਵਾਪਰੀ ਆ ਉਹਦੇ 'ਚ ਡੇਰਾ ਪ੍ਰੇਮੀ ਆ ਉਹ ਡੇਰੇ ਦਾ ਪੈਰੋਕਾਰ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨਾਂ ਨੂੰ ਫੜ ਲਓ, ਜੇ ਪੱਕਾ ਹੀ ਹੱਲ ਕੱਢਣਾ ਅਤੇ ਰੋਹਤਕ ਦੀ ਸਨਾਰੀਆ ਜੇਲ੍ਹ ਦੇ ਵਿੱਚੋਂ ਗੁਰਮੀਤ ਰਾਮ ਰਹੀਮ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਓ, ਪੰਜਾਬ ਦੇ ਕਿਸੇ CA ਸਟਾਫ 'ਚ ਮੂਧਾ ਪਾਓ, ਉਹਦੇ ਫਿਰ ਉਹ ਪਟਾ ਅਤੇ ਜਿਹੜੀ ਸੱਚਾਈ ਆ ਉਹ ਸਾਰੀ ਸਾਹਮਣੇ ਆ ਜੂ, ਜਿੱਥੇ ਜਿੱਥੇ ਬੇਅਦਬੀਆਂ ਕਰਾਈਆਂ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪਖੰਡੀ ਜਿਹੜਾ ਅੱਜ ਕੁਕਰਮਾਂ ਦੀ ਸਜ਼ਾ ਭੁਗਤ ਰਿਹਾ ਉਹ ਸਾਰਾ ਕੁਝ ਹੀ ਦੱਸ ਦਊਗਾ, ਪਰ ਅਜੇ ਵੀ ਦੇਖਣ ਜਾ ਰਿਹਾ ਵਾ ਕਿ ਪਹਿਲਾਂ ਬਾਦਲਾਂ ਨੇ ਉਹਦੇ ਨਾਲ ਯਾਰੀ ਨਿਭਾਈ, ਜਦੋਂ ਬਾਦਲਾਂ ਦੇ ਵੇਲੇ ਵੀ ਪਤਾ ਲੱਗ ਗਿਆ ਬੇਅਦਬੀ ਕਿਹਨੇ ਕੀਤੀ ਆ, ਪਰ ਉਹਨਾਂ ਨੇ ਉਸ ਜਾਂਚ ਨੂੰ ਸੌਦਾ ਸਾਧ ਕਰਕੇ ਯਾਰੀ ਨਿਭਾਉਂਦਿਆਂ ਉਹਦੇ ਤੋਂ ਵੋਟਾਂ ਲਈਆਂ, ਅਤੇ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਕੈਪਟਨ ਸਰਕਾਰ ਵੀ ਇਹ ਸੋਚ ਰਹੀ ਆ ਵੀ ਭਾਜਪਾ ਅਤੇ ਅਕਾਲੀਆਂ ਦੇ ਨਾਲ ਉਹਨਾਂ ਦੀ ਫਿੱਕ ਪੈ ਗਈ ਆ ਵੀ ਉਹਨਾਂ ਨੇ ਬਚਾਇਆ ਨਹੀਂ ਉਹਨੂੰ ਉਸ ਕੈਦ ਤੋਂ ਜਿਹੜੀ ਉਹ ਕੱਟ ਰਿਹਾ, ਅਤੇ ਜਿਹੜੀ ਰਹਿੰਦ ਖੂੰਹਦ ਉਹਦੀ ਬਚੀ ਆ ਵੋਟ ਵੀ ਉਹ ਸਾਨੂੰ 2019 ਦੇ ਵਿੱਚ ਪੈ ਜੂਗੀ। ਮੈਨੂੰ ਲੱਗਦਾ ਵੀ ਉਹਦੇ ਨਾਲ ਜਾਰੀ ਨਿਭਾਉਣ ਵਾਲੀ ਗੱਲ ਜਿਹੜੀ ਆ ਚੱਲ ਰਹੀ ਆ। ਅਸੀਂ ਤਾਂ ਜਿਹੜਾ ਹੈ ਵਾਇਆ ਮੀਡੀਆ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਪੰਜਾਬ ਦੇ ਲੋਕ ਇਨਸਾਫ ਚਾਹੁੰਦੇ ਆ, ਪਰ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਬਾਰੇ ਪ੍ਰਭਾਵ ਜਾ ਰਿਹਾ ਵਾ ਕਿ ਉਹ ਬਾਦਲਾਂ ਦੀ ਯਾਰੀ ਨਿਭਾ ਰਹੇ ਆ। ਇੱਕੋ ਹੀ ਕੰਮ ਚੱਲਣਾ, ਜਾਂ ਬਾਦਲਾਂ ਦੀ ਯਾਰੀ ਜਾਂ ਪੰਜਾਬ ਦੀ ਸਰਕਾਰ, ਜਾਂ ਤਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਆ ਬੇਅਦਬੀ ਦਾ ਮਾਮਲਾ, ਖੁਦਕਸ਼ੀਆਂ ਦਾ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਦੂਸ਼ਿਤ ਪਾਣੀਆਂ ਦਾ, ਆਬੋ ਹਵਾ ਦਾ ਮਾਮਲਾ, ਇਹ ਸਾਰੇ ਜਿਹੜੇ ਮਾਮਲੇ ਆ, ਔਰ ਡਰੱਗ ਦਾ ਮਾਮਲਾ, ਨਸ਼ਿਆਂ ਦਾ ਮਾਮਲਾ ਜਿਹੜਾ ਹੈਗਾ, ਦੇਖੋ ਆਪਦੀ ਬਣਾਈ STF ਕੈਪਟਨ ਅਮਰਿੰਦਰ ਸਿੰਘ ਦੀ, ਜੇਕਰ ਉਹਦੇ 'ਚ ਕਿਸੇ ਵੱਡੇ ਮੰਤਰੀ ਦਾ ਸਾਬਕਾ ਦਾ ਨਾਂ ਆ ਜਾਂਦਾ ਮਜੀਠੀਏ ਦਾ, ਤਾਂ ਉਹ STF ਹੀ ਚੇਂਜ ਹੋ ਜਾਂਦੀ ਆ, ਉਹ ਆਫੀਸਰ ਹੀ ਚੇਂਜ ਹੋ ਜਾਂਦੇ ਆ। ਸੋ ਇੱਥੋਂ ਅਜੇ ਤੱਕ ਪ੍ਰਭਾਵ ਇਹ ਜਾ ਰਿਹਾ, ਕੇਵਲ ਪੰਥਕ ਜਥੇਬੰਦੀਆਂ 'ਚ ਹੀ ਨਹੀਂ, ਜਿਹੜੇ ਕਾਂਗਰਸੀ MLA ਜਾਂ ਉਹਨਾਂ ਦੇ ਵਰਕਰ, ਉਹਨਾਂ 'ਚ ਵੀ ਪ੍ਰਭਾਵ ਜਾ ਰਿਹਾ ਕਿ ਬਾਦਲਾਂ ਦੀ ਸੁਣਵਾਈ ਆ, ਸਾਡੀ ਸੁਣਵਾਈ ਨਹੀਂ ਆ। ਡੇਰਾ ਸਿਰਸਾ ਦੇ ਨਾਲ ਜੁੜੇ ਹੋਏ ਕੋਈ 10-11 ਲੋਕਾਂ ਨੂੰ ਪੁਲਿਸ ਨੇ ਫੜਿਆ ਹੋਇਆ, ਉਸ ਗ੍ਰਿਫਤਾਰੀਆਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਅਸੀਂ ਤਾਂ ਸੱਚਾਈ ਚਾਹੁੰਦੇ ਹਾਂ, ਚਾਹੇ ਉਹ ਡੇਰੇ ਦੇ ਪੈਰੋਕਾਰ ਆ, ਚਾਹੇ ਕੋਈ ਹੋਰ ਆ,
ਪਰ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਸਹੀ ਸੇਧ ਵਾਲੇ ਪਾਸੇ ਜਿਹੜੀ ਆ ਜਿਹੜਾ ਮੋਰਚੇ ਦਾ ਪ੍ਰਭਾਵ ਇਨਸਾਫ਼ ਮੋਰਚੇ ਦਾ ਜਾ ਰਿਹਾ, ਜਿਹੜੀਆਂ ਇੱਥੇ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚ ਰਹੀਆਂ, ਮਾਤਾਵਾਂ ਬੀਬੀਆਂ ਭੈਣਾਂ ਪਹੁੰਚ ਰਹੀਆਂ ਨੇ, ਨੌਜਵਾਨ ਪਹੁੰਚ ਰਹੇ ਆ ਕਾਫਲੇ ਰੋਜ਼ਾਨਾ ਹੀ ਇੱਥੇ। ਅੱਜ ਵੀ ਪੰਥਕ ਸੇਵਾ ਲਹਿਰ ਵੱਲੋਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਵੱਡਾ ਕਾਫਲਾ ਲੈ ਕੇ ਇੱਥੇ ਆਏ ਆ। ਉੱਧਰੋਂ ਕਿੱਥੇ ਚਾਂਦਪੁਰਾ ਦੇਖੋ, ਹਰਿਆਣੇ ਦੇ ਵਿੱਚ ਟੁਹਾਣੇ ਦੇ ਕੋਲ ਉਸ ਪਾਸੇ ਤੋਂ ਜਾਖਲ ਮੰਡੀ ਤੋਂ ਕਾਫਲਾ ਆਇਆ, ਹੋਰ ਕਿੰਨੇ ਕਾਫਲੇ ਰੋਜ਼ਾਨਾ ਰੋਡੇ ਪਿੰਡ ਤੋਂ ਕਾਫਲਾ ਆਇਆ, ਹੋਰ ਕਿੰਨੇ ਸੰਤ ਮਹਾਂਪੁਰਖ ਰੋਜ਼ਾਨਾ ਇੱਥੇ ਆ ਰਹੇ ਜਥੇਬੰਦੀਆਂ। ਕੱਲ੍ਹ ਪੰਜ ਸਿੰਘ ਆਏ ਸੀ, ਪਹਿਲਾਂ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਮਹਿਤਾ ਚੌਂਕ ਆਏ ਸੀਗੇ, ਭਾਈ ਜਸਵੀਰ ਸਿੰਘ ਰੋਡੇ ਆਏ, ਕਿੰਨੇ ਸੰਤ ਮਹਾਂਪੁਰਖ ਇੱਥੇ ਜਿਹੜੇ ਆ ਉਹ ਆ ਰਹੇ ਆ, ਕਿੰਨੀਆਂ ਸੰਸਥਾਵਾਂ ਅੱਜ ਵੀ ਨਾਨਕਸਰ ਸੰਪਰਦਾ ਵੱਲੋਂ ਆ ਕੇ ਗਏ ਆ। ਸੋ ਇਹਦੇ ਨਾਲ ਕੌਮ ਜਿਹੜੀ ਬਹੀਰਾਂ ਘੱਤ ਕੇ ਬਰਗਾੜੀ ਵੱਲ ਆ ਰਹੀ ਆ ਨਾ, ਉਹਦੇ ਤੋਂ ਇਹ ਲੱਗਦਾ ਕਿ ਸਰਕਾਰ ਨੂੰ ਇਸ ਪਾਸੇ ਇਨਸਾਫ਼ ਦੇਣਾ ਪਊਗਾ। ਕੌਮ ਇੱਕਮੱਤ ਹੋ ਰਹੀ ਆ ਅਤੇ ਇਹ ਜਿਹੜੇ ਬੰਦੇ ਫੜੇ ਜਾ ਰਹੇ ਆ, ਸਾਨੂੰ ਲੱਗਦਾ ਵੀ ਹੁਣ ਸਹੀ ਸੇਧ ਵਾਲੇ ਪਾਸੇ ਜਿਹੜੀ ਇਹ ਗੱਲ ਉਹ ਜਾ ਰਹੀ ਆ। ਜਸਦਾਰ ਸਾਹਿਬ, ਜਿੱਦਾਂ ਫੜ ਤਾਂ ਲਏ, ਅਜੇ ਉਹਨਾਂ 'ਤੇ ਕੇਸ ਪੈਣੇ ਬਾਕੀ ਆ ਅਤੇ ਕੇਸ ਤੋਰਨਾ ਬਾਕੀ ਆ, ਪਰ ਜੇ ਇਹੀ ਗੱਲ ਵਾਪਰਦੀ ਆ ਜੋ ਕੁਛ ਉਸ ਮੌੜ ਬੰਬ ਧਮਾਕੇ 'ਚ ਹੋਈ ਗੱਲ, ਅਤੇ ਫਿਰ ਤੁਸੀਂ ਜਿਹੜਾ ਸੰਘਰਸ਼ ਆ ਉਸ ਨੂੰ ਕਿਵੇਂ ਹੋਰ ਤਿੱਖਾ ਕਰੋਗੇ, ਜਾਂ ਉਸ ਬਾਬਤ ਜਿਹੜੀ ਭਵਿੱਖ ਦੀ ਗੱਲ ਆ ਭਾਵੇਂ? ਦੇਖੋ, ਮੈਂ ਕਹਿੰਦਾ ਕਿ ਆਹ ਜਿਹੜਾ ਸ਼ਾਂਤਮਈ ਸੰਘਰਸ਼ ਜਾ ਰਿਹਾ ਨਾ, ਇਹੀ ਸਰਕਾਰ ਵਾਸਤੇ ਬੜਾ ਤਿੱਖਾ ਵਾ। ਅਜੇ ਇੱਥੇ ਬੈਠਣਾ ਹੀ ਜਿਹੜਾ ਹੈਗਾ ਨਾ ਕੌਮ ਦਾ, ਸੰਤ ਮਹਾਂਪੁਰਖਾਂ ਦਾ, ਇਹ ਸਰਕਾਰ ਲਈ ਬੜਾ ਸਿਰਦਰਦੀ ਪੈਦਾ ਕਰ ਰਿਹਾ। ਪਰ ਜੇ ਸਰਕਾਰ ਫਿਰ ਵੀ ਨਾ ਸਮਝੀ ਤਾਂ ਬਿਲਕੁਲ ਪ੍ਰੋਗਰਾਮ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਵੀ ਜਿਹੜਾ ਤਿੱਖਾ ਰੂਪ ਧਾਰਨ ਕਰ ਸਕਦਾ ਵਾ। ਸਿੱਖ ਸੰਗਤਾਂ ਜਿਹੜੀਆਂ ਬੜਾ ਮੰਗਾਂ ਆ ਰਹੀਆਂ ਸਿੱਖ ਸੰਗਤਾਂ ਦੀਆਂ ਆਸੇ ਪਾਸੇ ਤੋਂ, ਸੰਗਤਾਂ ਜਿਹੜੀਆਂ ਨੇ ਅਸੀਂ ਕੰਟਰੋਲ ਕੀਤਾ ਹੋਇਆ, ਅਜੇ ਪੰਥ ਅਤੇ ਕੌਮ ਅਤੇ ਨੌਜਵਾਨਾਂ 'ਤੇ ਅਸੀਂ ਕੰਟਰੋਲ ਕੀਤਾ। ਬੇਨਤੀ ਕਰਕੇ ਉਹਨਾਂ ਸਾਰਿਆਂ ਨੂੰ ਵੀ ਅਜੇ ਥੋੜ੍ਹਾ ਜਿਹਾ ਸਮਾਂ ਦੇਖੋ, ਬੜੇ ਸ਼ਾਂਤਮਈ ਤਰੀਕੇ ਨਾਲ ਅਸੀਂ ਰਿਜ਼ਲਟ ਲੈ ਰਹੇ ਹਾਂ, ਜੇਕਰ ਰਿਜ਼ਲਟ ਨਹੀਂ ਮਿਲੂਗਾ ਤਾਂ ਅਸੀਂ ਜਿਹੜਾ ਪ੍ਰੋਗਰਾਮ ਉਹ ਤਿੱਖਾ ਕਰਾਂਗੇ। ਇੱਕ ਆਖਰੀ ਸਵਾਲ ਹੈ, ਤਕਰੀਬਨ ਉਹ ਨਿੱਜੀ ਸਵਾਲ ਹੀ ਮੰਨਿਆ ਜਾਊਗਾ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਉਹ ਪੰਜਾਬ ਦੇ MLA ਨੂੰ ਵੀ ਸਮਾਂ ਨਹੀਂ ਦਿੰਦੇ। ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿ MLA ਨੂੰ ਵੀ ਮਿਲਣਾ ਹੋਏ, ਵਿਧਾਇਕਾਂ ਨੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ। ਜਦੋਂ ਹੁਣ ਜਿਹੜੀ ਅੱਜ ਤੁਹਾਡੇ ਮੋਰਚੇ ਦੀ ਇੱਕ ਉਹ ਵੀ ਮੰਗ ਹੈ, ਚੌਥੀ ਮੰਗ ਹੈ ਕਿ ਪੰਜਾਬ ਦੀ ਆਬੋ ਹਵਾ ਜਿਹੜੀ ਉਹ ਸਾਫ਼ ਹੋਵੇ, ਜਦੋਂ ਦਰਿਆ ਬਿਆਸ ਦੇ ਪਾਣੀ ਦੇ ਵਿੱਚ ਮੱਛੀਆਂ ਤੜਫ ਤੜਫ ਕੇ ਮਰ ਰਹੀਆਂ ਸਨ, ਤਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਮਹਿਲਾ ਮਿੱਤਰ ਦੇ ਨਾਲ ਮਨਾਲੀ ਜਿਹੜੀਆਂ ਛੁੱਟੀਆਂ ਅਤੇ ਉਹਦਾ ਜਨਮਦਿਨ ਮਨਾ ਰਹੇ ਸੀ, ਅਤੇ ਤੁਹਾਡੇ 'ਤੇ ਇਹ ਦੋਸ਼ ਆਉਂਦਾ ਕਿ ਸ਼ਾਇਦ ਜਸਦਾਰ ਦਾਦੂਵਾਲ ਕਾਂਗਰਸ ਦੇ ਨੇੜੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਟਾਈਮ ਦੇ ਰਿਹਾ, ਇਸ ਦੋਸ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਦੋਂ ਵੀ ਪੰਥ ਦੇ ਮਸਲੇ ਕੋਈ ਵੀ ਹੁੰਦੇ ਆ, ਪਹਿਲਾਂ ਬਾਦਲ ਸਰਕਾਰ ਸੀ, ਅਸੀਂ ਬਾਦਲ ਸਰਕਾਰ ਦੇ ਵੇਲੇ ਵੀ ਮੋਰਚਿਆਂ ਦੇ ਵਿੱਚ ਜਿਹੜੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ, ਮੁੱਖ ਮੰਤਰੀ ਪੰਜਾਬ ਦੇ ਨਾਲ, ਡਿਪਟੀ ਮੁੱਖ ਮੰਤਰੀ ਪੰਜਾਬ ਦੇ ਨਾਲ, ਉਦੋਂ ਸਾਨੂੰ ਕਹਿੰਦੇ ਸੀ ਇਹ ਬਾਦਲਾਂ ਦੇ ਨੇੜੇ ਆ, ਅੱਜ ਸਾਨੂੰ ਕੈਪਟਨਾਂ ਦੇ ਨੇੜੇ। ਬਾਕੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜੇ ਕੌਮ ਨੂੰ ਲਾਭ ਹੋ ਜਾਵੇ ਇਸ ਨੇੜਤਾ ਦਾ, ਕੋਈ ਫਾਇਦਾ ਹੋ ਜਾਵੇ, ਤਾਂ ਮੈਂ ਸਮਝਦਾ ਉਹ ਨੇੜਤਾ ਵੀ ਮਾੜੀ ਨਹੀਂ, ਪਰ ਐਸੀ ਕੋਈ ਗੱਲ ਨਹੀਂ ਆ। ਪਹਿਲੀ ਮੁਲਾਕਾਤ ਸੀ ਸਰਕਾਰ ਬਣਨ ਤੋਂ ਬਾਅਦ, ਉਹ ਵੀ ਪੰਥਕ ਮੁੱਦਿਆਂ 'ਤੇ। ਇਹ ਤਾਂ ਜਿਨ੍ਹਾਂ ਨੇ ਫੇਸਬੁੱਕ 'ਤੇ, ਵਟਸਐਪ 'ਤੇ ਜਾਂ ਵੈਸੇ ਵਿਰੋਧ ਕਰਨਾ ਹੁੰਦਾ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਸੁਚੇਤ ਰੱਖਦੇ ਸਾਨੂੰ, ਸਾਡੇ ਵੀਰ ਆ, ਕੋਈ ਗੱਲ ਨਹੀਂ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦੇਖੋ ਕਿ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ, ਉਹ ਵੀ ਪੰਥਕ ਮੁੱਦੇ 'ਤੇ। ਜੇ ਸਾਡੀ ਕੋਈ ਨੇੜਤਾ ਹੁੰਦੀ, ਅਸੀਂ ਉਹਨਾਂ ਨਾਲ ਮਿਲਦੇ, ਉਹਨਾਂ ਨੂੰ ਮੁੱਖ ਮੰਤਰੀ ਨੂੰ ਪਹਿਲਾਂ ਵੀ ਮਿਲ ਲੈਂਦੇ, ਸਾਡੇ ਬਹੁਤ ਸੰਗਤਾਂ ਦੇ ਕੰਮਕਾਰ ਹੁੰਦੇ ਆ, ਪਰ ਕਦੇ ਨਹੀਂ ਮਿਲੇ ਅਸੀਂ ਉਹਨਾਂ ਨੂੰ। ਜਦੋਂ ਮਿਲੇ ਹਾਂ ਤਾਂ ਪੰਥਕ ਮੰਗ ਦੇ ਉੱਤੇ ਮਿਲੇ ਹਾਂ, ਪੰਥਕ ਮੁੱਦੇ 'ਤੇ ਮਿਲੇ ਹਾਂ।
ਬਾਕੀ ਇਹ ਪੰਥ ਦਾ ਹੀ ਭਾਰ ਮੈਂ ਸਮਝਦਾ, ਮੋਰਚੇ ਦਾ ਹੀ ਭਾਰ ਸੀਗੇ। ਸਾਡੀ ਮੁਲਾਕਾਤ 3 ਵਜੇ ਸੀ ਦੁਪਹਿਰ ਦੇ, ਪਰ ਮੁੱਖ ਮੰਤਰੀ ਸਾਨੂੰ ਤਕਰੀਬਨ 4:30-5 ਤੱਕ ਉਡੀਕਦੇ ਰਹੇ। 4:45 ਅਸੀਂ ਪਹੁੰਚੇ ਚੰਡੀਗੜ੍ਹ ਜਾ ਕੇ, ਤਾਂ ਫਿਰ ਵੀ ਉਹਨਾਂ ਨੇ ਸਾਡੇ ਨਾਲ ਮੁਲਾਕਾਤ ਕੀਤੀ ਅਤੇ ਘੰਟਾ। ਇਹਦੇ ਤੋਂ ਲੱਗਦਾ ਵੀ ਸਾਨੂੰ ਕੋਈ ਸੰਸੀਅਰਨਤਾ ਮੁੱਖ ਮੰਤਰੀ ਸਾਹਿਬ ਦੀ ਹੈਗੀ ਆ ਵੀ ਉਹ ਇਹਨਾਂ ਮਸਲਿਆਂ ਨੂੰ ਹੱਲ ਕਰਨਗੇ। ਅਤੇ ਬਾਕੀ ਉਹਨਾਂ ਨੇ ਸਾਨੂੰ ਸਾਡੇ ਵਫਦ ਨੂੰ ਉਡੀਕਿਆ, ਗੱਲਬਾਤ ਕੀਤੀ, ਬਕਾਇਦਾ ਔਫਿਸਰ ਉਹਨਾਂ ਦੇ ਹਾਜ਼ਰ ਸੀਗੇ। ਬਾਕੀ ਇਸ ਗੱਲ ਦੀ ਮੈਂ ਕਦੇ ਮੈਂ ਪਹਿਲਾਂ ਵੀ ਬੇਨਤੀ ਕਰਦਾ, ਕੱਲ੍ਹ ਪਰਸੋਂ ਵੀ ਇੱਕ ਮੇਰੀ ਆਪਣੀ ਇੰਟਰਵਿਊ ਸੀ, ਉਹਦੇ 'ਚ ਵੀ ਮੈਂ ਕਿਹਾ ਸੀਗਾ ਕਿ ਇਹ ਕਈ ਵਾਰ ਵੈਸੇ ਹੀ ਜਿਹੜੇ ਵਿਰੋਧੀ ਵੀਰ ਹੁੰਦੇ ਆ ਉਹ ਇੱਦਾਂ ਦੀ ਪ੍ਰਚਾਰ ਕਰਦੇ ਆ। ਜੇ ਮੇਰੇ ਕੋਲ ਆ ਕੇ ਬਾਦਲ ਬਹਿ ਜਾਣ ਤਾਂ ਕਹਿੰਦੇ ਲਓ ਜੀ ਦਾਦੂਵਾਲ ਸਾਹਿਬ ਬਾਦਲਾਂ ਨਾਲ ਰਲ ਗਏ, ਜੇ ਮੇਰੇ ਕੋਲ ਰਾਧਾ ਸਵਾਮੀ ਆ ਜਾਵੇ ਬਾਬਾ ਤਾਂ ਕਹਿ ਦਿੰਦੇ ਬਾਬਾ ਜੀ ਦਾ ਰਾਧਾ ਸਵਾਮੀਆਂ ਨਾਲ ਰਲ ਗਏ। ਜਦੋਂ ਕਿ ਅਸੀਂ ਉਦੋਂ ਵੀ ਪੰਥਕ ਮੁੱਦੇ 'ਤੇ ਕੰਮ ਕੀਤਾ, ਗੁਰਦੁਆਰਾ ਸਾਹਿਬ ਦੇ ਬਾਦਲਾਂ ਵੇਲੇ ਵੀ ਅਸੀਂ ਪੰਥਕ ਮੁੱਦਿਆਂ 'ਤੇ ਕੰਮ ਕੀਤਾ, ਹੁਣ ਕੈਪਟਨ ਦੀ ਸਰਕਾਰ। ਮੈਂ ਇੱਕ ਬੇਨਤੀ ਹੋਰ ਕਰਾਂ, ਅਸੀਂ ਨਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਹਾਂ, ਨਾ ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਹਾਂ, ਅਸੀਂ ਮਿਲੇ ਹਾਂ ਪੰਜਾਬ ਸਰਕਾਰ ਨੂੰ, ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਪਹਿਲਾਂ ਬਾਦਲਾਂ ਕੋਲ ਸੀਗੀ, ਅਤੇ ਅਸੀਂ ਉਦੋਂ ਵੀ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਸੀ, ਹੁਣ ਵੀ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹਾਂ। ਅਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਅਸੀਂ ਗੱਲਬਾਤ ਕੀਤੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੂੰ ਵੀ ਅਸੀਂ ਕੈਬਨਿਟ ਮਿਨਿਸਟਰ ਪੰਜਾਬ ਮਿਲੇ ਹਾਂ, ਜਦੋਂ ਕਿ ਸਾਡੇ ਪਰਿਵਾਰਕ ਰਿਲੇਸ਼ਨ ਆ ਉਹਨਾਂ ਨਾਲ। ਜਦੋਂ ਉਹ ਮੰਤਰੀ ਬਣੇ ਪਹਿਲੇ ਦਿਨ ਕਾਦੀਆਂ ਆਏ, ਕੁਦਰਤੀ ਮੈਂ ਵੀ ਕਾਦੀਆਂ ਸੀ, ਅਤੇ ਉਹ ਮੇਰੇ ਕੋਲ ਮੇਰੇ ਘਰ ਆਏ ਸੀਗੇ, ਉੱਥੇ ਦੁੱਧ ਪਾਣੀ ਛਕਿਆ, ਕਿੰਨੇ 7-8 MLA ਗੁਰਦਾਸਪੁਰ ਦੇ ਜਿਹੜੇ ਬਣੇ ਸੀ ਉਹ ਮੇਰੇ ਕੋਲ ਆਏ ਸੀ, ਪ੍ਰਤਾਪ ਸਿੰਘ ਬਾਜਵਾ, ਫਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ, ਸਾਰੇ ਮੇਰੇ ਕੋਲ ਆਏ ਸੀਗੇ। ਔਰ ਅਸੀਂ ਹੁਣ ਇੱਕ ਪਰਿਵਾਰਕ ਰਿਲੇਸ਼ਨ ਹੁੰਦੇ ਆ ਹਰ ਬੰਦੇ ਦੇ ਜਿਹੜੇ ਸਾਡੇ, ਕਿਉਂਕਿ ਮੇਰੀ ਵੀ ਉੱਥੇ ਹੀ ਰਿਹਾਇਸ਼ ਆ ਪਰਿਵਾਰ ਦੀ, ਅਤੇ 2 ਪੀੜ੍ਹੀਆਂ ਤੋਂ ਸਾਂਝ ਚਲੀ ਆਉਂਦੀ ਆ। ਉਸੇ ਸਕੂਲ 'ਚ ਹੀ ਉਹ ਪੜ੍ਹੇ, ਉਸੇ ਸਕੂਲ 'ਚ ਹੀ ਮੈਂ ਪੜ੍ਹਿਆ, ਉੱਥੇ ਉਹੀ ਮੁੱਖ ਸਕੂਲ ਆ, ਕਲਾਸ ਵਾਲਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ, ਅਤੇ ਉੱਥੇ ਹੀ ਉਹ ਪੜ੍ਹੇ ਆ, ਉੱਥੇ ਹੀ ਉਹ ਸੀਨੀਅਰ ਸੀਗੇ, ਮੈਂ ਜੂਨੀਅਰ ਸੀ, ਮੇਰੀ ਉਮਰ ਛੋਟੀ, ਮੈਂ ਬਾਅਦ ਵਿੱਚ ਪੜ੍ਹਿਆ। ਸੋ ਕਹਿਣ ਤੋਂ ਬਾਅਦ ਇੱਕ ਪਰਿਵਾਰਕ, ਪਰ ਇਹ ਜਿਹੜੀ ਗੱਲਬਾਤ ਇਹ ਪਰਿਵਾਰਕ ਰਿਲੇਸ਼ਨਾਂ ਦੀ ਨਹੀਂ ਜਾਂ ਕਿਸੇ ਨਾਲ ਨੇੜਤਾ ਦੀ ਨਹੀਂ, ਇਹ ਪੰਥ ਦੀ ਆ, ਕੌਮ ਦੀ ਆ, ਕੌਮੀ ਮੁੱਦਿਆਂ ਦੀ ਗੱਲ ਆ, ਅਤੇ ਇਹਦੇ ਵਿੱਚ ਜਿਹੜੇ ਹੈਗੇ ਅਸੀਂ ਕੌਮੀ ਅਤੇ ਪੰਥਕ ਮੁੱਦੇ ਹੱਲ ਕਰਨ ਵਾਸਤੇ ਤੁਰੇ ਹੋਏ ਹਾਂ। ਜੇ ਸਾਡੀ ਨੇੜਤਾ ਜਾਂ ਹੋਰ ਦੀ ਗੱਲ, ਸਾਡੀ ਤਾਂ ਸਾਰਿਆਂ ਨਾਲ ਹੀ ਨੇੜਤਾ, ਜਿੱਥੇ ਗੁਰੂ ਦੀ ਗੱਲ ਆ, ਪੰਥ ਦੀ ਗੱਲ ਆ, ਉੱਥੇ ਹਰੇਕ ਨਾਲ ਅਸੀਂ ਗੱਲ ਕਰਦੇ ਹਾਂ। ਉਦੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ 'ਚੋਂ ਖਾਰਜ ਨਹੀਂ ਆ, ਉਹਦੇ ਨਾਲ ਕਿਸੇ ਨਾਲ ਵੀ ਅਸੀਂ ਗੱਲ ਕਰ ਸਕਦੇ ਹਾਂ। ਸੌਦਾ ਸਾਧ ਵੇਲੇ ਵੀ ਸਾਡੇ ਕੋਲ ਸੱਦਾ ਆਇਆ ਸੀਗਾ ਕਿ ਸੌਦਾ ਸਾਧ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵਾ, ਅਸੀਂ ਬਕਾਇਦਾ ਨਹੀਂ ਗੱਲ ਕੀਤੀ, ਕਿਉਂਕਿ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ 17 May 2007 ਨੂੰ ਹੁਕਮਨਾਮਾ ਜਾਰੀ ਹੋ ਚੁੱਕਾ ਸੀ, ਉਹਦੇ 'ਤੇ ਅਸੀਂ ਉਹਦੇ ਨਾਲ ਨਹੀਂ ਬੈਠੇ, ਸਾਨੂੰ ਉਹਦਾ ਵੀ ਸੱਦਾ ਆਇਆ ਸੀਗਾ, ਉਹਦੀ ਜਿਹੜੀ 25 ਮੈਂਬਰੀ ਕਮੇਟੀ 11 ਮੈਂਬਰੀ ਕਮੇਟੀ ਉਹਦਾ ਵੀ ਸੱਦਾ ਆਇਆ ਸੀ, ਅਤੇ ਸਾਡੇ ਕੁਝ ਆਗੂਆਂ ਦੀ ਉਹਦੇ ਕੁੜਮ ਦੇ ਨਾਲ ਮੀਟਿੰਗ ਵੀ ਹੋਈ ਸੀਗੀ ਮੋਹਾਲੀ ਚੰਡੀਗੜ੍ਹ, ਸਾਡੇ ਕੋਲ ਸੰਤ ਮਹਾਂਪੁਰਸ਼ ਸਾਬਕਾ ਜਥੇਦਾਰ ਉਹਨਾਂ ਨਾਲ ਗੱਲਬਾਤ ਵੀ ਕੀਤੀ, ਮੈਨੂੰ ਵੀ ਸੱਦਿਆ ਸੀਗਾ, ਪਰ ਮੈਂ ਨਹੀਂ ਗਿਆ, ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ, ਜਿਹੜਾ ਬੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ ਆ ਉਹਦੇ ਨਾਲ ਅਸੀਂ ਮੁਲਾਕਾਤ ਨਹੀਂ ਕਰਦੇ, ਅਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ ਨਹੀਂ ਆ ਉਹਦੇ ਨਾਲ ਅਸੀਂ ਮੁਲਾਕਾਤ ਪੰਥ ਦੇ ਮੁੱਦਿਆਂ 'ਤੇ ਕੌਮ ਦੀ ਭਲਾਈ ਵਾਸਤੇ ਕਦੇ ਵੀ ਕਰ ਸਕਦੇ ਹਾਂ। ਤੁਹਾਡਾ ਗੱਲਬਾਤ ਕਰਨ ਲਈ ਧੰਨਵਾਦ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਗੱਲਬਾਤ ਕੀਤੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੁਣਾਂ ਨਾਲ, ਸਾਰੇ ਸਵਾਲਾਂ ਦੇ ਉੱਤਰ ਉਹਨਾਂ ਬੜੀ ਸਪੱਸ਼ਟਤਾ ਦੇ ਨਾਲ ਦਿੱਤੇ। ਹੁਣ ਤੱਕ ਦੀ ਜਿਹੜੀ ਮੋਰਚੇ ਦੀ ਆਸ ਬਣੀ ਹੋਈ ਆ ਉਹ ਇੰਝ ਆ ਕਿ ਸਰਕਾਰ ਦੇ ਨਾਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਆ, ਸਰਕਾਰ ਨੇ ਅਜੇ ਕੁਝ ਸਮਾਂ ਮੰਗਿਆ ਹੋਇਆ। ਸੋ ਇੱਥੇ ਜਿਹੜੀਆਂ ਸਿੱਖ ਸੰਗਤਾਂ ਦਾ ਵਹਾਅ ਆ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਸਿੱਖ ਸੰਗਤਾਂ ਆ ਰਹੀਆਂ ਵਾ। ਸੋ ਆਸ ਕਰਦੇ ਹਾਂ ਕਿ ਇਹ ਮੋਰਚਾ ਫਤਿਹ ਹੋਵੇ,
ਅਤੇ ਪੰਥ ਨੂੰ ਜਿਹੜੀ ਆ ਫਤਿਹ ਨਸੀਬ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਭਰ ਦੇ ਵਿੱਚ ਆਵਾਜ਼ੇ ਕੌਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਦੀ ਸਾਂਝ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਚੈਨਲ ਵੱਲੋਂ ਬਰਗਾੜੀ ਪਹੁੰਚੇ ਹੋਏ ਹਾਂ, ਜਿੱਥੇ 1 ਜੂਨ 2018 ਤੋਂ ਇੱਕ ਮੋਰਚਾ ਚੱਲ ਰਿਹਾ, ਜੋ ਬਰਗਾੜੀ ਦੀ ਦਾਣਾ ਮੰਡੀ ਦੇ ਵਿੱਚ ਇਹ ਮੋਰਚਾ ਲੱਗਾ ਹੋਇਆ, ਜਿਸ ਦੀ ਅਗਵਾਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਕਰ ਰਹੇ ਹਨ। ਮੋਰਚੇ ਦੀਆਂ 4 ਮੰਗਾਂ ਨੇ ਮੁੱਖ ਤੌਰ 'ਤੇ। 1, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਣੀ ਅਤੇ ਦੋਸ਼ੀਆਂ ਦਾ ਨਾਂ ਫੜਿਆ ਜਾਣਾ। ਉਸ ਤੋਂ ਉਪਰੰਤ 14 ਅਕਤੂਬਰ 2015 ਨੂੰ ਬਹਿਬਲ ਗੋਲੀਕਾਂਡ ਵਾਪਰਿਆ, ਉਹਦੇ ਵਿੱਚ 2 ਸਿੰਘਾਂ ਦੀ ਸ਼ਹਾਦਤ ਹੋਈ ਅਤੇ ਕਿਸੇ ਵੀ ਪੁਲਿਸ ਕਰਮੀ ਦੇ ਉੱਤੇ ਕੋਈ ਕਾਰਵਾਈ ਨਾ ਕੀਤੇ ਜਾਣਾ, ਅਤੇ ਇੱਥੋਂ ਤੱਕ ਕਿ ਤਤਕਾਲੀ ਸਰਕਾਰ ਜੋ ਬਾਦਲ ਦੀ ਸਰਕਾਰ ਸੀ ਉਸ ਵੱਲੋਂ ਕਿਹਾ ਗਿਆ ਕਿ ਅਣਪਛਾਤੀ ਪੁਲਿਸ। ਅਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ ਨੇ, ਜਿਹਦੇ ਵਿੱਚ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਦੀ ਗੱਲ ਆ, ਜਾਂ ਇਹ ਕੁੱਲ ਤਕਰੀਬਨ 4 ਕੁ ਮੰਗਾਂ ਨੂੰ ਲੈ ਕੇ ਇਹ ਮੋਰਚਾ ਲੱਗਾ ਹੋਇਆ। ਇਹਦੇ 'ਚੋਂ ਇੱਕ ਵੱਡੀ ਮੰਗ ਇਹ ਵੀ ਆ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਦਹਾਕਿਆਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹਾ। ਇੱਕ ਗੱਲ ਤੁਹਾਡੇ ਸਾਰਿਆਂ ਦੇ ਧਿਆਨ 'ਚ ਆ ਜਾਵੇਗੀ ਕਿ ਸਰਸਰੀ ਨਿਗਾਹ ਨਾਲ ਵੀ ਵੇਖੀਏ ਤਾਂ ਗੱਲ ਸਮਝ ਆ ਜਾਂਦੀ ਆ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬੇਅਦਬੀ ਦੇ ਖਿਲਾਫ਼ ਸੰਘਰਸ਼ ਕੀਤਾ, ਸੜਕਾਂ 'ਤੇ ਬਹਿ ਕੇ ਸਾਥਨਾ ਵਾਹਿਗੁਰੂ ਜਪ ਰਹੇ ਸਨ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਜਿਹੜੇ ਦੋਸ਼ੀ ਸਨ ਉਹ ਨਹੀਂ ਫੜੇ ਗਏ, ਅਤੇ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਤੁਸੀਂ ਦੋਹਰੇ ਮਾਪਦੰਡ ਇੱਥੋਂ ਦੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਜਿਹੜੀਆਂ ਹੁਣ ਦੀਆਂ ਹੋਣ, ਪੁਰਾਣੀਆਂ ਹੋਣ, ਉਹਨਾਂ ਦੇ ਜਿਹੜੇ ਇਹ ਮਾਪਦੰਡ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਂਦੇ ਆ। ਸੋ ਇਹ ਆ ਜਿਹੜੀ ਭੂਮਿਕਾ ਕਿ ਮੋਰਚਾ ਕਿਉਂ ਲੱਗਾ। ਹੁਣ ਇਹ ਸਾਡਾ ਸਵਾਲ ਨਹੀਂ ਗਾ ਕਿ ਮੈਂ ਜਥੇਦਾਰ ਮੰਡ ਸਾਹਿਬ ਨਾਲ ਵੀ ਅਜੇ ਫਤਿਹ ਦੀ ਸਾਂਝ ਪਾਉਣੀ ਆ, ਪਰ ਆਪਣਾ ਇਹ ਸਵਾਲ ਨਹੀਂ ਗਾ ਕਿ ਮੋਰਚਾ ਕਿਉਂ ਲੱਗਾ, ਕਿਉਂਕਿ ਸਾਰਾ ਕੁਛ ਕਲੀਅਰ ਆ। ਜਿਵੇਂ ਸ਼ੀਸ਼ੇ ਦੇ ਵਾਂਗ ਸਾਫ਼ ਗੱਲ ਹੁੰਦੀ ਆ ਕਿ ਮੋਰਚੇ ਦੀ ਲੋੜ ਜਾਪੀ, ਤਾਂ ਜਥੇਦਾਰ ਇੱਥੇ ਤਿੱਖੀ ਧੁੱਪ ਦੇ ਵਿੱਚ ਇੱਕ ਤਰ੍ਹਾਂ ਦਾ ਤੰਬੂ ਤਾਣ ਕੇ ਡਟੇ ਹੋਏ ਆ, ਆਖਰਾਂ ਦੀ ਤਪਸਿਆ ਇੱਥੇ। ਕਿਉਂਕਿ ਜਿਹੜਾ ਜੂਨ ਦਾ ਮਹੀਨਾ ਜਦੋਂ ਆਪਾਂ ਇਸ ਸ਼ਹੀਦੀ ਹਫ਼ਤੇ 'ਚੋਂ ਲੰਘ ਰਹੇ ਹਾਂ,
ਤੀਜੇ ਘੱਲੂਘਾਰੇ ਦੀ ਯਾਦ ਦੇ ਵਿੱਚੋਂ ਲੰਘ ਰਹੇ ਹਾਂ, ਜਿਹੜੀ ਗਰਮੀ ਦੇ ਵਿੱਚ ਸਿੰਘਾਂ ਨੇ ਉਦੋਂ ਸੰਘਰਸ਼ ਕੀਤਾ, ਭਾਰਤੀ ਫੌਜ ਜਿਹੜੀ ਚੜ੍ਹ ਕੇ ਆਈ ਸੀ ਉਸ 'ਤੇ ਦੰਦ ਖੱਟੇ ਕੀਤੇ, 72 ਘੰਟੇ ਦਾ ਜਿਹੜਾ ਜੰਗ ਹੋਇਆ। ਸੋ 34 ਸਾਲ ਲੰਘਣ ਤੋਂ ਬਾਅਦ ਵੀ ਉਸ ਕੌਮ ਦੇ ਜਿਹੜੇ ਆਗੂ ਨੇ ਅੱਜ ਦੇ ਮੌਜੂਦਾ, ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ। ਜਿਹੜੀ ਗੁਲਾਮੀ ਹੁੰਦੀ ਆ ਉਹ ਇਹਨਾਂ ਗੱਲਾਂ ਤੋਂ ਸਾਫ਼ ਝਲਕਦੀ ਆ। ਸੋ ਜਿਹੜੇ ਕੁਝ ਸਵਾਲ ਇਸ ਤੋਂ ਇਲਾਵਾ ਮੋਰਚੇ ਨਾਲ ਸੰਬੰਧਿਤ ਨੇ, ਉਹ ਆਪਾਂ ਜਥੇਦਾਰ ਭਾਈ ਧਿਆਨ ਸਿੰਘ ਵੰਡ ਹੋਣਾ ਤੋਂ ਕਰਨੇ ਆ। ਜੋ ਪੰਥ ਦੀ ਰੀਤ ਆ, ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵੱਲੋਂ ਬੀਤੇ ਕੱਲ੍ਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਅਤੇ ਸੰਸਾਰ ਭਰ ਦੇ ਵਿੱਚ ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ ਲੈ ਕੇ ਅਰਦਾਸ ਦੇ ਲਈ ਵੀ ਅਪੀਲ ਕੀਤੀ ਗਈ। ਹੁਣ ਤੱਕ ਮੋਰਚਾ ਕਿਸ ਤਰੀਕੇ ਨਾਲ ਚੱਲ ਰਿਹਾ ਵਾ, ਤੁਸੀਂ ਕੀ ਮਹਿਸੂਸ ਕਰਦੇ ਹੋ? ਇੱਥੇ ਡਟੇ ਹੋਏ ਹੋ, ਤੁਹਾਨੂੰ ਕਈ ਦਿਨ ਹੋ ਗਏ ਆ ਇੱਥੇ, ਹਫ਼ਤੇ ਤੋਂ ਉੱਤੇ ਹੋ ਗਿਆ ਸਮਾਂ, ਮੋਰਚਾ ਕਿਹੋ ਜਿਹਾ ਚੱਲ ਰਿਹਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮੋਰਚਾ ਲੱਗਿਆ ਅਤੇ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਵਿੱਚ ਆ। ਸੰਗਤਾਂ ਦਾ ਬਹੁਤ ਭਰਮਾਂ ਸਹਿਯੋਗ ਮਿਲ ਰਿਹਾ, ਅਸੀਂ ਕਿਸੇ ਨੂੰ ਆਵਾਜ਼ ਨਹੀਂ ਮਾਰ ਰਹੇ ਭਾਈ ਤੁਸੀਂ ਆਓ, ਇਸ ਤਰ੍ਹਾਂ ਦੀ ਕੋਈ ਅਸੀਂ ਅਪੀਲ ਨਹੀਂ ਕਰ ਰਹੇ। ਸੰਗਤਾਂ ਵਿੱਚ, ਸੰਗਤਾਂ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਹੀ ਭਾਰੀ ਉਤਸ਼ਾਹ ਹੈ, ਭਾਵੇਂ ਕੋਈ ਸ਼ਹਿਰ ਵਿੱਚ ਬੈਠਾ ਹੈ ਜਾਂ ਪਿੰਡ ਵਿੱਚ ਬੈਠਾ ਹੈ, ਉਹ ਪੰਜਾਬ ਦੇ ਵਿੱਚ ਬੈਠਾ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਬੈਠਾ, ਉਹਦੇ ਅੰਦਰੋਂ ਇੱਕ ਆਵਾਜ਼ ਉੱਠ ਰਹੀ ਆ ਕਿ ਅਸੀਂ ਕਿਹੜਾ ਵੇਲਾ ਹੋਵੇ ਅਸੀਂ ਮੋਰਚੇ ਦੇ ਵਿੱਚ ਚੱਲੀਏ ਅਤੇ ਅਸੀਂ ਆਪਣੀ ਹਾਜ਼ਰੀ ਲਵਾ ਕੇ ਆਈਏ। ਇਸ ਤਰ੍ਹਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਿਤੇ ਅਸੀਂ ਵਾਂਝੇ ਨਾ ਰਹਿ ਜਾਈਏ। ਕਾਫਲਿਆਂ ਦੇ ਰੂਪ ਦੇ ਵਿੱਚ ਸੰਗਤਾਂ ਆ ਰਹੀਆਂ ਨੇ, ਲੰਗਰ ਪਾਣੀ ਲਿਆ ਰਹੀਆਂ ਨੇ, ਰਸਤਾ ਵੀ ਲਿਆ ਰਹੀਆਂ ਨੇ, ਆਪੇ ਹੀ ਸੰਗਤਾਂ ਸੇਵਾ ਕਰ ਰਹੀਆਂ ਨੇ। ਇੱਥੇ ਕੀਰਤਨ ਦਰਬਾਰ ਚੱਲਦਾ ਪਿਆ, ਢਾਡੀ ਰਾਗੀ ਲੱਗਦੇ ਨੇ, ਸਾਰਾ ਕੁਛ ਬਹੁਤ ਚੜ੍ਹਦੀ ਕਲਾ ਵਿੱਚ ਆ। ਇਹ ਜਿਹੜਾ ਪੂਰਾ 12 ਘੰਟੇ ਦਾ ਦਿਨ ਆ ਸਾਡੇ ਵਾਸਤੇ ਐਂ ਲੰਘ ਜਾਂਦਾ ਜਿਵੇਂ 5 ਕੁ ਮਿੰਟ ਬੈਠੇ ਹੋਈਏ ਅਤੇ ਪਤਾ ਨਹੀਂ ਲੱਗਦਾ ਕਦੋਂ ਦਿਨ ਬਤੀਤ ਹੋ ਜਾਂਦਾ। ਬਹੁਤ ਚੜ੍ਹਦੀ ਕਲਾ ਵਿੱਚ ਮੋਰਚਾ ਜਾ ਰਿਹਾ। ਸਰਕਾਰ ਵਾਲੇ ਪਾਸਿਓਂ, ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਤਾਂ ਸਰਕਾਰ ਤੋਂ ਹੀ ਨੇ, ਕੈਪਟਨ ਸਰਕਾਰ ਤੋਂ ਜਾਂ ਕੁਝ ਕੁ ਕੇਂਦਰ ਦੇ ਅਖਤਿਆਰ ਵੀ ਨੇ, ਇਸ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਇਸ਼ਾਰਾ ਮਿਲ ਰਿਹਾ ਵਾ, ਉਹ ਕੀ ਇਸ ਨੂੰ ਗੰਭੀਰਤਾ ਵਜੋਂ ਸਰਕਾਰ ਲੈ ਰਹੀ ਆ ਕਿ ਨਹੀਂ? ਸਰਕਾਰ ਵੀ ਮੈਨੂੰ ਲੱਗਦਾ ਹੈ ਕਿ ਇਸ ਮੋਰਚੇ ਤੋਂ ਘਬਰਾਈ ਹੋਈ ਆ ਅਤੇ ਕਾਫੀ ਹਰਕਤ ਦੇ ਵਿੱਚ ਆ, ਵੇਖਣ ਦੇ ਵਿੱਚ ਆ ਰਿਹਾ। ਪਰ ਮੈਨੂੰ ਜ਼ਿਆਦਾ ਇਹ ਫਿਕਰ ਨਹੀਂ ਗਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ ਕਿ ਨਹੀਂ ਕਰ ਰਹੀ। ਸਰਕਾਰ ਨੂੰ ਕਾਰਵਾਈ ਕਰਨੀ ਹੀ ਪੈਣੀ ਆ। ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਸਰਕਾਰ ਰਹਿ ਨਹੀਂ ਸਕਦੀ। ਇਸ ਮੋਰਚੇ ਦੀ ਇਸ ਤਰ੍ਹਾਂ ਦੀ ਤਿਆਰੀ ਹੈ, ਫਿਰ ਸਰਕਾਰ ਨਹੀਂ ਰਹਿ ਸਕਦੀ। ਜਿਹੜੀ ਮੇਰੀ ਉਮੀਦ ਸੀ, ਜਿਹੜੇ ਮੇਰੇ ਮਨ ਦਾ ਬਲਬਲਾ ਸੀ, ਜਿਸ ਕਰਕੇ ਇਹ ਮੋਰਚਾ ਮੈਂ ਲਾਇਆ, ਮੈਂ ਸੰਗਤ ਦੀਆਂ ਭਾਵਨਾਵਾਂ ਨੂੰ ਸਮਝ ਕੇ ਲਾਇਆ। ਸੰਗਤ ਦੇ ਵਿੱਚ ਜਿਹੜਾ ਸੰਗਤ ਦਾ ਮੁਰਾਲ ਸੀ ਉਹ ਬਹੁਤ ਡਾਊਨ ਹੋ ਗਿਆ ਸੀ, ਬਹੁਤ ਡਿੱਗ ਗਿਆ ਸੀ, ਹੌਸਲੇ ਜਿਹੜੇ ਪਸਤ ਹੋ ਗਏ ਸੀ, ਬੇਵਿਸ਼ਵਾਸੀ ਬਹੁਤ ਜ਼ਿਆਦਾ ਪੈਦਾ ਹੋ ਗਈ ਸੀ ਅਤੇ ਕਿਸੇ ਨੂੰ ਵੀ ਕਿਸੇ ਦੇ ਉੱਤੇ ਇਤਬਾਰ ਨਹੀਂ ਸੀ ਰਹਿ ਗਿਆ। ਅਤੇ ਦੂਜੇ ਪਾਸੇ ਸਾਡੇ ਗੁਰੂ ਦੀ ਸ਼ਹਾਦਤ ਹੋ ਰਹੀ ਸੀ
ਅਤੇ ਸਾਡੇ ਸਿੰਘ ਸ਼ਹੀਦ ਹੋ ਰਹੇ ਸੀ, ਜੇਲ੍ਹਾਂ ਵਿੱਚ ਤੜਫ ਰਹੇ ਸੀ, ਸਾਰਾ ਕੁਛ ਇਹ ਸਾਡੇ ਸਾਹਮਣੇ ਸੀ। ਪਰ ਇਸ ਸਭ ਕਾਸੇ ਨੂੰ ਜਦੋਂ ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਸੀ ਅਤੇ ਕੋਈ ਗੱਲਬਾਤ ਅਸੀਂ ਕਿਸੇ ਚੰਗੇ ਢੰਗ ਤਰੀਕੇ ਦੇ ਨਹੀਂ ਸੀ ਕਰਦੇ ਅਤੇ ਦੁਸ਼ਮਣ ਜਿਹੜਾ ਦਿਨੋਂ ਦਿਨ ਚੜ੍ਹਦਾ ਜਾਂਦਾ ਸੀ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ 300 ਤੋਂ ਵੀ ਉੱਪਰ ਲੰਘ ਗਈਆਂ ਸੀ। ਅਤੇ ਇਹ ਸਾਡੀ ਕੌਮ ਦੇ ਮੱਥੇ ਦੇ ਉੱਤੇ, ਜਿਹੜੀ ਸੂਰਬੀਰਾਂ ਦੀ, ਯੋਧਿਆਂ ਦੀ ਕੌਮ ਸੀ, ਉਹਦੇ ਮੱਥੇ ਦੇ ਉੱਤੇ ਬੜਾ ਵੱਡਾ ਇੱਕ ਕਲੰਕ ਸੀ। ਇਸ ਕਲੰਕ ਨੂੰ ਧੋਣ ਵਾਸਤੇ ਸਾਡੀ ਕੌਮ ਨੂੰ ਉਠਾਉਣਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਇਕੱਠਾ ਕਰਨਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਲਿਆਉਣਾ ਬੜਾ ਜ਼ਰੂਰੀ ਸੀ। ਅਤੇ ਉਸ ਨੂੰ ਲਿਆਉਣ ਵਾਸਤੇ ਮੈਂ ਇੱਕ ਛੋਟਾ ਜਿਹਾ ਯਤਨ ਕੀਤਾ, ਇਹ ਬਹੁਤਾ ਵੱਡਾ ਯਤਨ ਨਹੀਂ ਗਾ। ਹਾਲਾਂਕਿ ਮੈਨੂੰ ਸਾਰੀ ਕੌਮ ਕਹਿ ਰਹੀ ਸੀ ਵੀ ਜਥੇਦਾਰ ਜੀ ਕੋਈ ਠੋਸ ਪ੍ਰੋਗਰਾਮ ਦਿਓ, ਕੋਈ ਤਿੱਖਾ ਪ੍ਰੋਗਰਾਮ ਦਿਓ, ਕੋਈ ਇਸ ਤਰ੍ਹਾਂ ਗੱਲ ਬਣਨੀ ਨਹੀਂ। ਕਈ ਤਰ੍ਹਾਂ ਦੇ ਵਿਚਾਰ ਮੇਰੇ ਕੰਨਾਂ ਦੇ ਵਿੱਚ ਪੈ ਰਹੇ ਸੀ ਅਤੇ ਮੈਂ ਬਹੁਤ ਸੋਚ ਸਮਝ ਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਦਿੱਤਾ। ਮੇਰੇ ਹਿਸਾਬ ਨਾਲ ਇਹ ਬਹੁਤ ਛੋਟਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਦਾ ਸੰਗਤ ਚਾਹੁੰਦੀ ਸੀ ਮੈਂ ਉਸ ਤਰ੍ਹਾਂ ਦਾ ਨਹੀਂ ਦਿੱਤਾ। ਪਰ ਮੈਂ ਸੋਚਿਆ ਸੀ ਕਿ ਜੇ ਥੋੜ੍ਹਾ ਜਿਹਾ ਨੋਰਮਲ ਜਿਹਾ ਪ੍ਰੋਗਰਾਮ ਅਸੀਂ ਦੇਵਾਂਗੇ ਤਾਂ ਕੌਮ ਇੱਧਰ ਨੂੰ ਵਧੂਗੀ। ਜਦੋਂ ਕੌਮ ਨੇ ਇਹ ਗੱਲ ਸੁਣੀ ਵੀ ਕੋਈ ਇਹ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਅਤੇ ਉਹਨੇ ਸਾਡੀ ਕੌਮ ਨੂੰ ਆਵਾਜ਼ ਮਾਰੀ ਆ, ਉਹਨੇ ਸਾਡੀ ਕੌਮ ਨੂੰ ਇਕੱਠੇ ਹੋਣ ਦੀ ਗੱਲ ਕੀਤੀ ਆ, ਉਹਨੇ ਕੌਮ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਤਾ ਹੈ, ਅਤੇ ਫਿਰ ਕੌਮ ਜਿਹੜੀ ਸੁਭਾਵਿਕ ਹੀ ਉਹ ਘਰਾਂ 'ਚੋਂ ਬਾਹਰ ਆ ਗਈ। ਇਹ ਇੱਕ ਬੜੀ ਵੱਡੀ ਸਾਡੀ ਪ੍ਰਾਪਤੀ ਹੈ। ਮੈਂ ਕਹਿੰਦਾ ਇਹ ਤੋਂ ਵੱਡੀ ਪ੍ਰਾਪਤੀ ਹੋਰ ਨਹੀਂ ਕੋਈ ਹੋ ਸਕਦੀ ਕਿ ਅੱਜ ਲੋਕਾਂ ਨੇ ਪਾਰਟੀਬਾਜ਼ੀ, ਧੜੇਬੰਦੀ, ਮਤਭੇਦ ਜੋ ਵੀ ਸੀ ਆਪਸ ਵਿੱਚ ਸਾਡੇ, ਕਿਸੇ ਨੇ ਨਹੀਂ ਪਾਰਟੀ ਵੇਖੀ ਅਤੇ ਕਿਸੇ ਨੇ ਨਹੀਂ ਧੜਾ ਵੇਖਿਆ ਅਤੇ ਕਿਸੇ ਨੇ ਨਹੀਂ ਵੇਖਿਆ ਵੀ ਕੱਲ੍ਹ ਮੇਰੇ ਇਸ ਬੰਦੇ ਨਾਲ ਕੀ ਮਤਭੇਦ ਸੀ ਅਤੇ ਮੈਂ ਅੱਜ ਕੀ ਕਰਾਂ। ਸਾਰਿਆਂ ਨੂੰ ਥੱਲੇ ਰੱਖ ਕੇ ਲੋਕਾਂ ਨੇ ਇੱਕੋ ਹੀ ਗੱਲ ਆਪਣੇ ਮਨ ਦੇ ਵਿੱਚ ਵਸਾਈ ਵੀ ਸਾਡੇ ਗੁਰੂ ਦਾ ਮਸਲਾ ਹੈ ਅਤੇ ਸਾਡੇ ਕਿਸੇ ਸਿੰਘ ਨੇ ਆਵਾਜ਼ ਮਾਰੀ ਹੈ ਅਤੇ ਸਾਨੂੰ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਅਤੇ ਉਹ ਤੁਹਾਡੇ ਸਾਰਾ ਕੁਛ ਸਾਹਮਣੇ ਆ। ਅਤੇ ਮੈਂ ਸਮਝਦਾ ਹਾਂ ਕਿ ਜਿਹੜੇ ਮੋਰਚੇ ਹੁੰਦੇ ਆ ਨਾ ਉਹ ਫੈਸਲੇ ਕਰਦੇ, ਇਸ ਮੋਰਚੇ ਨੇ ਫੈਸਲਾ ਕਰ ਦਿੱਤਾ ਸੀ, ਮੋਰਚਾ ਜਿੱਤ ਗਿਆ ਸੀ। ਐਂ ਨਹੀਂ ਹੈਗਾ ਜੇ ਤੁਸੀਂ ਮੈਨੂੰ ਹੁਣ ਪੁੱਛੋਗੇ ਵੀ ਇਹ ਕਦੋਂ ਤੱਕ ਰਹੂਗਾ, ਕਿਵੇਂ ਰਹੂਗਾ, ਕੀ ਇਹਦਾ ਹਿਸਾਬ ਕਿਤਾਬ ਆ, ਮੈਂ ਕਹਿੰਦਾ ਵੀ ਇਹ ਸਮਾਂ ਨਹੀਂ ਹੈਗਾ ਇੱਥੇ ਕੋਈ ਇਹ ਸਮਾਂ ਬਾਉਂਡ ਨਹੀਂ ਕੀਤਾ ਅਸੀਂ, ਇਹ ਤਾਂ ਲੜਾਈ ਜਿੱਤਾਂਗੇ ਅਤੇ ਜਦੋਂ ਜਿੱਤ ਦਾ ਝੰਡਾ ਸਾਡਾ ਚੜ੍ਹ ਗਿਆ ਅਤੇ ਫਿਰ ਅਰਦਾਸ ਕਰਕੇ ਫਿਰ ਅਸੀਂ ਇਹ ਅਗਲੀ ਗੱਲ ਕਰਾਂਗੇ। ਸੋ ਇਹ ਗੱਲਬਾਤ ਸੰਖੇਪ ਰੂਪ 'ਚ ਹੀ ਅਸੀਂ ਰੱਖੀ ਹੈ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਨਾਲ, ਕਿਉਂਕਿ ਇੱਥੇ ਸਟੇਜ ਦੀ ਕਾਰਵਾਈ ਚੱਲ ਰਹੀ ਆ, ਜਿਹੜੇ ਪ੍ਰਚਾਰਕ ਨੇ ਉਹ ਕੁਝ ਸਿੰਘ ਜਿਹੜੇ ਧਾਰਨਾਵਾਂ ਨਾਲ ਗਾਉਂਦੇ ਆ, ਕੁਝ ਕੀਰਤਨ ਕਰਦੇ ਆ, ਸਟੇਜ ਦੀ ਕਾਰਵਾਈ ਜਾ ਰਹੀ ਆ, ਬੁਲਾਰੇ ਲੱਗੇ ਹੋਏ ਆ। ਦੂਰੋਂ ਦਰੇਡੇ ਤੋਂ ਸਿੱਖ ਸੰਗਤਾਂ ਇੱਥੇ, ਪੰਜਾਬ ਭਰ ਤੋਂ ਅਤੇ ਹੋਰਾਂ ਸੂਬਿਆਂ ਤੋਂ ਵੀ ਇੱਥੇ ਪਹੁੰਚ ਰਹੀਆਂ। ਸੰਗਤ ਦੇ ਵਿੱਚ ਬੱਚਿਆਂ ਦੀ ਗਿਣਤੀ ਵੀ ਆ, ਬੀਬੀਆਂ ਵੀ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਅੱਧ ਖੜ ਉਮਰ ਦੇ, ਸਾਰੀਆਂ ਹੀ ਉਮਰਾਂ ਦੇ ਪੜਾਅ ਜਿਹੜੇ ਹੁੰਦੇ ਆ ਉਹ ਸਿੱਖ ਸੰਗਤਾਂ ਦੇ ਵਿੱਚ ਸ਼ਾਮਿਲ ਨੇ। ਨੇੜਲਾ ਪਿੰਡ ਆ ਇੱਥੇ ਸਮਾਲਸਰ, ਸਮਾਲਸਰ ਦੇ ਸ਼ਹੀਦ ਹੋਏ ਆ ਭਾਈ ਜੁਗਰਾਜ ਸਿੰਘ ਸਮਾਲਸਰ, ਰੁਮਾਨੀਆ ਕਾਂਡ ਵਾਲੇ, ਉਹਨਾਂ ਦੇ ਨਗਰ ਤੋਂ ਅੱਜ ਇੱਥੇ ਲੰਗਰ ਲੈ ਕੇ ਸਿੱਖ ਸੰਗਤਾਂ ਪਹੁੰਚੀਆਂ ਸਨ, ਤਾਂ ਵੇਖ ਕੇ ਖਿਆਲ ਆਉਂਦਾ ਕਿ ਉਹ ਵਾਸੀ, ਉਸ ਪਿੰਡ ਦੇ ਵਾਸੀ ਜਿਨ੍ਹਾਂ ਨੇ ਆਪਣੇ ਜਿਹੜੇ ਸ਼ਹੀਦ ਕਰਾਏ ਆ ਸਿੰਘ, ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਦੇ ਪਰਿਵਾਰ 'ਚੋਂ ਖੁਦ 3 ਸ਼ਹਾਦਤਾਂ ਜਿਹੜਾ ਇਹਨਾਂ ਦੇ ਮੰਡ ਪਰਿਵਾਰ 'ਚੋਂ ਹੋਈਆਂ, ਰਿਸ਼ਤੇਦਾਰੀਆਂ 'ਚੋਂ ਵੀ ਹੋਰ ਵੀ ਹੋਈਆਂ। ਇਹ ਜਿਹੜੇ
ਲੰਮੇ ਸਮੇਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮੇਂ ਤੋਂ ਆਰੰਭ ਹੋਏ ਸੰਘਰਸ਼ ਦੇ ਵਿਚਾਲੇ ਸ਼ਹਾਦਤਾਂ ਦੇਣ ਵਾਲੇ ਜਿਹੜੇ ਲੋਕ ਨੇ ਇਹ ਉਹਨਾਂ ਦਾ ਸਮੂਹ ਆ, ਇਹ ਜਿਨ੍ਹਾਂ ਨੇ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ ਅਤੇ ਕਿਸੇ ਕੁਰਬਾਨੀ ਤੋਂ ਹਟੇ ਨਹੀਂ। ਇਸ ਮੋਰਚੇ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਖਾਸ ਲੱਗੀ ਕਿ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਵਿਚਰਨ ਵਾਲੀਆਂ ਦੋ ਜਥੇਬੰਦੀਆਂ, ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ, ਦੋਵੇਂ ਹੀ ਇਸ ਮੋਰਚੇ ਦਾ ਸਪੋਰਟ ਕਰ ਰਹੀਆਂ, ਸਹਿਯੋਗ ਕਰ ਰਹੀਆਂ, ਹਮਾਇਤ ਕਰ ਰਹੀਆਂ ਅਤੇ ਉਹਨਾਂ ਦੇ ਸਿੰਘ ਵੀ ਇੱਥੇ ਪਹੁੰਚੇ ਹੋਏ ਆ। ਇਸ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਹਾਜ਼ਰੀ ਲਵਾ ਕੇ ਗਏ। ਇਸ ਤੋਂ ਇਲਾਵਾ ਅਖੰਡ ਕੀਰਤਨੀ ਜਥਾ, ਕੁੱਲ ਮਿਲਾ ਕੇ ਪੰਥ ਦੀਆਂ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ, ਛੋਟੀਆਂ ਹੋਣ ਵੱਡੀਆਂ ਹੋਣ, ਉਹ ਇੱਥੇ ਪਹੁੰਚ ਕੇ ਹਾਜ਼ਰੀਆਂ ਲਵਾ ਰਹੀਆਂ। ਜਥੇਦਾਰ ਮੰਡ ਹੋਣਾ ਦਾ ਕਹਿਣਾ ਕਿ ਇਹ ਜਿਹੜਾ ਮੋਰਚਾ ਵਾ, ਅਸੀਂ ਕੋਈ ਟਾਈਮ ਬੌਂਡ ਨਹੀਂ ਕੀਤਾ, ਕੋਈ ਇਹ ਅਣਮਿੱਥੇ ਸਮੇਂ ਲਈ ਆ, ਅਸੀਂ ਜਿੱਤ ਦੀ ਜਿਹੜੀ ਆ ਅਰਦਾਸ ਆ ਉਹ ਕਰਕੇ ਉੱਠਾਂਗੇ, ਉਸ ਤੋਂ ਪਹਿਲਾਂ ਨਹੀਂ ਇੱਥੋਂ ਉੱਠਣ ਵਾਲੇ। ਸੋ ਇਸ ਤੋਂ ਇਲਾਵਾ ਇੱਥੇ ਮੋਰਚੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਪੰਜ ਸਿੰਘ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਰਤਰਫ ਕਰ ਦਿੱਤਾ ਗਿਆ ਸੀ 2015 ਦੇ ਵਿੱਚ, ਉਹ ਵੀ ਹਾਜ਼ਰੀ ਲਵਾ ਕੇ ਗਏ ਆ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਜਿਹੜੀਆਂ ਪਹੁੰਚ ਰਹੀਆਂ ਹੋਈਆਂ ਅਤੇ ਜਿਹੜਾ ਮੋਰਚਾ ਵਾ ਬਰਗਾੜੀ ਦੇ ਵਿੱਚ ਜਾਰੀ ਆ। ਹੁਣ ਆਪਾਂ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ ਅਗਲੇ ਭਾਗ ਦੇ ਵਿੱਚ ਗੱਲਬਾਤ ਕਰਦੇ ਹਾਂ। ਬਰਗਾੜੀ ਮੋਰਚੇ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਇਸ ਵੇਲੇ ਸਾਡੇ ਨਾਲ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ। ਜਥੇਦਾਰ ਸਾਹਿਬ, ਪਹਿਲਾ ਸਵਾਲ ਇਹ ਆ ਕਿ ਤੁਹਾਡੀ ਇੱਕ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ, ਉਸ ਦਾ ਨਤੀਜਾ ਕੀ ਰਿਹਾ? ਦੇਖੋ, ਪੰਜਾਬ ਸਰਕਾਰ ਆਈ ਨੂੰ ਜਿਹੜੀ ਹੁਣ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਤਕਰੀਬਨ 14-15 ਮਹੀਨੇ ਹੋ ਗਏ। ਉਹਨਾਂ ਦੇ ਵੱਲੋਂ ਇੱਕ ਕਮਿਸ਼ਨ ਬਿਠਾਇਆ ਗਿਆ ਸੀ, ਉਹਨੂੰ ਵੀ 6 ਮਹੀਨੇ ਦਾ ਟਾਈਮ ਦਿੱਤਾ ਸੀਗਾ। ਉਹਨਾਂ ਨੇ ਵੀ, ਮੈਂ ਸਮਝਦਾ ਕਿ ਇਸ ਸੰਬੰਧ ਦੇ ਵਿੱਚ ਅੱਜ ਤੱਕ ਸਿੱਖ ਸੰਗਤਾਂ ਦੇ ਸਾਹਮਣੇ ਆਪਣੇ ਵਾਅਦੇ ਅਨੁਸਾਰ ਕੁਛ ਵੀ ਨਹੀਂ ਕੀਤਾ। ਬਰਗਾੜੀ ਦੇ ਸੰਬੰਧ, ਬਹਿਬਲ ਦੇ ਸੰਬੰਧ ਵਿੱਚ, ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਸੰਬੰਧ ਵਿੱਚ, ਜਿਹੜਾ ਕਿ ਉਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਇਹਨਾਂ ਸਾਰੇ ਮਸਲਿਆਂ ਦਾ ਹੱਲ ਦਿਆਂਗਾ। ਅਖੀਰ ਜਦੋਂ ਕੋਈ ਗੱਲਬਾਤ ਨਾ ਹੋਈ, ਪਿਛਲੇ ਸਾਲ ਵੀ ਇੱਕ ਜਿਹੜਾ ਸੀਗਾ, ਅਸੀਂ ਸੰਕੇਤ ਮਾਤਰ ਜਿਹੜਾ ਸੀ ਰੋਸ ਮੁਜ਼ਾਹਰਾ ਕੀਤਾ ਸੀ ਕੋਟਕਪੂਰਾ ਚੌਂਕ 'ਚ ਕਾਲੀਆਂ ਝੰਡੀਆਂ ਦੇ ਨਾਲ। ਉਸ ਤੋਂ ਬਾਅਦ ਜਿਹੜਾ ਸੀ, ਹੁਣ 1 ਜੂਨ ਆ ਗਈ, 3 ਸਾਲ ਹੋ ਗਏ ਆ। ਪਿਛਲੇ ਸਾਲ ਵੀ ਇੱਥੇ 1 ਜੂਨ ਦਾ ਇਕੱਠ ਸੀ, ਉਦੋਂ ਪਿਛਲੇ ਸਾਲ ਵੀ 1 ਜੂਨ ਦਾ ਇਕੱਠ ਰੱਖਿਆ ਸੀਗਾ, ਪਰ ਇਸ ਵਾਰ ਅਸੀਂ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ ਸੀਗਾ ਵੀ ਇੱਥੋਂ ਪ੍ਰੋਗਰਾਮ ਇਸ ਤਰ੍ਹਾਂ ਦਾ ਅਨਾਊਂਸ ਹੋਊਗਾ ਵੀ ਸਰਕਾਰ ਨੂੰ ਹੱਲ ਕਰਨਾ ਪਊਗਾ। ਅਤੇ 1 ਜੂਨ ਨੂੰ ਜਦੋਂ ਇੱਥੇ ਸਿੱਖ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ, ਔਰ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਇੱਥੇ ਮੰਚ 'ਤੇ ਜਥੇਦਾਰਾਂ ਦੇ ਸੱਦੇ 'ਤੇ ਇਕੱਠੀਆਂ ਹੋਈਆਂ ਅਤੇ ਇਨਸਾਫ ਦੀ ਆਵਾਜ਼ ਬੁਲੰਦ ਕੀਤੀ, ਤਾਂ ਉਸੇ ਦਿਨ ਹੀ DC ਔਰ SSP ਜੋ ਫਰੀਦਕੋਟ ਦੇ, ਉਹ ਸਾਡੇ ਕੋਲ ਸ਼ਾਮ ਨੂੰ ਇੱਥੇ ਪਹੁੰਚ ਗਏ। ਉਹ ਧਰਨਾ ਆ ਜਿਹੜਾ ਮੁਜ਼ਾਹਰਾ ਸੀਗਾ ਸਾਡਾ, ਜੋ ਮੋਰਚਾ ਸੀ ਇਨਸਾਫ ਮੋਰਚਾ, ਇਹਨੂੰ ਉਠਾਉਣ ਵਾਸਤੇ ਆਏ ਸੀ, ਪਰ ਜਦੋਂ ਅਸੀਂ ਉਹਨਾਂ ਨੂੰ ਆਪਣੀਆਂ ਗੱਲਾਂ ਦੱਸੀਆਂ, ਉਹਨਾਂ ਕੋਲ ਜਵਾਬ ਨਹੀਂ ਸੀ। ਉਹ ਕਹਿੰਦੇ ਅਸੀਂ ਸਰਕਾਰ ਨਾਲ ਗੱਲ ਕਰਾਂਗੇ। ਅਗਲੇ ਦਿਨ ਜਿਹੜੇ ਇਸ ਰੇਂਜ ਦੇ IG ਆ, GS ਢਿੱਲੋਂ, ਉਹ ਆ ਗਏ। ਉਹਨਾਂ ਨੇ ਆ ਕੇ ਜਿਹੜਾ ਸੀਗਾ ਮੋਰਚਾ ਉਠਾਉਣ ਦੀ ਗੱਲ ਕੀਤੀ, ਪਰ ਜਦੋਂ ਅਸੀਂ ਮੰਗਾਂ ਕੀਤੀਆਂ ਉਹਨਾਂ ਦੇ ਸਾਹਮਣੇ, ਤਾਂ ਜੋ ਉਹਨਾਂ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਸੀ। ਤਾਂ ਫਿਰ ਤੀਸਰੇ ਦਿਨ ਜਿਹੜਾ ਸੀ, ਉਹ ਕੈਬਨਿਟ ਮਿਨਿਸਟਰ ਜੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ MLA ਲੈ ਕੇ ਇੱਥੇ ਪਹੁੰਚੇ ਨਾਲ,
ਉਹਨਾਂ ਨਾਲ ਵੀ ਜਿਹੜੀ ਗੱਲਬਾਤ ਸੀਗੀ ਹੋਈ, ਉਹਨਾਂ ਕੋਲ ਵੀ ਇਹਨਾਂ ਮੰਗਾਂ ਦਾ ਜਵਾਬ ਨਹੀਂ। ਸਰਕਾਰ ਚੱਲ ਕੇ ਆਈ ਬਰਗਾੜੀ ਦੀ ਧਰਤੀ 'ਤੇ, ਕੈਬਨਿਟ ਮਿਨਿਸਟਰ ਵੀ ਸਰਕਾਰ ਹੁੰਦਾ, ਸਰਕਾਰ ਇੱਥੇ ਆਈ ਚੱਲ ਕੇ, ਬਕਾਇਦਾ ਜੋ ਜਥੇਦਾਰ ਸਾਹਿਬ ਨੇ ਕਿਹਾ ਸੀ ਸਰਕਾਰ ਇੱਥੇ ਚੱਲ ਕੇ ਆਊਗੀ, ਉਹਨਾਂ ਕੋਲ ਵੀ ਸਾਡੀਆਂ ਮੰਗਾਂ ਦਾ ਜਵਾਬ ਨਹੀਂ ਸੀ। ਅਤੇ ਉਹਨਾਂ ਨੇ ਬਕਾਇਦਾ ਮੀਡੀਆ 'ਚ ਇਸ ਗੱਲ ਦੀ ਮੁਆਫ਼ੀ, ਜਦੋਂ ਇੱਥੇ ਆਏ ਉਹਨਾਂ ਨੇ ਕਿਹਾ, ਪਹਿਲਾਂ ਤਾਂ ਅਰਦਾਸ ਕੀਤੀ ਕਿ ਤੁਹਾਡੀਆਂ ਮੰਗਾਂ ਜਾਇਜ਼ਾ ਅਤੇ ਗੁਰੂ ਤੁਹਾਡੇ ਮੋਰਚੇ ਨੂੰ ਸਫਲ ਕਰੇ, ਮੈਂ ਅਰਦਾਸ ਕਰਦਾ। ਫਿਰ ਉਹਨਾਂ ਨੇ, ਮੈਂ ਅਗਲੀ ਗੱਲ 'ਤੇ ਤੁਹਾਡੇ ਜਵਾਬ 'ਤੇ ਆਉਣਾ ਚਾਹੁੰਦਾ ਕਿ ਫਿਰ ਉਹਨਾਂ ਨੇ ਜਿਹੜਾ ਸੀਗਾ ਗੱਲਬਾਤ ਦੇ ਵਿੱਚ, ਉਸ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਸਾਡੇ ਕੋਲ ਕਮੀ ਰਹੀ, ਅਸੀਂ ਮੁਆਫ਼ੀ ਮੰਗਦੇ ਹਾਂ, ਦੇਰੀ ਹੋਈ ਆ, ਮੰਗਾਂ ਇਹਨਾਂ ਦੀਆਂ ਜਾਇਜ਼ ਅਮਨ ਕਾਨੂੰਨ ਦੇ ਨਾਲ ਬੜਾ ਪੁਰਅਮਨ ਤਰੀਕੇ ਨਾਲ ਸ਼ਾਂਤਮਈ ਇਹਨਾਂ ਦਾ ਪ੍ਰੋਟੈਸਟ ਜਿਹੜਾ ਮੋਰਚਾ ਇਨਸਾਫ ਮੋਰਚਾ ਚੱਲ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਸੱਦਾ ਦਿੱਤਾ ਚੰਡੀਗੜ੍ਹ, ਪੰਜਾਬ ਭਵਨ, ਪੰਜਾਬ ਭਵਨ ਪੰਜਾਬ ਦਾ ਸਾਂਝਾ ਵਾ, ਉੱਥੇ ਮੁੱਖ ਮੰਤਰੀ ਸਾਹਿਬ ਆਏ, ਉੱਥੇ ਹੀ ਅਸੀਂ ਸਾਰੇ ਗਏ, ਜੋ ਮੇਰੇ ਨਾਲ ਵਫਦ ਸੀਗਾ ਜਥੇਦਾਰ ਸਾਹਿਬ ਨੇ ਭੇਜਿਆ, ਤਾਂ ਉੱਥੇ ਬੈਠ ਕੇ ਬਕਾਇਦਾ ਉਹਨਾਂ ਦੇ ਕੈਬਨਿਟ ਮਿਨਿਸਟਰ ਸੀ, 3 MLA ਸੀ, USD ਸੀ, ਉਹਨਾਂ ਦੇ ਔਫਿਸਰ ਸੀਗੇ ਇੰਟੈਲੀਜੈਂਸੀ ਦੇ, ਦਿਨਕਰ ਗੁਪਤਾ ਜੀ ਔਰ ਅਵਰਿੰਦਰ ਕੁਮਾਰ ਜੀ, ਉਹਨਾਂ ਨਾਲ ਬੜੀ ਡਿਟੇਲ 'ਚ ਸਾਡੀ ਗੱਲਬਾਤ ਹੋਈ। ਤਾਂ ਗੱਲਬਾਤ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ, ਬੇਅਦਬੀ ਦਾ, ਬਹਿਬਲ ਦਾ ਸਾਰਾ ਕੁਝ ਦੱਸਿਆ, ਤਾਂ ਮੁੱਖ ਮੰਤਰੀ ਨੇ ਕਿਹਾ ਇਹ ਮੰਗਾਂ ਤਾਂ ਮੇਰੀਆਂ ਸੀ, ਅਤੇ ਅਸੀਂ ਕਿਹਾ ਅਸੀਂ ਤੁਹਾਨੂੰ ਚੇਤਾ ਹੀ ਤਾਂ ਕਰਾ ਰਹੇ ਹਾਂ ਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਇਹ ਕੁਝ ਕਿਹਾ ਸੀਗਾ, ਅਤੇ ਇਹਨੂੰ ਜਿਹੜਾ ਹੈਗਾ ਹੁਣ ਤੁਰੰਤ ਜਿਹੜਾ ਇਹਨਾਂ ਨੂੰ ਹੱਲ ਕਰੋ। ਅਤੇ ਉਹਨਾਂ ਨੇ ਤੁਰੰਤ ਜਿਹੜਾ ਸੀਗਾ ਉੱਥੇ ਅਫਸਰਾਂ ਨੂੰ ਆਰਡਰ ਕੀਤੇ ਵੀ ਇਹਨਾਂ ਮਸਲਿਆਂ ਦਾ ਹੱਲ ਚਾਹੀਦਾ, ਕਿ ਜੋ ਇਹ ਕਹਿ ਰਹੇ ਇਹਨਾਂ ਦੀਆਂ ਮੰਗਾਂ ਜਾਇਜ਼ ਆ, ਕੋਈ ਨਜਾਇਜ਼ ਨਹੀਂ ਆ। ਜੋ ਕਮਿਸ਼ਨ ਬਣਿਆ ਸੀ ਜਸਟਿਸ ਰਣਜੀਤ ਸਿੰਘ ਦਾ, ਉਹਦੀ ਰਿਪੋਰਟ ਨੂੰ ਜਲਦੀ ਜਨਤਕ ਕਰੋ। ਵੀ ਉਹ ਕਹਿੰਦੇ ਜਸਟਿਸ ਸਾਹਿਬ ਨੇ 1 ਮਹੀਨੇ ਦਾ ਸਮਾਂ ਮੰਗਿਆ, ਤਾਂ ਅਸੀਂ ਕਿਹਾ ਵੀ 1 ਮਹੀਨਾ ਬਹੁਤ ਆ, ਹੁਣ ਮਹੀਨਾ ਨਹੀਂ, ਹੁਣ 2 ਭਾਗਾਂ ਦੇ ਵਿੱਚ ਰਿਪੋਰਟ ਨੂੰ ਕਰ ਦਿਓ, ਜਿਹੜੀ ਬਰਗਾੜੀ ਅਤੇ ਬਹਿਬਲ ਦੀ ਰਿਪੋਰਟ ਆ ਉਹ ਪਹਿਲਾਂ ਦੇ ਦਿਓ, ਜਿਹੜੀਆਂ ਬਾਅਦ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਦੀ ਰਿਪੋਰਟ ਬਾਅਦ 'ਚ ਦੇ ਦਿਓ, ਉਹ ਇਕੱਠੀ ਦੇਣਾ ਚਾਹੁੰਦੇ ਸੀ। ਤਾਂ ਹੁਣ ਉਹਨਾਂ ਨੇ ਜਿਹੜਾ ਤੁਰੰਤ ਜਿਹੜੀ ਸਾਡੀ ਗੱਲਬਾਤ ਹੋਈ ਆ, ਬਕਾਇਦਾ ਗੱਲਬਾਤ ਦੇ ਵਿੱਚ ਉਹਨਾਂ ਨੇ ਔਫਿਸਰਾਂ ਨੂੰ ਸਾਡੇ ਸਾਹਮਣੇ ਜਿਹੜੇ ਆ ਉਹ ਹੁਕਮ ਕੀਤੇ ਆ। ਮੈਂ ਸਮਝਦਾ ਕਿ ਜੇਕਰ ਉਹਨਾਂ ਹੁਕਮਾਂ 'ਤੇ ਕੰਮ ਹੋਵੇ ਤਾਂ ਸਾਨੂੰ ਤੁਰੰਤ ਜਿਹੜਾ ਇਹਦਾ ਰਿਜ਼ਲਟ ਆ 2-4 ਦਿਨਾਂ 'ਚ ਮਿਲੂਗਾ, ਜੇ ਨੀਅਤ ਸਰਕਾਰ ਦੀ ਸਾਫ਼ ਹੋਈ। ਇਹ ਨਹੀਂ ਵੀ ਸਾਡੇ ਸਾਹਮਣੇ ਹੁਕਮ ਕਰ ਦਿੱਤਾ ਅਤੇ ਬਾਅਦ ਵਿੱਚ ਜਿਹੜਾ ਹੈਗਾ ਕੁਛ ਹੋਰ ਹੋਵੇ। ਜੇਕਰ ਜੋ ਸਾਡੇ ਸਾਹਮਣੇ ਹੁਕਮ ਕੀਤੇ ਆ ਮੀਟਿੰਗ ਦੇ ਵਿੱਚ ਔਫਿਸਰਾਂ ਨੂੰ ਮੁੱਖ ਮੰਤਰੀ ਪੰਜਾਬ ਨੇ, ਤਾਂ ਉਹਦੇ ਅਨੁਸਾਰ ਸਾਨੂੰ ਲੱਗਦਾ ਵੀ 2-4 ਦਿਨਾਂ ਦੇ ਵਿੱਚ ਕੋਈ ਹੱਲ ਜਿਹੜਾ ਉਹ ਸਾਡੇ ਸਾਹਮਣੇ ਆਊਗਾ। ਇੰਝ ਪੁੱਛਣਾ ਹੋਵੇ ਕਿ ਗੱਲਬਾਤ ਤੌਰ 'ਤੇ ਜਿਹੜੀ ਮੀਟਿੰਗ ਆ ਉਹ ਸਫਲ ਰਹੀ, ਨਤੀਜਿਆਂ ਨੇ ਅਜੇ ਇਸ ਨੂੰ ਸਫਲ ਜਿਹੜਾ ਵਾ ਉਹਦੀ ਮੋਹਰ ਲੱਗਣੀ ਬਾਕੀ ਆ? ਇੰਝ ਆ ਕੋਲ ਅਸੀਂ ਉਹਨਾਂ ਚਿਰ ਨਹੀਂ ਮੰਨਦੇ। ਦੇਖੋ ਉਹਨਾਂ ਨੇ ਸਾਨੂੰ ਸੱਦਾ ਦਿੱਤਾ, ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੇ। ਸਾਡਾ ਇਨਸਾਫ਼ ਮੋਰਚਾ ਵੀ ਚੱਲ ਰਿਹਾ, ਗੱਲਬਾਤ ਵੀ ਚੱਲ ਰਹੀ, ਕੋਈ ਔਫਿਸਰ ਆਵੇ, ਕੋਈ ਮੰਤਰੀ ਆਵੇ, ਮੁੱਖ ਮੰਤਰੀ ਨਾਲ ਵੀ ਗੱਲਬਾਤ ਹੋਈ, ਉਹਨਾਂ ਦੇ ਔਫਿਸਰਾਂ ਨਾਲ ਵੀ ਹੋਈ ਆ, ਕਿਉਂਕਿ ਗੱਲ ਅਕਸਰ ਗੱਲਬਾਤ ਦੇ ਨਾਲ ਹੀ ਜਿਹੜਾ ਹੈ ਹੱਲ ਹੁੰਦਾ। ਜੋ ਸਾਡੀਆਂ ਮੰਗਾਂ ਨੇ ਸਰਕਾਰ ਦੇ ਸਾਹਮਣੇ ਰੱਖੀਆਂ ਨੇ, ਸਰਕਾਰ ਨੇ ਵੀ, ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਜਿਹੜਾ ਸਾਡੇ ਅਧਿਕਾਰ ਖੇਤਰ 'ਚ ਅਸੀਂ ਕਰਾਂਗੇ, ਜਿਹੜਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ, ਮੈਨੂੰ ਫਾਈਲਾਂ ਦਿਓ। ਅਫਸਰਾਂ ਦੀ ਡਿਊਟੀ ਲਗਾਈ ਉਹਨਾਂ ਨੇ ਬਕਾਇਦਾ ਕਿ ਉਹ ਮੈਨੂੰ ਫਾਈਲਾਂ ਦਿਓ, ਉਹਦੀ ਮੈਂ ਪ੍ਰਧਾਨ ਮੰਤਰੀ ਦੇ ਨਾਲ, ਗ੍ਰਹਿ ਮੰਤਰੀ ਦੇ ਨਾਲ ਜਿਹੜਾ ਹੈਗਾ ਹੋਮ ਮਿਨਿਸਟਰ ਦੇ ਨਾਲ ਗੱਲ ਕਰਾਂਗਾ। ਅਤੇ ਸਾਨੂੰ ਪਤਾ ਲੱਗਿਆ ਵੀ 16-17 ਤਰੀਕ ਦਾ ਸ਼ਾਇਦ ਉਹਨਾਂ ਨੇ ਸਮਾਂ ਵੀ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਨੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੋਂ ਇਸ ਮਸਲੇ 'ਤੇ ਲੈ ਲਿਆ ਕਿ ਉਹ ਜਿਹੜੇ ਮਸਲੇ ਕੇਂਦਰ ਸਰਕਾਰ ਦੇ ਦਾਇਰੇ 'ਚ ਆਉਂਦੇ ਆ ਵੀ ਉਹ ਵੀ ਹੱਲ ਕੀਤੇ ਜਾਣ। ਮੈਂ ਜਿਹੜਾ ਸਵਾਲ ਪੁੱਛਣਾ ਸੀ ਵਿਚਾਲੇ ਉਹ ਇਹੀ ਆ ਕਿ ਜਦੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇੱਥੇ ਆਏ, ਪੰਜਾਬ ਦੇ ਉਹ ਇੱਕ ਖਾਸੇ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਆ, ਉਹਨਾਂ ਜਦੋਂ ਇੱਥੇ ਗੱਲ ਕਹੀ ਆ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ, ਉਹਨਾਂ ਉਸ ਮੰਗ ਨੂੰ ਵੀ ਜਾਇਜ਼ ਸਮਝਿਆ ਵਾ ਜਿਹਦੇ ਵਿੱਚ ਬੰਦੀ ਸਿੰਘਾਂ ਦੀ ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈ ਦੀ ਗੱਲ ਆ, ਉਸ ਗੱਲ ਨੂੰ ਵੀ ਸਰਕਾਰ ਦੇ ਨੁਮਾਇੰਦੇ ਵਜੋਂ ਉਹ ਜਾਇਜ਼ ਮੰਨ ਰਹੇ ਆ? ਦੇਖੋ ਕੈਬਨਿਟ ਮਿਨਿਸਟਰ ਦੀ ਗੱਲ ਤਾਂ ਹੇਠਾਂ ਰਹਿ ਗਈ, ਮੁੱਖ ਮੰਤਰੀ ਪੰਜਾਬ ਨੇ ਖੁਦ ਕਿਹਾ
ਜਦੋਂ ਸਾਡੀ ਮੀਟਿੰਗ ਹੋਈ ਆ, ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਜਿਸ ਵੇਲੇ 1984 'ਚ ਇਸ ਤਰ੍ਹਾਂ ਦੇ ਹਾਲਾਤ ਸੀ, ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਇਆ, ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ, ਗੁਰਧਾਮਾਂ ਦੇ ਜਿਹੜੇ ਸੀਗਾ ਹਮਲੇ ਹੋਏ ਹੋਰਾਂ 'ਤੇ, ਅਤੇ ਨੌਜਵਾਨ ਜਿਹੜੇ ਸੀਗੇ ਉਹ ਅਣਖਾਣ ਦੀ ਲੜਾਈ ਉਹਨਾਂ ਨੇ ਲੜੀ ਆ, ਉਹ ਕੋਈ ਸਾਡੇ ਕ੍ਰਿਮੀਨਲ ਨਹੀਂ ਆ ਜਿਹੜੇ ਸਿੱਖ ਬੰਦੀ ਨੇ। ਹਾਂ, ਉਹਨਾਂ ਨੇ ਰਾਸੀ ਲੜਾਈ ਲੜੀ ਔਰ ਉਹ ਹਾਲਾਤਾਂ ਅਨੁਸਾਰ ਸੀਗਾ। ਅਤੇ ਕੈਬਨਿਟ ਮੰਤਰੀ ਦੀ ਗੱਲ ਛੱਡੋ, ਮੁੱਖ ਮੰਤਰੀ ਨੇ ਕਿਹਾ ਵੀ ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ, ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ। ਫਿਰ ਰੋਕ ਕਿੱਥੇ ਆ, 14 ਮਹੀਨੇ ਲੰਘ ਗਏ। ਹਾਂ ਬਿਲਕੁਲ, ਇਹ ਜਿਹੜੀ ਗੱਲ ਆ ਉਹਨਾਂ ਨੇ ਮੰਨੀ ਆ ਕਿ ਸਾਡੇ ਕੋਲ ਡਿਲੇਅ ਹੋਇਆ ਵਾ, ਅਤੇ ਅਸੀਂ ਜਿਹੜਾ ਹੈਗਾ ਇਹਨੂੰ ਤੁਰੰਤ, ਸਾਡੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ 3 ਭਾਗ ਨੇ ਸਾਡੇ। ਇੱਕ ਤਾਂ ਹੈ ਜਿਹੜਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ, ਇੱਕ ਹੈ ਜਿਨ੍ਹਾਂ 'ਤੇ ਕੋਈ ਕੇਸ ਵੀ ਚੱਲਦੇ ਆ ਅਤੇ ਲੰਬੀਆਂ ਸਜ਼ਾਵਾਂ ਭੁਗਤ ਰਹੇ ਆ ਉਹਨਾਂ ਦੀ ਪੈਰੋਲ, ਅਤੇ ਤੀਸਰਾ ਹੈਗਾ ਜਿਹੜੇ ਅਦਰ ਸਟੇਟਾਂ ਹੋਰ ਸਟੇਟਾਂ ਦੇ ਵਿੱਚ ਸਾਡੇ ਬੰਦੀ ਸਿੰਘ ਆ, ਉਹਨਾਂ 'ਤੇ ਕੇਸ ਕੋਈ ਨਹੀਂ ਉਹਨਾਂ ਸਟੇਟਾਂ ਦਾ, ਚਾਹੇ ਉਹ ਰਾਜਸਥਾਨ ਹੈ, ਚਾਹੇ ਉਹ ਦਿੱਲੀ ਹੈ, ਚਾਹੇ ਯੂਪੀ ਆ, ਉਹਨਾਂ ਦੀ ਪੰਜਾਬ ਦੇ ਵਿੱਚ ਤਬਦੀਲੀ ਆਪਣੀ ਸਟੇਟ ਦੇ ਅੰਦਰ, ਇਹ ਬਾਏ ਕਾਨੂੰਨ ਸਾਡੀ ਕਾਨੂੰਨ ਮੰਗ ਆ। ਬੰਦੀ ਸਿੰਘਾਂ ਦੀ ਗੱਲ ਹੈ, ਕੀ ਤੁਸੀਂ ਸਰਕਾਰ ਨੂੰ ਲਿਸਟ ਸੌਂਪ ਚੁੱਕੇ ਹੋ ਕਿ ਅਜੇ ਸੂਚੀ ਦੇਣੀ ਆ? ਦੇਖੋ, 20 ਜਣਿਆਂ ਦੀ ਸੂਚੀ ਤਾਂ ਅਸੀਂ ਦੇ ਦਿੱਤੀ ਸੀਗੀ, ਬਾਕੀ ਉਹਨਾਂ ਨੇ ਕਿਹਾ ਵੀ ਤੁਹਾਡੀ ਜਿਹੜੀ ਟੀਮ ਆ ਉਹ ਗੱਲਬਾਤ ਸਾਡੇ ਨਾਲ ਕਰੇ, ਅਤੇ ਅਸੀਂ ਜਿਹੜੇ ਬਾਕੀ ਵੀ ਹੋਰ ਕੈਦੀ ਆ ਫਾਈਲਾਂ ਅਨੁਸਾਰ ਉਹਨਾਂ, ਅਸੀਂ ਵਕੀਲਾਂ ਦੀ ਡਿਊਟੀ ਵੀ ਲਾਈ ਆ, ਕੁਝ ਅਸੀਂ ਗੱਲਬਾਤ ਜਿਹੜਾ ਹੈਗਾ ਉਹ ਗੱਲਬਾਤ ਵੀ ਕਰਨਗੇ ਆਫੀਸਰਾਂ ਦੇ ਨਾਲ, ਉਹ ਸਾਨੂੰ ਪੁੱਛਦੇ ਵੀ ਆ ਵੀ ਦੱਸੋ ਕਿਹੜਾ ਕਿਹੜਾ। ਇੱਕ ਲਿਸਟ ਅਸੀਂ ਦਿੱਤੀ ਵੀ ਆ ਉਹ ਮੁੱਖ ਮੰਤਰੀ ਕੋਲ ਵੀ, ਉਹਨਾਂ ਦੇ ਕੈਬਨਿਟ ਮੰਤਰੀ ਕੋਲ ਵੀ, ਉਹਨਾਂ ਦੀ ਇੰਟੈਲੀਜੈਂਸੀ ADGP ਜਿਹੜੇ DGP ਸੀਗੇ ਉਹਨਾਂ ਕੋਲ ਵੀ, ਤਾਂ ਅਸੀਂ ਲਿਸਟ ਦੇ ਵੀ ਚੁੱਕੇ ਹਾਂ, ਜਿਉਂ ਜਿੱਦਾਂ ਜਿੱਦਾਂ ਉਹ ਸਾਨੂੰ ਪੁੱਛਣਗੇ ਉਸੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਲਿਸਟ ਜਿਹੜੀ ਆ ਉਹ ਦੇ ਰਹੇ ਹਾਂ, ਔਰ ਉਹਦੇ 'ਤੇ ਵਰਕ ਵੀ, ਸਾਡੀ ਜੋ ਜਾਣਕਾਰੀ ਆ ਉਹਦੇ ਅਨੁਸਾਰ ਉਹਦੇ 'ਤੇ ਵਰਕ ਵੀ ਹੋ ਰਿਹਾ ਵਾ, ਪਰ ਜਿੰਨਾ ਚਿਰ ਰਿਜ਼ਲਟ ਨਹੀਂ ਸਾਹਮਣੇ ਆ ਜਾਂਦਾ ਉਹਨਾਂ ਚਿਰ ਅਸੀਂ ਅਜੇ ਤਸੱਲੀ ਨਹੀਂ ਲੈਂਦੇ। ਬੇਅਦਬੀ ਨਾਲ ਜੁੜਿਆ ਹੋਇਆ ਇੱਕ ਸਵਾਲ ਆ ਕਿ ਜਿਹੜਾ ਇਹ ਮੋਰਚਾ ਜਾਰੀ ਆ, ਬਰਗਾੜੀ ਦਾ ਮੋਰਚਾ, ਕੀ ਇਹ ਮੋਰਚਾ ਸਿਰਫ ਇੱਥੇ ਵਾਲੀ ਜਿਹੜੀ ਬੇਅਦਬੀ ਦੀ ਘਟਨਾ ਉਹਦੇ ਤੱਕ ਸੀਮਤ ਆ ਕਿ ਪੰਜਾਬ ਭਰ ਦੇ ਜਿੱਥੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ? ਦੇਖੋ, ਪਹਿਲੀ ਗੱਲ ਤਾਂ ਇਹ ਮੇਨ ਮੁੱਖ ਜਿਹੜਾ ਸੀ ਨਾ ਬਰਗਾੜੀ ਕਾਂਡ ਜਿਹੜਾ ਸੀ, ਮਸ਼ਹੂਰ ਹੋਇਆ ਕਿ ਬਰਗਾੜੀ ਕਾਂਡ, ਗੱਲ ਬਰਗਾੜੀ ਤੋਂ ਬੁਰਜਵਾਹਰ ਸਿੰਘ ਵਾਲਾ ਤੋਂ ਚੱਲੀ ਸੀ, ਅਤੇ ਅਸੀਂ ਸਮਝਦੇ ਹਾਂ ਵੀ ਜੇ ਬਰਗਾੜੀ ਵਾਲਾ ਮਸਲਾ ਹੱਲ ਹੋ ਗਿਆ ਤਾਂ ਸਾਰੇ ਹੀ ਹੋ ਜਾਣੇ ਆ, ਫਿਰ ਸਾਰੀ ਕਹਾਣੀ ਜਿਹੜੀ ਆ ਸਾਹਮਣੇ ਆ ਜਾਣੀ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨਾਂ ਸਾਰੀਆਂ ਬੇਅਦਬੀਆਂ ਪਿੱਛੇ ਡੇਰਾ ਸਰਸਾ ਮੁਖੀ ਦਾ ਹੱਥ ਆ, ਗੁਰਮੀਤ ਰਾਮ ਰਹੀਮ ਦਾ, ਉਹਦੇ ਪੈਰੋਕਾਰ, ਜਿੱਥੇ ਬੇਅਦਬੀ ਹੁੰਦੀ ਉਹਦੇ ਪੈਰੋਕਾਰ, ਮੌੜ ਬੰਬ ਧਮਾਕਾ ਹੋਇਆ ਉਹਦੇ 'ਚ ਡੇਰੇ ਵਾਲੇ ਦੇ ਪੈਰੋਕਾਰ, ਪੁਲਿਸ ਦੀ ਜਾਂਚ ਜਿਹੜੀ ਉਹ ਕਾਰ ਜਿਹੜੀ ਸੀ ਉਹਦੇ ਵਰਕਸ਼ਾਪ 'ਚ ਮੋਡੀਫਾਈ ਹੋਈ, ਰੈੱਡ ਤੋਂ ਵਾਈਟ ਕੀਤੀ, ਉਹਦੇ ਬੰਦੇ ਜਿਹੜੇ ਸੀ ਉਹਨਾਂ ਦੇ 164 ਦੇ ਬਿਆਨ ਹੋਏ ਹੁਣ, ਫਿਰ ਜਿਹੜੀ ਬਰਗਾੜੀ ਸੀ ਇੱਥੇ ਪੋਸਟਰ ਉਹਦੇ ਪੈਰੋਕਾਰਾਂ ਨੇ ਲਾਏ, ਫਿਰ ਜਿਹੜੀ ਭੂੰਦੜ 'ਚ ਹੁਣ ਘਟਨਾ ਵਾਪਰੀ ਆ ਉਹਦੇ 'ਚ ਡੇਰਾ ਪ੍ਰੇਮੀ ਆ, ਉਹ ਡੇਰੇ ਦਾ ਪੈਰੋਕਾਰ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨਾਂ ਨੂੰ ਫੜ ਲਓ, ਜੇ ਪੱਕਾ ਹੀ ਹੱਲ ਕੱਢਣਾ ਅਤੇ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਗੁਰਮੀਤ ਰਾਮ ਰਹੀਮ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਓ, ਪੰਜਾਬ ਦੇ ਕਿਸੇ CA ਸਟਾਫ 'ਚ ਮੁੱਦਾ ਪਾਓ, ਉਹਦੇ ਫਿਰ ਉਹ ਪਟਾ ਅਤੇ ਜਿਹੜੀ ਸੱਚਾਈ ਆ ਉਹ ਸਾਰੀ ਸਾਹਮਣੇ ਆ ਜੂ, ਜਿੱਥੇ ਜਿੱਥੇ ਬੇਅਦਬੀਆਂ ਕਰਾਈਆਂ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪਖੰਡੀ ਜਿਹੜਾ ਅੱਜ ਕੁਕਰਮਾਂ ਦੀ ਸਜ਼ਾ ਭੁਗਤ ਰਿਹਾ ਉਹ ਸਾਰਾ ਕੁਝ ਹੀ ਦੱਸ ਦਊਗਾ, ਪਰ ਅਜੇ ਵੀ ਦੇਖਣ ਜਾ ਰਿਹਾ ਵਾ ਕਿ ਪਹਿਲਾਂ ਬਾਦਲਾਂ ਨੇ ਉਹਦੇ ਨਾਲ ਯਾਰੀ ਨਿਭਾਈ, ਜਦੋਂ ਬਾਦਲਾਂ ਦੇ ਵੇਲੇ ਵੀ ਪਤਾ ਲੱਗ ਗਿਆ ਬੇਅਦਬੀ ਕਿਹਨੇ ਕੀਤੀ ਆ, ਪਰ ਉਹਨਾਂ ਨੇ ਉਸ ਜਾਂਚ ਨੂੰ ਸੌਦਾ ਸਾਧ ਕਰਕੇ ਯਾਰੀ ਨਿਭਾਉਂਦਿਆਂ ਉਹਦੇ ਤੋਂ ਵੋਟਾਂ ਲਈਆਂ, ਅਤੇ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਕੈਪਟਨ ਸਰਕਾਰ ਵੀ ਇਹ ਸੋਚ ਰਹੀ ਆ ਵੀ ਭਾਜਪਾ ਅਤੇ ਅਕਾਲੀਆਂ ਦੇ ਨਾਲ ਉਹਨਾਂ ਦੀ ਫਿੱਕ ਪੈ ਗਈ ਆ ਵੀ ਉਹਨਾਂ ਨੇ ਬਚਾਇਆ ਨਹੀਂ ਉਹਨੂੰ ਉਸ ਕੈਦ ਤੋਂ ਜਿਹੜੀ ਉਹ ਕੱਟ ਰਿਹਾ, ਅਤੇ ਜਿਹੜੀ ਰਹਿੰਦ ਖੂੰਹਦ ਉਹਦੀ ਬਚੀ ਆ ਵੋਟ ਵੀ ਉਹ ਸਾਨੂੰ 2019 ਦੇ ਵਿੱਚ ਪੈ ਜੂਗੀ। ਮੈਨੂੰ ਲੱਗਦਾ ਵੀ ਉਹਦੇ ਨਾਲ
ਜਾਰੀ ਨਿਭਾਉਣ ਵਾਲੀ ਗੱਲ ਜਿਹੜੀ ਆ ਚੱਲ ਰਹੀ ਆ। ਅਸੀਂ ਤਾਂ ਜਿਹੜਾ ਹੈ ਵਾਇਆ ਮੀਡੀਆ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਪੰਜਾਬ ਦੇ ਲੋਕ ਇਨਸਾਫ ਚਾਹੁੰਦੇ ਆ, ਪਰ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਹੁਣਾਂ ਬਾਰੇ ਪ੍ਰਭਾਵ ਜਾ ਰਿਹਾ ਵਾ ਕਿ ਉਹ ਬਾਦਲਾਂ ਦੀ ਜਾਰੀ ਨਿਭਾ ਰਹੇ ਆ। ਇੱਕੋ ਹੀ ਕੰਮ ਚੱਲਣਾ, ਜਾਂ ਬਾਦਲਾਂ ਦੀ ਜਾਰੀ ਜਾਂ ਪੰਜਾਬ ਦੀ ਸਰਕਾਰ, ਜਾਂ ਤਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਬੇਅਦਬੀ ਦਾ ਮਾਮਲਾ, ਖੁਦਕਸ਼ੀਆਂ ਦਾ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਦੂਸ਼ਿਤ ਪਾਣੀਆਂ ਦਾ, ਆਬੋ ਹਵਾ ਦਾ ਮਾਮਲਾ, ਇਹ ਸਾਰੇ ਜਿਹੜੇ ਮਾਮਲੇ ਆ, ਔਰ ਡਰੱਗ ਦਾ ਮਾਮਲਾ, ਨਸ਼ਿਆਂ ਦਾ ਮਾਮਲਾ ਜਿਹੜਾ ਹੈਗਾ, ਦੇਖੋ ਆਪਦੀ ਬਣਾਈ STF ਕੈਪਟਨ ਅਮਰਿੰਦਰ ਸਿੰਘ ਦੀ, ਜੇਕਰ ਉਹਦੇ 'ਚ ਕਿਸੇ ਵੱਡੇ ਮੰਤਰੀ ਦਾ, ਸਾਬਕਾ ਦਾ ਨਾਂ ਆ ਜਾਂਦਾ ਮਜੀਠੀਏ ਦਾ, ਤਾਂ ਉਹ STF ਹੀ ਚੇਂਜ ਹੋ ਜਾਂਦੀ ਆ, ਉਹ ਆਫਿਸਰ ਹੀ ਚੇਂਜ ਹੋ ਜਾਂਦੇ ਆ। ਸੋ ਇੱਥੋਂ ਅਜੇ ਤੱਕ ਪ੍ਰਭਾਵ ਇਹ ਜਾ ਰਿਹਾ, ਕੇਵਲ ਪੰਥਕ ਜਥੇਬੰਦੀਆਂ 'ਚ ਹੀ ਨਹੀਂ, ਜਿਹੜੇ ਕਾਂਗਰਸੀ MLA ਜਾਂ ਉਹਨਾਂ ਦੇ ਵਰਕਰ, ਉਹਨਾਂ 'ਚ ਵੀ ਪ੍ਰਭਾਵ ਜਾ ਰਿਹਾ ਕਿ ਬਾਦਲਾਂ ਦੀ ਸੁਣਵਾਈ ਆ, ਸਾਡੀ ਸੁਣਵਾਈ ਨਹੀਂ ਆ। ਡੇਰਾ ਸਿਰਸਾ ਦੇ ਨਾਲ ਜੁੜੇ ਹੋਏ ਕੋਈ 10-11 ਲੋਕਾਂ ਨੂੰ ਪੁਲਿਸ ਨੇ ਫੜਿਆ ਹੋਇਆ, ਉਸ ਗ੍ਰਿਫਤਾਰੀਆਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਅਸੀਂ ਤਾਂ ਸੱਚਾਈ ਚਾਹੁੰਦੇ ਹਾਂ, ਚਾਹੇ ਉਹ ਡੇਰੇ ਦੇ ਪੈਰੋਕਾਰ ਆ ਚਾਹੇ ਕੋਈ ਹੋਰ ਆ, ਪਰ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਸਹੀ ਸੇਧ ਵਾਲੇ ਪਾਸੇ ਜਿਹੜੀ ਆ, ਜਿਹੜਾ ਮੋਰਚੇ ਦਾ ਪ੍ਰਭਾਵ ਇਨਸਾਫ ਮੋਰਚੇ ਦਾ ਜਾ ਰਿਹਾ, ਜਿਹੜੀਆਂ ਇੱਥੇ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚ ਰਹੀਆਂ, ਮਾਤਾਵਾਂ ਬੀਬੀਆਂ ਭੈਣਾਂ ਪਹੁੰਚ ਰਹੀਆਂ ਨੇ, ਨੌਜਵਾਨ ਪਹੁੰਚ ਰਹੇ ਆ ਕਾਫਲੇ ਰੋਜ਼ਾਨਾ ਹੀ ਇੱਥੇ, ਅੱਜ ਵੀ ਪੰਥਕ ਸੇਵਾ ਲਹਿਰ ਵੱਲੋਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਵੱਡਾ ਕਾਫਲਾ ਲੈ ਕੇ ਇੱਥੇ ਆਏ ਆ। ਉੱਧਰੋਂ ਕਿੱਥੇ ਚਾਂਦਪੁਰਾ ਦੇਖੋ, ਹਰਿਆਣੇ ਦੇ ਵਿੱਚ ਟੁਹਾਣੇ ਦੇ ਕੋਲ ਉਸ ਪਾਸੇ ਤੋਂ ਜਾਖਲ ਮੰਡੀ ਤੋਂ ਕਾਫਲਾ ਆਇਆ, ਹੋਰ ਕਿੰਨੇ ਕਾਫਲੇ ਰੋਜ਼ਾਨਾ ਰੋਡੇ ਪਿੰਡ ਤੋਂ ਕਾਫਲਾ ਆਇਆ, ਹੋਰ ਕਿੰਨੇ ਸੰਤ ਮਹਾਂਪੁਰਖ ਰੋਜ਼ਾਨਾ ਇੱਥੇ ਆ ਰਹੇ ਜਥੇਬੰਦੀਆਂ। ਕੱਲ੍ਹ 5 ਸਿੰਘ ਆਏ ਸੀ, ਪਹਿਲਾਂ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਮਹਿਤਾ ਚੌਂਕ ਆਏ ਸੀਗੇ, ਭਾਈ ਜਸਵੀਰ ਸਿੰਘ ਰੋਡੇ ਆਏ, ਕਿੰਨੇ ਸੰਤ ਮਹਾਂਪੁਰਖ ਇੱਥੇ ਜਿਹੜੇ ਆ ਉਹ ਆ ਰਹੇ ਆ, ਕਿੰਨੀਆਂ ਸੰਸਥਾਵਾਂ ਅੱਜ ਵੀ ਨਾਨਕਸਰ ਸੰਪਰਦਾ ਵੱਲੋਂ ਆ ਕੇ ਗਏ ਆ। ਸੋ ਇਹਦੇ ਨਾਲ ਕੌਮ ਜਿਹੜੀ ਵਹੀਰਾਂ ਘੱਤ ਕੇ ਬਰਗਾੜੀ ਵੱਲ ਆ ਰਹੀ ਆ ਨਾ, ਉਹਦੇ ਤੋਂ ਇਹ ਲੱਗਦਾ ਕਿ ਸਰਕਾਰ ਨੂੰ ਇਸ ਪਾਸੇ ਇਨਸਾਫ ਦੇਣਾ ਪਊਗਾ, ਕੌਮ ਇੱਕਮਤ ਹੋ ਰਹੀ ਆ ਅਤੇ ਇਹ ਜਿਹੜੇ ਬੰਦੇ ਫੜੇ ਜਾ ਰਹੇ ਆ, ਸਾਨੂੰ ਲੱਗਦਾ ਵੀ ਹੁਣ ਸਹੀ ਸੇਧ ਵਾਲੇ ਪਾਸੇ ਜਿਹੜੀ ਆ ਗੱਲ ਉਹ ਜਾ ਰਹੀ ਆ। ਜਸਦਾਰ ਸਾਹਿਬ, ਜਿੱਦਾਂ ਫੜ ਤਾਂ ਲਏ, ਅਜੇ ਉਹਨਾਂ 'ਤੇ ਕੇਸ ਪੈਣੇ ਬਾਕੀ ਆ ਅਤੇ ਕੇਸ ਤੋਰਨਾ ਬਾਕੀ ਆ, ਪਰ ਜੇ ਇਹੀ ਗੱਲ ਵਾਪਰਦੀ ਆ ਜੋ ਕੁਛ ਉਸ ਮੌੜ ਬੰਬ ਧਮਾਕੇ 'ਚ ਹੋਈ ਗੱਲ, ਅਤੇ ਫਿਰ ਤੁਸੀਂ ਜਿਹੜਾ ਸੰਘਰਸ਼ ਆ ਉਸ ਨੂੰ ਕਿਵੇਂ ਹੋਰ ਤਿੱਖਾ ਕਰੋਗੇ, ਜਾਂ ਉਸ ਬਾਬਤ ਜਿਹੜੀ ਭਵਿੱਖ ਦੀ ਗੱਲ ਆ ਭਾਵੇਂ? ਦੇਖੋ ਮੈਂ ਕਹਿੰਦਾ ਕਿ ਆਹ ਜਿਹੜਾ ਸ਼ਾਂਤਮਈ ਸੰਘਰਸ਼ ਜਾ ਰਿਹਾ ਨਾ, ਇਹੀ ਸਰਕਾਰ ਵਾਸਤੇ ਬੜਾ ਤਿੱਖਾ ਵਾ। ਅਜੇ ਇੱਥੇ ਬੈਠਣਾ ਹੀ ਜਿਹੜਾ ਹੈਗਾ ਨਾ ਕੌਮ ਦਾ, ਸੰਤ ਮਹਾਂਪੁਰਖਾਂ ਦਾ, ਇਹ ਸਰਕਾਰ ਲਈ ਬੜਾ ਸਿਰਦਰਦੀ ਪੈਦਾ ਕਰ ਰਿਹਾ। ਪਰ ਜੇ ਸਰਕਾਰ ਫਿਰ ਵੀ ਨਾ ਸਮਝੀ ਤਾਂ ਬਿਲਕੁਲ ਪ੍ਰੋਗਰਾਮ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਵੀ ਜਿਹੜਾ ਤਿੱਖਾ ਰੂਪ ਧਾਰਨ ਕਰ ਸਕਦਾ ਵਾ। ਸਿੱਖ ਸੰਗਤਾਂ ਜਿਹੜੀਆਂ ਬੜਾ ਮੰਗਾਂ ਆ ਰਹੀਆਂ, ਸਿੱਖ ਸੰਗਤਾਂ ਦੀਆਂ ਆਸੇ ਪਾਸੇ ਤੋਂ ਸੰਗਤਾਂ ਜਿਹੜੀਆਂ ਨੇ, ਅਸੀਂ ਕੰਟਰੋਲ ਕੀਤਾ ਹੋਇਆ ਅਜੇ ਪੰਥ 'ਤੇ, ਕੌਮ 'ਤੇ, ਨੌਜਵਾਨਾਂ 'ਤੇ ਅਸੀਂ ਕੰਟਰੋਲ ਕੀਤਾ। ਬੇਨਤੀ ਕਰਕੇ ਉਹਨਾਂ ਸਾਰਿਆਂ ਨੂੰ ਵੀ ਅਜੇ ਥੋੜ੍ਹਾ ਜਿਹਾ ਸਮਾਂ ਦੇਖੋ, ਬੜੇ ਸ਼ਾਂਤਮਈ ਤਰੀਕੇ ਨਾਲ ਅਸੀਂ ਰਿਜ਼ਲਟ ਲੈ ਰਹੇ ਹਾਂ, ਜੇਕਰ ਰਿਜ਼ਲਟ ਨਹੀਂ ਮਿਲੂਗਾ ਤਾਂ ਅਸੀਂ ਜਿਹੜਾ ਪ੍ਰੋਗਰਾਮ ਉਹ ਤਿੱਖਾ ਕਰਾਂਗੇ। ਇੱਕ ਆਖਰੀ ਸਵਾਲ ਹੈ, ਤਕਰੀਬਨ ਉਹ ਨਿੱਜੀ ਸਵਾਲ ਹੀ ਮੰਨਿਆ ਜਾਊਗਾ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਉਹ ਪੰਜਾਬ ਦੇ MLA ਨੂੰ ਵੀ ਸਮਾਂ ਨਹੀਂ ਦਿੰਦੇ। ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿ MLA ਨੂੰ ਵੀ ਮਿਲਣਾ ਹੋਏ, ਵਿਧਾਇਕਾਂ ਨੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ। ਜਦੋਂ ਹੁਣ ਜਿਹੜੀ ਅੱਜ ਤੁਹਾਡੇ ਮੋਰਚੇ ਦੀ ਇੱਕ ਉਹ ਵੀ ਮੰਗ ਹੈ, ਚੌਥੀ ਮੰਗ ਹੈ ਕਿ ਪੰਜਾਬ ਦੀ ਆਬੋ ਹਵਾ ਜਿਹੜੀ ਉਹ ਸਾਫ਼ ਹੋਵੇ, ਜਦੋਂ ਦਰਿਆ ਬਿਆਸ ਦੇ ਪਾਣੀ ਦੇ ਵਿੱਚ ਮੱਛੀਆਂ ਤੜਫ ਤੜਫ ਕੇ ਮਰ ਰਹੀਆਂ ਸਨ, ਤਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਮਹਿਲਾ ਮਿੱਤਰ ਦੇ ਨਾਲ ਮਨਾਲੀ ਜਿਹੜੀਆਂ ਛੁੱਟੀਆਂ ਅਤੇ ਉਹਦਾ ਜਨਮਦਿਨ ਮਨਾ ਰਹੇ ਸੀ, ਅਤੇ ਤੁਹਾਡੇ 'ਤੇ ਇਹ ਦੋਸ਼ ਆਉਂਦਾ ਕਿ ਸ਼ਾਇਦ ਜਸਦਾਰ ਦਾਦੂਵਾਲ ਕਾਂਗਰਸ ਦੇ ਨੇੜੇ ਆ
ਤਾਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਟਾਈਮ ਦੇ ਰਹੇ ਆ, ਇਸ ਦੋਸ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਦੋਂ ਵੀ ਪੰਥ ਦੇ ਮਸਲੇ ਕੋਈ ਵੀ ਹੁੰਦੇ ਆ, ਪਹਿਲਾਂ ਬਾਦਲ ਸਰਕਾਰ ਸੀ, ਅਸੀਂ ਬਾਦਲ ਸਰਕਾਰ ਦੇ ਵੇਲੇ ਵੀ ਮੋਰਚਿਆਂ ਦੇ ਵਿੱਚ ਜਿਹੜੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ, ਮੁੱਖ ਮੰਤਰੀ ਪੰਜਾਬ ਦੇ ਨਾਲ, ਡਿਪਟੀ ਮੁੱਖ ਮੰਤਰੀ ਪੰਜਾਬ ਦੇ ਨਾਲ, ਉਦੋਂ ਸਾਨੂੰ ਕਹਿੰਦੇ ਸੀ ਇਹ ਬਾਦਲਾਂ ਦੇ ਨੇੜੇ ਆ, ਅੱਜ ਸਾਨੂੰ ਕੈਪਟਨਾਂ ਦੇ ਨੇੜੇ। ਬਾਕੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜੇ ਕੌਮ ਨੂੰ ਲਾਭ ਹੋ ਜਾਵੇ ਇਸ ਨੇੜਤਾ ਦਾ, ਕੋਈ ਫਾਇਦਾ ਹੋ ਜਾਵੇ, ਤਾਂ ਮੈਂ ਸਮਝਦਾ ਉਹ ਨੇੜਤਾ ਵੀ ਮਾੜੀ ਨਹੀਂ, ਪਰ ਐਸੀ ਕੋਈ ਗੱਲ ਨਹੀਂ ਆ। ਪਹਿਲੀ ਮੰਗ ਮੁਲਾਕਾਤ ਸੀ ਸਰਕਾਰ ਬਣਨ ਤੋਂ ਬਾਅਦ, ਉਹ ਵੀ ਪੰਥਕ ਮੁੱਦਿਆਂ 'ਤੇ। ਇਹ ਤਾਂ ਜਿਨ੍ਹਾਂ ਨੇ ਫੇਸਬੁੱਕ 'ਤੇ, ਵਟਸਐਪ 'ਤੇ ਜਾਂ ਵੈਸੇ ਵਿਰੋਧ ਕਰਨਾ ਹੁੰਦਾ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਸੁਚੇਤ ਰੱਖਦੇ ਸਾਨੂੰ, ਸਾਡੇ ਵੀਰ ਆ, ਕੋਈ ਗੱਲ ਨਹੀਂ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦੇਖੋ ਕਿ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ, ਉਹ ਵੀ ਪੰਥਕ ਮੁੱਦੇ 'ਤੇ। ਜੇ ਸਾਡੀ ਕੋਈ ਨੇੜਤਾ ਹੁੰਦੀ, ਅਸੀਂ ਉਹਨਾਂ ਨਾਲ ਮਿਲਦੇ, ਉਹਨਾਂ ਨੂੰ, ਮੁੱਖ ਮੰਤਰੀ ਨੂੰ ਪਹਿਲਾਂ ਵੀ ਮਿਲ ਲੈਂਦੇ, ਸਾਡੇ ਬਹੁਤ ਸੰਗਤਾਂ ਦੇ ਕੰਮ ਕਾਰ ਹੁੰਦੇ ਆ, ਪਰ ਕਦੇ ਨਹੀਂ ਮਿਲੇ ਅਸੀਂ ਉਹਨਾਂ ਨੂੰ। ਜਦੋਂ ਮਿਲੇ ਹਾਂ ਤਾਂ ਪੰਥਕ ਮੰਗ ਦੇ ਉੱਤੇ ਮਿਲੇ ਹਾਂ, ਪੰਥਕ ਮੁੱਦੇ 'ਤੇ ਮਿਲੇ ਹਾਂ। ਬਾਕੀ ਇਹ ਪੰਥ ਦਾ ਹੀ ਭਾਰ ਮੈਂ ਸਮਝਦਾ, ਮੋਰਚੇ ਦਾ ਹੀ ਭਾਰ ਸੀ ਕਿ ਸਾਡੀ ਮੁਲਾਕਾਤ 3 ਵਜੇ ਸੀ ਦੁਪਹਿਰ ਦੇ, ਪਰ ਮੁੱਖ ਮੰਤਰੀ ਸਾਨੂੰ ਤਕਰੀਬਨ 4:30-5 ਤੱਕ ਉਡੀਕਦੇ ਰਹੇ। 4:45 ਅਸੀਂ ਪਹੁੰਚੇ ਚੰਡੀਗੜ੍ਹ ਜਾ ਕੇ, ਤਾਂ ਫਿਰ ਵੀ ਉਹਨਾਂ ਨੇ ਸਾਡੇ ਨਾਲ ਮੁਲਾਕਾਤ ਕੀਤੀ ਅਤੇ ਘੰਟਾ। ਇਹਦੇ ਤੋਂ ਲੱਗਦਾ ਵੀ ਸਾਨੂੰ ਕੋਈ ਸੰਸੀਅਰਨਤਾ ਮੁੱਖ ਮੰਤਰੀ ਸਾਹਿਬ ਦੀ ਹੈਗੀ ਹੈ ਵੀ ਉਹ ਇਹਨਾਂ ਮਸਲਿਆਂ ਨੂੰ ਹੱਲ ਕਰਨਗੇ, ਅਤੇ ਬਾਕੀ ਉਹਨਾਂ ਨੇ ਸਾਨੂੰ ਸਾਡੇ ਵਫਦ ਨੂੰ ਉਡੀਕਿਆ, ਗੱਲਬਾਤ ਕੀਤੀ, ਬਕਾਇਦਾ ਔਫਿਸਰ ਉਹਨਾਂ ਦੇ ਹਾਜ਼ਰ ਸੀਗੇ। ਬਾਕੀ ਇਸ ਗੱਲ ਦੀ ਮੈਂ ਪਹਿਲਾਂ ਵੀ ਬੇਨਤੀ ਕਰਦਾ, ਕੱਲ੍ਹ ਪਰਸੋਂ ਵੀ ਇੱਕ ਮੇਰੀ ਆਪਣੀ ਇੰਟਰਵਿਊ ਸੀ, ਉਹਦੇ 'ਚ ਵੀ ਮੈਂ ਕਿਹਾ ਸੀਗਾ ਕਿ ਇਹ ਕਈ ਵਾਰ ਵੈਸੇ ਹੀ ਜਿਹੜੇ ਵਿਰੋਧੀ ਵੀਰ ਹੁੰਦੇ ਆ ਉਹ ਇੱਦਾਂ ਦੀ ਪ੍ਰਚਾਰ ਕਰਦੇ ਆ। ਜੇ ਮੇਰੇ ਕੋਲ ਆ ਕੇ ਬਾਦਲ ਬਹਿ ਜਾਣ ਅਤੇ ਕਹਿੰਦੇ ਲਓ ਜੀ ਦਾਦੂਵਾਲ ਸਾਹਿਬ ਬਾਦਲਾਂ ਨਾਲ ਰਲ ਗਏ, ਜੇ ਮੇਰੇ ਕੋਲ ਰਾਧਾ ਸਵਾਮੀ ਆ ਜਾਵੇ ਬਾਬਾ ਤਾਂ ਕਹਿ ਦਿੰਦੇ ਬਾਬਾ ਜੀ ਦਾ ਰਾਧਾ ਸਵਾਮੀਆਂ ਨਾਲ ਰਲ ਗਏ, ਜਦੋਂ ਕਿ ਅਸੀਂ ਉਦੋਂ ਵੀ ਪੰਥਕ ਮੁੱਦੇ 'ਤੇ ਕੰਮ ਕੀਤਾ, ਗੁਰਦੁਆਰਾ ਸਾਹਿਬ ਦੇ ਬਾਦਲਾਂ ਵੇਲੇ ਵੀ ਅਸੀਂ ਪੰਥਕ ਮੁੱਦਿਆਂ 'ਤੇ ਕੰਮ ਕੀਤਾ, ਹੁਣ ਕੈਪਟਨ ਦੀ ਸਰਕਾਰ। ਮੈਂ ਇੱਕ ਬੇਨਤੀ ਹੋਰ ਕਰਾਂ, ਅਸੀਂ ਨਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਹਾਂ, ਨਾ ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਹਾਂ, ਅਸੀਂ ਮਿਲੇ ਹਾਂ ਪੰਜਾਬ ਸਰਕਾਰ ਨੂੰ, ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਪਹਿਲਾਂ ਬਾਦਲਾਂ ਕੋਲ ਸੀਗੀ, ਅਤੇ ਅਸੀਂ ਉਦੋਂ ਵੀ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਸੀ, ਹੁਣ ਵੀ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹਾਂ, ਅਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਅਸੀਂ ਗੱਲਬਾਤ ਕੀਤੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੂੰ ਵੀ ਅਸੀਂ ਕੈਬਨਿਟ ਮਿਨਿਸਟਰ ਪੰਜਾਬ ਮਿਲੇ ਹਾਂ, ਜਦੋਂ ਕਿ ਸਾਡੇ ਪਰਿਵਾਰਕ ਰਿਲੇਸ਼ਨ ਆ ਉਹਨਾਂ ਨਾਲ। ਜਦੋਂ ਉਹ ਮੰਤਰੀ ਬਣੇ ਪਹਿਲੇ ਦਿਨ ਕਾਦੀਆਂ ਆਏ, ਕੁਦਰਤੀ ਮੈਂ ਵੀ ਕਾਦੀਆਂ ਸੀ, ਅਤੇ ਉਹ ਮੇਰੇ ਕੋਲ ਮੇਰੇ ਘਰ ਆਏ ਸੀਗੇ, ਉੱਥੇ ਦੁੱਧ ਪਾਣੀ ਛਕਿਆ, ਕਿੰਨੇ 7-8 MLA ਗੁਰਦਾਸਪੁਰ ਦੇ ਜਿਹੜੇ ਬਣੇ ਸੀ ਉਹ ਮੇਰੇ ਕੋਲ ਆਏ ਸੀ, ਪ੍ਰਤਾਪ ਸਿੰਘ ਬਾਜਵਾ, ਫਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ, ਸਾਰੇ ਮੇਰੇ ਕੋਲ ਆਏ ਸੀਗੇ। ਔਰ ਅਸੀਂ ਹੁਣ ਇੱਕ ਪਰਿਵਾਰਕ ਰਿਲੇਸ਼ਨ ਹੁੰਦੇ ਆ ਹਰ ਬੰਦੇ ਦੇ ਜਿਹੜੇ ਸਾਡੇ, ਕਿਉਂਕਿ ਮੇਰੀ ਵੀ ਉੱਥੇ ਹੀ ਰਿਹਾਇਸ਼ ਆ ਪਰਿਵਾਰ ਦੀ, ਅਤੇ 2 ਪੀੜ੍ਹੀਆਂ ਤੋਂ ਸਾਂਝ ਚੱਲੀ ਆਉਂਦੀ ਆ। ਉਸੇ ਸਕੂਲ 'ਚ ਹੀ ਉਹ ਪੜ੍ਹੇ, ਉਸੇ ਸਕੂਲ 'ਚ ਹੀ ਮੈਂ ਪੜ੍ਹਿਆ, ਉੱਥੇ ਉਹੀ ਮੁੱਖ ਸਕੂਲ ਆ, ਕਲਾਸ ਵਾਲਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ, ਅਤੇ ਉੱਥੇ ਹੀ ਉਹ ਪੜ੍ਹੇ ਆ, ਉੱਥੇ ਹੀ ਉਹ ਸੀਨੀਅਰ ਸੀਗੇ, ਮੈਂ ਜੂਨੀਅਰ ਸੀ, ਮੇਰੀ ਉਮਰ ਛੋਟੀ, ਮੈਂ ਬਾਅਦ ਵਿੱਚ ਪੜ੍ਹਿਆ। ਸੋ ਕਹਿਣ ਤੋਂ ਬਾਅਦ ਇੱਕ ਪਰਿਵਾਰਕ, ਪਰ ਇਹ ਜਿਹੜੀ ਗੱਲਬਾਤ ਇਹ ਪਰਿਵਾਰਕ ਰਿਲੇਸ਼ਨਾਂ ਦੀ ਨਹੀਂ ਜਾਂ ਕਿਸੇ ਨਾਲ ਨੇੜਤਾ ਦੀ ਨਹੀਂ, ਇਹ ਪੰਥ ਦੀ ਆ, ਕੌਮ ਦੀ ਆ, ਕੌਮੀ ਮੁੱਦਿਆਂ ਦੀ ਗੱਲ ਆ, ਅਤੇ ਇਹਦੇ ਵਿੱਚ ਜਿਹੜੇ ਹੈਗੇ ਅਸੀਂ ਕੌਮੀ ਅਤੇ ਪੰਥਕ ਮੁੱਦੇ ਹੱਲ ਕਰਨ ਵਾਸਤੇ ਤੁਰੇ ਹੋਏ ਹਾਂ। ਜੇ ਸਾਡੀ ਨੇੜਤਾ ਜਾਂ ਹੋਰ ਦੀ ਗੱਲ, ਸਾਡੀ ਤਾਂ ਸਾਰਿਆਂ ਨਾਲ ਹੀ ਨੇੜਤਾ, ਜਿੱਥੇ ਗੁਰੂ ਦੀ ਗੱਲ ਆ, ਪੰਥ ਦੀ ਗੱਲ ਆ, ਉੱਥੇ ਹਰੇਕ ਨਾਲ ਅਸੀਂ ਗੱਲ ਕਰਦੇ ਹਾਂ। ਉਦੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ 'ਚੋਂ ਖਾਰਜ ਨਹੀਂ ਆ, ਉਹਦੇ ਨਾਲ ਕਿਸੇ ਨਾਲ ਵੀ ਅਸੀਂ ਗੱਲ ਕਰ ਸਕਦੇ ਹਾਂ। ਸੌਦਾ ਸਾਹ ਦੇ ਵੇਲੇ ਵੀ ਸਾਡੇ ਕੋਲ ਸੱਦਾ ਆਇਆ ਸੀਗਾ ਕਿ ਸੌਦਾ ਸਾਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵਾ,
ਅਸੀਂ ਬਕਾਇਦਾ ਨਹੀਂ ਗੱਲ ਕੀਤੀ ਕਿਉਂਕਿ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ 17 ਮਈ 2007 ਨੂੰ ਹੁਕਮਨਾਮਾ ਜਾਰੀ ਹੋ ਚੁੱਕਾ ਸੀ ਉਹਦੇ 'ਤੇ, ਅਸੀਂ ਉਹਦੇ ਨਾਲ ਨਹੀਂ ਬੈਠੇ, ਸਾਨੂੰ ਉਹਦਾ ਵੀ ਸੱਦਾ ਆਇਆ ਸੀਗਾ, ਉਹਦੀ ਜਿਹੜੀ 25 ਮੈਂਬਰੀ ਕਮੇਟੀ 11 ਮੈਂਬਰੀ ਕਮੇਟੀ ਉਹਦਾ ਵੀ ਸੱਦਾ ਆਇਆ ਸੀ, ਅਤੇ ਸਾਡੇ ਕੁਝ ਆਗੂਆਂ ਦੀ ਉਹਦੇ ਕੁੜਮ ਦੇ ਨਾਲ ਮੀਟਿੰਗ ਵੀ ਹੋਈ ਸੀਗੀ ਮੋਹਾਲੀ ਚੰਡੀਗੜ੍ਹ, ਸਾਡੇ ਕੋਲ ਸੰਤ ਮਹਾਂਪੁਰਸ਼ ਸਾਬਕਾ ਜਥੇਦਾਰ ਉਹਨਾਂ ਨਾਲ ਗੱਲਬਾਤ ਵੀ ਕੀਤੀ, ਮੈਨੂੰ ਵੀ ਸੱਦਿਆ ਸੀਗਾ, ਸਾਹਿਬ ਤੋਂ ਖਾਰਜ ਆ ਉਹਦੇ ਨਾਲ ਅਸੀਂ ਮੁਲਾਕਾਤ ਨਹੀਂ ਕਰਦੇ, ਅਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ ਨਹੀਂ ਆ ਉਹਦੇ ਨਾਲ ਅਸੀਂ ਮੁਲਾਕਾਤ ਪੰਥ ਦੇ ਮੁੱਦਿਆਂ 'ਤੇ ਕੌਮ ਦੀ ਭਲਾਈ ਵਾਸਤੇ ਕਦੇ ਵੀ ਕਰ ਸਕਦੇ ਹਾਂ। ਤੁਹਾਡਾ ਗੱਲਬਾਤ ਕਰਨ ਲਈ ਧੰਨਵਾਦ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਗੱਲਬਾਤ ਕੀਤੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੁਣਾਂ ਨਾਲ, ਸਾਰੇ ਸਵਾਲਾਂ ਦੇ ਉੱਤਰ ਉਹਨਾਂ ਬੜੀ ਸਪਸ਼ਟਤਾ ਦੇ ਨਾਲ ਦਿੱਤੇ। ਹੁਣ ਤੱਕ ਦੀ ਜਿਹੜੀ ਮੋਰਚੇ ਦੀ ਆਸ ਬਣੀ ਹੋਈ ਆ ਉਹ ਇੰਝ ਆ ਕਿ ਸਰਕਾਰ ਦੇ ਨਾਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਆ, ਸਰਕਾਰ ਨੇ ਅਜੇ ਕੁਝ ਸਮਾਂ ਮੰਗਿਆ ਹੋਇਆ। ਸੋ ਇੱਥੇ ਜਿਹੜੀਆਂ ਸਿੱਖ ਸੰਗਤਾਂ ਦਾ ਵਹਾਅ ਆ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਸਿੱਖ ਸੰਗਤਾਂ ਆ ਰਹੀਆਂ ਵਾਂ। ਸੋ ਆਸ ਕਰਦੇ ਹਾਂ ਕਿ ਇਹ ਮੋਰਚਾ ਫਤਿਹ ਹੋਵੇ ਅਤੇ ਪੰਥ ਨੂੰ ਜਿਹੜੀ ਆ ਫਤਿਹ ਨਸੀਬ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਭਰ ਦੇ ਵਿੱਚ ਆਵਾਜ਼ੇ ਕੌਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਦੀ ਸਾਂਝ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਚੈਨਲ ਇੱਕ ਮੋਰਚਾ ਚੱਲ ਰਿਹਾ ਜੋ ਬਰਗਾੜੀ ਦੀ ਦਾਣਾ ਮੰਡੀ ਦੇ ਵਿੱਚ ਇਹ ਮੋਰਚਾ ਲੱਗਾ ਹੋਇਆ, ਜਿਸ ਦੀ ਅਗਵਾਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਕਰ ਰਹੇ ਹਨ। ਮੋਰਚੇ ਦੀਆਂ 4 ਮੰਗਾਂ ਨੇ ਮੁੱਖ ਤੌਰ 'ਤੇ। ਇੱਕ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਣੀ ਅਤੇ ਦੋਸ਼ੀਆਂ ਦਾ ਨਾਂ ਫੜਿਆ ਜਾਣਾ। ਉਸ ਤੋਂ ਉਪਰੰਤ 14 ਅਕਤੂਬਰ 2015 ਨੂੰ ਬਹਿਬਲ ਗੋਲੀਕਾਂਡ ਵਾਪਰਿਆ, ਉਹਦੇ ਵਿੱਚ 2 ਸਿੰਘਾਂ ਦੀ ਸ਼ਹਾਦਤ ਹੋਈ ਅਤੇ ਕਿਸੇ ਵੀ ਪੁਲਿਸ ਕਰਮੀ ਦੇ ਉੱਤੇ ਕੋਈ ਕਾਰਵਾਈ ਨਾ ਕੀਤੇ ਜਾਣਾ, ਅਤੇ ਇੱਥੋਂ ਤੱਕ ਕਿ ਤਤਕਾਲੀ ਸਰਕਾਰ ਜੋ ਬਾਦਲ ਦੀ ਸਰਕਾਰ ਸੀ ਉਸ ਵੱਲੋਂ ਕਿਹਾ ਗਿਆ ਕਿ ਅਣਪਛਾਤੀ ਪੁਲਿਸ। ਅਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ ਨੇ, ਜਿਹਦੇ ਵਿੱਚ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਦੀ ਗੱਲ ਆ, ਜਾਂ ਇਹ ਕੁੱਲ ਤਕਰੀਬਨ 4 ਕੁ ਮੰਗਾਂ ਨੂੰ ਲੈ ਕੇ ਇਹ ਮੋਰਚਾ ਲੱਗਾ ਹੋਇਆ। ਇਹਦੇ 'ਚੋਂ ਇੱਕ ਵੱਡੀ ਮੰਗ ਇਹ ਵੀ ਆ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਦਹਾਕਿਆਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹਾ। ਇੱਕ ਇਹ ਗੱਲ ਤੁਹਾਡੇ ਸਾਰਿਆਂ ਦੇ ਧਿਆਨ 'ਚ ਆ ਜਾਵੇਗੀ ਕਿ ਸਰਸਰੀ ਨਿਗਾਹ ਨਾਲ ਵੀ ਵੇਖੀਏ ਤਾਂ ਗੱਲ ਸਮਝ ਆ ਜਾਂਦੀ ਆ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬੇਅਦਬੀ ਦੇ ਖਿਲਾਫ ਸੰਘਰਸ਼ ਕੀਤਾ, ਸੜਕਾਂ 'ਤੇ ਬਹਿ ਕੇ ਸਤਨਾਮ ਵਾਹਿਗੁਰੂ ਜਪ ਰਹੇ ਸਨ, ਉਹਨਾਂ ਨੂੰ
ਖਤਮ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਜਿਹੜੇ ਦੋਸ਼ੀ ਸਨ ਉਹ ਨਹੀਂ ਫੜੇ ਗਏ ਅਤੇ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਤੁਸੀਂ ਦੋਹਰੇ ਮਾਪਦੰਡ ਇੱਥੋਂ ਦੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਜਿਹੜੀਆਂ ਹੁਣ ਦੀਆਂ ਹੋਣ, ਪੁਰਾਣੀਆਂ ਹੋਣ, ਉਹਨਾਂ ਦੇ ਜਿਹੜੇ ਇਹ ਮਾਪਦੰਡ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਂਦੇ ਆ। ਸੋ ਇਹ ਆ ਜਿਹੜੀ ਭੂਮਿਕਾ ਕਿ ਮੋਰਚਾ ਕਿਉਂ ਲੱਗਾ। ਹੁਣ ਇਹ ਸਾਡਾ ਸਵਾਲ ਨਹੀਂ ਗਾ ਕਿ ਮੈਂ ਜਹਿਦਰ ਮੰਡ ਸਾਹਿਬ ਨਾਲ ਵੀ ਅਜੇ ਫਤਿਹ ਦੀ ਸਾਂਝ ਪਾਉਣੀ ਆ, ਪਰ ਆਪਣਾ ਇਹ ਸਵਾਲ ਨਹੀਂ ਗਾ ਕਿ ਮੋਰਚਾ ਕਿਉਂ ਲੱਗਾ, ਕਿਉਂਕਿ ਸਾਰਾ ਕੁਛ ਕਲੀਅਰ ਆ। ਜਿਵੇਂ ਸ਼ੀਸ਼ੇ ਦੇ ਵਾਂਗ ਸਾਫ਼ ਗੱਲ ਹੁੰਦੀ ਆ ਕਿ ਮੋਰਚੇ ਦੀ ਲੋੜ ਜਾਪੀ ਤਾਂ ਜਥੇਦਾਰ ਇੱਥੇ ਤਿੱਖੀ ਧੁੱਪ ਦੇ ਵਿੱਚ ਇੱਕ ਤਰ੍ਹਾਂ ਦਾ ਤੰਬੂ ਤਾਣ ਕੇ ਡਟੇ ਹੋਏ ਆ, ਆਖਰਾਂ ਦੀ ਤਪਸਿਆ ਇੱਥੇ। ਕਿਉਂਕਿ ਜਿਹੜਾ ਜੂਨ ਦਾ ਮਹੀਨਾ ਜਦੋਂ ਆਪਾਂ ਇਸ ਸ਼ਹੀਦੀ ਹਫ਼ਤੇ 'ਚੋਂ ਲੰਘ ਰਹੇ ਹਾਂ, ਤੀਜੇ ਘੱਲੂਘਾਰੇ ਦੀ ਯਾਦ ਦੇ ਵਿੱਚੋਂ ਲੰਘ ਰਹੇ ਹਾਂ, ਜਿਹੜੀ ਗਰਮੀ ਦੇ ਵਿੱਚ ਸਿੰਘਾਂ ਨੇ ਉਦੋਂ ਸੰਘਰਸ਼ ਕੀਤਾ, ਭਾਰਤੀ ਫੌਜ ਜਿਹੜੀ ਚੜ੍ਹ ਕੇ ਆਈ ਸੀ ਉਸਦੇ ਦੰਦ ਖੱਟੇ ਕੀਤੇ, 72 ਘੰਟੇ ਦਾ ਜਿਹੜਾ ਜੰਗ ਹੋਇਆ। ਸੋ 34 ਸਾਲ ਲੰਘਣ ਤੋਂ ਬਾਅਦ ਵੀ ਉਸ ਕੌਮ ਦੇ ਜਿਹੜੇ ਆਗੂ ਨੇ ਅੱਜ ਦੇ ਮੌਜੂਦਾ, ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ। ਜਿਹੜੀ ਗੁਲਾਮੀ ਹੁੰਦੀ ਆ ਉਹ ਇਹਨਾਂ ਗੱਲਾਂ ਤੋਂ ਸਾਫ਼ ਝਲਕਦੀ ਆ। ਸੋ ਜਿਹੜੇ ਕੁਝ ਸਵਾਲ ਇਸ ਤੋਂ ਇਲਾਵਾ ਮੋਰਚੇ ਨਾਲ ਸੰਬੰਧਿਤ ਨੇ, ਉਹ ਆਪਾਂ ਜਹਿਦਰ ਭਾਈ ਧਿਆਨ ਸਿੰਘ ਵੰਡ ਹੋਣਾ ਤੋਂ ਕਰਨੇ ਆ। ਜੋ ਪੰਥ ਦੀ ਰੀਤ ਆ, ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵੱਲੋਂ ਬੀਤੇ ਕੱਲ੍ਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਅਤੇ ਸੰਸਾਰ ਭਰ ਦੇ ਵਿੱਚ ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ ਲੈ ਕੇ ਅਰਦਾਸ ਦੇ ਲਈ ਵੀ ਅਪੀਲ ਕੀਤੀ ਗਈ। ਹੁਣ ਤੱਕ ਮੋਰਚਾ ਕਿਸ ਤਰੀਕੇ ਨਾਲ ਚੱਲ ਰਿਹਾ ਵਾ, ਤੁਸੀਂ ਕੀ ਮਹਿਸੂਸ ਕਰਦੇ ਹੋ? ਇੱਥੇ ਡਟੇ ਹੋਏ ਹੋ ਤੁਹਾਨੂੰ ਕਈ ਦਿਨ ਹੋ ਗਏ ਆ, ਇੱਥੇ ਹਫ਼ਤੇ ਤੋਂ ਉੱਤੇ ਹੋ ਗਿਆ ਸਮਾਂ, ਮੋਰਚਾ ਕਿਹੋ ਜਿਹਾ ਚੱਲ ਰਿਹਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮੋਰਚਾ ਲੱਗਿਆ ਅਤੇ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਵਿੱਚ ਆ। ਸੰਗਤਾਂ ਦਾ ਬਹੁਤ ਭਰਮਾ ਸਹਿਯੋਗ ਮਿਲ ਰਿਹਾ, ਅਸੀਂ ਕਿਸੇ ਨੂੰ ਆਵਾਜ਼ ਨਹੀਂ ਮਾਰ ਰਹੇ ਭਾਈ ਤੁਸੀਂ ਆਓ, ਇਸ ਤਰ੍ਹਾਂ ਦੀ ਕੋਈ ਅਸੀਂ ਅਪੀਲ ਨਹੀਂ ਕਰ ਰਹੇ। ਸੰਗਤਾਂ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਹੀ ਭਾਰੀ ਉਤਸ਼ਾਹ ਹੈ, ਭਾਵੇਂ ਕੋਈ ਸ਼ਹਿਰ ਵਿੱਚ ਬੈਠਾ ਜਾਂ ਪਿੰਡ ਵਿੱਚ ਬੈਠਾ ਹੈ, ਉਹ ਪੰਜਾਬ ਦੇ ਵਿੱਚ ਬੈਠਾ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਬੈਠਾ, ਉਹਦੇ ਅੰਦਰੋਂ ਇੱਕ ਆਵਾਜ਼ ਉੱਠ ਰਹੀ ਆ ਕਿ ਅਸੀਂ ਕਿਹੜਾ ਵੇਲਾ ਹੋਵੇ ਅਸੀਂ ਮੋਰਚੇ ਦੇ ਵਿੱਚ ਚੱਲੀਏ ਅਤੇ ਅਸੀਂ ਆਪਣੀ ਹਾਜ਼ਰੀ ਲਵਾ ਕੇ ਆਈਏ। ਇਸ ਤਰ੍ਹਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਵੀ ਕਿਤੇ ਅਸੀਂ ਵਾਂਝੇ ਨਾ ਰਹਿ ਜਾਈਏ। ਕਾਫਲਿਆਂ ਦੇ ਰੂਪ ਦੇ ਵਿੱਚ ਸੰਗਤਾਂ ਆ ਰਹੀਆਂ ਨੇ, ਲੰਗਰ ਪਾਣੀ ਲਿਆ ਰਹੀਆਂ ਨੇ, ਰਸਤਾ ਵੀ ਲਿਆ ਰਹੀਆਂ ਨੇ, ਆਪੇ ਹੀ ਸੰਗਤਾਂ ਸੇਵਾ ਕਰ ਰਹੀਆਂ ਨੇ। ਇੱਥੇ ਕੀਰਤਨ ਦਰਬਾਰ ਚੱਲਦਾ ਪਿਆ, ਢਾਡੀ ਰਾਗੀ ਲੱਗਦੇ ਨੇ, ਸਾਰਾ ਕੁਛ ਬਹੁਤ ਚੜ੍ਹਦੀ ਕਲਾ ਵਿੱਚ ਆ। ਇਹ ਜਿਹੜਾ ਪੂਰਾ 12 ਘੰਟੇ ਦਾ ਦਿਨ ਆ ਸਾਡੇ ਵਾਸਤੇ ਐਂ ਲੰਘ ਜਾਂਦਾ ਜਿਵੇਂ 5 ਕੁ ਮਿੰਟ ਬੈਠੇ ਹੋਈਏ ਅਤੇ ਪਤਾ ਨਹੀਂ ਲੱਗਦਾ ਕਦੋਂ ਦਿਨ ਬਤੀਤ ਹੋ ਜਾਂਦਾ। ਬਹੁਤ ਚੜ੍ਹਦੀ ਕਲਾ ਵਿੱਚ ਮੋਰਚਾ ਜਾ ਰਿਹਾ। ਸਰਕਾਰ ਵਾਲੇ ਪਾਸਿਓਂ, ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਤਾਂ ਸਰਕਾਰ ਤੋਂ ਹੀ ਨੇ, ਕੈਪਟਨ ਸਰਕਾਰ ਤੋਂ ਜਾਂ ਕੁਝ ਕੁ ਕੇਂਦਰ ਦੇ ਅਖਤਿਆਰ ਵੀ ਨੇ, ਇਸ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਇਸ਼ਾਰਾ ਮਿਲ ਰਿਹਾ ਵਾ, ਉਹ ਕੀ ਇਸ ਨੂੰ ਗੰਭੀਰਤਾ ਵਜੋਂ ਸਰਕਾਰ ਲੈ ਰਹੀ ਆ ਕਿ ਨਹੀਂ? ਸਰਕਾਰ ਵੀ ਮੈਨੂੰ ਲੱਗਦਾ ਹੈ ਕਿ ਇਸ ਮੋਰਚੇ ਤੋਂ ਘਬਰਾਈ ਹੋਈ ਆ ਅਤੇ ਕਾਫੀ ਹਰਕਤ ਦੇ ਵਿੱਚ ਹੈ, ਵੇਖਣ ਦੇ ਵਿੱਚ ਆ ਰਿਹਾ ਹੈ। ਪਰ ਮੈਨੂੰ ਜ਼ਿਆਦਾ
ਇਹ ਫਿਕਰ ਨਹੀਂ ਗਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ ਕਿ ਨਹੀਂ ਕਰ ਰਹੀ। ਸਰਕਾਰ ਨੂੰ ਕਾਰਵਾਈ ਕਰਨੀ ਹੀ ਪੈਣੀ ਹੈ। ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਸਰਕਾਰ ਰਹਿ ਨਹੀਂ ਸਕਦੀ। ਇਸ ਮੋਰਚੇ ਦੀ ਇਸ ਤਰ੍ਹਾਂ ਦੀ ਤਿਆਰੀ ਹੈ, ਫਿਰ ਸਰਕਾਰ ਨਹੀਂ ਰਹਿ ਸਕਦੀ। ਜਿਹੜੀ ਮੇਰੀ ਉਮੀਦ ਸੀ, ਜਿਹੜੇ ਮੇਰੇ ਮਨ ਦਾ ਬਲਬਲਾ ਸੀ, ਜਿਸ ਕਰਕੇ ਇਹ ਮੋਰਚਾ ਮੈਂ ਲਾਇਆ, ਮੈਂ ਸੰਗਤ ਦੀਆਂ ਭਾਵਨਾਵਾਂ ਨੂੰ ਸਮਝ ਕੇ ਲਾਇਆ। ਸੰਗਤ ਦੇ ਵਿੱਚ ਜਿਹੜਾ ਸੰਗਤ ਦਾ ਮੁਰਾਲ ਸੀ ਉਹ ਬਹੁਤ ਡਾਊਨ ਹੋ ਗਿਆ ਸੀ, ਬਹੁਤ ਡਿੱਗ ਗਿਆ ਸੀ, ਹੌਸਲੇ ਜਿਹੜੇ ਪਸਤ ਹੋ ਗਏ ਸੀ, ਬੇਵਿਸ਼ਵਾਸੀ ਬਹੁਤ ਜ਼ਿਆਦਾ ਪੈਦਾ ਹੋ ਗਈ ਸੀ ਅਤੇ ਕਿਸੇ ਨੂੰ ਵੀ ਕਿਸੇ ਦੇ ਉੱਤੇ ਇਤਬਾਰ ਨਹੀਂ ਸੀ ਰਹਿ ਗਿਆ। ਅਤੇ ਦੂਜੇ ਪਾਸੇ ਸਾਡੇ ਗੁਰੂ ਦੀ ਸ਼ਹਾਦਤ ਹੋ ਰਹੀ ਸੀ ਅਤੇ ਸਾਡੇ ਸਿੰਘ ਸ਼ਹੀਦ ਹੋ ਰਹੇ ਸੀ, ਜੇਲ੍ਹਾਂ ਵਿੱਚ ਤੜਫ ਰਹੇ ਸੀ, ਸਾਰਾ ਕੁਛ ਇਹ ਸਾਡੇ ਸਾਹਮਣੇ ਸੀ। ਪਰ ਇਸ ਸਭ ਕਾਸੇ ਨੂੰ ਜਦੋਂ ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਸੀ ਅਤੇ ਕੋਈ ਗੱਲਬਾਤ ਅਸੀਂ ਕਿਸੇ ਚੰਗੇ ਢੰਗ ਤਰੀਕੇ ਦੇ ਨਹੀਂ ਸੀ ਕਰਦੇ ਅਤੇ ਦੁਸ਼ਮਣ ਜਿਹੜਾ ਦਿਨੋ ਦਿਨ ਚੜ੍ਹਦਾ ਜਾਂਦਾ ਸੀ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ 300 ਤੋਂ ਵੀ ਉੱਪਰ ਲੰਘ ਗਈਆਂ ਸੀ। ਅਤੇ ਇਹ ਸਾਡੀ ਕੌਮ ਦੇ ਮੱਥੇ ਦੇ ਉੱਤੇ, ਜਿਹੜੀ ਸੂਰਬੀਰਾਂ ਦੀ ਯੋਧਿਆਂ ਦੀ ਕੌਮ ਸੀ, ਉਹਦੇ ਮੱਥੇ ਦੇ ਉੱਤੇ ਬੜਾ ਵੱਡਾ ਇੱਕ ਕਲੰਕ ਸੀ। ਇਸ ਕਲੰਕ ਨੂੰ ਧੋਣ ਵਾਸਤੇ ਸਾਡੀ ਕੌਮ ਨੂੰ ਉਠਾਉਣਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਇਕੱਠਾ ਕਰਨਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਲਿਆਉਣਾ ਬੜਾ ਜ਼ਰੂਰੀ ਸੀ। ਅਤੇ ਉਸ ਨੂੰ ਲਿਆਉਣ ਵਾਸਤੇ ਮੈਂ ਇੱਕ ਛੋਟਾ ਜਿਹਾ ਯਤਨ ਕੀਤਾ, ਇਹ ਬਹੁਤਾ ਵੱਡਾ ਯਤਨ ਨਹੀਂ ਗਾ। ਹਾਲਾਂਕਿ ਮੈਨੂੰ ਸਾਰੀ ਕੌਮ ਕਹਿ ਰਹੀ ਸੀ ਵੀ ਜਥੇਦਾਰ ਜੀ ਕੋਈ ਠੋਸ ਪ੍ਰੋਗਰਾਮ ਦਿਓ, ਕੋਈ ਤਿੱਖਾ ਪ੍ਰੋਗਰਾਮ ਦਿਓ, ਕੋਈ ਇਸ ਤਰ੍ਹਾਂ ਗੱਲ ਬਣਨੀ ਨਹੀਂ। ਕਈ ਤਰ੍ਹਾਂ ਦੇ ਵਿਚਾਰ ਮੇਰੇ ਕੰਨਾਂ ਦੇ ਵਿੱਚ ਪੈ ਰਹੇ ਸੀ ਅਤੇ ਮੈਂ ਬਹੁਤ ਸੋਚ ਸਮਝ ਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਦਿੱਤਾ। ਮੇਰੇ ਹਿਸਾਬ ਨਾਲ ਇਹ ਬਹੁਤ ਛੋਟਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਦਾ ਸੰਗਤ ਚਾਹੁੰਦੀ ਸੀ ਮੈਂ ਉਸ ਤਰ੍ਹਾਂ ਦਾ ਨਹੀਂ ਦਿੱਤਾ। ਪਰ ਮੈਂ ਸੋਚਿਆ ਸੀ ਕਿ ਜੇ ਥੋੜ੍ਹਾ ਜਿਹਾ ਨੋਰਮਲ ਜਿਹਾ ਪ੍ਰੋਗਰਾਮ ਅਸੀਂ ਦੇਵਾਂਗੇ ਤਾਂ ਕੌਮ ਇੱਧਰ ਨੂੰ ਵਧੂਗੀ। ਜਦੋਂ ਕੌਮ ਨੇ ਇਹ ਗੱਲ ਸੁਣੀ ਵੀ ਕੋਈ ਇਹ ਅਕਾਲ ਤਖ਼ਤ ਦਾ ਜਥੇਦਾਰ ਜਿਹੜਾ ਉਹਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਅਤੇ ਉਹਨੇ ਸਾਡੀ ਕੌਮ ਨੂੰ ਆਵਾਜ਼ ਮਾਰੀ ਆ, ਉਹਨੇ ਸਾਡੀ ਕੌਮ ਨੂੰ ਇਕੱਠੇ ਹੋਣ ਦੀ ਗੱਲ ਕੀਤੀ ਆ, ਉਹਨੇ ਕੌਮ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਤਾ ਹੈ, ਅਤੇ ਫਿਰ ਕੌਮ ਜਿਹੜੀ ਸੁਭਾਵਿਕ ਹੀ ਉਹ ਘਰਾਂ 'ਚੋਂ ਬਾਹਰ ਆ ਗਈ। ਇਹ ਇੱਕ ਬੜੀ ਵੱਡੀ ਸਾਡੀ ਪ੍ਰਾਪਤੀ ਹੈ। ਮੈਂ ਕਹਿੰਦਾ ਇਹ ਤੋਂ ਵੱਡੀ ਪ੍ਰਾਪਤੀ ਹੋਰ ਨਹੀਂ ਕੋਈ ਹੋ ਸਕਦੀ ਕਿ ਅੱਜ ਲੋਕਾਂ ਨੇ ਪਾਰਟੀਬਾਜ਼ੀ, ਧੜੇਬੰਦੀ, ਮਤਭੇਦ ਜੋ ਵੀ ਸੀ ਆਪਸ ਵਿੱਚ ਸਾਡੇ, ਕਿਸੇ ਨੇ ਨਹੀਂ ਪਾਰਟੀ ਵੇਖੀ ਅਤੇ ਕਿਸੇ ਨੇ ਨਹੀਂ ਧੜਾ ਵੇਖਿਆ ਅਤੇ ਕਿਸੇ ਨੇ ਨਹੀਂ ਵੇਖਿਆ ਵੀ ਕੱਲ੍ਹ ਮੇਰੇ ਇਸ ਬੰਦੇ ਨਾਲ ਕੀ ਮਤਭੇਦ ਸੀ ਅਤੇ ਮੈਂ ਅੱਜ ਕੀ ਕਰਾਂ। ਸਾਰਿਆਂ ਨੂੰ ਥੱਲੇ ਰੱਖ ਕੇ ਲੋਕਾਂ ਨੇ ਇੱਕੋ ਹੀ ਗੱਲ ਆਪਣੇ ਮਨ ਦੇ ਵਿੱਚ ਵਸਾਈ ਵੀ ਸਾਡੇ ਗੁਰੂ ਦਾ ਮਸਲਾ ਹੈ ਅਤੇ ਸਾਡੇ ਕਿਸੇ ਸਿੰਘ ਨੇ ਆਵਾਜ਼ ਮਾਰੀ ਹੈ ਤਾਂ ਸਾਨੂੰ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਅਤੇ ਉਹ ਤੁਹਾਡੇ ਸਾਰਾ ਕੁਛ ਸਾਹਮਣੇ ਆ। ਅਤੇ ਇਹ ਮੈਂ ਸਮਝਦਾ ਹਾਂ ਕਿ ਜਿਹੜੇ ਮੋਰਚੇ ਹੁੰਦੇ ਆ ਨਾ ਉਹ ਫੈਸਲੇ ਕਰਦੇ, ਇਸ ਮੋਰਚੇ ਨੇ ਫੈਸਲਾ ਕਰ ਦਿੱਤਾ ਸੀ, ਮੋਰਚਾ ਜਿੱਤ ਗਿਆ ਸੀ। ਐਂ ਨਹੀਂ ਹੈਗਾ ਜੇ ਤੁਸੀਂ ਮੈਨੂੰ ਹੁਣ ਪੁੱਛੋਗੇ ਵੀ ਇਹ ਕਦੋਂ ਤੱਕ ਰਹੂਗਾ, ਕਿਵੇਂ ਰਹੂਗਾ, ਕੀ ਇਹਦਾ ਹਿਸਾਬ ਕਿਤਾਬ ਆ, ਮੈਂ ਕਹਿੰਦਾ ਵੀ ਇਹ ਸਮਾਂ ਨਹੀਂ ਹੈਗਾ ਇੱਥੇ ਕੋਈ ਇਹ ਸਮਾਂ ਬਾਉਂਡ ਨਹੀਂ ਕੀਤਾ ਅਸੀਂ। ਇਹ ਤਾਂ ਲੜਾਈ ਜਿੱਤਾਂਗੇ ਅਤੇ ਜਦੋਂ ਜਿੱਤ ਦਾ ਝੰਡਾ ਸਾਡਾ ਚੜ੍ਹ ਗਿਆ ਅਤੇ ਫਿਰ ਅਰਦਾਸ ਕਰਕੇ ਫਿਰ ਅਸੀਂ ਇਹ ਅਗਲੀ ਗੱਲ ਕਰਾਂਗੇ।
ਸੋ ਇਹ ਗੱਲਬਾਤ ਸੰਖੇਪ ਰੂਪ 'ਚ ਹੀ ਅਸੀਂ ਰੱਖੀ ਹੈ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਨਾਲ, ਕਿਉਂਕਿ ਇੱਥੇ ਸਟੇਜ ਦੀ ਕਾਰਵਾਈ ਚੱਲ ਰਹੀ ਆ। ਜਿਹੜੇ ਪ੍ਰਚਾਰਕ ਨੇ ਉਹ ਕੁਝ ਸਿੰਘ ਜਿਹੜੇ ਧਾਰਨਾਵਾਂ ਨਾਲ ਗਾਉਂਦੇ ਆ, ਕੁਝ ਕੀਰਤਨ ਕਰਦੇ ਆ, ਸਟੇਜ ਦੀ ਕਾਰਵਾਈ ਜਾ ਰਹੀ ਆ, ਬੁਲਾਰੇ ਲੱਗੇ ਹੋਏ ਆ। ਦੂਰੋਂ ਦਰੇਡੇ ਤੋਂ ਸਿੱਖ ਸੰਗਤਾਂ ਇੱਥੇ, ਪੰਜਾਬ ਭਰ ਤੋਂ ਅਤੇ ਹੋਰਾਂ ਸੂਬਿਆਂ ਤੋਂ ਵੀ ਇੱਥੇ ਪਹੁੰਚ ਰਹੀਆਂ। ਸੰਗਤ ਦੇ ਵਿੱਚ ਬੱਚਿਆਂ ਦੀ ਗਿਣਤੀ ਵੀ ਆ, ਬੀਬੀਆਂ ਵੀ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਅੱਧ ਖੜ ਉਮਰ ਦੇ, ਸਾਰੀਆਂ ਹੀ ਉਮਰਾਂ ਦੇ ਪੜਾਅ ਜਿਹੜੇ ਹੁੰਦੇ ਆ ਉਹ ਸਿੱਖ ਸੰਗਤਾਂ ਦੇ ਵਿੱਚ ਸ਼ਾਮਿਲ ਨੇ। ਨੇੜਲਾ ਪਿੰਡ ਆ ਇੱਥੇ ਸਮਾਲਸਰ, ਸਮਾਲਸਰ ਦੇ ਸ਼ਹੀਦ ਹੋਏ ਆ ਭਾਈ ਜੁਗਰਾਜ ਸਿੰਘ ਸਮਾਲਸਰ, ਰੁਮਾਨੀਆ ਕਾਂਡ ਵਾਲੇ, ਉਹਨਾਂ ਦੇ ਨਗਰ ਤੋਂ ਅੱਜ ਇੱਥੇ ਲੰਗਰ ਲੈ ਕੇ ਸਿੱਖ ਸੰਗਤਾਂ ਪਹੁੰਚੀਆਂ ਸਨ। ਤਾਂ ਵੇਖ ਕੇ ਖਿਆਲ ਆਉਂਦਾ ਕਿ ਉਹ ਵਾਸੀ, ਉਸ ਪਿੰਡ ਦੇ ਵਾਸੀ ਜਿਨ੍ਹਾਂ ਨੇ ਆਪਣੇ ਜਿਹੜੇ ਸ਼ਹੀਦ ਕਰਾਏ ਆ ਸਿੰਘ, ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਦੇ ਪਰਿਵਾਰ 'ਚੋਂ ਖੁਦ 3 ਸ਼ਹਾਦਤਾਂ ਜਿਹੜਾ ਇਹਨਾਂ ਦੇ ਮੰਡ ਪਰਿਵਾਰ 'ਚੋਂ ਹੋਈਆਂ, ਰਿਸ਼ਤੇਦਾਰੀਆਂ 'ਚੋਂ ਵੀ ਹੋਰ ਵੀ ਹੋਈਆਂ, ਇਹ ਜਿਹੜੇ ਲੰਮੇ ਸਮੇਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮੇਂ ਤੋਂ ਆਰੰਭ ਹੋਏ ਸੰਘਰਸ਼ ਦੇ ਵਿਚਾਲੇ ਸ਼ਹਾਦਤਾਂ ਦੇਣ ਵਾਲੇ ਜਿਹੜੇ ਲੋਕ ਨੇ, ਇਹ ਉਹਨਾਂ ਦਾ ਸਮੂਹ ਆ, ਇਹ ਜਿਨ੍ਹਾਂ ਨੇ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ ਅਤੇ ਕਿਸੇ ਕੁਰਬਾਨੀ ਤੋਂ ਹਟੇ ਨਹੀਂ। ਇਸ ਮੋਰਚੇ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਖਾਸ ਲੱਗੀ ਕਿ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਵਿਚਰਨ ਵਾਲੀਆਂ ਦੋ ਜਥੇਬੰਦੀਆਂ, ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ, ਦੋਵੇਂ ਹੀ ਇਸ ਮੋਰਚੇ ਦਾ ਸਪੋਰਟ ਕਰ ਰਹੀਆਂ, ਸਹਿਯੋਗ ਕਰ ਰਹੀਆਂ, ਹਮਾਇਤ ਕਰ ਰਹੀਆਂ, ਅਤੇ ਉਹਨਾਂ ਦੇ ਸਿੰਘ ਵੀ ਇੱਥੇ ਪਹੁੰਚੇ ਹੋਏ ਆ। ਇਸ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਹਾਜ਼ਰੀ ਲਵਾ ਕੇ ਗਏ। ਇਸ ਤੋਂ ਇਲਾਵਾ ਅਖੰਡ ਕੀਰਤਨੀ ਜਥਾ, ਕੁੱਲ ਮਿਲਾ ਕੇ ਪੰਥ ਦੀਆਂ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ, ਛੋਟੀਆਂ ਹੋਣ ਵੱਡੀਆਂ ਹੋਣ, ਉਹ ਇੱਥੇ ਪਹੁੰਚ ਕੇ ਹਾਜ਼ਰੀਆਂ ਲਵਾ ਰਹੀਆਂ। ਜਥੇਦਾਰ ਮੰਡ ਹੋਣਾ ਦਾ ਕਹਿਣਾ ਕਿ ਇਹ ਜਿਹੜਾ ਮੋਰਚਾ ਵਾ, ਅਸੀਂ ਕੋਈ ਟਾਈਮ ਬਾਉਂਡ ਨਹੀਂ ਕੀਤਾ, ਕੋਈ ਇਹ ਅਣਮਿੱਥੇ ਸਮੇਂ ਲਈ ਆ, ਅਸੀਂ ਜਿੱਤ ਦੀ ਜਿਹੜੀ ਆ ਅਰਦਾਸ ਹੈ ਉਹ ਕਰਕੇ ਉੱਠਾਂਗੇ, ਉਸ ਤੋਂ ਪਹਿਲਾਂ ਨਹੀਂ ਇੱਥੋਂ ਉੱਠਣ ਵਾਲੇ। ਸੋ ਇਸ ਤੋਂ ਇਲਾਵਾ ਇੱਥੇ ਮੋਰਚੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ 5 ਸਿੰਘ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਰਤਰਫ ਕਰ ਦਿੱਤਾ ਗਿਆ ਸੀ 2015 ਦੇ ਵਿੱਚ, ਉਹ ਵੀ ਹਾਜ਼ਰੀ ਲਵਾ ਕੇ ਗਏ ਆ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ, ਅਤੇ ਜਿਹੜਾ ਮੋਰਚਾ ਵਾ ਬਰਗਾੜੀ ਦੇ ਵਿੱਚ ਜਾਰੀ ਆ। ਹੁਣ ਆਪਾਂ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ ਅਗਲੇ ਭਾਗ ਦੇ ਵਿੱਚ ਗੱਲਬਾਤ ਕਰਦੇ ਹਾਂ। ਬਰਗਾੜੀ ਮੋਰਚੇ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਇਸ ਵੇਲੇ ਸਾਡੇ ਨਾਲ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਜਥੇਦਾਰ ਸਾਹਿਬ, ਪਹਿਲਾ ਸਵਾਲ ਇਹ ਆ ਕਿ ਤੁਹਾਡੀ ਇੱਕ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ, ਉਸ ਦਾ ਨਤੀਜਾ ਕੀ ਰਿਹਾ? ਦੇਖੋ, ਪੰਜਾਬ ਸਰਕਾਰ ਆਈ ਨੂੰ, ਜਿਹੜੀ ਹੁਣ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਤਕਰੀਬਨ 14-15 ਮਹੀਨੇ ਹੋ ਗਏ। ਉਹਨਾਂ ਦੇ ਵੱਲੋਂ ਇੱਕ ਕਮਿਸ਼ਨ ਬਿਠਾਇਆ ਗਿਆ ਸੀ, ਉਹਨੂੰ ਵੀ 6 ਮਹੀਨੇ ਦਾ ਟਾਈਮ ਦਿੱਤਾ ਸੀਗਾ। ਉਹਨਾਂ ਨੇ ਵੀ, ਮੈਂ ਸਮਝਦਾ ਕਿ ਇਸ ਸੰਬੰਧ ਦੇ ਵਿੱਚ ਅੱਜ ਤੱਕ ਸਿੱਖ ਸੰਗਤਾਂ ਦੇ ਸਾਹਮਣੇ ਆਪਣੇ ਵਾਅਦੇ ਅਨੁਸਾਰ ਕੁਛ ਵੀ ਨਹੀਂ ਕੀਤਾ, ਬਰਗਾੜੀ ਦੇ ਸੰਬੰਧ, ਬਹਿਬਲ ਦੇ ਸੰਬੰਧ ਵਿੱਚ, ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਸੰਬੰਧ ਵਿੱਚ, ਜਿਹੜਾ ਕਿ ਉਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਇਹਨਾਂ ਸਾਰੇ ਮਸਲਿਆਂ ਦਾ ਹੱਲ ਦਿਆਂਗਾ। ਅਖੀਰ ਜਦੋਂ ਕੋਈ ਗੱਲਬਾਤ ਨਾ ਹੋਈ, ਪਿਛਲੇ ਸਾਲ ਵੀ ਇੱਕ ਜਿਹੜਾ ਸੀਗਾ, ਅਸੀਂ ਸੰਕੇਤ ਮਾਤਰ ਜਿਹੜਾ ਸੀ ਰੋਸ ਮੁਜ਼ਾਹਰਾ ਕੀਤਾ ਸੀ ਕੋਟਕਪੂਰਾ ਚੌਂਕ 'ਚ ਕਾਲੀਆਂ ਝੰਡੀਆਂ ਦੇ ਨਾਲ। ਉਸ ਤੋਂ ਬਾਅਦ ਜਿਹੜਾ ਸੀ, ਹੁਣ 1 ਜੂਨ ਆ ਗਈ, 3 ਸਾਲ ਹੋ ਗਏ ਆ। ਪਿਛਲੇ ਸਾਲ ਵੀ ਇੱਥੇ 1 ਜੂਨ ਦਾ ਇਕੱਠ ਸੀ, ਉਦੋਂ ਪਿਛਲੇ ਸਾਲ ਵੀ 1 ਜੂਨ ਦਾ ਇਕੱਠ ਰੱਖਿਆ ਸੀਗਾ, ਪਰ ਇਸ ਵਾਰ ਅਸੀਂ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ ਸੀਗਾ ਵੀ ਇੱਥੋਂ ਪ੍ਰੋਗਰਾਮ ਇਸ ਤਰ੍ਹਾਂ ਦਾ ਅਨਾਊਂਸ ਹੋਊਗਾ ਵੀ ਸਰਕਾਰ ਨੂੰ ਹੱਲ ਕਰਨਾ ਪਊਗਾ।
1 ਜੂਨ ਨੂੰ ਜਦੋਂ ਇੱਥੇ ਸਿੱਖ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ ਔਰ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਇੱਥੇ ਮੰਚ 'ਤੇ ਜਥੇਦਾਰਾਂ ਦੇ ਸੱਦੇ 'ਤੇ ਇਕੱਠੀਆਂ ਹੋਈਆਂ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕੀਤੀ ਤਾਂ ਉਸੇ ਦਿਨ ਹੀ DC ਔਰ SSP ਜੋ ਫਰੀਦਕੋਟ ਦੇ ਉਹ ਸਾਡੇ ਕੋਲ ਸ਼ਾਮ ਨੂੰ ਇੱਥੇ ਪਹੁੰਚ ਗਏ। ਉਹ ਧਰਨਾ ਆ ਜਿਹੜਾ ਮੁਜ਼ਾਹਰਾ ਸੀਗਾ ਸਾਡਾ ਜੋ ਮੋਰਚਾ ਸੀ ਇਨਸਾਫ਼ ਮੋਰਚਾ ਇਹਨੂੰ ਉਠਾਉਣ ਵਾਸਤੇ ਆਏ ਸੀ, ਪਰ ਜਦੋਂ ਅਸੀਂ ਉਹਨਾਂ ਨੂੰ ਆਪਣੀਆਂ ਗੱਲਾਂ ਦੱਸੀਆਂ ਉਹਨਾਂ ਕੋਲ ਜਵਾਬ ਨਹੀਂ ਸੀ। ਉਹ ਕਹਿੰਦੇ ਅਸੀਂ ਸਰਕਾਰ ਨਾਲ ਗੱਲ ਕਰਾਂਗੇ। ਅਗਲੇ ਦਿਨ ਜਿਹੜੇ ਇਸ ਰੇਂਜ ਦੇ IG ਆ GS ਢਿੱਲੋਂ ਉਹ ਆ ਗਏ, ਉਹਨਾਂ ਨੇ ਆ ਕੇ ਜਿਹੜਾ ਸੀਗਾ ਮੋਰਚਾ ਉਠਾਉਣ ਦੀ ਗੱਲ ਕੀਤੀ, ਪਰ ਜਦੋਂ ਅਸੀਂ ਮੰਗਾਂ ਕੀਤੀਆਂ ਉਹਨਾਂ ਦੇ ਸਾਹਮਣੇ ਤਾਂ ਜੋ ਉਹਨਾਂ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਸੀ। ਤਾਂ ਫਿਰ ਤੀਸਰੇ ਦਿਨ ਜਿਹੜਾ ਸੀ ਉਹ ਕੈਬਨਿਟ ਮਿਨਿਸਟਰ ਜੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ MLA ਲੈ ਕੇ ਇੱਥੇ ਪਹੁੰਚੇ, ਨਾਲ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਸੀਗੀ ਹੋਈ, ਉਹਨਾਂ ਕੋਲ ਵੀ ਇਹਨਾਂ ਮੰਗਾਂ ਦਾ ਜਵਾਬ ਨਹੀਂ। ਸਰਕਾਰ ਚੱਲ ਕੇ ਆਈ ਬਰਗਾੜੀ ਦੀ ਧਰਤੀ 'ਤੇ, ਕੈਬਨਿਟ ਮਿਨਿਸਟਰ ਵੀ ਸਰਕਾਰ ਹੁੰਦਾ, ਸਰਕਾਰ ਇੱਥੇ ਆਈ ਚੱਲ ਕੇ, ਬਕਾਇਦਾ ਜੋ ਜਥੇਦਾਰ ਸਾਹਿਬ ਨੇ ਕਿਹਾ ਸਰਕਾਰ ਇੱਥੇ ਚੱਲ ਕੇ ਆਊਗੀ, ਉਹਨਾਂ ਕੋਲ ਵੀ ਸਾਡੀਆਂ ਮੰਗਾਂ ਦਾ ਜਵਾਬ ਨਹੀਂ ਸੀ। ਅਤੇ ਉਹਨਾਂ ਨੇ ਬਕਾਇਦਾ ਮੀਡੀਆ 'ਚ ਇਸ ਗੱਲ ਦੀ ਮੁਆਫ਼ੀ ਜਦੋਂ ਇੱਥੇ ਆਏ ਉਹਨਾਂ ਨੇ ਕਿਹਾ, ਪਹਿਲਾਂ ਤਾਂ ਅਰਦਾਸ ਕੀਤੀ ਕਿ ਤੁਹਾਡੀਆਂ ਮੰਗਾਂ ਜਾਇਜ਼ ਅਤੇ ਗੁਰੂ ਤੁਹਾਡੇ ਮੋਰਚੇ ਨੂੰ ਸਫਲ ਕਰੇ, ਮੈਂ ਅਰਦਾਸ ਕਰਦਾ। ਫਿਰ ਉਹਨਾਂ ਨੇ, ਮੈਂ ਅਗਲੀ ਗੱਲ 'ਤੇ ਤੁਹਾਡੇ ਜਵਾਬ 'ਤੇ ਆਉਣਾ ਚਾਹੁੰਦਾ ਕਿ ਫਿਰ ਉਹਨਾਂ ਨੇ ਜਿਹੜਾ ਸੀਗਾ ਗੱਲਬਾਤ ਦੇ ਵਿੱਚ ਉਸ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਸਾਡੇ ਕੋਲ ਕਮੀ ਰਹੀ ਆ, ਅਸੀਂ ਮੁਆਫ਼ੀ ਮੰਗਦੇ ਹਾਂ, ਦੇਰੀ ਹੋਈ ਆ, ਮੰਗਾਂ ਇਹਨਾਂ ਦੀਆਂ ਜਾਇਜ਼ ਆ, ਅਮਨ ਕਾਨੂੰਨ ਦੇ ਨਾਲ ਬੜਾ ਪੁਰਅਮਨ ਤਰੀਕੇ ਨਾਲ ਸ਼ਾਂਤਮਈ ਇਹਨਾਂ ਦਾ ਪ੍ਰੋਟੈਸਟ ਜਿਹੜਾ ਮੋਰਚਾ ਇਨਸਾਫ਼ ਮੋਰਚਾ ਚੱਲ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਸੱਦਾ ਦਿੱਤਾ ਚੰਡੀਗੜ੍ਹ, ਪੰਜਾਬ ਭਵਨ, ਪੰਜਾਬ ਭਵਨ ਪੰਜਾਬ ਦਾ ਸਾਂਝਾ ਵਾ, ਉੱਥੇ ਮੁੱਖ ਮੰਤਰੀ ਸਾਹਿਬ ਆਏ, ਉੱਥੇ ਹੀ ਅਸੀਂ ਸਾਰੇ ਗਏ ਜੋ ਮੇਰੇ ਨਾਲ ਵਫਦ ਸੀਗਾ ਜਥੇਦਾਰ ਸਾਹਿਬ ਨੇ ਭੇਜਿਆ, ਤਾਂ ਉੱਥੇ ਬੈਠ ਕੇ ਬਕਾਇਦਾ ਉਹਨਾਂ ਦੇ ਕੈਬਨਿਟ ਮਿਨਿਸਟਰ ਸੀ, 3 MLA ਸੀ, USD ਸੀ, ਉਹਨਾਂ ਦੇ ਆਫਿਸਰ ਸੀਗੇ ਇੰਟੈਲੀਜੈਂਸੀ ਦੇ ਦਿਨਕਰ ਗੁਪਤਾ ਜੀ ਔਰ ਵਰਿੰਦਰ ਕੁਮਾਰ ਜੀ, ਉਹਨਾਂ ਨਾਲ ਬੜੀ ਡਿਟੇਲ 'ਚ ਸਾਡੀ ਗੱਲਬਾਤ ਹੋਈ। ਤਾਂ ਗੱਲਬਾਤ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ, ਬੇਅਦਬੀ ਦਾ, ਬਹਿਬਲ ਦਾ ਸਾਰਾ ਕੁਝ ਦੱਸਿਆ, ਤਾਂ ਮੁੱਖ ਮੰਤਰੀ ਨੇ ਕਿਹਾ ਇਹ ਮੰਗਾਂ ਤਾਂ ਮੇਰੀਆਂ ਸੀ, ਅਤੇ ਅਸੀਂ ਕਿਹਾ ਅਸੀਂ ਤੁਹਾਨੂੰ ਚੇਤਾ ਹੀ ਤਾਂ ਕਰਾ ਰਹੇ ਹਾਂ ਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਇਹ ਕੁਝ ਕਿਹਾ ਸੀਗਾ, ਅਤੇ ਇਹਨੂੰ ਜਿਹੜਾ ਹੈਗਾ ਹੁਣ ਤੁਰੰਤ ਜਿਹੜਾ ਇਹਨਾਂ ਨੂੰ ਹੱਲ ਕਰੋ, ਅਤੇ ਉਹਨਾਂ ਨੇ ਤੁਰੰਤ ਜਿਹੜਾ ਸੀਗਾ ਉੱਥੇ ਆਫਿਸਰਾਂ ਨੂੰ ਆਰਡਰ ਕੀਤੇ ਵੀ ਇਹਨਾਂ ਮਸਲਿਆਂ ਦਾ ਹੱਲ ਚਾਹੀਦਾ, ਕਿ ਜੋ ਇਹ ਕਹਿ ਰਹੇ ਇਹਨਾਂ ਦੀਆਂ ਮੰਗਾਂ ਜਾਇਜ਼ ਆ, ਕੋਈ ਨਜਾਇਜ਼ ਨਹੀਂ ਆ। ਜੋ ਕਮਿਸ਼ਨ ਬਣਿਆ ਸੀ ਜਸਟਿਸ ਰਣਜੀਤ ਸਿੰਘ ਦਾ, ਉਹਦੀ ਰਿਪੋਰਟ ਨੂੰ ਜਲਦੀ ਜਨਤਕ ਕਰੋ ਵੀ ਕਿ ਉਹ ਕਹਿੰਦੇ ਜਸਟਿਸ ਸਾਹਿਬ ਨੇ 1 ਮਹੀਨੇ ਦਾ ਸਮਾਂ ਮੰਗਿਆ, ਤਾਂ ਅਸੀਂ ਕਿਹਾ ਵੀ 1 ਮਹੀਨਾ ਬਹੁਤ ਆ, ਹੁਣ ਮਹੀਨਾ ਨਹੀਂ, ਹੁਣ ਦੋ ਭਾਗਾਂ ਦੇ ਵਿੱਚ ਰਿਪੋਰਟ ਨੂੰ ਕਰ ਦਿਓ, ਜਿਹੜੀ ਬਰਗਾੜੀ ਅਤੇ ਬਹਿਬਲ ਦੀ ਰਿਪੋਰਟ ਆ ਉਹ ਪਹਿਲਾਂ ਦੇ ਦਿਓ, ਜਿਹੜੀਆਂ ਬਾਅਦ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਦੀ ਰਿਪੋਰਟ ਬਾਅਦ 'ਚ ਦੇ ਦਿਓ, ਉਹ ਇਕੱਠੀ ਦੇਣਾ ਚਾਹੁੰਦੇ ਸੀ। ਤਾਂ ਹੁਣ ਉਹਨਾਂ ਨੇ ਜਿਹੜਾ ਤੁਰੰਤ ਜਿਹੜੀ ਸਾਡੀ ਗੱਲਬਾਤ ਹੋਈ ਆ, ਬਕਾਇਦਾ ਗੱਲਬਾਤ ਦੇ ਵਿੱਚ ਉਹਨਾਂ ਨੇ ਆਫਿਸਰਾਂ ਨੂੰ ਸਾਡੇ ਸਾਹਮਣੇ ਜਿਹੜੇ ਆ ਉਹ ਹੁਕਮ ਕੀਤੇ ਆ। ਮੈਂ ਸਮਝਦਾ ਕਿ ਜੇਕਰ ਉਹਨਾਂ ਹੁਕਮਾਂ 'ਤੇ ਕੰਮ ਹੋਵੇ ਤਾਂ ਸਾਨੂੰ ਤੁਰੰਤ ਜਿਹੜਾ ਇਹਦਾ ਰਿਜ਼ਲਟ ਆ 2-4 ਦਿਨਾਂ 'ਚ ਮਿਲੂਗਾ, ਜੇ ਨੀਅਤ ਸਰਕਾਰ ਦੀ ਸਾਫ਼ ਹੋਈ। ਇਹ ਨਹੀਂ ਵੀ ਸਾਡੇ ਸਾਹਮਣੇ ਹੁਕਮ ਕਰ ਦਿੱਤਾ ਅਤੇ ਬਾਅਦ ਵਿੱਚ ਜਿਹੜਾ ਹੈਗਾ ਕੁਛ ਹੋਰ ਹੋਵੇ, ਜੇਕਰ ਜੋ ਸਾਡੇ ਸਾਹਮਣੇ ਹੁਕਮ ਕੀਤੇ ਆ ਮੀਟਿੰਗ ਦੇ ਵਿੱਚ ਆਫਿਸਰਾਂ ਨੂੰ ਮੁੱਖ ਮੰਤਰੀ ਪੰਜਾਬ ਨੇ, ਤਾਂ ਉਹਦੇ ਅਨੁਸਾਰ ਸਾਨੂੰ ਲੱਗਦਾ ਵੀ 2-4 ਦਿਨਾਂ ਦੇ ਵਿੱਚ ਕੋਈ ਹੱਲ ਜਿਹੜਾ ਉਹ ਸਾਡੇ ਸਾਹਮਣੇ ਆਊਗਾ। ਇੰਝ ਪੁੱਛਣਾ ਹੋਵੇ ਕਿ ਗੱਲਬਾਤ ਤੌਰ 'ਤੇ ਜਿਹੜੀ ਮੀਟਿੰਗ ਆ ਉਹ ਸਫਲ ਰਹੀ, ਨਤੀਜਿਆਂ ਨੇ ਅਜੇ ਇਸ ਨੂੰ ਸਫਲ ਜਿਹੜਾ ਵਾ ਉਹਦੀ ਮੋਹਰ ਲੱਗਣੀ ਬਾਕੀ ਆ, ਇੰਝ ਹੀ ਆ? ਬਿਲਕੁਲ, ਅਸੀਂ ਉਹਨਾਂ ਚਿਰ ਨਹੀਂ ਮੰਨਦੇ। ਦੇਖੋ, ਉਹਨਾਂ ਨੇ ਸਾਨੂੰ ਸੱਦਾ ਦਿੱਤਾ, ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੇ। ਸਾਡਾ ਇਨਸਾਫ਼ ਮੋਰਚਾ ਵੀ ਚੱਲ ਰਿਹਾ, ਗੱਲਬਾਤ ਵੀ ਚੱਲ ਰਹੀ, ਕੋਈ ਆਫਿਸਰ ਆਵੇ, ਕੋਈ ਮੰਤਰੀ ਆਵੇ, ਮੁੱਖ ਮੰਤਰੀ ਨਾਲ ਵੀ ਗੱਲਬਾਤ ਹੋਈ, ਉਹਨਾਂ ਦੇ ਆਫਿਸਰਾਂ ਨਾਲ ਵੀ ਹੋਈ ਆ, ਕਿਉਂਕਿ ਗੱਲ ਅਕਸਰ ਗੱਲਬਾਤ ਦੇ ਨਾਲ ਹੀ ਜਿਹੜਾ ਹੈ ਹੱਲ ਹੁੰਦਾ।
ਜੋ ਸਾਡੀਆਂ ਮੰਗਾਂ ਨੇ ਹੀ ਸਰਕਾਰ ਦੇ ਸਾਹਮਣੇ ਰੱਖੀਆਂ ਨੇ। ਸਰਕਾਰ ਨੇ ਵੀ, ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਜਿਹੜਾ ਸਾਡੇ ਅਧਿਕਾਰ ਖੇਤਰ 'ਚ ਅਸੀਂ ਕਰਾਂਗੇ, ਜਿਹੜਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਆ ਮੈਨੂੰ ਫਾਈਲਾਂ ਦਿਓ। ਅਫਸਰਾਂ ਦੀ ਡਿਊਟੀ ਲਗਾਈ ਉਹਨਾਂ ਨੇ ਬਕਾਇਦਾ ਕਿ ਉਹ ਮੈਨੂੰ ਫਾਈਲਾਂ ਦਿਓ, ਉਹਦੀ ਮੈਂ ਪ੍ਰਧਾਨ ਮੰਤਰੀ ਦੇ ਨਾਲ, ਗ੍ਰਹਿ ਮੰਤਰੀ ਦੇ ਨਾਲ, ਜਿਹੜਾ ਹੈਗਾ ਹੋਮ ਮਿਨਿਸਟਰ ਦੇ ਨਾਲ ਗੱਲ ਕਰਾਂਗਾ। ਅਤੇ ਸਾਨੂੰ ਪਤਾ ਲੱਗਿਆ ਵੀ 16-17 ਤਰੀਕ ਦਾ ਸ਼ਾਇਦ ਉਹਨਾਂ ਨੇ ਸਮਾਂ ਵੀ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਨੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੋਂ ਇਸ ਮਸਲੇ 'ਤੇ ਲੈ ਲਿਆ ਕਿ ਉਹ ਜਿਹੜੇ ਮਸਲੇ ਕੇਂਦਰ ਸਰਕਾਰ ਦੇ ਦਾਇਰੇ 'ਚ ਆਉਂਦੇ ਆ ਵੀ ਉਹ ਵੀ ਹੱਲ ਕੀਤੇ ਜਾਣ। ਮੈਂ ਜਿਹੜਾ ਸਵਾਲ ਪੁੱਛਣਾ ਸੀ ਵਿਚਾਲੇ ਉਹ ਇਹੀ ਆ ਕਿ ਜਦੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇੱਥੇ ਆਏ, ਪੰਜਾਬ ਦੇ ਉਹ ਇੱਕ ਖਾਸੇ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਆ, ਉਹਨਾਂ ਜਦੋਂ ਇੱਥੇ ਗੱਲ ਕਹੀ ਆ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ, ਉਹ ਨਾ ਉਸ ਮੰਗ ਨੂੰ ਵੀ ਜਾਇਜ਼ ਸਮਝਿਆ ਵਾ ਜਿਹਦੇ ਵਿੱਚ ਬੰਦੀ ਸਿੰਘਾਂ ਦੀ ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈ ਦੀ ਗੱਲ ਆ, ਉਸ ਗੱਲ ਨੂੰ ਵੀ ਸੀ ਏ ਸਟਾਫ 'ਚ ਮੁੱਦਾ ਪਾਓ, ਉਹਦੇ ਫਿਰ ਉਹ ਪਟਾ ਅਤੇ ਜਿਹੜੀ ਸੱਚਾਈ ਆ ਉਹ ਸਾਰੀ ਸਾਹਮਣੇ ਆ ਜੂ। ਜਿੱਥੇ ਜਿੱਥੇ ਬੇਅਦਬੀਆਂ ਕਰਾਈਆਂ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪਖੰਡੀ ਜਿਹੜਾ ਅੱਜ ਕੁਕਰਮਾਂ ਦੀ ਸਜ਼ਾ ਭੁਗਤ ਰਿਹਾ, ਉਹ ਸਾਰਾ ਕੁਝ ਹੀ ਦੱਸ ਦਊਗਾ। ਪਰ ਅਜੇ ਵੀ ਦੇਖਣ ਜਾ ਰਿਹਾ ਵਾ ਕਿ ਪਹਿਲਾਂ ਬਾਦਲਾਂ ਨੇ ਉਹਦੇ ਨਾਲ ਯਾਰੀ ਨਿਭਾਈ, ਜਦੋਂ ਬਾਦਲਾਂ ਦੇ ਵੇਲੇ ਵੀ ਪਤਾ ਲੱਗ ਗਿਆ ਬੇਅਦਬੀ ਕਿਹਨੇ ਕੀਤੀ ਆ, ਪਰ ਉਹਨਾਂ ਨੇ ਉਸ ਜਾਂਚ ਨੂੰ ਸੌਦਾ ਸਾਧ ਕਰਕੇ ਯਾਰੀ ਨਿਭਾਉਂਦਿਆਂ ਉਹਦੇ ਤੋਂ ਵੋਟਾਂ ਲਈਆਂ। ਅਤੇ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਕੈਪਟਨ ਸਰਕਾਰ ਵੀ ਇਹ ਸੋਚ ਰਹੀ ਆ ਵੀ ਭਾਜਪਾ ਅਤੇ ਅਕਾਲੀਆਂ ਦੇ ਨਾਲ ਉਹਨਾਂ ਦੀ ਫਿੱਕ ਪੈ ਗਈ ਆ ਵੀ ਉਹਨਾਂ ਨੇ ਬਚਾਇਆ ਨਹੀਂ ਉਹਨੂੰ ਉਸ ਕੈਦ ਦੇ ਕੈਦ ਤੋਂ ਜਿਹੜੀ ਉਹ ਕੱਟ ਰਿਹਾ, ਅਤੇ ਜਿਹੜੀ ਰਹਿੰਦ ਖੂੰਹਦ ਉਹਦੀ ਬਚੀ ਆ ਵੋਟ ਵੀ ਉਹ ਸਾਨੂੰ 2019 ਦੇ ਵਿੱਚ ਪੈ ਜੂਗੀ। ਮੈਨੂੰ ਲੱਗਦਾ ਵੀ ਉਹਦੇ ਨਾਲ ਜਾਰੀ ਨਿਭਾਉਣ ਵਾਲੀ ਗੱਲ ਜਿਹੜੀ ਆ ਚੱਲ ਰਹੀ ਆ। ਅਸੀਂ ਤਾਂ ਜਿਹੜਾ ਹੈ ਵਾਇਆ ਮੀਡੀਆ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਪੰਜਾਬ ਦੇ ਲੋਕ ਇਨਸਾਫ ਚਾਹੁੰਦੇ ਆ, ਪਰ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਬਾਰੇ ਪ੍ਰਭਾਵ ਜਾ ਰਿਹਾ ਵਾ ਕਿ ਉਹ ਬਾਦਲਾਂ ਦੀ ਯਾਰੀ ਨਿਭਾ ਰਹੇ ਆ। ਇੱਕੋ ਹੀ ਕੰਮ ਚੱਲਣਾ, ਜਾਂ ਬਾਦਲਾਂ ਦੀ ਯਾਰੀ ਜਾਂ ਪੰਜਾਬ ਦੀ ਸਰਕਾਰ, ਜਾਂ ਤਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਆ ਬੇਅਦਬੀ ਦਾ ਮਾਮਲਾ, ਖੁਦਕਸ਼ੀਆਂ ਦਾ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਦੂਸ਼ਿਤ ਪਾਣੀਆਂ ਦਾ, ਆਬੋ ਹਵਾ ਦਾ ਮਾਮਲਾ, ਇਹ ਸਾਰੇ ਜਿਹੜੇ ਮਾਮਲੇ ਆ, ਔਰ ਡਰੱਗ ਦਾ ਮਾਮਲਾ, ਨਸ਼ਿਆਂ ਦਾ ਮਾਮਲਾ ਜਿਹੜਾ ਹੈਗਾ, ਦੇਖੋ ਆਪਦੀ ਬਣਾਈ STF ਕੈਪਟਨ ਅਮਰਿੰਦਰ ਸਿੰਘ ਦੀ, ਜੇਕਰ ਉਹਦੇ 'ਚ ਕਿਸੇ ਵੱਡੇ ਮੰਤਰੀ ਦਾ, ਸਾਬਕਾ ਦਾ ਨਾਂ ਆ ਜਾਂਦਾ ਮਜੀਠੀਏ ਦਾ, ਤਾਂ ਉਹ STF ਹੀ ਚੇਂਜ ਹੋ ਜਾਂਦੀ ਆ, ਉਹ ਆਫਿਸਰ ਹੀ ਚੇਂਜ ਹੋ ਜਾਂਦੇ ਆ। ਸੋ ਇੱਥੋਂ ਅਜੇ ਤੱਕ ਪ੍ਰਭਾਵ ਇਹ ਜਾ ਰਿਹਾ ਕੇਵਲ ਪੰਥਕ ਜਥੇਬੰਦੀਆਂ 'ਚ ਹੀ ਨਹੀਂ, ਜਿਹੜੇ ਕਾਂਗਰਸੀ MLA ਜਾਂ ਉਹਨਾਂ ਦੇ ਵਰਕਰ ਉਹਨਾਂ 'ਚ ਵੀ ਪ੍ਰਭਾਵ ਜਾ ਰਿਹਾ ਕਿ ਬਾਦਲਾਂ ਦੀ ਸੁਣਵਾਈ ਆ, ਸਾਡੀ ਸੁਣਵਾਈ ਨਹੀਂ ਆ। ਡੇਰਾ ਸਿਰਸਾ ਦੇ ਨਾਲ ਜੁੜੇ ਹੋਏ ਕੋਈ 10-11 ਲੋਕਾਂ ਨੂੰ ਪੁਲਿਸ ਨੇ ਫੜਿਆ ਹੋਇਆ, ਉਸ ਗ੍ਰਿਫਤਾਰੀਆਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਅਸੀਂ ਤਾਂ ਸੱਚਾਈ ਚਾਹੁੰਦੇ ਹਾਂ, ਚਾਹੇ ਉਹ ਡੇਰੇ ਦੇ ਪੈਰੋਕਾਰ ਆ ਚਾਹੇ ਕੋਈ ਹੋਰ ਆ, ਪਰ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਸਹੀ ਸੇਧ ਵਾਲੇ ਪਾਸੇ ਜਿਹੜੀ ਆ ਜਿਹੜਾ ਮੋਰਚੇ ਦਾ ਪ੍ਰਭਾਵ ਇਨਸਾਫ ਮੋਰਚੇ ਦਾ ਜਾ ਰਿਹਾ, ਜਿਹੜੀਆਂ ਇੱਥੇ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚ ਰਹੀਆਂ, ਮਾਤਾਵਾਂ ਬੀਬੀਆਂ ਭੈਣਾਂ ਪਹੁੰਚ ਰਹੀਆਂ ਨੇ, ਨੌਜਵਾਨ ਪਹੁੰਚ ਰਹੇ ਆ ਕਾਫਲੇ ਰੋਜ਼ਾਨਾ ਹੀ ਇੱਥੇ। ਅੱਜ ਵੀ ਪੰਥਕ ਸੇਵਾ ਲਹਿਰ ਵੱਲੋਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਵੱਡਾ ਕਾਫਲਾ ਲੈ ਕੇ ਇੱਥੇ ਆਏ ਆ, ਉੱਧਰੋਂ ਕਿੱਥੇ ਚਾਂਦਪੁਰਾ ਦੇਖੋ ਹਰਿਆਣੇ ਦੇ ਵਿੱਚ ਟੁਹਾਣੇ ਦੇ ਕੋਲ, ਉਸ ਪਾਸੇ ਤੋਂ ਜਾਖਲ ਮੰਡੀ ਤੋਂ ਕਾਫਲਾ ਆਇਆ, ਹੋਰ ਕਿੰਨੇ ਕਾਫਲੇ ਰੋਜ਼ਾਨਾ ਰੋਡੇ ਪਿੰਡ ਤੋਂ ਕਾਫਲਾ ਆਇਆ, ਹੋਰ ਕਿੰਨੇ ਸੰਤ ਮਹਾਂਪੁਰਖ ਰੋਜ਼ਾਨਾ ਇੱਥੇ ਆ ਰਹੇ ਜਥੇਬੰਦੀਆਂ। ਕੱਲ੍ਹ 5 ਸਿੰਘ ਆਏ ਸੀ, ਪਹਿਲਾਂ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਮਹਿਤਾ ਚੌਂਕ ਆਏ ਸੀਗੇ, ਭਾਈ ਜਸਵੀਰ ਸਿੰਘ ਰੋਡੇ ਆਏ, ਕਿੰਨੇ ਸੰਤ ਮਹਾਂਪੁਰਖ ਇੱਥੇ ਜਿਹੜੇ ਆ ਉਹ ਆ ਰਹੇ ਆ, ਕਿੰਨੀਆਂ ਸੰਸਥਾਵਾਂ ਅੱਜ ਵੀ ਨਾਨਕਸਰ ਸੰਪਰਦਾ ਵੱਲੋਂ ਆ ਕੇ ਗਏ ਆ। ਸੋ ਇਹਦੇ ਨਾਲ ਕੌਮ ਜਿਹੜੀ ਬਹੀਰਾਂ ਘੱਤ ਕੇ ਬਰਗਾੜੀ ਵੱਲ ਆ ਰਹੀ ਆ ਨਾ, ਉਹਦੇ ਤੋਂ ਇਹ ਲੱਗਦਾ ਕਿ ਸਰਕਾਰ ਨੂੰ ਇਸ ਪਾਸੇ ਇਨਸਾਫ ਦੇਣਾ ਪਊਗਾ, ਕੌਮ ਇੱਕਮਤ ਹੋ ਰਹੀ ਆ ਅਤੇ ਇਹ ਜਿਹੜੇ ਬੰਦੇ ਫੜੇ ਜਾ ਰਹੇ ਆ, ਸਾਨੂੰ ਲੱਗਦਾ ਵੀ ਹੁਣ ਸਹੀ ਸੇਧ ਵਾਲੇ ਪਾਸੇ ਜਿਹੜੀ ਇਹ ਗੱਲ ਉਹ ਜਾ ਰਹੀ ਆ। ਜਸਦਾਰ ਸਾਹਿਬ, ਜਿੱਦਾਂ ਫੜ ਤਾਂ ਲਏ,
ਅਜੇ ਉਹਨਾਂ 'ਤੇ ਕੇਸ ਪੈਣੇ ਬਾਕੀ ਆ ਅਤੇ ਕੇਸ ਤੁਰਨਾ ਬਾਕੀ ਆ। ਪਰ ਜੇ ਇਹੀ ਗੱਲ ਵਾਪਰਦੀ ਆ ਜੋ ਕੁਛ ਉਸ ਮੌੜ ਬੰਬ ਧਮਾਕੇ 'ਚ ਹੋਈ ਗੱਲ, ਅਤੇ ਫਿਰ ਤੁਸੀਂ ਜਿਹੜਾ ਸੰਘਰਸ਼ ਆ ਉਸ ਨੂੰ ਕਿਵੇਂ ਹੋਰ ਤਿੱਖਾ ਕਰੋਗੇ ਜਾਂ ਉਸ ਬਾਬਤ ਜਿਹੜੀ ਭਵਿੱਖ ਦੀ ਗੱਲ ਆ ਭਾਵੇਂ? ਦੇਖੋ ਮੈਂ ਕਹਿੰਦਾ ਕਿ ਆਹ ਜਿਹੜਾ ਸ਼ਾਂਤਮਈ ਸੰਘਰਸ਼ ਜਾ ਰਿਹਾ ਨਾ, ਇਹੀ ਸਰਕਾਰ ਵਾਸਤੇ ਬੜਾ ਤਿੱਖਾ ਵਾ। ਅਜੇ ਇੱਥੇ ਬੈਠਣਾ ਹੀ ਜਿਹੜਾ ਹੈਗਾ ਨਾ ਕੌਮ ਦਾ, ਸੰਤ ਮਹਾਂਪੁਰਖਾਂ ਦਾ, ਇਹ ਸਰਕਾਰ ਲਈ ਬੜਾ ਸਿਰਦਰਦੀ ਪੈਦਾ ਕਰ ਰਿਹਾ। ਪਰ ਜੇ ਸਰਕਾਰ ਫਿਰ ਵੀ ਨਾ ਸਮਝੀ ਤਾਂ ਬਿਲਕੁਲ ਪ੍ਰੋਗਰਾਮ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਵੀ ਜਿਹੜਾ ਤਿੱਖਾ ਰੂਪ ਧਾਰਨ ਕਰ ਸਕਦਾ ਵਾ। ਸਿੱਖ ਸੰਗਤਾਂ ਜਿਹੜੀਆਂ ਬੜਾ ਮੰਗਾਂ ਆ ਰਹੀਆਂ ਸਿੱਖ ਸੰਗਤਾਂ ਦੀਆਂ ਆਸੇ ਪਾਸੇ ਤੋਂ, ਸੰਗਤਾਂ ਜਿਹੜੀਆਂ ਨੇ ਅਸੀਂ ਕੰਟਰੋਲ ਕੀਤਾ ਹੋਇਆ, ਅਜੇ ਪੰਥ ਅਤੇ ਕੌਮ ਅਤੇ ਨੌਜਵਾਨਾਂ 'ਤੇ ਅਸੀਂ ਕੰਟਰੋਲ ਕੀਤਾ। ਬੇਨਤੀ ਕਰਕੇ ਉਹਨਾਂ ਸਾਰਿਆਂ ਨੂੰ ਵੀ ਅਜੇ ਥੋੜ੍ਹਾ ਜਿਹਾ ਸਮਾਂ ਦੇਖੋ, ਬੜੇ ਸ਼ਾਂਤਮਈ ਤਰੀਕੇ ਨਾਲ ਅਸੀਂ ਰਿਜ਼ਲਟ ਲੈ ਰਹੇ ਹਾਂ, ਜੇਕਰ ਰਿਜ਼ਲਟ ਨਹੀਂ ਮਿਲੂਗਾ ਤਾਂ ਅਸੀਂ ਜਿਹੜਾ ਪ੍ਰੋਗਰਾਮ ਉਹ ਤਿੱਖਾ ਕਰਾਂਗੇ। ਇੱਕ ਆਖਰੀ ਸਵਾਲ ਹੈ, ਤਕਰੀਬਨ ਉਹ ਨਿੱਜੀ ਸਵਾਲ ਹੀ ਮੰਨਿਆ ਜਾਊਗਾ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਉਹ ਪੰਜਾਬ ਦੇ MLA ਨੂੰ ਵੀ ਸਮਾਂ ਨਹੀਂ ਦਿੰਦੇ। ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿ MLA ਨੇ ਵੀ ਮਿਲਣਾ ਹੋਏ, ਵਿਧਾਇਕਾਂ ਨੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ। ਜਦੋਂ ਹੁਣ ਜਿਹੜੀ ਅੱਜ ਤੁਹਾਡੇ ਮੋਰਚੇ ਦੀ ਇੱਕ ਉਹ ਵੀ ਮੰਗ ਆ, ਚੌਥੀ ਮੰਗ ਆ ਕਿ ਪੰਜਾਬ ਦੀ ਆਬੋ ਹਵਾ ਜਿਹੜੀ ਉਹ ਸਾਫ਼ ਹੋਵੇ, ਜਦੋਂ ਦਰਿਆ ਬਿਆਸ ਦੇ ਪਾਣੀ ਦੇ ਵਿੱਚ ਮੱਛੀਆਂ ਤੜਫ ਤੜਫ ਕੇ ਮਰ ਰਹੀਆਂ ਸਨ, ਤਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਮਹਿਲਾ ਮਿੱਤਰ ਦੇ ਨਾਲ ਮਨਾਲੀ ਜਿਹੜੀਆਂ ਛੁੱਟੀਆਂ ਅਤੇ ਉਹਦਾ ਜਨਮਦਿਨ ਮਨਾ ਰਹੇ ਸੀ, ਅਤੇ ਤੁਹਾਡੇ 'ਤੇ ਇਹ ਦੋਸ਼ ਆਉਂਦਾ ਕਿ ਸ਼ਾਇਦ ਜਸਦਾਰ ਦਾਦੂਵਾਲ ਕਾਂਗਰਸ ਦੇ ਨੇੜੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਟਾਈਮ ਦੇ ਰਿਹਾ, ਇਸ ਦੋਸ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਦੋਂ ਵੀ ਪੰਥ ਦੇ ਮਸਲੇ ਕੋਈ ਵੀ ਹੁੰਦੇ ਆ, ਪਹਿਲਾਂ ਬਾਦਲ ਸਰਕਾਰ ਸੀ, ਅਸੀਂ ਬਾਦਲ ਸਰਕਾਰ ਦੇ ਵੇਲੇ ਵੀ ਮੋਰਚਿਆਂ ਦੇ ਵਿੱਚ ਜਿਹੜੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ, ਮੁੱਖ ਮੰਤਰੀ ਪੰਜਾਬ ਦੇ ਨਾਲ, ਡਿਪਟੀ ਮੁੱਖ ਮੰਤਰੀ ਪੰਜਾਬ ਦੇ ਨਾਲ, ਉਦੋਂ ਸਾਨੂੰ ਕਹਿੰਦੇ ਸੀ ਇਹ ਬਾਦਲਾਂ ਦੇ ਨੇੜੇ ਆ, ਅੱਜ ਸਾਨੂੰ ਕੈਪਟਨਾਂ ਦੇ ਨੇੜੇ। ਬਾਕੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜੇ ਕੌਮ ਨੂੰ ਲਾਭ ਹੋ ਜਾਵੇ ਇਸ ਨੇੜਤਾ ਦਾ, ਕੋਈ ਫਾਇਦਾ ਹੋ ਜਾਵੇ, ਤਾਂ ਮੈਂ ਸਮਝਦਾ ਉਹ ਨੇੜਤਾ ਵੀ ਮਾੜੀ ਨਹੀਂ, ਪਰ ਐਸੀ ਕੋਈ ਗੱਲ ਨਹੀਂ ਆ। ਪਹਿਲੀ ਮੰਗ ਮੁਲਾਕਾਤ ਸੀ ਸਰਕਾਰ ਬਣਨ ਤੋਂ ਬਾਅਦ, ਉਹ ਵੀ ਪੰਥਕ ਮੁੱਦਿਆਂ 'ਤੇ। ਇਹ ਤਾਂ ਜਿਨ੍ਹਾਂ ਨੇ ਫੇਸਬੁੱਕ 'ਤੇ, ਵਟਸਐਪ 'ਤੇ ਜਾਂ ਵੈਸੇ ਵਿਰੋਧ ਕਰਨਾ ਹੁੰਦਾ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਸੁਚੇਤ ਰੱਖਦੇ ਸਾਨੂੰ, ਸਾਡੇ ਵੀਰ ਆ, ਕੋਈ ਗੱਲ ਨਹੀਂ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦੇਖੋ ਕਿ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ, ਉਹ ਵੀ ਪੰਥਕ ਮੁੱਦੇ 'ਤੇ। ਜੇ ਸਾਡੀ ਕੋਈ ਨੇੜਤਾ ਹੁੰਦੀ ਅਸੀਂ ਉਹਨਾਂ ਨਾਲ ਮਿਲਦੇ, ਉਹਨਾਂ ਨੂੰ ਮੁੱਖ ਮੰਤਰੀ ਨੂੰ ਪਹਿਲਾਂ ਵੀ ਮਿਲ ਲੈਂਦੇ, ਸਾਡੇ ਬਹੁਤ ਸੰਗਤਾਂ ਦੇ ਕੰਮ ਕਾਰ ਹੁੰਦੇ ਆ, ਪਰ ਕਦੇ ਨਹੀਂ ਮਿਲੇ ਅਸੀਂ ਉਹਨਾਂ ਨੂੰ। ਜਦੋਂ ਮਿਲੇ ਹਾਂ ਤਾਂ ਪੰਥਕ ਮੰਗ ਦੇ ਉੱਤੇ ਮਿਲੇ ਹਾਂ, ਪੰਥਕ ਮੁੱਦੇ 'ਤੇ ਮਿਲੇ ਹਾਂ। ਬਾਕੀ ਇਹ ਪੰਥ ਦਾ ਹੀ ਭਾਰ ਮੈਂ ਸਮਝਦਾ, ਮੋਰਚੇ ਦਾ ਹੀ ਭਾਰ ਸੀ ਕਿ ਸਾਡੀ ਮੁਲਾਕਾਤ 3 ਵਜੇ ਸੀ ਦੁਪਹਿਰ ਦੇ, ਪਰ ਮੁੱਖ ਮੰਤਰੀ ਸਾਨੂੰ ਤਕਰੀਬਨ 4:30-5 ਤੱਕ ਉਡੀਕਦੇ ਰਹੇ। 4:45 ਅਸੀਂ ਪਹੁੰਚੇ ਚੰਡੀਗੜ੍ਹ ਜਾ ਕੇ, ਤਾਂ ਫਿਰ ਵੀ ਉਹਨਾਂ ਨੇ ਸਾਡੇ ਨਾਲ ਮੁਲਾਕਾਤ ਕੀਤੀ ਅਤੇ ਘੰਟਾ। ਇਹਦੇ ਤੋਂ ਲੱਗਦਾ ਵੀ ਸਾਨੂੰ ਕੋਈ ਸੰਸੀਅਰਨਤਾ ਮੁੱਖ ਮੰਤਰੀ ਸਾਹਿਬ ਦੀ ਹੈਗੀ ਹੈ ਵੀ ਉਹ ਇਹਨਾਂ ਮਸਲਿਆਂ ਨੂੰ ਹੱਲ ਕਰਨਗੇ, ਅਤੇ ਬਾਕੀ ਉਹਨਾਂ ਨੇ ਸਾਨੂੰ ਸਾਡੇ ਵਫਦ ਨੂੰ ਉਡੀਕਿਆ, ਗੱਲਬਾਤ ਕੀਤੀ, ਬਕਾਇਦਾ ਔਫਿਸਰ ਉਹਨਾਂ ਦੇ ਹਾਜ਼ਰ ਸੀਗੇ। ਬਾਕੀ ਇਸ ਗੱਲ ਦੀ ਮੈਂ ਪਹਿਲਾਂ ਵੀ ਬੇਨਤੀ ਕਰਦਾ, ਕੱਲ੍ਹ ਪਰਸੋਂ ਵੀ ਇੱਕ ਮੇਰੀ ਆਪਣੀ ਇੰਟਰਵਿਊ ਸੀ, ਉਹਦੇ 'ਚ ਵੀ ਮੈਂ ਕਿਹਾ ਸੀਗਾ ਕਿ ਇਹ ਕਈ ਵਾਰ ਵੈਸੇ ਹੀ ਜਿਹੜੇ ਵਿਰੋਧੀ ਵੀਰ ਹੁੰਦੇ ਆ ਉਹ ਇੱਦਾਂ ਦੀ ਪ੍ਰਚਾਰ ਕਰਦੇ ਆ। ਜੇ ਮੇਰੇ ਕੋਲ ਆ ਕੇ ਬਾਦਲ ਬਹਿ ਜਾਣ ਅਤੇ ਕਹਿੰਦੇ ਲਓ ਜੀ ਦਾਦੂਵਾਲ ਸਾਹਿਬ ਬਾਦਲਾਂ ਨਾਲ ਰਲ ਗਏ, ਜੇ ਮੇਰੇ ਕੋਲ ਰਾਧਾ ਸਵਾਮੀ ਆ ਜਾਵੇ ਬਾਬਾ ਤਾਂ ਕਹਿ ਦਿੰਦੇ ਬਾਬਾ ਜੀ ਦਾ ਰਾਧਾ ਸਵਾਮੀਆਂ ਨਾਲ ਰਲ ਗਏ। ਜਦੋਂ ਕਿ ਅਸੀਂ ਉਦੋਂ ਵੀ ਪੰਥਕ ਮੁੱਦੇ 'ਤੇ ਕੰਮ ਕੀਤਾ, ਗੁਰਦੁਆਰਾ ਸਾਹਿਬ ਦੇ ਬਾਦਲਾਂ ਵੇਲੇ ਵੀ ਅਸੀਂ ਪੰਥਕ ਮੁੱਦਿਆਂ 'ਤੇ ਕੰਮ ਕੀਤਾ, ਹੁਣ ਕੈਪਟਨ ਦੀ ਸਰਕਾਰ। ਮੈਂ ਇੱਕ ਬੇਨਤੀ ਹੋਰ ਕਰਾਂ, ਅਸੀਂ ਨਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਹਾਂ, ਨਾ ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਹਾਂ, ਅਸੀਂ ਮਿਲੇ ਹਾਂ ਪੰਜਾਬ ਸਰਕਾਰ ਨੂੰ।
ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਪਹਿਲਾਂ ਬਾਦਲਾਂ ਕੋਲ ਸੀਗੀ ਅਤੇ ਅਸੀਂ ਉਦੋਂ ਵੀ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਸੀ, ਹੁਣ ਵੀ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹਾਂ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਅਸੀਂ ਗੱਲਬਾਤ ਕੀਤੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੂੰ ਵੀ ਅਸੀਂ ਕੈਬਨਿਟ ਮਿਨਿਸਟਰ ਪੰਜਾਬ ਮਿਲੇ ਹਾਂ, ਜਦੋਂ ਕਿ ਸਾਡੇ ਪਰਿਵਾਰਕ ਰਿਲੇਸ਼ਨ ਆ ਉਹਨਾਂ ਨਾਲ। ਜਦੋਂ ਉਹ ਮੰਤਰੀ ਬਣੇ ਪਹਿਲੇ ਦਿਨ ਕਾਦੀਆਂ ਆਏ, ਕੁਦਰਤੀ ਮੈਂ ਵੀ ਕਾਦੀਆਂ ਸੀ ਅਤੇ ਉਹ ਮੇਰੇ ਕੋਲ ਮੇਰੇ ਘਰ ਆਏ ਸੀਗੇ, ਉੱਥੇ ਦੁੱਧ ਪਾਣੀ ਛਕਿਆ। ਕਿੰਨੇ 7-8 MLA ਗੁਰਦਾਸਪੁਰ ਦੇ ਜਿਹੜੇ ਬਣੇ ਸੀ ਉਹ ਮੇਰੇ ਕੋਲ ਆਏ ਸੀ, ਪ੍ਰਤਾਪ ਸਿੰਘ ਬਾਜਵਾ, ਫਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ, ਸਾਰੇ ਮੇਰੇ ਕੋਲ ਆਏ ਸੀਗੇ। ਔਰ ਅਸੀਂ ਹੁਣ ਇੱਕ ਪਰਿਵਾਰਕ ਰਿਲੇਸ਼ਨ ਹੁੰਦੇ ਆ ਹਰ ਬੰਦੇ ਦੇ ਜਿਹੜੇ ਸਾਡੇ, ਕਿਉਂਕਿ ਮੇਰੀ ਵੀ ਉੱਥੇ ਹੀ ਰਿਹਾਇਸ਼ ਆ ਪਰਿਵਾਰ ਦੀ, ਅਤੇ ਦੋ ਪੀੜ੍ਹੀਆਂ ਤੋਂ ਸਾਂਝ ਚੱਲੀ ਆਉਂਦੀ ਆ। ਉਸੇ ਸਕੂਲ 'ਚ ਹੀ ਉਹ ਪੜ੍ਹੇ, ਉਸੇ ਸਕੂਲ 'ਚ ਹੀ ਮੈਂ ਪੜ੍ਹਿਆ, ਉੱਥੇ ਉਹੀ ਮੁੱਖ ਸਕੂਲ ਆ, ਕਲਾਸ ਵਾਲਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ, ਅਤੇ ਉੱਥੇ ਹੀ ਉਹ ਪੜ੍ਹੇ ਆ, ਉੱਥੇ ਹੀ ਉਹ ਸੀਨੀਅਰ ਸੀਗੇ, ਮੈਂ ਜੂਨੀਅਰ ਸੀ, ਮੇਰੀ ਉਮਰ ਛੋਟੀ, ਮੈਂ ਬਾਅਦ ਵਿੱਚ ਪੜ੍ਹਿਆ। ਸੋ ਕਹਿਣ ਤੋਂ ਬਾਅਦ ਇੱਕ ਪਰਿਵਾਰਕ, ਪਰ ਇਹ ਜਿਹੜੀ ਗੱਲਬਾਤ ਇਹ ਪਰਿਵਾਰਕ ਰਿਲੇਸ਼ਨਾਂ ਦੀ ਨਹੀਂ ਜਾਂ ਕਿਸੇ ਨਾਲ ਨੇੜਤਾ ਦੀ ਨਹੀਂ, ਇਹ ਪੰਥ ਦੀ ਆ, ਕੌਮ ਦੀ ਆ, ਕੌਮੀ ਮੁੱਦਿਆਂ ਦੀ ਗੱਲ ਆ, ਅਤੇ ਇਹਦੇ ਵਿੱਚ ਜਿਹੜੇ ਹੈਗੇ ਅਸੀਂ ਕੌਮੀ ਅਤੇ ਪੰਥਕ ਮੁੱਦੇ ਹੱਲ ਕਰਨ ਵਾਸਤੇ ਤੁਰੇ ਹੋਏ ਹਾਂ। ਜੇ ਸਾਡੀ ਨੇੜਤਾ ਜਾਂ ਹੋਰ ਦੀ ਗੱਲ, ਸਾਡੀ ਤਾਂ ਸਾਰਿਆਂ ਨਾਲ ਹੀ ਨੇੜਤਾ, ਜਿੱਥੇ ਗੁਰੂ ਦੀ ਗੱਲ ਆ, ਪੰਥ ਦੀ ਗੱਲ ਆ, ਉੱਥੇ ਹਰੇਕ ਨਾਲ ਅਸੀਂ ਗੱਲ ਕਰਦੇ ਹਾਂ। ਉਦੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ 'ਚੋਂ ਖਾਰਜ ਨਹੀਂ ਆ, ਉਹਦੇ ਨਾਲ ਕਿਸੇ ਨਾਲ ਵੀ ਅਸੀਂ ਗੱਲ ਕਰ ਸਕਦੇ ਹਾਂ। ਸੌਦਾ ਸਾਹ ਦੇ ਵੇਲੇ ਵੀ ਸਾਡੇ ਕੋਲ ਸੱਦਾ ਆਇਆ ਸੀਗਾ ਕਿ ਸੌਦਾ ਸਾਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵਾ, ਅਸੀਂ ਬਕਾਇਦਾ ਨਹੀਂ ਗੱਲ ਕੀਤੀ, ਕਿਉਂਕਿ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ 17 May 2007 ਨੂੰ ਹੁਕਮਨਾਮਾ ਜਾਰੀ ਹੋ ਚੁੱਕਾ ਸੀ, ਉਹਦੇ 'ਤੇ ਅਸੀਂ ਉਹਦੇ ਨਾਲ ਨਹੀਂ ਬੈਠੇ, ਸਾਨੂੰ ਉਹਦਾ ਵੀ ਸੱਦਾ ਆਇਆ ਸੀਗਾ, ਉਹਦੀ ਜਿਹੜੀ 25 ਮੈਂਬਰੀ ਕਮੇਟੀ 11 ਮੈਂਬਰੀ ਕਮੇਟੀ ਉਹਦਾ ਵੀ ਸੱਦਾ ਆਇਆ ਸੀ, ਅਤੇ ਸਾਡੇ ਕੁਝ ਆਗੂਆਂ ਦੀ ਉਹਦੇ ਕੁੜਮ ਦੇ ਨਾਲ ਮੀਟਿੰਗ ਵੀ ਹੋਈ ਸੀਗੀ ਮੋਹਾਲੀ ਚੰਡੀਗੜ੍ਹ। ਸਾਡੇ ਕੋਲ ਸੰਤ ਮਹਾਂਪੁਰਸ਼ ਸਾਬਕਾ ਜਥੇਦਾਰ, ਉਹਨਾਂ ਨਾਲ ਗੱਲਬਾਤ ਵੀ ਕੀਤੀ, ਮੈਨੂੰ ਵੀ ਸੱਦਿਆ ਸੀਗਾ, ਪਰ ਮੈਂ ਨਹੀਂ ਗਿਆ, ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ, ਜਿਹੜਾ ਬੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ ਆ ਉਹਦੇ ਨਾਲ ਅਸੀਂ ਮੁਲਾਕਾਤ ਨਹੀਂ ਕਰਦੇ, ਅਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ ਨਹੀਂ ਆ ਉਹਦੇ ਨਾਲ ਅਸੀਂ ਮੁਲਾਕਾਤ ਪੰਥ ਦੇ ਮੁੱਦਿਆਂ 'ਤੇ, ਕੌਮ ਦੀ ਭਲਾਈ ਵਾਸਤੇ ਕਦੇ ਵੀ ਕਰ ਸਕਦੇ ਹਾਂ। ਤੁਹਾਡਾ ਗੱਲਬਾਤ ਕਰਨ ਲਈ ਧੰਨਵਾਦ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਗੱਲਬਾਤ ਕੀਤੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ, ਸਾਰੇ ਸਵਾਲਾਂ ਦੇ ਉੱਤਰ ਉਹਨਾਂ ਬੜੀ ਸਪਸ਼ਟਤਾ ਦੇ ਨਾਲ ਦਿੱਤੇ। ਹੁਣ ਤੱਕ ਦੀ ਜਿਹੜੀ ਮੋਰਚੇ ਦੀ ਆਸ ਬਣੀ ਹੋਈ ਆ ਉਹ ਇੰਝ ਆ ਕਿ ਸਰਕਾਰ ਦੇ ਨਾਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਆ, ਸਰਕਾਰ ਨੇ ਅਜੇ ਕੁਝ ਸਮਾਂ ਮੰਗਿਆ ਹੋਇਆ। ਸੋ ਇੱਥੇ ਜਿਹੜੀਆਂ ਸਿੱਖ ਸੰਗਤਾਂ ਦਾ ਵਹਾਅ ਆ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਸਿੱਖ ਸੰਗਤਾਂ ਆ ਰਹੀਆਂ ਵਾ। ਸੋ ਆਸ ਕਰਦੇ ਹਾਂ ਕਿ ਇਹ ਮੋਰਚਾ ਫਤਿਹ ਹੋਵੇ ਅਤੇ ਪੰਥ ਨੂੰ ਜਿਹੜੀ ਆ ਫਤਿਹ ਨਸੀਬ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਸਾਰ ਭਰ ਦੇ ਵਿੱਚ ਆਵਾਜ਼ੇ ਕੌਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਦੀ ਸਾਂਝ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਚੈਨਲ ਵੱਲੋਂ ਬਰਗਾੜੀ ਪਹੁੰਚੇ ਹੋਏ ਹਾਂ, ਜਿੱਥੇ 1 ਜੂਨ 2018 ਤੋਂ ਇੱਕ ਮੋਰਚਾ ਚੱਲ ਰਿਹਾ, ਜੋ ਬਰਗਾੜੀ ਦੀ ਦਾਣਾ ਮੰਡੀ ਦੇ ਵਿੱਚ ਇਹ ਮੋਰਚਾ ਲੱਗਾ ਹੋਇਆ, ਜਿਸ ਦੀ ਅਗਵਾਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਕਰ ਰਹੇ ਹਨ। ਮੋਰਚੇ ਦੀਆਂ 4 ਮੰਗਾਂ ਨੇ ਮੁੱਖ ਤੌਰ 'ਤੇ। 1, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਣੀ ਅਤੇ ਦੋਸ਼ੀਆਂ ਦਾ ਨਾਂ ਫੜਿਆ ਜਾਣਾ। ਉਸ ਤੋਂ ਉਪਰੰਤ 14 ਅਕਤੂਬਰ 2015 ਨੂੰ ਬਹਿਬਲ ਗੋਲੀਕਾਂਡ ਵਾਪਰਿਆ, ਉਹਦੇ ਵਿੱਚ 2 ਸਿੰਘਾਂ ਦੀ ਸ਼ਹਾਦਤ ਹੋਈ ਅਤੇ ਕਿਸੇ ਵੀ ਪੁਲਿਸ ਕਰਮੀ ਦੇ ਉੱਤੇ ਕੋਈ ਕਾਰਵਾਈ ਨਾ ਕੀਤੇ ਜਾਣਾ, ਅਤੇ ਇੱਥੋਂ ਤੱਕ ਕਿ ਤਤਕਾਲੀ ਸਰਕਾਰ ਜੋ ਬਾਦਲ ਦੀ ਸਰਕਾਰ ਸੀ ਉਸ ਵੱਲੋਂ ਕਿਹਾ ਗਿਆ ਕਿ ਅਣਪਛਾਤੀ ਪੁਲਿਸ। ਅਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ ਨੇ, ਜਿਹਦੇ ਵਿੱਚ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਦੀ ਗੱਲ ਆ, ਜਾਂ ਇਹ ਕੁੱਲ ਤਕਰੀਬਨ 4 ਕੁ ਮੰਗਾਂ ਨੂੰ ਲੈ ਕੇ ਇਹ ਮੋਰਚਾ ਲੱਗਾ ਹੋਇਆ। ਇਹਦੇ 'ਚੋਂ ਇੱਕ ਵੱਡੀ ਮੰਗ ਇਹ ਵੀ ਆ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਦਹਾਕਿਆਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹਾ। ਇੱਕ ਇਹ ਗੱਲ ਤੁਹਾਡੇ ਸਾਰਿਆਂ ਦੇ ਧਿਆਨ 'ਚ ਆ ਜਾਵੇਗੀ ਕਿ ਸਰਸਰੀ ਨਿਗਾਹ ਨਾਲ ਵੀ ਵੇਖੀਏ ਤਾਂ ਗੱਲ ਸਮਝ ਆ ਜਾਂਦੀ ਆ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬੇਅਦਬੀ ਦੇ ਖਿਲਾਫ ਸੰਘਰਸ਼ ਕੀਤਾ, ਸੜਕਾਂ 'ਤੇ ਬਹਿ ਕੇ ਸਾਥਨਾ ਵਾਹਿਗੁਰੂ ਜਪ ਰਹੇ ਸਨ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਜਿਹੜੇ ਦੋਸ਼ੀ ਸਨ ਉਹ ਨਹੀਂ ਫੜੇ ਗਏ, ਅਤੇ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਤੁਸੀਂ ਦੋਹਰੇ ਮਾਪਦੰਡ ਇੱਥੋਂ ਦੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਜਿਹੜੀਆਂ ਹੁਣ ਦੀਆਂ ਹੋਣ, ਪੁਰਾਣੀਆਂ ਹੋਣ, ਉਹਨਾਂ ਦੇ ਜਿਹੜੇ ਇਹ ਮਾਪਦੰਡ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਂਦੇ ਆ। ਸੋ ਇਹ ਆ ਜਿਹੜੀ ਭੂਮਿਕਾ ਕਿ ਮੋਰਚਾ ਕਿਉਂ ਲੱਗਾ। ਹੁਣ ਇਹ ਸਾਡਾ ਸਵਾਲ ਨਹੀਂ ਗਾ ਕਿ ਮੈਂ ਜਥੇਦਾਰ ਮੰਡ ਸਾਹਿਬ ਨਾਲ ਵੀ ਅਜੇ ਫਤਿਹ ਦੀ ਸਾਂਝ ਪਾਉਣੀ ਆ, ਪਰ ਆਪਣਾ ਇਹ ਸਵਾਲ ਨਹੀਂ ਗਾ ਕਿ ਮੋਰਚਾ ਕਿਉਂ ਲੱਗਾ, ਕਿਉਂਕਿ ਸਾਰਾ ਕੁਛ ਕਲੀਅਰ ਆ। ਜਿਵੇਂ ਸ਼ੀਸ਼ੇ ਦੇ ਵਾਂਗ ਸਾਫ਼ ਗੱਲ ਹੁੰਦੀ ਆ ਕਿ ਮੋਰਚੇ ਦੀ ਲੋੜ ਜਾਪੀ, ਤਾਂ ਜਥੇਦਾਰ ਇੱਥੇ ਤਿੱਖੀ ਧੁੱਪ ਦੇ ਵਿੱਚ ਇੱਕ ਤਰ੍ਹਾਂ ਦਾ ਤੰਬੂ ਤਾਣ ਕੇ ਡਟੇ ਹੋਏ ਆ, ਆਖਰਾਂ ਦੀ ਤਪਸਿਆ ਇੱਥੇ। ਕਿਉਂਕਿ ਜਿਹੜਾ ਜੂਨ ਦਾ ਮਹੀਨਾ ਜਦੋਂ ਆਪਾਂ ਇਸ ਸ਼ਹੀਦੀ ਹਫ਼ਤੇ 'ਚੋਂ ਲੰਘ ਰਹੇ ਹਾਂ, 3 ਘੱਲੂਘਾਰੇ ਦੀ ਯਾਦ ਦੇ ਵਿੱਚੋਂ ਲੰਘ ਰਹੇ ਹਾਂ, ਜਿਹੜੀ ਗਰਮੀ ਦੇ ਵਿੱਚ ਸਿੰਘਾਂ ਨੇ ਉਦੋਂ ਸੰਘਰਸ਼ ਕੀਤਾ, ਭਾਰਤੀ ਫੌਜ ਜਿਹੜੀ ਚੜ੍ਹ ਕੇ ਆਈ ਸੀ ਉਸ 'ਤੇ ਦੰਦ ਖੱਟੇ ਕੀਤੇ, 72 ਘੰਟੇ ਦਾ ਜਿਹੜਾ ਜੰਗ ਹੋਇਆ। ਸੋ 34 ਸਾਲ ਲੰਘਣ ਤੋਂ ਬਾਅਦ ਵੀ ਉਸ ਕੌਮ ਦੇ ਜਿਹੜੇ ਆਗੂ ਨੇ ਅੱਜ ਦੇ ਮੌਜੂਦਾ, ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ। ਜਿਹੜੀ ਗੁਲਾਮੀ ਹੁੰਦੀ ਆ ਉਹ ਇਹਨਾਂ ਗੱਲਾਂ ਤੋਂ ਸਾਫ਼ ਝਲਕਦੀ ਆ। ਸੋ ਜਿਹੜੇ ਕੁਝ ਸਵਾਲ ਇਸ ਤੋਂ ਇਲਾਵਾ ਮੋਰਚੇ ਨਾਲ ਸੰਬੰਧਿਤ ਨੇ, ਉਹ ਆਪਾਂ ਜਥੇਦਾਰ ਭਾਈ ਧਿਆਨ ਸਿੰਘ ਵੰਡ ਹੋਣਾ ਤੋਂ ਕਰਨੇ ਹਾਂ, ਜੋ ਪੰਥ ਦੀ ਰੀਤ ਆ। ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵੱਲੋਂ ਬੀਤੇ ਕੱਲ੍ਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਅਤੇ ਸੰਸਾਰ ਭਰ ਦੇ ਵਿੱਚ ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ ਲੈ ਕੇ ਅਰਦਾਸ ਦੇ ਲਈ ਵੀ ਅਪੀਲ ਕੀਤੀ ਗਈ। ਹੁਣ ਤੱਕ ਮੋਰਚਾ ਕਿਸ ਤਰੀਕੇ ਨਾਲ ਚੱਲ ਰਿਹਾ ਵਾ, ਤੁਸੀਂ ਕੀ ਮਹਿਸੂਸ ਕਰਦੇ ਹੋ? ਇੱਥੇ ਡਟੇ ਹੋਏ ਹੋ ਤੁਹਾਨੂੰ ਕਈ ਦਿਨ ਹੋ ਗਏ ਆ, ਇੱਥੇ ਹਫ਼ਤੇ ਤੋਂ ਉੱਤੇ ਹੋ ਗਿਆ ਸਮਾਂ, ਮੋਰਚਾ ਕਿਹੋ ਜਿਹਾ ਚੱਲ ਰਿਹਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮੋਰਚਾ ਲੱਗਿਆ, ਅਤੇ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਵਿੱਚ ਆ।
ਸੰਗਤਾਂ ਦਾ ਬਹੁਤ ਭਰਮਾ ਸਹਿਯੋਗ ਮਿਲ ਰਿਹਾ। ਅਸੀਂ ਕਿਸੇ ਨੂੰ ਆਵਾਜ਼ ਨਹੀਂ ਮਾਰ ਰਹੇ ਭਾਈ ਤੁਸੀਂ ਆਓ, ਇਸ ਤਰ੍ਹਾਂ ਦੀ ਕੋਈ ਅਸੀਂ ਅਪੀਲ ਨਹੀਂ ਕਰ ਰਹੇ। ਸੰਗਤਾਂ ਵਿੱਚ ਇੱਕ ਆਪਣੇ ਆਪ ਦੇ ਵਿੱਚ ਹੀ ਭਾਰੀ ਉਤਸ਼ਾਹ ਹੈ, ਭਾਵੇਂ ਕੋਈ ਸ਼ਹਿਰ ਵਿੱਚ ਬੈਠਾ ਹੈ ਜਾਂ ਪਿੰਡ ਵਿੱਚ ਬੈਠਾ ਹੈ, ਉਹ ਪੰਜਾਬ ਦੇ ਵਿੱਚ ਬੈਠਾ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਬੈਠਾ, ਉਹਦੇ ਅੰਦਰੋਂ ਇੱਕ ਆਵਾਜ਼ ਉੱਠ ਰਹੀ ਆ ਕਿ ਅਸੀਂ ਕਿਹੜਾ ਵੇਲਾ ਹੋਵੇ ਅਸੀਂ ਮੋਰਚੇ ਦੇ ਵਿੱਚ ਚੱਲੀਏ ਅਤੇ ਅਸੀਂ ਆਪਣੀ ਹਾਜ਼ਰੀ ਲਵਾ ਕੇ ਆਈਏ। ਇਸ ਤਰ੍ਹਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਿਤੇ ਅਸੀਂ ਵਾਂਝੇ ਨਾ ਰਹਿ ਜਾਈਏ। ਕਾਫਲਿਆਂ ਦੇ ਰੂਪ ਦੇ ਵਿੱਚ ਸੰਗਤਾਂ ਆ ਰਹੀਆਂ ਨੇ, ਲੰਗਰ ਪਾਣੀ ਲਿਆ ਰਹੀਆਂ ਨੇ, ਰਸਤਾ ਵੀ ਲਿਆ ਰਹੀਆਂ ਨੇ, ਆਪੇ ਹੀ ਸੰਗਤਾਂ ਸੇਵਾ ਕਰ ਰਹੀਆਂ ਨੇ। ਇੱਥੇ ਕੀਰਤਨ ਦਰਬਾਰ ਚੱਲਦਾ ਪਿਆ, ਢਾਡੀ ਰਾਗੀ ਲੱਗਦੇ ਨੇ, ਸਾਰਾ ਕੁਛ ਬਹੁਤ ਚੜ੍ਹਦੀ ਕਲਾ ਵਿੱਚ ਆ। ਇਹ ਜਿਹੜਾ ਪੂਰਾ 12 ਘੰਟੇ ਦਾ ਦਿਨ ਆ ਸਾਡੇ ਵਾਸਤੇ ਐਂ ਲੰਘ ਜਾਂਦਾ ਜਿਵੇਂ 5 ਕੁ ਮਿੰਟ ਬੈਠੇ ਹੋਈਏ, ਅਤੇ ਪਤਾ ਨਹੀਂ ਲੱਗਦਾ ਕਦੋਂ ਦਿਨ ਬਤੀਤ ਹੋ ਜਾਂਦਾ। ਬਹੁਤ ਚੜ੍ਹਦੀ ਕਲਾ ਵਿੱਚ ਮੋਰਚਾ ਜਾ ਰਿਹਾ ਸਰਕਾਰ ਵਾਲੇ ਪਾਸਿਓਂ, ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਤਾਂ ਸਰਕਾਰ ਤੋਂ ਹੀ ਨੇ, ਕੈਪਟਨ ਸਰਕਾਰ ਤੋਂ ਜਾਂ ਕੁਝ ਕੁ ਕੇਂਦਰ ਦੇ ਅਖਤਿਆਰ ਵੀ ਨੇ, ਇਸ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਇਸ਼ਾਰਾ ਮਿਲ ਰਿਹਾ ਵਾ, ਉਹ ਕੀ ਇਸ ਨੂੰ ਗੰਭੀਰਤਾ ਵਜੋਂ ਸਰਕਾਰ ਲੈ ਰਹੀ ਆ ਕਿ ਨਹੀਂ? ਸਰਕਾਰ ਵੀ ਮੈਨੂੰ ਲੱਗਦਾ ਹੈ ਕਿ ਇਸ ਮੋਰਚੇ ਤੋਂ ਘਬਰਾਈ ਹੋਈ ਆ ਅਤੇ ਕਾਫੀ ਹਰਕਤ ਦੇ ਵਿੱਚ ਹੈ, ਵੇਖਣ ਦੇ ਵਿੱਚ ਆ ਰਿਹਾ। ਪਰ ਮੈਨੂੰ ਜ਼ਿਆਦਾ ਇਹ ਫਿਕਰ ਨਹੀਂ ਗਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ ਕਿ ਨਹੀਂ ਕਰ ਰਹੀ। ਸਰਕਾਰ ਨੂੰ ਕਾਰਵਾਈ ਕਰਨੀ ਹੀ ਪੈਣੀ ਹੈ। ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਸਰਕਾਰ ਰਹਿ ਨਹੀਂ ਸਕਦੀ। ਇਸ ਮੋਰਚੇ ਦੀ ਇਸ ਤਰ੍ਹਾਂ ਦੀ ਤਿਆਰੀ ਹੈ, ਫਿਰ ਸਰਕਾਰ ਨਹੀਂ ਰਹਿ ਸਕਦੀ। ਜਿਹੜੀ ਮੇਰੀ ਉਮੀਦ ਸੀ, ਜਿਹੜੇ ਮੇਰੇ ਮਨ ਦਾ ਵਲਵਲਾ ਸੀ, ਜਿਸ ਕਰਕੇ ਇਹ ਮੋਰਚਾ ਮੈਂ ਲਾਇਆ, ਮੈਂ ਸੰਗਤ ਦੀਆਂ ਭਾਵਨਾਵਾਂ ਨੂੰ ਸਮਝ ਕੇ ਲਾਇਆ। ਸੰਗਤ ਦੇ ਵਿੱਚ ਜਿਹੜਾ ਸੰਗਤ ਦਾ ਮੁਰਾਲ ਸੀ ਉਹ ਬਹੁਤ ਡਾਊਨ ਹੋ ਗਿਆ ਸੀ, ਬਹੁਤ ਡਿੱਗ ਗਿਆ ਸੀ, ਹੌਸਲੇ ਜਿਹੜੇ ਪਸਤ ਹੋ ਗਏ ਸੀ, ਬੇਵਿਸ਼ਵਾਸੀ ਬਹੁਤ ਜ਼ਿਆਦਾ ਪੈਦਾ ਹੋ ਗਈ ਸੀ ਅਤੇ ਕਿਸੇ ਨੂੰ ਵੀ ਕਿਸੇ ਦੇ ਉੱਤੇ ਇਤਬਾਰ ਨਹੀਂ ਸੀ ਰਹਿ ਗਿਆ। ਅਤੇ ਦੂਜੇ ਪਾਸੇ ਸਾਡੇ ਗੁਰੂ ਦੀ ਸ਼ਹਾਦਤ ਹੋ ਰਹੀ ਸੀ ਅਤੇ ਸਾਡੇ ਸਿੰਘ ਸ਼ਹੀਦ ਹੋ ਰਹੇ ਸੀ, ਜੇਲ੍ਹਾਂ ਵਿੱਚ ਤੜਫ ਰਹੇ ਸੀ, ਸਾਰਾ ਕੁਛ ਇਹ ਸਾਡੇ ਸਾਹਮਣੇ ਸੀ। ਪਰ ਇਸ ਸਭ ਕਾਸੇ ਨੂੰ ਜਦੋਂ ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਸੀ ਅਤੇ ਕੋਈ ਗੱਲਬਾਤ ਅਸੀਂ ਕਿਸੇ ਚੰਗੇ ਢੰਗ ਤਰੀਕੇ ਦੇ ਨਹੀਂ ਸੀ ਕਰਦੇ ਅਤੇ ਦੁਸ਼ਮਣ ਜਿਹੜਾ ਦਿਨੋ ਦਿਨ ਚੜ੍ਹਦਾ ਜਾਂਦਾ ਸੀ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ 300 ਤੋਂ ਵੀ ਉੱਪਰ ਲੰਘ ਗਈਆਂ ਸੀ। ਅਤੇ ਇਹ ਸਾਡੀ ਕੌਮ ਦੇ ਮੱਥੇ ਦੇ ਉੱਤੇ, ਜਿਹੜੀ ਸੂਰਬੀਰਾਂ ਦੀ ਯੋਧਿਆਂ ਦੀ ਕੌਮ ਸੀ, ਉਹਦੇ ਮੱਥੇ ਦੇ ਉੱਤੇ ਬੜਾ ਵੱਡਾ ਇੱਕ ਕਲੰਕ ਸੀ। ਇਸ ਕਲੰਕ ਨੂੰ ਧੋਣ ਵਾਸਤੇ ਸਾਡੀ ਕੌਮ ਨੂੰ ਉਠਾਉਣਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਇਕੱਠਾ ਕਰਨਾ ਬੜਾ ਜ਼ਰੂਰੀ ਸੀ, ਸਾਡੀ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਲਿਆਉਣਾ ਬੜਾ ਜ਼ਰੂਰੀ ਸੀ। ਅਤੇ ਉਸ ਨੂੰ ਲਿਆਉਣ ਵਾਸਤੇ ਮੈਂ ਇੱਕ ਛੋਟਾ ਜਿਹਾ ਯਤਨ ਕੀਤਾ, ਇਹ ਬਹੁਤਾ ਵੱਡਾ ਯਤਨ ਨਹੀਂ ਗਾ। ਹਾਲਾਂਕਿ ਮੈਨੂੰ ਸਾਰੀ ਕੌਮ ਕਹਿ ਰਹੀ ਸੀ ਵੀ ਜਥੇਦਾਰ ਜੀ ਕੋਈ ਠੋਸ ਪ੍ਰੋਗਰਾਮ ਦਿਓ, ਕੋਈ ਤਿੱਖਾ ਪ੍ਰੋਗਰਾਮ ਦਿਓ, ਕੋਈ ਇਸ ਤਰ੍ਹਾਂ ਗੱਲ ਬਣਨੀ ਨਹੀਂ। ਕਈ ਤਰ੍ਹਾਂ ਦੇ ਵਿਚਾਰ ਮੇਰੇ ਕੰਨਾਂ ਦੇ ਵਿੱਚ ਪੈ ਰਹੇ ਸੀ ਅਤੇ ਮੈਂ ਬਹੁਤ ਸੋਚ ਸਮਝ ਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਦਿੱਤਾ। ਮੇਰੇ ਹਿਸਾਬ ਨਾਲ ਇਹ ਬਹੁਤ ਛੋਟਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਦਾ ਸੰਗਤ ਚਾਹੁੰਦੀ ਸੀ ਮੈਂ ਉਸ ਤਰ੍ਹਾਂ ਦਾ ਨਹੀਂ ਦਿੱਤਾ। ਪਰ ਮੈਂ ਸੋਚਿਆ ਸੀ ਕਿ ਜੇ
ਥੋੜ੍ਹਾ ਜਿਹਾ ਨੋਰਮਲ ਜਿਹਾ ਪ੍ਰੋਗਰਾਮ ਅਸੀਂ ਦੇਵਾਂਗੇ ਅਤੇ ਕੌਮ ਇੱਧਰ ਨੂੰ ਵਧੂਗੀ। ਜਦੋਂ ਕੌਮ ਨੇ ਇਹ ਗੱਲ ਸੁਣੀ ਵੀ ਕੋਈ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਅਤੇ ਉਹਨੇ ਸਾਡੀ ਕੌਮ ਨੂੰ ਆਵਾਜ਼ ਮਾਰੀ ਆ, ਉਹਨੇ ਸਾਡੀ ਕੌਮ ਨੂੰ ਇਕੱਠੇ ਹੋਣ ਦੀ ਗੱਲ ਕੀਤੀ ਆ, ਉਹਨੇ ਕੌਮ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਤਾ ਹੈ ਅਤੇ ਫਿਰ ਕੌਮ ਜਿਹੜੀ ਸੁਭਾਵਕ ਹੀ ਉਹ ਘਰਾਂ 'ਚੋਂ ਬਾਹਰ ਆ ਗਈ। ਇਹ ਇੱਕ ਬੜੀ ਵੱਡੀ ਸਾਡੀ ਪ੍ਰਾਪਤੀ ਹੈ। ਮੈਂ ਕਹਿੰਦਾ ਇਹ ਤੋਂ ਵੱਡੀ ਪ੍ਰਾਪਤੀ ਹੋਰ ਨਹੀਂ ਕੋਈ ਹੋ ਸਕਦੀ ਕਿ ਅੱਜ ਲੋਕਾਂ ਨੇ ਪਾਰਟੀਬਾਜ਼ੀ, ਧੜੇਬੰਦੀ, ਮਤਭੇਦ ਜੋ ਵੀ ਸੀ ਆਪਸ ਵਿੱਚ ਸਾਡੇ, ਕਿਸੇ ਨੇ ਨਹੀਂ ਪਾਰਟੀ ਵੇਖੀ ਅਤੇ ਕਿਸੇ ਨੇ ਨਹੀਂ ਧੜਾ ਵੇਖਿਆ ਅਤੇ ਕਿਸੇ ਨੇ ਨਹੀਂ ਵੇਖਿਆ ਵੀ ਕੱਲ੍ਹ ਮੇਰੇ ਇਸ ਬੰਦੇ ਨਾਲ ਕੀ ਮਤਭੇਦ ਸੀ ਅਤੇ ਮੈਂ ਅੱਜ ਕੀ ਕਰਾਂ। ਸਾਰਿਆਂ ਨੂੰ ਥੱਲੇ ਰੱਖ ਕੇ ਲੋਕਾਂ ਨੇ ਇੱਕੋ ਹੀ ਗੱਲ ਆਪਣੇ ਮਨ ਦੇ ਵਿੱਚ ਵਸਾਈ ਵੀ ਸਾਡੇ ਗੁਰੂ ਦਾ ਮਸਲਾ ਹੈ ਅਤੇ ਸਾਡੇ ਕਿਸੇ ਸਿੰਘ ਨੇ ਆਵਾਜ਼ ਮਾਰੀ ਹੈ ਅਤੇ ਸਾਨੂੰ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਅਤੇ ਉਹ ਤੁਹਾਡੇ ਸਾਰਾ ਕੁਛ ਸਾਹਮਣੇ ਆ। ਅਤੇ ਮੈਂ ਸਮਝਦਾ ਹਾਂ ਕਿ ਜਿਹੜੇ ਮੋਰਚੇ ਹੁੰਦੇ ਆ ਨਾ ਉਹ ਫੈਸਲੇ ਕਰਦੇ ਆ, ਇਸ ਮੋਰਚੇ ਨੇ ਫੈਸਲਾ ਕਰ ਦਿੱਤਾ ਸੀ, ਮੋਰਚਾ ਜਿੱਤ ਗਿਆ ਸੀ। ਐਂ ਨਹੀਂ ਹੈਗਾ ਜੇ ਤੁਸੀਂ ਮੈਨੂੰ ਹੁਣ ਪੁੱਛੋਗੇ ਵੀ ਇਹ ਕਦੋਂ ਤੱਕ ਰਹੂਗਾ, ਕਿਵੇਂ ਰਹੂਗਾ, ਕੀ ਇਹਦਾ ਹਿਸਾਬ ਕਿਤਾਬ ਆ, ਮੈਂ ਕਹਿੰਦਾ ਵੀ ਇਹ ਸਮਾਂ ਨਹੀਂ ਹੈਗਾ ਇੱਥੇ ਕੋਈ ਇਹ ਸਮਾਂ ਬਾਉਂਡ ਨਹੀਂ ਕੀਤਾ ਅਸੀਂ, ਇਹ ਤਾਂ ਲੜਾਈ ਜਿੱਤਾਂਗੇ ਅਤੇ ਜਦੋਂ ਜਿੱਤ ਦਾ ਝੰਡਾ ਸਾਡਾ ਚੜ੍ਹ ਗਿਆ ਅਤੇ ਫਿਰ ਅਰਦਾਸ ਕਰਕੇ ਫਿਰ ਅਸੀਂ ਇਹ ਅਗਲੀ ਗੱਲ ਕਰਾਂਗੇ। ਸੋ ਇਹ ਗੱਲਬਾਤ ਸੰਖੇਪ ਰੂਪ 'ਚ ਹੀ ਅਸੀਂ ਰੱਖੀ ਹੈ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਨਾਲ, ਕਿਉਂਕਿ ਇੱਥੇ ਸਟੇਜ ਦੀ ਕਾਰਵਾਈ ਚੱਲ ਰਹੀ ਆ। ਜਿਹੜੇ ਪ੍ਰਚਾਰਕ ਨੇ ਉਹ ਕੁਝ ਸਿੰਘ ਜਿਹੜੇ ਧਾਰਨਾਵਾਂ ਨਾਲ ਗਾਉਂਦੇ ਆ, ਕੁਝ ਕੀਰਤਨ ਕਰਦੇ ਆ, ਸਟੇਜ ਦੀ ਕਾਰਵਾਈ ਜਾ ਰਹੀ ਆ, ਬੁਲਾਰੇ ਲੱਗੇ ਹੋਏ ਆ। ਦੂਰੋਂ ਦਰੇਡੇ ਤੋਂ ਸਿੱਖ ਸੰਗਤਾਂ ਇੱਥੇ, ਪੰਜਾਬ ਭਰ ਤੋਂ ਅਤੇ ਹੋਰਾਂ ਸੂਬਿਆਂ ਤੋਂ ਵੀ ਇੱਥੇ ਪਹੁੰਚ ਰਹੀਆਂ। ਸੰਗਤ ਦੇ ਵਿੱਚ ਬੱਚਿਆਂ ਦੀ ਗਿਣਤੀ ਵੀ ਆ, ਬੀਬੀਆਂ ਵੀ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਅੱਧ ਖੜ ਉਮਰ ਦੇ, ਸਾਰੀਆਂ ਹੀ ਉਮਰਾਂ ਦੇ ਪੜਾਅ ਜਿਹੜੇ ਹੁੰਦੇ ਆ ਉਹ ਸਿੱਖ ਸੰਗਤਾਂ ਦੇ ਵਿੱਚ ਸ਼ਾਮਿਲ ਨੇ। ਨੇੜ ਦਾ ਪਿੰਡ ਆ ਇੱਥੇ ਸਮਾਲਸਰ, ਸਮਾਲਸਰ ਦੇ ਸ਼ਹੀਦ ਹੋਏ ਆ ਭਾਈ ਜੁਗਰਾਜ ਸਿੰਘ ਸਮਾਲਸਰ, ਰੁਮਾਨੀਆ ਕਾਂਡ ਵਾਲੇ, ਉਹਨਾਂ ਦੇ ਨਗਰ ਤੋਂ ਅੱਜ ਇੱਥੇ ਲੰਗਰ ਲੈ ਕੇ ਸਿੱਖ ਸੰਗਤਾਂ ਪਹੁੰਚੀਆਂ ਸਨ। ਤਾਂ ਵੇਖ ਕੇ ਖਿਆਲ ਆਉਂਦਾ ਕਿ ਉਹ ਵਾਸੀ, ਉਸ ਪਿੰਡ ਦੇ ਵਾਸੀ ਜਿਨ੍ਹਾਂ ਨੇ ਆਪਣੇ ਜਿਹੜੇ ਸ਼ਹੀਦ ਕਰਾਏ ਆ ਸਿੰਘ, ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਦੇ ਪਰਿਵਾਰ 'ਚੋਂ ਖੁਦ 3 ਸ਼ਹਾਦਤਾਂ ਜਿਹੜਾ ਇਹਨਾਂ ਦੇ ਮੰਡ ਪਰਿਵਾਰ 'ਚੋਂ ਹੋਈਆਂ, ਰਿਸ਼ਤੇਦਾਰੀਆਂ 'ਚੋਂ ਵੀ ਹੋਰ ਵੀ ਹੋਈਆਂ। ਇਹ ਜਿਹੜੇ ਲੰਮੇ ਸਮੇਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮੇਂ ਤੋਂ ਆਰੰਭ ਹੋਏ ਸੰਘਰਸ਼ ਦੇ ਵਿਚਾਲੇ ਸ਼ਹਾਦਤਾਂ ਦੇਣ ਵਾਲੇ ਜਿਹੜੇ ਲੋਕ ਨੇ, ਇਹ ਉਹਨਾਂ ਦਾ ਸਮੂਹ ਆ, ਇਹ ਜਿਨ੍ਹਾਂ ਨੇ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ ਅਤੇ ਕਿਸੇ ਕੁਰਬਾਨੀ ਤੋਂ ਹਟੇ ਨਹੀਂ। ਇਸ ਮੋਰਚੇ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਖਾਸ ਲੱਗੀ ਕਿ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਵਿਚਰਨ ਵਾਲੀਆਂ ਦੋ ਜਥੇਬੰਦੀਆਂ, ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ, ਦੋਵੇਂ ਹੀ ਇਸ ਮੋਰਚੇ ਦਾ ਸਪੋਰਟ ਕਰ ਰਹੀਆਂ, ਸਹਿਯੋਗ ਕਰ ਰਹੀਆਂ, ਹਮਾਇਤ ਕਰ ਰਹੀਆਂ ਅਤੇ ਉਹਨਾਂ ਦੇ ਸਿੰਘ ਵੀ ਇੱਥੇ ਪਹੁੰਚੇ ਹੋਏ ਆ। ਇਸ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਹਾਜ਼ਰੀ ਲਵਾ ਕੇ ਗਏ। ਇਸ ਤੋਂ ਇਲਾਵਾ ਅਖੰਡ ਕੀਰਤਨੀ ਜਥਾ, ਕੁੱਲ ਮਿਲਾ ਕੇ ਪੰਥ ਦੀਆਂ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ, ਛੋਟੀਆਂ ਹੋਣ ਵੱਡੀਆਂ ਹੋਣ, ਉਹ ਇੱਥੇ ਪਹੁੰਚ ਕੇ ਹਾਜ਼ਰੀਆਂ ਲਵਾ ਰਹੀਆਂ। ਜਥੇਦਾਰ ਮੰਡ ਹੋਣਾ ਦਾ ਕਹਿਣਾ ਕਿ ਇਹ ਜਿਹੜਾ ਮੋਰਚਾ ਵਾ, ਅਸੀਂ ਕੋਈ ਟਾਈਮ ਬਾਉਂਡ ਨਹੀਂ ਕੀਤਾ, ਕੋਈ ਇਹ ਅਣਮਿੱਥੇ ਸਮੇਂ ਲਈ ਆ, ਅਸੀਂ ਜਿੱਤ ਦੀ ਜਿਹੜੀ ਆ ਅਰਦਾਸ ਆ ਉਹ ਕਰਕੇ ਉੱਠਾਂਗੇ, ਉਸ ਤੋਂ ਪਹਿਲਾਂ ਨਹੀਂ ਇੱਥੋਂ ਉੱਠਣ ਵਾਲੇ। ਸੋ ਇਸ ਤੋਂ ਇਲਾਵਾ ਇੱਥੇ ਮੋਰਚੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ 5 ਸਿੰਘ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ
ਬਰਤਰਫ ਕਰ ਦਿੱਤਾ ਗਿਆ ਸੀ 2015 ਦੇ ਵਿੱਚ, ਉਹ ਵੀ ਹਾਜ਼ਰੀ ਲਵਾ ਕੇ ਗਏ ਆ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ, ਅਤੇ ਜਿਹੜਾ ਮੋਰਚਾ ਵਾ ਬਰਗਾੜੀ ਦੇ ਵਿੱਚ ਜਾਰੀ ਆ। ਹੁਣ ਆਪਾਂ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ ਅਗਲੇ ਭਾਗ ਦੇ ਵਿੱਚ ਗੱਲਬਾਤ ਕਰਦੇ ਹਾਂ। ਬਰਗਾੜੀ ਮੋਰਚੇ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਇਸ ਵੇਲੇ ਸਾਡੇ ਨਾਲ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਜਥੇਦਾਰ ਸਾਹਿਬ, ਪਹਿਲਾ ਸਵਾਲ ਇਹ ਆ ਕਿ ਤੁਹਾਡੀ ਇੱਕ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ, ਉਸ ਦਾ ਨਤੀਜਾ ਕੀ ਰਿਹਾ? ਦੇਖੋ, ਪੰਜਾਬ ਸਰਕਾਰ ਆਈ ਨੂੰ ਜਿਹੜੀ ਹੁਣ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਤਕਰੀਬਨ 14-15 ਮਹੀਨੇ ਹੋ ਗਏ। ਉਹਨਾਂ ਦੇ ਵੱਲੋਂ ਇੱਕ ਕਮਿਸ਼ਨ ਬਿਠਾਇਆ ਗਿਆ ਸੀ, ਉਹਨੂੰ ਵੀ 6 ਮਹੀਨੇ ਦਾ ਟਾਈਮ ਦਿੱਤਾ ਸੀਗਾ। ਉਹਨਾਂ ਨੇ ਵੀ, ਮੈਂ ਸਮਝਦਾ ਕਿ ਇਸ ਸੰਬੰਧ ਦੇ ਵਿੱਚ ਅੱਜ ਤੱਕ ਸਿੱਖ ਸੰਗਤਾਂ ਦੇ ਸਾਹਮਣੇ ਆਪਣੇ ਵਾਅਦਿਆਂ ਅਨੁਸਾਰ ਕੁਛ ਵੀ ਨਹੀਂ ਕੀਤਾ। ਬਰਗਾੜੀ ਦੇ ਸੰਬੰਧ, ਬਹਿਬਲ ਦੇ ਸੰਬੰਧ ਵਿੱਚ, ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਸੰਬੰਧ ਵਿੱਚ, ਜਿਹੜਾ ਕਿ ਉਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਇਹਨਾਂ ਸਾਰੇ ਮਸਲਿਆਂ ਦਾ ਹੱਲ ਦਿਆਂਗਾ। ਅਖੀਰ ਜਦੋਂ ਕੋਈ ਗੱਲਬਾਤ ਨਾ ਹੋਈ, ਪਿਛਲੇ ਸਾਲ ਵੀ ਇੱਕ ਜਿਹੜਾ ਸੀਗਾ ਸੀ ਸੰਕੇਤ ਮਾਤਰ, ਜਿਹੜਾ ਸੀ ਰੋਸ ਮੁਜ਼ਾਹਰਾ ਕੀਤਾ ਸੀ ਕੋਟਕਪੂਰਾ ਚੌਂਕ 'ਚ ਕਾਲੀਆਂ ਝੰਡੀਆਂ ਦੇ ਨਾਲ। ਉਸ ਤੋਂ ਬਾਅਦ ਜਿਹੜਾ ਸੀ, ਹੁਣ 1 ਜੂਨ ਆ ਗਈ, 3 ਸਾਲ ਹੋ ਗਏ ਆ। ਪਿਛਲੇ ਸਾਲ ਵੀ ਇੱਥੇ 1 ਜੂਨ ਦਾ ਇਕੱਠ ਸੀ, ਉਦੋਂ ਪਿਛਲੇ ਸਾਲ ਵੀ 1 ਜੂਨ ਦਾ ਇਕੱਠ ਰੱਖਿਆ ਸੀਗਾ, ਪਰ ਇਸ ਵਾਰ ਅਸੀਂ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ ਸੀਗਾ ਵੀ ਇੱਥੋਂ ਪ੍ਰੋਗਰਾਮ ਇਸ ਤਰ੍ਹਾਂ ਦਾ ਅਨਾਊਂਸ ਹੋਊਗਾ ਵੀ ਸਰਕਾਰ ਨੂੰ ਹੱਲ ਕਰਨਾ ਪਊਗਾ। ਅਤੇ 1 ਜੂਨ ਨੂੰ ਜਦੋਂ ਇੱਥੇ ਸਿੱਖ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ, ਔਰ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਇੱਥੇ ਮੰਚ 'ਤੇ ਜਥੇਦਾਰਾਂ ਦੇ ਸੱਦੇ 'ਤੇ ਇਕੱਠੀਆਂ ਹੋਈਆਂ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕੀਤੀ, ਤਾਂ ਉਸੇ ਦਿਨ ਹੀ DC ਔਰ SSP ਜੋ ਫਰੀਦਕੋਟ ਦੇ, ਉਹ ਸਾਡੇ ਕੋਲ ਸ਼ਾਮ ਨੂੰ ਇੱਥੇ ਪਹੁੰਚ ਗਏ। ਉਹ ਧਰਨਾ ਆ ਜਿਹੜਾ ਮੁਜ਼ਾਹਰਾ ਸੀਗਾ ਸਾਡਾ, ਜੋ ਮੋਰਚਾ ਸੀ ਇਨਸਾਫ਼ ਮੋਰਚਾ, ਇਹਨੂੰ ਉਠਾਉਣ ਵਾਸਤੇ ਆਏ ਸੀ। ਪਰ ਜਦੋਂ ਅਸੀਂ ਉਹਨਾਂ ਨੂੰ ਆਪਣੀਆਂ ਗੱਲਾਂ ਦੱਸੀਆਂ, ਉਹਨਾਂ ਕੋਲ ਜਵਾਬ ਨਹੀਂ ਸੀ। ਉਹ ਕਹਿੰਦੇ ਅਸੀਂ ਸਰਕਾਰ ਨਾਲ ਗੱਲ ਕਰਾਂਗੇ। ਅਗਲੇ ਦਿਨ ਜਿਹੜੇ ਇਸ ਰੇਂਜ ਦੇ IG ਆ, GS ਢਿੱਲੋਂ, ਉਹ ਆ ਗਏ। ਉਹਨਾਂ ਨੇ ਆ ਕੇ ਜਿਹੜਾ ਸੀਗਾ ਮੋਰਚਾ ਉਠਾਉਣ ਦੀ ਗੱਲ ਕੀਤੀ, ਪਰ ਜਦੋਂ ਅਸੀਂ ਮੰਗਾਂ ਕੀਤੀਆਂ ਉਹਨਾਂ ਦੇ ਸਾਹਮਣੇ, ਤਾਂ ਜੋ ਉਹਨਾਂ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਸੀ। ਤਾਂ ਫਿਰ ਤੀਸਰੇ ਦਿਨ ਜਿਹੜਾ ਸੀ, ਉਹ ਕੈਬਨਿਟ ਮਿਨਿਸਟਰ ਜੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ MLA ਲੈ ਕੇ ਇੱਥੇ ਪਹੁੰਚੇ ਨਾਲ, ਉਹਨਾਂ ਨਾਲ ਵੀ ਜਿਹੜੀ ਗੱਲਬਾਤ ਸੀਗੀ ਹੋਈ, ਉਹਨਾਂ ਕੋਲ ਵੀ ਇਹਨਾਂ ਮੰਗਾਂ ਦਾ ਜਵਾਬ ਨਹੀਂ। ਸਰਕਾਰ ਚੱਲ ਕੇ ਆਈ ਬਰਗਾੜੀ ਦੀ ਧਰਤੀ 'ਤੇ, ਕੈਬਨਿਟ ਮਿਨਿਸਟਰ ਵੀ ਸਰਕਾਰ ਹੁੰਦਾ, ਸਰਕਾਰ ਇੱਥੇ ਆਈ ਚੱਲ ਕੇ, ਬਕਾਇਦਾ ਜੋ ਜਥੇਦਾਰ ਸਾਹਿਬ ਨੇ ਕਿਹਾ ਸੀ ਸਰਕਾਰ ਇੱਥੇ ਚੱਲ ਕੇ ਆਊਗੀ, ਉਹਨਾਂ ਕੋਲ ਵੀ ਸਾਡੀਆਂ ਮੰਗਾਂ ਦਾ ਜਵਾਬ ਨਹੀਂ ਸੀ। ਅਤੇ ਉਹਨਾਂ ਨੇ ਬਕਾਇਦਾ ਮੀਡੀਆ 'ਚ ਇਸ ਗੱਲ ਦੀ ਮੁਆਫ਼ੀ, ਜਦੋਂ ਇੱਥੇ ਆਏ ਉਹਨਾਂ ਨੇ ਕਿਹਾ, ਪਹਿਲਾਂ ਤਾਂ ਅਰਦਾਸ ਕੀਤੀ ਕਿ ਤੁਹਾਡੀਆਂ ਮੰਗਾਂ ਜਾਇਜ਼ਾ ਅਤੇ ਗੁਰੂ ਤੁਹਾਡੇ ਮੋਰਚੇ ਨੂੰ ਸਫਲ ਕਰੇ, ਮੈਂ ਅਰਦਾਸ ਕਰਦਾ। ਫਿਰ ਉਹਨਾਂ ਨੇ, ਮੈਂ ਅਗਲੀ ਗੱਲ 'ਤੇ ਤੁਹਾਡੇ ਜਵਾਬ 'ਤੇ ਆਉਣਾ ਚਾਹੁੰਦਾ ਕਿ ਫਿਰ ਉਹਨਾਂ ਨੇ ਜਿਹੜਾ ਸੀਗਾ ਗੱਲਬਾਤ ਦੇ ਵਿੱਚ, ਉਸ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਸਾਡੇ ਕੋਲ ਕਮੀ ਰਹੀ ਆ, ਅਸੀਂ ਮੁਆਫ਼ੀ ਮੰਗਦੇ ਹਾਂ, ਦੇਰੀ ਹੋਈ ਆ, ਮੰਗਾਂ ਇਹਨਾਂ ਦੀਆਂ ਜਾਇਜ਼ ਆ, ਅਮਨ ਕਾਨੂੰਨ ਦੇ ਨਾਲ ਬੜਾ ਪੁਰਅਮਨ ਤਰੀਕੇ ਨਾਲ ਸ਼ਾਂਤਮਈ ਇਹਨਾਂ ਦਾ ਪ੍ਰੋਟੈਸਟ ਜਿਹੜਾ ਮੋਰਚਾ, ਇਨਸਾਫ਼ ਮੋਰਚਾ ਚੱਲ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਸੱਦਾ ਦਿੱਤਾ ਚੰਡੀਗੜ੍ਹ, ਪੰਜਾਬ ਭਵਨ, ਪੰਜਾਬ ਭਵਨ ਪੰਜਾਬ ਦਾ ਸਾਂਝਾ ਵਾ, ਉੱਥੇ ਮੁੱਖ ਮੰਤਰੀ ਸਾਹਿਬ ਆਏ, ਉੱਥੇ ਹੀ ਅਸੀਂ ਸਾਰੇ ਗਏ, ਜੋ ਮੇਰੇ ਨਾਲ ਵਫ਼ਦ ਸੀਗਾ ਜਥੇਦਾਰ ਸਾਹਿਬ ਨੇ ਭੇਜਿਆ, ਤਾਂ ਉੱਥੇ ਬੈਠ ਕੇ ਬਕਾਇਦਾ ਉਹਨਾਂ ਦੇ ਕੈਬਨਿਟ ਮਿਨਿਸਟਰ ਸੀ, 3 MLA ਸੀ, USD ਸੀ, ਉਹਨਾਂ ਦੇ ਆਫਿਸਰ ਸੀਗੇ ਇੰਟੈਲੀਜੈਂਸੀ ਦੇ, ਦਿਨਕਰ ਗੁਪਤਾ ਜੀ ਔਰ ਵਰਿੰਦਰ ਕੁਮਾਰ ਜੀ, ਉਹਨਾਂ ਨਾਲ ਬੜੀ ਡੀਟੇਲ 'ਚ ਸਾਡੀ ਗੱਲਬਾਤ ਹੋਈ।
ਤਾਂ ਗੱਲਬਾਤ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ, ਬੇਅਦਬੀ ਦਾ, ਬਹਿਬਲ ਦਾ ਸਾਰਾ ਕੁਝ ਦੱਸਿਆ ਤਾਂ ਮੁੱਖ ਮੰਤਰੀ ਨੇ ਕਿਹਾ ਇਹ ਮੰਗਾਂ ਤਾਂ ਮੇਰੀਆਂ ਸੀ, ਅਤੇ ਅਸੀਂ ਕਿਹਾ ਅਸੀਂ ਤੁਹਾਨੂੰ ਚੇਤਾ ਹੀ ਤਾਂ ਕਰਾ ਰਹੇ ਹਾਂ ਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਇਹ ਕੁਝ ਕਿਹਾ ਸੀਗਾ ਅਤੇ ਇਹਨੂੰ ਜਿਹੜਾ ਹੈਗਾ ਹੁਣ ਤੁਰੰਤ ਜਿਹੜਾ ਇਹਨਾਂ ਨੂੰ ਹੱਲ ਕਰੋ, ਅਤੇ ਉਹਨਾਂ ਨੇ ਤੁਰੰਤ ਜਿਹੜਾ ਸੀਗਾ ਉੱਥੇ ਅਫਸਰਾਂ ਨੂੰ ਆਰਡਰ ਕੀਤੇ ਵੀ ਇਹਨਾਂ ਮਸਲਿਆਂ ਦਾ ਹੱਲ ਚਾਹੀਦਾ, ਕਿ ਜੋ ਇਹ ਕਹਿ ਰਹੇ ਇਹਨਾਂ ਦੀਆਂ ਮੰਗਾਂ ਜਾਇਜ਼ ਆ, ਕੋਈ ਨਜਾਇਜ਼ ਨਹੀਂ ਆ। ਜੋ ਕਮਿਸ਼ਨ ਬਣਿਆ ਸੀ ਜਸਟਿਸ ਰਣਜੀਤ ਸਿੰਘ ਦਾ, ਉਹਦੀ ਰਿਪੋਰਟ ਨੂੰ ਜਲਦੀ ਜਨਤਕ ਕਰੋ। ਵੀ ਉਹ ਕਹਿੰਦੇ ਜਸਟਿਸ ਸਾਹਿਬ ਨੇ ਇੱਕ ਮਹੀਨੇ ਦਾ ਸਮਾਂ ਮੰਗਿਆ, ਤਾਂ ਅਸੀਂ ਕਿਹਾ ਵੀ ਇੱਕ ਮਹੀਨਾ ਬਹੁਤ ਆ, ਹੁਣ ਮਹੀਨਾ ਨਹੀਂ, ਹੁਣ ਦੋ ਭਾਗਾਂ ਦੇ ਵਿੱਚ ਰਿਪੋਰਟ ਨੂੰ ਕਰ ਦਿਓ। ਜਿਹੜੀ ਬਰਗਾੜੀ ਅਤੇ ਬਹਿਬਲ ਦੀ ਰਿਪੋਰਟ ਆ ਉਹ ਪਹਿਲਾਂ ਦੇ ਦਿਓ, ਜਿਹੜੀਆਂ ਬਾਅਦ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਦੀ ਰਿਪੋਰਟ ਬਾਅਦ 'ਚ ਦੇ ਦਿਓ। ਉਹ ਇਕੱਠੀ ਦੇਣਾ ਚਾਹੁੰਦੇ ਸੀ, ਤਾਂ ਹੁਣ ਉਹਨਾਂ ਨੇ ਜਿਹੜਾ ਤੁਰੰਤ ਜਿਹੜੀ ਸਾਡੀ ਗੱਲਬਾਤ ਹੋਈ ਆ, ਬਕਾਇਦਾ ਗੱਲਬਾਤ ਦੇ ਵਿੱਚ ਉਹਨਾਂ ਨੇ ਆਫੀਸਰਾਂ ਨੂੰ ਸਾਡੇ ਸਾਹਮਣੇ ਜਿਹੜੇ ਆ ਉਹ ਹੁਕਮ ਕੀਤੇ ਆ। ਮੈਂ ਸਮਝਦਾ ਕਿ ਜੇਕਰ ਉਹਨਾਂ ਹੁਕਮਾਂ 'ਤੇ ਕੰਮ ਹੋਵੇ ਤਾਂ ਸਾਨੂੰ ਤੁਰੰਤ ਜਿਹੜਾ ਇਹਦਾ ਰਿਜ਼ਲਟ ਆ 2-4 ਦਿਨਾਂ 'ਚ ਮਿਲੂਗਾ। ਜੇ ਨੀਅਤ ਸਰਕਾਰ ਦੀ ਸਾਫ਼ ਹੋਈ, ਇਹ ਨਹੀਂ ਵੀ ਸਾਡੇ ਸਾਹਮਣੇ ਹੁਕਮ ਕਰ ਦਿੱਤਾ ਅਤੇ ਬਾਅਦ ਵਿੱਚ ਜਿਹੜਾ ਹੈਗਾ ਕੁਛ ਹੋਰ ਹੋਵੇ। ਜੇਕਰ ਜੋ ਸਾਡੇ ਸਾਹਮਣੇ ਹੁਕਮ ਕੀਤੇ ਆ ਮੀਟਿੰਗ ਦੇ ਵਿੱਚ ਆਫੀਸਰਾਂ ਨੂੰ ਮੁੱਖ ਮੰਤਰੀ ਪੰਜਾਬ ਨੇ, ਤਾਂ ਉਹਦੇ ਅਨੁਸਾਰ ਸਾਨੂੰ ਲੱਗਦਾ ਵੀ 2-4 ਦਿਨਾਂ ਦੇ ਵਿੱਚ ਕੋਈ ਹੱਲ ਜਿਹੜਾ ਉਹ ਸਾਡੇ ਸਾਹਮਣੇ ਆਊਗਾ। ਇੰਝ ਪੁੱਛਣਾ ਹੋਵੇ ਕਿ ਗੱਲਬਾਤ ਤੌਰ 'ਤੇ ਜਿਹੜੀ ਮੀਟਿੰਗ ਆ ਉਹ ਸਫਲ ਰਹੀ, ਨਤੀਜਿਆਂ ਨੇ ਅਜੇ ਇਸ ਨੂੰ ਸਫਲ ਜਿਹੜਾ ਵਾ ਉਹਦੀ ਮੋਹਰ ਲੱਗਣੀ ਬਾਕੀ ਆ? ਇੰਝ ਆ, ਅਸੀਂ ਉਹਨਾਂ ਚਿਰ ਨਹੀਂ ਮੰਨਦੇ। ਦੇਖੋ, ਉਹਨਾਂ ਨੇ ਸਾਨੂੰ ਸੱਦਾ ਦਿੱਤਾ, ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੇ। ਸਾਡਾ ਇਨਸਾਫ ਮੋਰਚਾ ਵੀ ਚੱਲ ਰਿਹਾ, ਗੱਲਬਾਤ ਵੀ ਚੱਲ ਰਹੀ। ਕੋਈ ਆਫੀਸਰ ਆਵੇ, ਕੋਈ ਮੰਤਰੀ ਆਵੇ, ਮੁੱਖ ਮੰਤਰੀ ਨਾਲ ਵੀ ਗੱਲਬਾਤ ਹੋਈ, ਉਹਨਾਂ ਦੇ ਆਫੀਸਰਾਂ ਨਾਲ ਵੀ ਹੋਈ ਆ, ਕਿਉਂਕਿ ਗੱਲ ਅਕਸਰ ਗੱਲਬਾਤ ਦੇ ਨਾਲ ਹੀ ਜਿਹੜਾ ਹੈ ਹੱਲ ਹੁੰਦਾ। ਜੋ ਸਾਡੀਆਂ ਮੰਗਾਂ ਨੇ ਸਰਕਾਰ ਦੇ ਸਾਹਮਣੇ ਰੱਖੀਆਂ ਨੇ, ਸਰਕਾਰ ਨੇ ਵੀ, ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਜਿਹੜਾ ਸਾਡੇ ਅਧਿਕਾਰ ਖੇਤਰ 'ਚ ਅਸੀਂ ਕਰਾਂਗੇ, ਜਿਹੜਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਆ, ਮੈਨੂੰ ਫਾਈਲਾਂ ਦਿਓ। ਅਫਸਰਾਂ ਦੀ ਡਿਊਟੀ ਲਗਾਈ ਉਹਨਾਂ ਨੇ ਬਕਾਇਦਾ ਕਿ ਉਹ ਮੈਨੂੰ ਫਾਈਲਾਂ ਦਿਓ, ਉਹਦੀ ਮੈਂ ਪ੍ਰਧਾਨ ਮੰਤਰੀ ਦੇ ਨਾਲ, ਗ੍ਰਹਿ ਮੰਤਰੀ ਦੇ ਨਾਲ, ਜਿਹੜਾ ਹੈਗਾ ਹੋਮ ਮਿਨਿਸਟਰ ਦੇ ਨਾਲ ਗੱਲ ਕਰਾਂਗਾ। ਅਤੇ ਸਾਨੂੰ ਪਤਾ ਲੱਗਿਆ ਵੀ 16-17 ਤਰੀਕ ਦਾ ਸ਼ਾਇਦ ਉਹਨਾਂ ਨੇ ਸਮਾਂ ਵੀ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਨੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੋਂ ਇਸ ਮਸਲੇ 'ਤੇ ਲੈ ਲਿਆ ਕਿ ਉਹ ਜਿਹੜੇ ਮਸਲੇ ਕੇਂਦਰ ਸਰਕਾਰ ਦੇ ਦਾਇਰੇ 'ਚ ਆਉਂਦੇ ਆ ਉਹ ਵੀ ਹੱਲ ਕੀਤੇ ਜਾਣ। ਮੈਂ ਜਿਹੜਾ ਸਵਾਲ ਪੁੱਛਣਾ ਸੀ ਵਿਚਾਲੇ ਉਹ ਇਹੀ ਆ ਕਿ ਜਦੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇੱਥੇ ਆਏ, ਪੰਜਾਬ ਦੇ ਉਹ ਇੱਕ ਖਾਸੇ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਆ, ਉਹਨਾਂ ਨੇ ਜਦੋਂ ਇੱਥੇ ਗੱਲ ਕਹੀ ਆ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ, ਉਹ ਉਹਨਾਂ ਉਸ ਮੰਗ ਨੂੰ ਵੀ ਜਾਇਜ਼ ਸਮਝਿਆ ਵਾ ਜਿਹਦੇ ਵਿੱਚ ਬੰਦੀ ਸਿੰਘਾਂ ਦੀ ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈ ਦੀ ਗੱਲ ਆ, ਉਸ ਗੱਲ ਨੂੰ ਵੀ ਸਰਕਾਰ ਦੇ ਨੁਮਾਇੰਦੇ ਵਜੋਂ ਉਹ ਜਾਇਜ਼ ਮੰਨ ਰਹੇ ਆ? ਦੇਖੋ, ਕੈਬਨਿਟ ਮਿਨਿਸਟਰ ਦੀ ਗੱਲ ਤਾਂ ਹੇਠਾਂ ਰਹਿ ਗਈ। ਮੁੱਖ ਮੰਤਰੀ ਪੰਜਾਬ ਨੇ ਖੁਦ ਕਿਹਾ ਜਦੋਂ ਸਾਡੀ ਮੀਟਿੰਗ ਹੋਈ ਆ, ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਜਿਸ ਵੇਲੇ 1984 'ਚ ਇਸ ਤਰ੍ਹਾਂ ਦੇ ਹਾਲਾਤ ਸੀ, ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਇਆ, ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ, ਗੁਰਧਾਮਾਂ ਦੇ ਜਿਹੜੇ ਸੀਗਾ ਹਮਲੇ ਹੋਏ ਹੋਰਾਂ 'ਤੇ, ਅਤੇ ਨੌਜਵਾਨ ਜਿਹੜੇ ਸੀਗੇ ਉਹ ਅਣਖਾਣ ਦੀ ਲੜਾਈ ਜੋ ਉਹਨਾਂ ਨੇ ਲੜੀ ਆ, ਉਹ ਕੋਈ ਸਾਡੇ ਕ੍ਰਿਮੀਨਲ ਨਹੀਂ ਆ ਜਿਹੜੇ ਸਿੱਖ ਬੰਦੀ ਨੇ। ਹਾਂ, ਉਹਨਾਂ ਨੇ ਰਾਸੀ ਲੜਾਈ ਲੜੀ ਔਰ ਉਹ ਹਾਲਾਤਾਂ ਅਨੁਸਾਰ ਸੀਗਾ। ਅਤੇ ਕੈਬਨਿਟ ਮੰਤਰੀ ਦੀ ਗੱਲ ਛੱਡੋ, ਮੁੱਖ ਮੰਤਰੀ ਨੇ ਕਿਹਾ ਵੀ ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ, ਉਸ ਵੇਲੇ ਤਾਂ ਮੈਂ ਵੀ ਅਸਤੀਫਾ ਦਿੱਤਾ ਸੀਗਾ। ਫਿਰ ਰੋਕ ਕਿੱਥੇ ਆ, 14 ਮਹੀਨੇ ਲੰਘ ਗਏ? ਹਾਂ ਬਿਲਕੁਲ, ਇਹ ਜਿਹੜੀ ਗੱਲ ਆ ਉਹਨਾਂ ਨੇ ਮੰਨੀ ਆ ਕਿ ਸਾਡੇ ਕੋਲ ਡਿਲੇ ਹੋਇਆ ਵਾ, ਅਤੇ ਅਸੀਂ ਜਿਹੜਾ ਹੈਗਾ ਇਹਨੂੰ ਤੁਰੰਤ, ਸਾਡੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ 3 ਭਾਗ ਨੇ ਸਾਡੇ। ਇੱਕ ਤਾਂ ਹੈ ਜਿਹੜਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ, ਇੱਕ ਹੈ ਜਿਨ੍ਹਾਂ 'ਤੇ ਕੋਈ ਕੇਸ ਵੀ ਚੱਲਦੇ ਆ ਅਤੇ ਲੰਬੀਆਂ ਸਜ਼ਾਵਾਂ ਭੁਗਤ ਰਹੇ ਆ ਉਹਨਾਂ ਦੀ ਪਰੋਲ, ਅਤੇ ਤੀਸਰਾ ਹੈਗਾ ਜਿਹੜੇ ਅਦਰ ਸਟੇਟਾਂ ਹੋਰ ਸਟੇਟਾਂ ਦੇ ਵਿੱਚ ਸਾਡੇ ਬੰਦੀ ਸਿੰਘ ਆ, ਉਹਨਾਂ 'ਤੇ ਕੇਸ ਕੋਈ ਨਹੀਂ ਉਹਨਾਂ ਸਟੇਟਾਂ ਦਾ, ਚਾਹੇ ਉਹ ਰਾਜਸਥਾਨ ਹੈ, ਚਾਹੇ ਉਹ ਦਿੱਲੀ ਹੈ, ਚਾਹੇ ਯੂਪੀ ਆ, ਉਹਨਾਂ ਦੀ ਪੰਜਾਬ ਦੇ ਵਿੱਚ ਤਬਦੀਲੀ
ਆਪਣੀ ਸਟੇਟ ਦੇ ਅੰਦਰ ਇਹ ਬਾਏ ਕਾਨੂੰਨ ਸਾਡੀ ਕਾਨੂੰਨ ਮੰਗ ਆ। ਬੰਦੀ ਸਿੰਘਾਂ ਦੀ ਗੱਲ ਹੈ, ਕੀ ਤੁਸੀਂ ਸਰਕਾਰ ਨੂੰ ਲਿਸਟ ਸੌਂਪ ਚੁੱਕੇ ਹੋ ਕਿ ਅਜੇ ਸੂਚੀ ਦੇਣੀ ਆ? ਦੇਖੋ, 20 ਜਣਿਆਂ ਦੀ ਸੂਚੀ ਤਾਂ ਅਸੀਂ ਦੇ ਦਿੱਤੀ ਸੀਗੀ, ਬਾਕੀ ਉਹਨਾਂ ਨੇ ਕਿਹਾ ਵੀ ਤੁਹਾਡੀ ਜਿਹੜੀ ਟੀਮ ਆ ਉਹ ਗੱਲਬਾਤ ਸਾਡੇ ਨਾਲ ਕਰੇ, ਅਤੇ ਅਸੀਂ ਜਿਹੜੇ ਬਾਕੀ ਵੀ ਹੋਰ ਕੈਦੀ ਆ ਫਾਈਲਾਂ ਅਨੁਸਾਰ ਉਹਨਾਂ ਅਸੀਂ ਵਕੀਲਾਂ ਦੀ ਡਿਊਟੀ ਵੀ ਲਾਈ ਆ, ਕੁਝ ਅਸੀਂ ਗੱਲਬਾਤ ਜਿਹੜਾ ਹੈਗਾ ਉਹ ਗੱਲਬਾਤ ਵੀ ਕਰਨਗੇ ਆਫੀਸਰਾਂ ਦੇ ਨਾਲ। ਉਹ ਸਾਨੂੰ ਪੁੱਛਦੇ ਵੀ ਆ ਵੀ ਦੱਸੋ ਕਿਹੜਾ ਕਿਹੜਾ, ਇੱਕ ਲਿਸਟ ਅਸੀਂ ਦਿੱਤੀ ਵੀ ਆ ਉਹ ਮੁੱਖ ਮੰਤਰੀ ਕੋਲ ਵੀ, ਉਹਨਾਂ ਦੇ ਕੈਬਨਿਟ ਮੰਤਰੀ ਕੋਲ ਵੀ, ਉਹਨਾਂ ਦੀ ਇੰਟੈਲੀਜੈਂਸੀ ADGP ਜਿਹੜੇ DGP ਸੀਗੇ ਉਹਨਾਂ ਕੋਲ ਵੀ, ਤੋ ਅਸੀਂ ਲਿਸਟ ਦੇ ਵੀ ਚੁੱਕੇ ਹਾਂ। ਜਿਉਂ ਜਿੱਦਾਂ ਜਿੱਦਾਂ ਉਹ ਸਾਨੂੰ ਪੁੱਛਣਗੇ ਉਸੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਲਿਸਟ ਜਿਹੜੀ ਆ ਉਹ ਦੇ ਰਹੇ ਹਾਂ, ਔਰ ਉਹਦੇ 'ਤੇ ਵਰਕ ਵੀ, ਸਾਡੀ ਜੋ ਜਾਣਕਾਰੀ ਆ ਉਹਦੇ ਅਨੁਸਾਰ ਉਹਦੇ 'ਤੇ ਵਰਕ ਵੀ ਹੋ ਰਿਹਾ ਵਾ, ਪਰ ਜਿੰਨਾ ਚਿਰ ਰਿਜ਼ਲਟ ਨਹੀਂ ਸਾਹਮਣੇ ਆ ਜਾਂਦਾ ਉਹਨਾਂ ਚਿਰ ਅਸੀਂ ਅਜੇ ਤਸੱਲੀ ਨਹੀਂ ਲੈਂਦੇ। ਬੇਅਦਬੀ ਨਾਲ ਜੁੜਿਆ ਹੋਇਆ ਇੱਕ ਸਵਾਲ ਆ ਕਿ ਜਿਹੜਾ ਇਹ ਮੋਰਚਾ ਜਾ ਰਹੀ ਆ ਬਰਗਾੜੀ ਦਾ ਮੋਰਚਾ, ਕੀ ਇਹ ਮੋਰਚਾ ਸਿਰਫ ਇੱਥੇ ਵਾਲੀ ਜਿਹੜੀ ਬੇਅਦਬੀ ਦੀ ਘਟਨਾ ਉਹਦੇ ਤੱਕ ਸੀਮਤ ਹੈ ਕਿ ਪੰਜਾਬ ਭਰ ਦੇ ਜਿੱਥੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ? ਦੇਖੋ, ਪਹਿਲੀ ਗੱਲ ਤਾਂ ਇਹ ਮੇਨ ਮੁੱਖ ਜਿਹੜਾ ਸੀ ਨਾ ਬਰਗਾੜੀ ਕਾਂਡ ਜਿਹੜਾ ਸੀ, ਮਸ਼ਹੂਰ ਹੋਇਆ ਕਿ ਬਰਗਾੜੀ ਕਾਂਡ, ਗੱਲ ਬਰਗਾੜੀ ਤੋਂ ਬੁਰਜਵਾਹਰ ਸਿੰਘ ਵਾਲਾ ਤੋਂ ਚੱਲੀ ਸੀ, ਅਤੇ ਅਸੀਂ ਸਮਝਦੇ ਹਾਂ ਵੀ ਜੇ ਬਰਗਾੜੀ ਵਾਲਾ ਮਸਲਾ ਹੱਲ ਹੋ ਗਿਆ ਤਾਂ ਸਾਰੇ ਹੀ ਹੋ ਜਾਣੇ ਆ, ਫਿਰ ਸਾਰੀ ਕਹਾਣੀ ਜਿਹੜੀ ਆ ਸਾਹਮਣੇ ਆ ਜਾਣੀ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨਾਂ ਸਾਰੀਆਂ ਬੇਅਦਬੀਆਂ ਪਿੱਛੇ ਡੇਰਾ ਸਰਸਾ ਮੁਖੀ ਦਾ ਹੱਥ ਆ, ਗੁਰਮੀਤ ਰਾਮ ਰਹੀਮ ਦਾ, ਉਹਦੇ ਪੈਰੋਕਾਰ, ਜਿੱਥੇ ਬੇਅਦਬੀ ਹੁੰਦੀ ਉਹਦੇ ਪੈਰੋਕਾਰ, ਮੌੜ ਬੰਬ ਧਮਾਕਾ ਹੋਇਆ ਉਹਦੇ 'ਚ ਡੇਰੇ ਵਾਲੇ ਦੇ ਪੈਰੋਕਾਰ, ਪੁਲਿਸ ਦੀ ਜਾਂਚ ਜਿਹੜੀ ਉਹ ਕਾਰ ਜਿਹੜੀ ਸੀ ਉਹਦੇ ਵਰਕਸ਼ਾਪ 'ਚ ਮੋਡੀਫਾਈ ਹੋਈ, ਰੈੱਡ ਤੋਂ ਵਾਈਟ ਕੀਤੀ, ਉਹਦੇ ਬੰਦੇ ਜਿਹੜੇ ਸੀ ਉਹਨਾਂ ਦੇ 164 ਦੇ ਬਿਆਨ ਹੋਏ ਹੁਣ, ਫਿਰ ਜਿਹੜੀ ਬਰਗਾੜੀ ਸੀ ਇੱਥੇ ਪੋਸਟਰ ਉਹਦੇ ਪੈਰੋਕਾਰਾਂ ਨੇ ਲਾਏ, ਫਿਰ ਜਿਹੜੀ ਭੂੰਦੜ 'ਚ ਹੁਣ ਘਟਨਾ ਵਾਪਰੀ ਆ ਉਹਦੇ 'ਚ ਡੇਰਾ ਪ੍ਰੇਮੀ ਆ ਉਹ ਡੇਰੇ ਦਾ ਪੈਰੋਕਾਰ ਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨਾਂ ਨੂੰ ਫੜ ਲਓ, ਜੇ ਪੱਕਾ ਹੀ ਹੱਲ ਕੱਢਣਾ ਅਤੇ ਰੋਹਤਕ ਦੀ ਸਨਾਰੀਆ ਜੇਲ੍ਹ ਦੇ ਵਿੱਚੋਂ ਗੁਰਮੀਤ ਰਾਮ ਰਹੀਮ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਓ, ਪੰਜਾਬ ਦੇ ਕਿਸੇ CA ਸਟਾਫ 'ਚ ਮੂਧਾ ਪਾਓ, ਉਹਦੇ ਫਿਰ ਉਹ ਪਟਾ ਅਤੇ ਜਿਹੜੀ ਸੱਚਾਈ ਆ ਉਹ ਸਾਰੀ ਸਾਹਮਣੇ ਆ ਜੂ, ਜਿੱਥੇ ਜਿੱਥੇ ਬੇਅਦਬੀਆਂ ਕਰਾਈਆਂ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪਖੰਡੀ ਜਿਹੜਾ ਅੱਜ ਕੁਕਰਮਾਂ ਦੀ ਸਜ਼ਾ ਭੁਗਤ ਰਿਹਾ ਉਹ ਸਾਰਾ ਕੁਝ ਹੀ ਦੱਸ ਦਊਗਾ, ਪਰ ਅਜੇ ਵੀ ਦੇਖਣ ਜਾ ਰਿਹਾ ਵਾ ਕਿ ਪਹਿਲਾਂ ਬਾਦਲਾਂ ਨੇ ਉਹਦੇ ਨਾਲ ਯਾਰੀ ਨਿਭਾਈ, ਜਦੋਂ ਬਾਦਲਾਂ ਦੇ ਵੇਲੇ ਵੀ ਪਤਾ ਲੱਗ ਗਿਆ ਬੇਅਦਬੀ ਕਿਹਨੇ ਕੀਤੀ ਆ, ਪਰ ਉਹਨਾਂ ਨੇ ਉਸ ਜਾਂਚ ਨੂੰ ਸੌਦਾ ਸਾਧ ਕਰਕੇ ਯਾਰੀ ਨਿਭਾਉਂਦਿਆਂ ਉਹਦੇ ਤੋਂ ਵੋਟਾਂ ਲਈਆਂ, ਅਤੇ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਕੈਪਟਨ ਸਰਕਾਰ ਵੀ ਇਹ ਸੋਚ ਰਹੀ ਆ ਵੀ ਭਾਜਪਾ ਅਤੇ ਅਕਾਲੀਆਂ ਦੇ ਨਾਲ ਉਹਨਾਂ ਦੀ ਫਿੱਕ ਪੈ ਗਈ ਆ ਵੀ ਉਹਨਾਂ ਨੇ ਬਚਾਇਆ ਨਹੀਂ ਉਹਨੂੰ ਉਸ ਕੈਦ ਤੋਂ ਜਿਹੜੀ ਉਹ ਕੱਟ ਰਿਹਾ, ਅਤੇ ਜਿਹੜੀ ਰਹਿੰਦ ਖੂੰਹਦ ਉਹਦੀ ਬਚੀ ਆ ਵੋਟ ਵੀ ਉਹ ਸਾਨੂੰ 2019 ਦੇ ਵਿੱਚ ਪੈ ਜੂਗੀ। ਮੈਨੂੰ ਲੱਗਦਾ ਵੀ ਉਹਦੇ ਨਾਲ ਜਾਰੀ ਨਿਭਾਉਣ ਵਾਲੀ ਗੱਲ ਜਿਹੜੀ ਆ ਚੱਲ ਰਹੀ ਆ। ਅਸੀਂ ਤਾਂ ਜਿਹੜਾ ਹੈ ਵਾਇਆ ਮੀਡੀਆ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਪੰਜਾਬ ਦੇ ਲੋਕ ਇਨਸਾਫ ਚਾਹੁੰਦੇ ਆ, ਪਰ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਬਾਰੇ ਪ੍ਰਭਾਵ ਜਾ ਰਿਹਾ ਵਾ ਕਿ ਉਹ ਬਾਦਲਾਂ ਦੀ ਯਾਰੀ ਨਿਭਾ ਰਹੇ ਆ। ਇੱਕੋ ਹੀ ਕੰਮ ਚੱਲਣਾ, ਜਾਂ ਬਾਦਲਾਂ ਦੀ ਯਾਰੀ ਜਾਂ ਪੰਜਾਬ ਦੀ ਸਰਕਾਰ, ਜਾਂ ਤਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਆ ਬੇਅਦਬੀ ਦਾ ਮਾਮਲਾ, ਖੁਦਕਸ਼ੀਆਂ ਦਾ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਦੂਸ਼ਿਤ ਪਾਣੀਆਂ ਦਾ, ਆਬੋ ਹਵਾ ਦਾ ਮਾਮਲਾ, ਇਹ ਸਾਰੇ ਜਿਹੜੇ ਮਾਮਲੇ ਆ, ਔਰ ਡਰੱਗ ਦਾ ਮਾਮਲਾ, ਨਸ਼ਿਆਂ ਦਾ ਮਾਮਲਾ ਜਿਹੜਾ ਹੈਗਾ, ਦੇਖੋ ਆਪਦੀ ਬਣਾਈ STF ਕੈਪਟਨ ਅਮਰਿੰਦਰ ਸਿੰਘ ਦੀ, ਜੇਕਰ ਉਹਦੇ 'ਚ ਕਿਸੇ ਵੱਡੇ ਮੰਤਰੀ ਦਾ, ਸਾਬਕਾ ਦਾ ਨਾਂ ਆ ਜਾਂਦਾ ਮਜੀਠੀਏ ਦਾ, ਤਾਂ ਉਹ STF ਹੀ ਚੇਂਜ ਹੋ ਜਾਂਦੀ ਆ, ਉਹ ਆਫੀਸਰ ਹੀ ਚੇਂਜ ਹੋ ਜਾਂਦੇ ਆ। ਸੋ ਇੱਥੋਂ ਅਜੇ ਤੱਕ ਪ੍ਰਭਾਵ ਇਹ ਜਾ ਰਿਹਾ, ਕੇਵਲ ਪੰਥਕ ਜਥੇਬੰਦੀਆਂ 'ਚ ਹੀ ਨਹੀਂ, ਜਿਹੜੇ ਕਾਂਗਰਸੀ MLA ਜਾਂ ਉਹਨਾਂ ਦੇ ਵਰਕਰ, ਉਹਨਾਂ 'ਚ ਵੀ ਪ੍ਰਭਾਵ ਜਾ ਰਿਹਾ ਕਿ ਬਾਦਲਾਂ ਦੀ ਸੁਣਵਾਈ ਆ, ਸਾਡੀ ਸੁਣਵਾਈ ਨਹੀਂ ਆ। ਡੇਰਾ ਸਿਰਸਾ ਦੇ ਨਾਲ ਜੁੜੇ ਹੋਏ ਕੋਈ 10-11 ਲੋਕਾਂ ਨੂੰ ਪੁਲਿਸ ਨੇ ਫੜਿਆ ਹੋਇਆ, ਉਸ ਗ੍ਰਿਫਤਾਰੀਆਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਅਸੀਂ ਤਾਂ ਸੱਚਾਈ ਚਾਹੁੰਦੇ ਹਾਂ, ਚਾਹੇ ਉਹ ਡੇਰੇ ਦੇ ਪੈਰੋਕਾਰ ਆ, ਚਾਹੇ ਕੋਈ ਹੋਰ ਆ,
ਪਰ ਹੁਣ ਸਾਨੂੰ ਲੱਗ ਰਿਹਾ ਵੀ ਜਿਵੇਂ ਸਹੀ ਸੇਧ ਵਾਲੇ ਪਾਸੇ ਜਿਹੜੀ ਆ ਜਿਹੜਾ ਮੋਰਚੇ ਦਾ ਪ੍ਰਭਾਵ ਇਨਸਾਫ ਮੋਰਚੇ ਦਾ ਜਾ ਰਿਹਾ, ਜਿਹੜੀਆਂ ਇੱਥੇ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚ ਰਹੀਆਂ, ਮਾਤਾਵਾਂ ਬੀਬੀਆਂ ਭੈਣਾਂ ਪਹੁੰਚ ਰਹੀਆਂ ਨੇ, ਨੌਜਵਾਨ ਪਹੁੰਚ ਰਹੇ ਕਾਫਲੇ ਰੋਜ਼ਾਨਾ ਹੀ ਇੱਥੇ। ਅੱਜ ਵੀ ਪੰਥਕ ਸੇਵਾ ਲਹਿਰ ਵੱਲੋਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਵੱਡਾ ਕਾਫਲਾ ਲੈ ਕੇ ਇੱਥੇ ਆਏ ਆ। ਉੱਧਰੋਂ ਕਿੱਥੇ ਚਾਂਦਪੁਰਾ ਦੇਖੋ, ਹਰਿਆਣੇ ਦੇ ਵਿੱਚ ਟੁਹਾਣੇ ਦੇ ਕੋਲ ਉਸ ਪਾਸੇ ਤੋਂ ਜਾਖਲ ਮੰਡੀ ਤੋਂ ਕਾਫਲਾ ਆਇਆ, ਹੋਰ ਕਿੰਨੇ ਕਾਫਲੇ ਰੋਜ਼ਾਨਾ ਰੋਡੇ ਪਿੰਡ ਤੋਂ ਕਾਫਲਾ ਆਇਆ, ਹੋਰ ਕਿੰਨੇ ਸੰਤ ਮਹਾਂਪੁਰਖ ਰੋਜ਼ਾਨਾ ਇੱਥੇ ਆ ਰਹੇ ਜਥੇਬੰਦੀਆਂ। ਕੱਲ੍ਹ ਪੰਜ ਸਿੰਘ ਆਏ ਸੀ, ਪਹਿਲਾਂ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਮਹਿਤਾ ਚੌਂਕ ਆਏ ਸੀਗੇ, ਭਾਈ ਜਸਵੀਰ ਸਿੰਘ ਰੋਡੇ ਆਏ, ਕਿੰਨੇ ਸੰਤ ਮਹਾਂਪੁਰਖ ਇੱਥੇ ਜਿਹੜੇ ਆ ਉਹ ਆ ਰਹੇ ਆ, ਕਿੰਨੀਆਂ ਸੰਸਥਾਵਾਂ ਅੱਜ ਵੀ ਨਾਨਕਸਰ ਸੰਪਰਦਾ ਵੱਲੋਂ ਆ ਕੇ ਗਏ ਆ। ਸੋ ਇਹਦੇ ਨਾਲ ਕੌਮ ਜਿਹੜੀ ਬਹੀਰਾਂ ਘੱਤ ਕੇ ਬਰਗਾੜੀ ਵੱਲ ਆ ਰਹੀ ਆ ਨਾ, ਉਹਦੇ ਤੋਂ ਇਹ ਲੱਗਦਾ ਕਿ ਸਰਕਾਰ ਨੂੰ ਇਸ ਪਾਸੇ ਇਨਸਾਫ ਦੇਣਾ ਪਊਗਾ, ਕੌਮ ਇੱਕਮਤ ਹੋ ਰਹੀ ਆ ਅਤੇ ਇਹ ਜਿਹੜੇ ਬੰਦੇ ਫੜੇ ਜਾ ਰਹੇ ਆ, ਸਾਨੂੰ ਲੱਗਦਾ ਵੀ ਹੁਣ ਸਹੀ ਸੇਧ ਵਾਲੇ ਪਾਸੇ ਜਿਹੜੀ ਇਹ ਗੱਲ ਉਹ ਜਾ ਰਹੀ ਆ। ਜਸਦਾਰ ਸਾਹਿਬ, ਜਿੱਦਾਂ ਫੜ ਤਾਂ ਲਏ, ਅਜੇ ਉਹਨਾਂ 'ਤੇ ਕੇਸ ਪੈਣੇ ਬਾਕੀ ਆ ਅਤੇ ਕੇਸ ਤੋਰਨਾ ਬਾਕੀ ਆ, ਪਰ ਜੇ ਇਹੀ ਗੱਲ ਵਾਪਰਦੀ ਆ ਜੋ ਕੁਛ ਉਸ ਮੌੜ ਬੰਬ ਧਮਾਕੇ 'ਚ ਹੋਈ ਗੱਲ, ਤਾਂ ਫਿਰ ਤੁਸੀਂ ਜਿਹੜਾ ਸੰਘਰਸ਼ ਆ ਉਸ ਨੂੰ ਕਿਵੇਂ ਹੋਰ ਤਿੱਖਾ ਕਰੋਗੇ, ਜਾਂ ਉਸ ਬਾਬਤ ਜਿਹੜੀ ਭਵਿੱਖ ਦੀ ਗੱਲ ਆ ਭਾਵੇਂ? ਦੇਖੋ, ਮੈਂ ਕਹਿੰਦਾ ਕਿ ਆਹ ਜਿਹੜਾ ਸ਼ਾਂਤਮਈ ਸੰਘਰਸ਼ ਜਾ ਰਿਹਾ ਨਾ, ਇਹੀ ਸਰਕਾਰ ਵਾਸਤੇ ਬੜਾ ਤਿੱਖਾ ਵਾ। ਅਜੇ ਇੱਥੇ ਬੈਠਣਾ ਹੀ ਜਿਹੜਾ ਹੈਗਾ ਨਾ ਕੌਮ ਦਾ, ਸੰਤ ਮਹਾਂਪੁਰਖਾਂ ਦਾ, ਇਹ ਸਰਕਾਰ ਲਈ ਬੜਾ ਸਿਰਦਰਦੀ ਪੈਦਾ ਕਰ ਰਿਹਾ। ਪਰ ਜੇ ਸਰਕਾਰ ਫਿਰ ਵੀ ਨਾ ਸਮਝੀ ਤਾਂ ਬਿਲਕੁਲ ਪ੍ਰੋਗਰਾਮ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਵੀ ਜਿਹੜਾ ਤਿੱਖਾ ਰੂਪ ਧਾਰਨ ਕਰ ਸਕਦਾ ਵਾ। ਸਿੱਖ ਸੰਗਤਾਂ ਜਿਹੜੀਆਂ ਬੜਾ ਮੰਗਾਂ ਆ ਰਹੀਆਂ ਸਿੱਖ ਸੰਗਤਾਂ ਦੀਆਂ ਆਸੇ ਪਾਸੇ ਤੋਂ, ਸੰਗਤਾਂ ਜਿਹੜੀਆਂ ਨੇ ਅਸੀਂ ਕੰਟਰੋਲ ਕੀਤਾ ਹੋਇਆ, ਅਜੇ ਪੰਥ ਅਤੇ ਕੌਮ ਅਤੇ ਨੌਜਵਾਨਾਂ 'ਤੇ ਅਸੀਂ ਕੰਟਰੋਲ ਕੀਤਾ। ਬੇਨਤੀ ਕਰਕੇ ਉਹਨਾਂ ਸਾਰਿਆਂ ਨੂੰ ਵੀ ਅਜੇ ਥੋੜ੍ਹਾ ਜਿਹਾ ਸਮਾਂ ਦੇਖੋ, ਬੜੇ ਸ਼ਾਂਤਮਈ ਤਰੀਕੇ ਨਾਲ ਅਸੀਂ ਰਿਜ਼ਲਟ ਲੈ ਰਹੇ ਹਾਂ, ਜੇਕਰ ਰਿਜ਼ਲਟ ਨਹੀਂ ਮਿਲੂਗਾ ਤਾਂ ਅਸੀਂ ਜਿਹੜਾ ਪ੍ਰੋਗਰਾਮ ਉਹ ਤਿੱਖਾ ਕਰਾਂਗੇ। ਇੱਕ ਆਖਰੀ ਸਵਾਲ ਹੈ, ਤਕਰੀਬਨ ਉਹ ਨਿੱਜੀ ਸਵਾਲ ਹੀ ਮੰਨਿਆ ਜਾਊਗਾ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਉਹ ਪੰਜਾਬ ਦੇ MLA ਨੂੰ ਵੀ ਸਮਾਂ ਨਹੀਂ ਦਿੰਦੇ। ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿ MLA ਨੂੰ ਵੀ ਮਿਲਣਾ ਹੋਏ, ਵਿਧਾਇਕਾਂ ਨੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ। ਜਦੋਂ ਹੁਣ ਜਿਹੜੇ ਅੱਜ ਤੁਹਾਡੇ ਮੋਰਚੇ ਦੀ ਇੱਕ ਉਹ ਵੀ ਮੰਗ ਆ, ਚੌਥੀ ਮੰਗ ਆ ਕਿ ਪੰਜਾਬ ਦੀ ਆਬੋ ਹਵਾ ਜਿਹੜੀ ਉਹ ਸਾਫ਼ ਹੋਵੇ, ਜਦੋਂ ਦਰਿਆ ਬਿਆਸ ਦੇ ਪਾਣੀ ਦੇ ਵਿੱਚ ਮੱਛੀਆਂ ਤੜਫ ਤੜਫ ਕੇ ਮਰ ਰਹੀਆਂ ਸਨ, ਤਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਮਹਿਲਾ ਮਿੱਤਰ ਦੇ ਨਾਲ ਮਨਾਲੀ ਜਿਹੜੀਆਂ ਛੁੱਟੀਆਂ ਅਤੇ ਉਹਦਾ ਜਨਮਦਿਨ ਮਨਾ ਰਹੇ ਸੀ, ਅਤੇ ਤੁਹਾਡੇ 'ਤੇ ਇਹ ਦੋਸ਼ ਆਉਂਦਾ ਕਿ ਸ਼ਾਇਦ ਜਸਦਾਰ ਦਾਦੂਵਾਲ ਕਾਂਗਰਸ ਦੇ ਨੇੜੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਟਾਈਮ ਦੇ ਰਿਹਾ, ਇਸ ਦੋਸ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਦੋਂ ਵੀ ਪੰਥ ਦੇ ਮਸਲੇ ਕੋਈ ਵੀ ਹੁੰਦੇ ਆ, ਪਹਿਲਾਂ ਬਾਦਲ ਸਰਕਾਰ ਸੀ, ਅਸੀਂ ਬਾਦਲ ਸਰਕਾਰ ਦੇ ਵੇਲੇ ਵੀ ਮੋਰਚਿਆਂ ਦੇ ਵਿੱਚ ਜਿਹੜੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ, ਮੁੱਖ ਮੰਤਰੀ ਪੰਜਾਬ ਦੇ ਨਾਲ, ਡਿਪਟੀ ਮੁੱਖ ਮੰਤਰੀ ਪੰਜਾਬ ਦੇ ਨਾਲ, ਉਦੋਂ ਸਾਨੂੰ ਕਹਿੰਦੇ ਸੀ ਇਹ ਬਾਦਲਾਂ ਦੇ ਨੇੜੇ ਆ, ਅੱਜ ਸਾਨੂੰ ਕੈਪਟਨਾਂ ਦੇ ਨੇੜੇ। ਬਾਕੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜੇ ਕੌਮ ਨੂੰ ਲਾਭ ਹੋ ਜਾਵੇ ਇਸ ਨੇੜਤਾ ਦਾ, ਕੋਈ ਫਾਇਦਾ ਹੋ ਜਾਵੇ, ਤਾਂ ਮੈਂ ਸਮਝਦਾ ਉਹ ਨੇੜਤਾ ਵੀ ਮਾੜੀ ਨਹੀਂ, ਪਰ ਐਸੀ ਕੋਈ ਗੱਲ ਨਹੀਂ ਆ। ਪਹਿਲੀ ਮੁਲਾਕਾਤ ਸੀ ਸਰਕਾਰ ਬਣਨ ਤੋਂ ਬਾਅਦ, ਉਹ ਵੀ ਪੰਥਕ ਮੁੱਦਿਆਂ 'ਤੇ। ਇਹ ਤਾਂ ਜਿਨ੍ਹਾਂ ਨੇ ਫੇਸਬੁੱਕ 'ਤੇ, ਵਟਸਐਪ 'ਤੇ ਜਾਂ ਵੈਸੇ ਵਿਰੋਧ ਕਰਨਾ ਹੁੰਦਾ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਸੁਚੇਤ ਰੱਖਦੇ ਸਾਨੂੰ, ਸਾਡੇ ਵੀਰ ਆ, ਕੋਈ ਗੱਲ ਨਹੀਂ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦੇਖੋ ਕਿ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ, ਉਹ ਵੀ ਪੰਥਕ ਮੁੱਦੇ 'ਤੇ। ਜੇ ਸਾਡੀ ਕੋਈ ਨੇੜਤਾ ਹੁੰਦੀ ਅਸੀਂ ਉਹਨਾਂ ਨਾਲ ਮਿਲਦੇ, ਉਹਨਾਂ ਨੂੰ, ਮੁੱਖ ਮੰਤਰੀ ਨੂੰ ਪਹਿਲਾਂ ਵੀ ਮਿਲ ਲੈਂਦੇ, ਸਾਡੇ ਬਹੁਤ ਸੰਗਤਾਂ ਦੇ ਕੰਮਕਾਰ ਹੁੰਦੇ ਆ, ਪਰ ਕਦੇ ਨਹੀਂ ਮਿਲੇ ਅਸੀਂ ਉਹਨਾਂ ਨੂੰ। ਜਦੋਂ ਮਿਲੇ ਹਾਂ ਤਾਂ ਪੰਥਕ ਮੰਗ ਦੇ ਉੱਤੇ ਮਿਲੇ ਹਾਂ, ਪੰਥਕ ਮੁੱਦੇ 'ਤੇ ਮਿਲੇ ਹਾਂ।
ਬਾਕੀ ਇਹ ਪੰਥ ਦਾ ਹੀ ਭਾਰ ਮੈਂ ਸਮਝਦਾ, ਮੋਰਚੇ ਦਾ ਹੀ ਭਾਰ ਸੀ ਕਿ ਸਾਡੀ ਮੁਲਾਕਾਤ 3 ਵਜੇ ਸੀ ਦੁਪਹਿਰ ਦੇ, ਪਰ ਮੁੱਖ ਮੰਤਰੀ ਸਾਨੂੰ ਤਕਰੀਬਨ 4:30-5 ਤੱਕ ਉਡੀਕਦੇ ਰਹੇ। 4:45 ਅਸੀਂ ਪਹੁੰਚੇ ਚੰਡੀਗੜ੍ਹ ਜਾ ਕੇ, ਤਾਂ ਫਿਰ ਵੀ ਉਹਨਾਂ ਨੇ ਸਾਡੇ ਨਾਲ ਮੁਲਾਕਾਤ ਕੀਤੀ ਅਤੇ ਘੰਟਾ। ਇਹਦੇ ਤੋਂ ਲੱਗਦਾ ਵੀ ਸਾਨੂੰ ਕੋਈ ਸੰਸੀਅਰਨਤਾ ਮੁੱਖ ਮੰਤਰੀ ਸਾਹਿਬ ਦੀ ਹੈਗੀ ਹੈ ਵੀ ਉਹ ਇਹਨਾਂ ਮਸਲਿਆਂ ਨੂੰ ਹੱਲ ਕਰਨਗੇ। ਅਤੇ ਬਾਕੀ ਉਹਨਾਂ ਨੇ ਸਾਨੂੰ ਸਾਡੇ ਵਫਦ ਨੂੰ ਉਡੀਕਿਆ, ਗੱਲਬਾਤ ਕੀਤੀ, ਬਕਾਇਦਾ ਔਫਿਸਰ ਉਹਨਾਂ ਦੇ ਹਾਜ਼ਰ ਸੀਗੇ। ਬਾਕੀ ਇਸ ਗੱਲ ਦੀ ਮੈਂ ਕਦੇ ਮੈਂ ਪਹਿਲਾਂ ਵੀ ਬੇਨਤੀ ਕਰਦਾ, ਕੱਲ੍ਹ ਪਰਸੋਂ ਵੀ ਇੱਕ ਮੇਰੀ ਆਪਣੀ ਇੰਟਰਵਿਊ ਸੀ, ਉਹਦੇ 'ਚ ਵੀ ਮੈਂ ਕਿਹਾ ਸੀਗਾ ਕਿ ਇਹ ਕਈ ਵਾਰ ਵੈਸੇ ਹੀ ਜਿਹੜੇ ਵਿਰੋਧੀ ਵੀਰ ਹੁੰਦੇ ਆ ਉਹ ਇੱਦਾਂ ਦੀ ਪ੍ਰਚਾਰ ਕਰਦੇ ਆ। ਜੇ ਮੇਰੇ ਕੋਲ ਆ ਕੇ ਬਾਦਲ ਬਹਿ ਜਾਣ ਤਾਂ ਕਹਿੰਦੇ ਲਓ ਜੀ ਦਾਦੂਵਾਲ ਸਾਹਿਬ ਬਾਦਲਾਂ ਨਾਲ ਰਲ ਗਏ, ਜੇ ਮੇਰੇ ਕੋਲ ਰਾਧਾ ਸਵਾਮੀ ਆ ਜਾਵੇ ਬਾਬਾ ਤਾਂ ਕਹਿ ਦਿੰਦੇ ਬਾਬਾ ਜੀ ਤਾਂ ਰਾਧਾ ਸਵਾਮੀਆਂ ਨਾਲ ਰਲ ਗਏ। ਜਦੋਂ ਕਿ ਅਸੀਂ ਉਦੋਂ ਵੀ ਪੰਥਕ ਮੁੱਦੇ 'ਤੇ ਕੰਮ ਕੀਤਾ, ਗੁਰਦੁਆਰਾ ਸਾਹਿਬ ਦੇ ਬਾਦਲਾਂ ਵੇਲੇ ਵੀ ਅਸੀਂ ਪੰਥਕ ਮੁੱਦਿਆਂ 'ਤੇ ਕੰਮ ਕੀਤਾ, ਹੁਣ ਕੈਪਟਨ ਦੀ ਸਰਕਾਰ। ਮੈਂ ਇੱਕ ਬੇਨਤੀ ਹੋਰ ਕਰਾਂ, ਅਸੀਂ ਨਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਹਾਂ, ਨਾ ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਹਾਂ, ਅਸੀਂ ਮਿਲੇ ਹਾਂ ਪੰਜਾਬ ਸਰਕਾਰ ਨੂੰ, ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਪਹਿਲਾਂ ਬਾਦਲਾਂ ਕੋਲ ਸੀਗੀ, ਅਤੇ ਅਸੀਂ ਉਦੋਂ ਵੀ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਸੀ, ਹੁਣ ਵੀ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹਾਂ। ਅਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਅਸੀਂ ਗੱਲਬਾਤ ਕੀਤੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਨੂੰ ਵੀ ਅਸੀਂ ਕੈਬਨਿਟ ਮਿਨਿਸਟਰ ਪੰਜਾਬ ਮਿਲੇ ਹਾਂ, ਜਦੋਂ ਕਿ ਸਾਡੇ ਪਰਿਵਾਰਕ ਰਿਲੇਸ਼ਨ ਆ ਉਹਨਾਂ ਨਾਲ। ਜਦੋਂ ਉਹ ਮੰਤਰੀ ਬਣੇ ਪਹਿਲੇ ਦਿਨ ਕਾਦੀਆਂ ਆਏ, ਕੁਦਰਤੀ ਮੈਂ ਵੀ ਕਾਦੀਆਂ ਸੀ, ਅਤੇ ਉਹ ਮੇਰੇ ਕੋਲ ਮੇਰੇ ਘਰ ਆਏ ਸੀਗੇ, ਉੱਥੇ ਦੁੱਧ ਪਾਣੀ ਛਕਿਆ, ਕਿੰਨੇ 7-8 MLA ਗੁਰਦਾਸਪੁਰ ਦੇ ਜਿਹੜੇ ਬਣੇ ਸੀ ਉਹ ਮੇਰੇ ਕੋਲ ਆਏ ਸੀ, ਪ੍ਰਤਾਪ ਸਿੰਘ ਬਾਜਵਾ, ਫਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਸਾਰੇ ਮੇਰੇ ਕੋਲ ਆਏ ਸੀਗੇ। ਔਰ ਅਸੀਂ ਹੁਣ ਇੱਕ ਪਰਿਵਾਰਕ ਰਿਲੇਸ਼ਨ ਹੁੰਦੇ ਆ ਹਰ ਬੰਦੇ ਦੇ ਜਿਹੜੇ ਸਾਡੇ, ਕਿਉਂਕਿ ਮੇਰੀ ਵੀ ਉੱਥੇ ਹੀ ਰਿਹਾਇਸ਼ ਆ ਪਰਿਵਾਰ ਦੀ, ਅਤੇ 2 ਪੀੜ੍ਹੀਆਂ ਤੋਂ ਸਾਂਝ ਚੱਲੀ ਆਉਂਦੀ ਆ। ਉਸੇ ਸਕੂਲ 'ਚ ਹੀ ਉਹ ਪੜ੍ਹੇ ਆ, ਉਸੇ ਸਕੂਲ 'ਚ ਹੀ ਮੈਂ ਪੜ੍ਹਿਆ, ਉੱਥੇ ਉਹੀ ਮੁੱਖ ਸਕੂਲ ਆ, ਕਲਾਸ ਵਾਲਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ, ਅਤੇ ਉੱਥੇ ਹੀ ਉਹ ਪੜ੍ਹੇ ਆ, ਉੱਥੇ ਹੀ ਉਹ ਸੀਨੀਅਰ ਸੀਗੇ, ਮੈਂ ਜੂਨੀਅਰ ਸੀ, ਮੇਰੀ ਉਮਰ ਛੋਟੀ, ਮੈਂ ਬਾਅਦ ਵਿੱਚ ਪੜ੍ਹਿਆ। ਸੋ ਕਹਿਣ ਤੋਂ ਬਾਅਦ ਇੱਕ ਪਰਿਵਾਰਕ, ਪਰ ਇਹ ਜਿਹੜੀ ਗੱਲਬਾਤ ਇਹ ਪਰਿਵਾਰਕ ਰਿਲੇਸ਼ਨਾਂ ਦੀ ਨਹੀਂ ਜਾਂ ਕਿਸੇ ਨਾਲ ਨੇੜਤਾ ਦੀ ਨਹੀਂ, ਇਹ ਪੰਥ ਦੀ ਆ, ਕੌਮ ਦੀ ਆ, ਕੌਮੀ ਮੁੱਦਿਆਂ ਦੀ ਗੱਲ ਆ, ਅਤੇ ਇਹਦੇ ਵਿੱਚ ਜਿਹੜੇ ਹੈਗੇ ਅਸੀਂ ਕੌਮੀ ਅਤੇ ਪੰਥਕ ਮੁੱਦੇ ਹੱਲ ਕਰਨ ਵਾਸਤੇ ਤੁਰੇ ਹੋਏ ਹਾਂ। ਜੇ ਸਾਡੀ ਨੇੜਤਾ ਜਾਂ ਹੋਰ ਦੀ ਗੱਲ, ਸਾਡੀ ਤਾਂ ਸਾਰਿਆਂ ਨਾਲ ਹੀ ਨੇੜਤਾ, ਜਿੱਥੇ ਗੁਰੂ ਦੀ ਗੱਲ ਆ, ਪੰਥ ਦੀ ਗੱਲ ਆ, ਉੱਥੇ ਹਰੇਕ ਨਾਲ ਅਸੀਂ ਗੱਲ ਕਰਦੇ ਹਾਂ। ਉਦੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ 'ਚੋਂ ਖਾਰਜ ਨਹੀਂ ਆ, ਉਹਦੇ ਨਾਲ ਕਿਸੇ ਨਾਲ ਵੀ ਅਸੀਂ ਗੱਲ ਕਰ ਸਕਦੇ ਹਾਂ। ਸੌਦਾ ਸਾਹ ਦੇ ਵੇਲੇ ਵੀ ਸਾਡੇ ਕੋਲ ਸੱਦਾ ਆਇਆ ਸੀਗਾ ਕਿ ਸੌਦਾ ਸਾਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵਾ, ਅਸੀਂ ਬਕਾਇਦਾ ਨਹੀਂ ਗੱਲ ਕੀਤੀ, ਕਿਉਂਕਿ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ 17 May 2007 ਨੂੰ ਹੁਕਮਨਾਮਾ ਜਾਰੀ ਹੋ ਚੁੱਕਾ ਸੀ, ਉਹਦੇ 'ਤੇ ਅਸੀਂ ਉਹਦੇ ਨਾਲ ਨਹੀਂ ਬੈਠੇ, ਸਾਨੂੰ ਉਹਦਾ ਵੀ ਸੱਦਾ ਆਇਆ ਸੀਗਾ, ਉਹਦੀ ਜਿਹੜੀ 25 ਮੈਂਬਰੀ ਕਮੇਟੀ 11 ਮੈਂਬਰੀ ਕਮੇਟੀ ਉਹਦਾ ਵੀ ਸੱਦਾ ਆਇਆ ਸੀ, ਅਤੇ ਸਾਡੇ ਕੁਝ ਆਗੂਆਂ ਦੀ ਉਹਦੇ ਕੁੜਮ ਦੇ ਨਾਲ ਮੀਟਿੰਗ ਵੀ ਹੋਈ ਸੀਗੀ ਮੋਹਾਲੀ ਚੰਡੀਗੜ੍ਹ, ਸਾਡੇ ਕੋਲ ਸੰਤ ਮਹਾਂਪੁਰਸ਼ ਸਾਬਕਾ ਜਥੇਦਾਰ ਉਹਨਾਂ ਨਾਲ ਗੱਲਬਾਤ ਵੀ ਕੀਤੀ, ਮੈਨੂੰ ਵੀ ਸੱਦਿਆ ਸੀਗਾ, ਪਰ ਮੈਂ ਨਹੀਂ ਗਿਆ, ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ, ਜਿਹੜਾ ਬੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ ਆ ਉਹਦੇ ਨਾਲ ਅਸੀਂ ਮੁਲਾਕਾਤ ਨਹੀਂ ਕਰਦੇ, ਅਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਰਜ ਨਹੀਂ ਆ ਉਹਦੇ ਨਾਲ ਅਸੀਂ ਮੁਲਾਕਾਤ ਪੰਥ ਦੇ ਮੁੱਦਿਆਂ 'ਤੇ, ਕੌਮ ਦੀ ਭਲਾਈ ਵਾਸਤੇ ਕਦੇ ਵੀ ਕਰ ਸਕਦੇ ਹਾਂ। ਹਾਂ, ਤੁਹਾਡਾ ਗੱਲਬਾਤ ਕਰਨ ਲਈ ਧੰਨਵਾਦ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਗੱਲਬਾਤ ਕੀਤੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ, ਸਾਰੇ ਸਵਾਲਾਂ ਦੇ ਉੱਤਰ ਉਹਨਾਂ ਬੜੀ ਸਪਸ਼ਟਤਾ ਦੇ ਨਾਲ ਦਿੱਤੇ। ਹੁਣ ਤੱਕ ਦੀ ਜਿਹੜੀ ਮੋਰਚੇ ਦੀ ਆਸ ਬਣੀ ਹੋਈ ਆ ਉਹ ਇੰਝ ਆ ਕਿ ਸਰਕਾਰ ਦੇ ਨਾਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਆ, ਸਰਕਾਰ ਨੇ ਅਜੇ ਕੁਝ ਸਮਾਂ ਮੰਗਿਆ ਹੋਇਆ। ਸੋ ਇੱਥੇ ਜਿਹੜੀਆਂ ਸਿੱਖ ਸੰਗਤਾਂ ਦਾ ਵਹਾਵ ਆ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਸਿੱਖ ਸੰਗਤਾਂ ਆ ਰਹੀਆਂ ਵਾਂ। ਸੋ ਆਸ ਕਰਦੇ ਹਾਂ ਕਿ ਇਹ ਮੋਰਚਾ ਫਤਿਹ ਹੋਵੇ ਅਤੇ ਪੰਥ ਨੂੰ ਜਿਹੜੀ ਆ ਫਤਿਹ ਨਸੀਬ ਹੋਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਭਰ ਦੇ ਵਿੱਚ ਆਵਾਜ਼ੇ ਕੌਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਦੀ ਸਾਂਝ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਚੈਨਲ ਵੱਲੋਂ ਬਰਗਾੜੀ ਪਹੁੰਚੇ ਹੋਏ ਹਾਂ, ਜਿੱਥੇ 1 ਜੂਨ 2018 ਤੋਂ ਇੱਕ ਮੋਰਚਾ ਚੱਲ ਰਿਹਾ, ਜੋ ਬਰਗਾੜੀ ਦੀ ਦਾਣਾ ਮੰਡੀ ਦੇ ਵਿੱਚ ਇਹ ਮੋਰਚਾ ਲੱਗਾ ਹੋਇਆ, ਜਿਸ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਕਰ ਰਹੇ ਹਨ। ਮੋਰਚੇ ਦੀਆਂ 4 ਮੰਗਾਂ ਨੇ ਮੁੱਖ ਤੌਰ 'ਤੇ। 1, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਣੀ ਅਤੇ ਦੋਸ਼ੀਆਂ ਦਾ ਨਾਂ ਫੜਿਆ ਜਾਣਾ। ਉਸ ਤੋਂ ਉਪਰੰਤ 14 ਅਕਤੂਬਰ 2015 ਨੂੰ ਬਹਿਬਲ ਗੋਲੀਕਾਂਡ ਵਾਪਰਿਆ, ਉਹਦੇ ਵਿੱਚ 2 ਸਿੰਘਾਂ ਦੀ ਸ਼ਹਾਦਤ ਹੋਈ ਅਤੇ ਕਿਸੇ ਵੀ ਪੁਲਿਸ ਕਰਮੀ ਦੇ ਉੱਤੇ ਕੋਈ ਕਾਰਵਾਈ ਨਾ ਕੀਤੇ ਜਾਣਾ, ਅਤੇ ਇੱਥੋਂ ਤੱਕ ਕਿ ਤਤਕਾਲੀ ਸਰਕਾਰ ਜੋ ਬਾਦਲ ਦੀ ਸਰਕਾਰ ਸੀ ਉਸ ਵੱਲੋਂ ਕਿਹਾ ਗਿਆ ਕਿ ਅਣਪਛਾਤੀ ਪੁਲਿਸ। ਅਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ ਨੇ, ਜਿਹਦੇ ਵਿੱਚ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਦੀ ਗੱਲ ਆ, ਜਾਂ ਇਹ ਕੁੱਲ ਤਕਰੀਬਨ 4 ਕੁ ਮੰਗਾਂ ਨੂੰ ਲੈ ਕੇ ਇਹ ਮੋਰਚਾ ਲੱਗਾ ਹੋਇਆ। ਇਹਦੇ 'ਚੋਂ ਇੱਕ ਵੱਡੀ ਮੰਗ ਇਹ ਵੀ ਆ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਦਹਾਕਿਆਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹਾ। ਇੱਕ ਗੱਲ ਤੁਹਾਡੇ ਸਾਰਿਆਂ ਦੇ ਧਿਆਨ 'ਚ ਆ ਜਾਵੇਗੀ ਕਿ ਸਰਸਰੀ ਨਿਗਾਹ ਨਾਲ ਵੀ ਵੇਖੀਏ ਤਾਂ ਗੱਲ ਸਮਝ ਆ ਜਾਂਦੀ ਆ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬੇਅਦਬੀ ਦੇ ਖਿਲਾਫ਼ ਸੰਘਰਸ਼ ਕੀਤਾ, ਸੜਕਾਂ 'ਤੇ ਬਹਿ ਕੇ ਸਤਨਾਮ ਵਾਹਿਗੁਰੂ ਜਪ ਰਹੇ ਸਨ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਜਿਹੜੇ ਦੋਸ਼ੀ ਸਨ ਉਹ ਨਹੀਂ ਫੜੇ ਗਏ, ਅਤੇ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਤੁਸੀਂ ਦੋਹਰੇ ਮਾਪਦੰਡ ਇੱਥੋਂ ਦੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਜਿਹੜੀਆਂ ਹੁਣ ਦੀਆਂ ਹੋਣ, ਪੁਰਾਣੀਆਂ ਹੋਣ, ਉਹਨਾਂ ਦੇ ਜਿਹੜੇ ਇਹ ਮਾਪਦੰਡ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਂਦੇ ਆ। ਸੋ ਇਹ ਆ ਜਿਹੜੀ ਭੂਮਿਕਾ ਕਿ ਮੋਰਚਾ ਕਿਉਂ ਲੱਗਾ। ਹੁਣ ਇਹ ਸਾਡਾ ਸਵਾਲ ਨਹੀਂ ਗਾ ਕਿ ਮੈਂ ਜਥੇਦਾਰ ਮੰਡ ਸਾਹਿਬ ਨਾਲ ਵੀ ਅਜੇ ਫਤਿਹ ਦੀ ਸਾਂਝ ਪਾਉਣੀ ਆ, ਪਰ ਆਪਣਾ ਇਹ ਸਵਾਲ ਨਹੀਂ ਗਾ ਕਿ ਮੋਰਚਾ ਕਿਉਂ ਲੱਗਾ, ਕਿਉਂਕਿ ਸਾਰਾ ਕੁਛ ਕਲੀਅਰ ਆ। ਜਿਵੇਂ ਸ਼ੀਸ਼ੇ ਦੇ ਵਾਂਗ ਸਾਫ਼ ਗੱਲ ਹੁੰਦੀ ਆ ਕਿ ਮੋਰਚੇ ਦੀ ਲੋੜ ਜਾਪੀ, ਤਾਂ ਜਥੇਦਾਰ ਇੱਥੇ ਤਿੱਖੀ ਧੁੱਪ ਦੇ ਵਿੱਚ ਇੱਕ ਤਰ੍ਹਾਂ ਦਾ ਤੰਬੂ ਤਾਣ ਕੇ ਡਟੇ ਹੋਏ ਆ, ਆਖਰਾਂ ਦੀ ਤਪਸਿਆ ਇੱਥੇ। ਕਿਉਂਕਿ ਜਿਹੜਾ ਜੂਨ ਦਾ ਮਹੀਨਾ ਜਦੋਂ ਆਪਾਂ ਇਸ ਸ਼ਹੀਦੀ ਹਫ਼ਤੇ 'ਚੋਂ ਲੰਘ ਰਹੇ ਹਾਂ,
ਤੀਜੇ ਘੱਲੂਘਾਰੇ ਦੀ ਯਾਦ ਦੇ ਵਿੱਚੋਂ ਲੰਘ ਰਹੇ ਹਾਂ, ਜਿਹੜੀ ਗਰਮੀ ਦੇ ਵਿੱਚ ਸਿੰਘਾਂ ਨੇ ਉਦੋਂ ਸੰਘਰਸ਼ ਕੀਤਾ, ਭਾਰਤੀ ਫੌਜ ਜਿਹੜੀ ਚੜ੍ਹ ਕੇ ਆਈ ਸੀ ਉਸਦੇ ਦੰਦ ਖੱਟੇ ਕੀਤੇ, 72 ਘੰਟੇ ਦਾ ਜਿਹੜਾ ਜੰਗ ਹੋਇਆ। ਸੋ 34 ਸਾਲ ਲੰਘਣ ਤੋਂ ਬਾਅਦ ਵੀ ਉਸ ਕੌਮ ਦੇ ਜਿਹੜੇ ਆਗੂ ਨੇ ਅੱਜ ਦੇ ਮੌਜੂਦਾ, ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ। ਜਿਹੜੀ ਗੁਲਾਮੀ ਹੁੰਦੀ ਆ ਉਹ ਇਹਨਾਂ ਗੱਲਾਂ ਤੋਂ ਸਾਫ਼ ਝਲਕਦੀ ਆ। ਸੋ ਜਿਹੜੇ ਕੁਝ ਸਵਾਲ ਇਸ ਤੋਂ ਇਲਾਵਾ ਮੋਰਚੇ ਨਾਲ ਸੰਬੰਧਿਤ ਨੇ, ਉਹ ਆਪਾਂ ਜਥੇਦਾਰ ਭਾਈ ਧਿਆਨ ਸਿੰਘ ਵੰਡ ਹੋਣਾ ਤੋਂ ਕਰਨੇ ਆ। ਜੋ ਪੰਥ ਦੀ ਰੀਤ ਆ, ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵੱਲੋਂ ਬੀਤੇ ਕੱਲ੍ਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਅਤੇ ਸੰਸਾਰ ਭਰ ਦੇ ਵਿੱਚ ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ ਲੈ ਕੇ ਅਰਦਾਸ ਦੇ ਲਈ ਵੀ ਅਪੀਲ ਕੀਤੀ ਗਈ। ਹੁਣ ਤੱਕ ਮੋਰਚਾ ਕਿਸ ਤਰੀਕੇ ਨਾਲ ਚੱਲ ਰਿਹਾ ਵਾ, ਤੁਸੀਂ ਕੀ ਮਹਿਸੂਸ ਕਰਦੇ ਹੋ? ਇੱਥੇ ਡਟੇ ਹੋਏ ਹੋ, ਤੁਹਾਨੂੰ ਕਈ ਦਿਨ ਹੋ ਗਏ ਆ ਇੱਥੇ, ਹਫ਼ਤੇ ਤੋਂ ਉੱਤੇ ਹੋ ਗਿਆ ਸਮਾਂ, ਮੋਰਚਾ ਕਿਹੋ ਜਿਹਾ ਚੱਲ ਰਿਹਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮੋਰਚਾ ਲੱਗਿਆ ਅਤੇ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਵਿੱਚ ਸੰਗਤਾਂ ਦਾ ਬਹੁਤ ਭਰਮਾਂ ਸਹਿਯੋਗ ਮਿਲ ਰਿਹਾ। ਅਸੀਂ ਕਿਸੇ ਨੂੰ ਆਵਾਜ਼ ਨਹੀਂ ਮਾਰ ਰਹੇ ਭਾਈ ਤੁਸੀਂ ਆਓ, ਇਸ ਤਰ੍ਹਾਂ ਦੀ ਕੋਈ ਅਸੀਂ ਅਪੀਲ ਨਹੀਂ ਕਰ ਰਹੇ। ਸੰਗਤਾਂ ਵਿੱਚ, ਸੰਗਤਾਂ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਹੀ ਭਾਰੀ ਉਤਸ਼ਾਹ ਹੈ, ਭਾਵੇਂ ਕੋਈ ਸ਼ਹਿਰ ਵਿੱਚ ਬੈਠਾ ਹੈ ਜਾਂ ਪਿੰਡ ਵਿੱਚ ਬੈਠਾ ਹੈ, ਉਹ ਪੰਜਾਬ ਦੇ ਵਿੱਚ ਬੈਠਾ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਬੈਠਾ, ਉਹਦੇ ਅੰਦਰੋਂ ਇੱਕ ਆਵਾਜ਼ ਉੱਠ ਰਹੀ ਆ ਕਿ ਅਸੀਂ ਕਿਹੜਾ ਵੇਲਾ ਹੋਵੇ ਅਸੀਂ ਮੋਰਚੇ ਦੇ ਵਿੱਚ ਚੱਲੀਏ ਅਤੇ ਅਸੀਂ ਆਪਣੀ ਹਾਜ਼ਰੀ ਲਵਾ ਕੇ ਆਈਏ। ਇਸ ਤਰ੍ਹਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਿਤੇ ਅਸੀਂ ਵਾਂਝੇ ਨਾ ਰਹਿ ਜਾਈਏ। ਕਾਫਲਿਆਂ ਦੇ ਰੂਪ ਦੇ ਵਿੱਚ ਸੰਗਤਾਂ ਆ ਰਹੀਆਂ ਨੇ, ਲੰਗਰ ਪਾਣੀ ਲਿਆ ਰਹੀਆਂ ਨੇ, ਰਸਤਾ ਵੀ ਲਿਆ ਰਹੀਆਂ ਨੇ, ਆਪੇ ਹੀ ਸੰਗਤਾਂ ਸੇਵਾ ਕਰ ਰਹੀਆਂ ਨੇ। ਇੱਥੇ ਕੀਰਤਨ ਦਰਬਾਰ ਚੱਲਦਾ ਪਿਆ, ਢਾਡੀ ਰਾਗੀ ਲੱਗਦੇ ਨੇ, ਸਾਰਾ ਕੁਛ ਬਹੁਤ ਚੜ੍ਹਦੀ ਕਲਾ ਵਿੱਚ ਆ। ਇਹ ਜਿਹੜਾ ਪੂਰਾ 12 ਘੰਟੇ ਦਾ ਦਿਨ ਆ ਸਾਡੇ ਵਾਸਤੇ ਐਂ ਲੰਘ ਜਾਂਦਾ ਜਿਵੇਂ 5 ਕੁ ਮਿੰਟ ਬੈਠੇ ਹੋਈਏ, ਅਤੇ ਪਤਾ ਨਹੀਂ ਲੱਗਦਾ ਕਦੋਂ ਦਿਨ ਬਤੀਤ ਹੋ ਜਾਂਦਾ। ਬਹੁਤ ਚੜ੍ਹਦੀ ਕਲਾ ਵਿੱਚ ਮੋਰਚਾ ਜਾ ਰਿਹਾ। ਸਰਕਾਰ ਵਾਲੇ ਪਾਸਿਓਂ, ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਤਾਂ ਸਰਕਾਰ ਤੋਂ ਹੀ ਨੇ, ਕੈਪਟਨ ਸਰਕਾਰ ਤੋਂ ਜਾਂ ਕੁਝ ਕੁ ਕੇਂਦਰ ਦੇ ਅਖਤਿਆਰ ਵੀ ਨੇ, ਇਸ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਇਸ਼ਾਰਾ ਮਿਲ ਰਿਹਾ ਵਾ, ਉਹ ਕੀ ਇਸ ਨੂੰ ਗੰਭੀਰਤਾ ਵਜੋਂ ਸਰਕਾਰ ਲੈ ਰਹੀ ਆ ਕਿ ਨਹੀਂ? ਸਰਕਾਰ ਵੀ, ਮੈਨੂੰ ਲੱਗਦਾ ਹੈ ਕਿ ਇਸ ਮੋਰਚੇ ਤੋਂ ਘਬਰਾਈ ਹੋਈ ਆ ਅਤੇ ਕਾਫੀ ਹਰਕਤ ਦੇ ਵਿੱਚ ਹੈ, ਵੇਖਣ ਦੇ ਵਿੱਚ ਆ ਰਿਹਾ ਹੈ। ਪਰ ਮੈਨੂੰ ਜ਼ਿਆਦਾ ਇਹ ਫਿਕਰ ਨਹੀਂ ਗਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ ਕਿ ਨਹੀਂ ਕਰ ਰਹੀ। ਸਰਕਾਰ ਨੂੰ ਕਾਰਵਾਈ ਕਰਨੀ ਹੀ ਪੈਣੀ ਹੈ। ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਸਰਕਾਰ ਰਹਿ ਨਹੀਂ ਸਕਦੀ। ਇਸ ਮੋਰਚੇ ਦੀ ਇਸ ਤਰ੍ਹਾਂ ਦੀ ਤਿਆਰੀ ਹੈ, ਫਿਰ ਸਰਕਾਰ ਨਹੀਂ ਰਹਿ ਸਕਦੀ। ਜਿਹੜੀ ਮੇਰੀ ਉਮੀਦ ਸੀ, ਜਿਹੜੇ ਮੇਰੇ ਮਨ ਦਾ ਬਲਬਲਾ ਸੀ, ਜਿਸ ਕਰਕੇ ਇਹ ਮੋਰਚਾ ਮੈਂ ਲਾਇਆ, ਮੈਂ ਸੰਗਤ ਦੀਆਂ ਭਾਵਨਾਵਾਂ ਨੂੰ ਸਮਝ ਕੇ ਲਾਇਆ। ਸੰਗਤ ਦੇ ਵਿੱਚ ਜਿਹੜਾ ਸੰਗਤ ਦਾ ਮੁਰਾਲ ਸੀ ਉਹ ਬਹੁਤ ਡਾਊਨ ਹੋ ਗਿਆ ਸੀ, ਬਹੁਤ ਡਿੱਗ ਗਿਆ ਸੀ, ਹੌਸਲੇ ਜਿਹੜੇ ਪਸਤ ਹੋ ਗਏ ਸੀ, ਬੇਵਿਸ਼ਵਾਸੀ ਬਹੁਤ ਜ਼ਿਆਦਾ ਪੈਦਾ ਹੋ ਗਈ ਸੀ, ਅਤੇ ਕਿਸੇ ਨੂੰ ਵੀ ਕਿਸੇ ਦੇ ਉੱਤੇ